ਲੁਧਿਆਣੇ ਦਾ ਸ਼ੋਅ ਸੀਗਾ ਅਸੀਂ ਸਟੇਜ ਤੋਂ ਉਤਰੇ ਗਾਗੂ ਕੇ ਤੇ ਬੜਾ ਵਧੀਆ ਸ਼ੋਅ ਹੋਇਆ ਅਸੀਂ ਪਾਰਕਿੰਗ ਤੱਕ ਆ ਗਏ ਹਨਾ ਬਹੁਤ ਵੱਡਾ ਪੈਲੈਸ ਸੀਗਾ ਉਹ ਪੱਖੋਵਾਲ ਰੋਡ ਤੇ ਕੋਈ ਪੈਲੈਸ ਸੀਗਾ ਅਸੀਂ ਪਾਰਕਿੰਗ ਤੱਕ ਆ ਗਏ ਤੇ ਜਿਹੜੇ ਮੁੰਡੇ ਦਾ ਵਿਆਹ ਸੀ ਉਹਦਾ ਤਾਇਆ ਆ ਗਿਆ ਉਹਦੇ ਇੱਕ ਹੱਥ 'ਚ ਪਿਸਤੌਲ ਦੂਜੇ ਹੱਥ 'ਚ ਬਟੂਆ ਕਹਿੰਦਾ ਯਾਰ ਮੈਂ ਤਾਂ ਪੈਸੇ ਨਹੀਂ ਵਾਰੇ ਤੇ ਮੈਂ ਕਿਹਾ ਜੀ ਤੁਹਾਡੇ ਸਾਹਮਣੇ ਖੜਾ ਇੱਥੇ ਵਾਰ ਦਿਓ ਕਹਾਂ ਬੇਜ ਤੇ ਗਾਏਗਾ ਫੇਰੀ ਵਾਰੂ ਮੈਂ ਕਹਾਂ ਜੀ ਮੈਂ ਇੱਥੇ ਗਾ ਦਿੰਦਾ ਉਹ ਗੈਂਗਸ ਉਹ ਵਾਸੇਪੁਰ ਵਾਲਾ ਸੀ ਨਹੀਂ ਹੋਣਾ ਹਜ਼ਰਾਤ 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 ਉਹੀ ਵਾਲਾ ਉਹੀ ਵਾਲਾ ਉਹ ਅੱਗੋਂ ਐ ਬੋਲ ਰਿਹਾ ਜੀ ਹਾਂ ਸਤਾਰਗੰਜ ਮੈਂ ਪਹਿਲੀ ਵਾਰ ਸ਼ੇਰੀਮਾਨ ਜੀ ਪਹੁੰਚ ਚੁੱਕੇ ਹਨ ਜੋ ਕਿ ਹਮਾਰੇ ਪਿੱਛੇ ਪਿੱਛੇ ਚੱਲ ਰਹੇ ਹਨ ਅੱਜ ਰਾਤ ਕੋ ਇਨਕਾ ਯਹਾਂ ਪੇ ਇੱਕ ਪ੍ਰੋਗਰਾਮ ਹੋਗਾ ਗਾਣਾ ਲਿਖਿਆ ਪਿਆ ਇਹਨੂੰ ਮੈਂ ਵਾਜੇ ਤੇ ਕਿਵੇਂ ਕੱਢਾਂ ਮਤਲਬ ਉਹ ਮੈਡਮ ਹੱਸ ਪਈ ਕਹਿੰਦੀ ਕੱਢਣ ਨੂੰ ਵੀ ਕੀ ਬਾਜ ਦੇ ਵਿੱਚੋਂ ਕੱਢਣਾ ਚੇਂਜ ਹੁਣ ਜੇ ਜਾ ਕੇ ਆ ਪਰ ਵਿਚਦੀ ਦਾ ਮੈਂ ਬਹੁਤ ਡਿਸਟਰਬ ਹੋ ਗਿਆ ਸੀਗਾ ਉਹਦਾ ਕਾਰਨ ਇਹ ਸੀ ਵੀ ਆ ਉਹਦੇ ਲਾਸਟ ਟਾਈਮ ਦੇ ਵਿੱਚ ਮੈਂ ਉਹਦੇ ਨਾਲ ਨਹੀਂ ਸੀ ਮੰਮੀ ਦੇ ਹਾਂ ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾਂ ਸਾਨੂੰ ਟਾਈਮ ਦੇਣ ਦੇ ਲਈ ਤੁਹਾਡੀ ਇੰਟਰੋਡਕਸ਼ਨ ਆਈ ਗੈਸ ਲੋਡ ਨਹੀਂ ਕਿਸੇ ਨੂੰ ਦੇਣ ਦੇ ਲਈ ਸੋ ਸਿੰਗਿੰਗ ਵੱਲ ਆਉਨੇ ਆ ਸਿੱਧਾ ਸ਼ੈਰੀਮਾਨ ਜਿਹੜਾ ਇੱਕ ਇਨੀਸ਼ੀਅਲ ਸਟਾਰਟ ਸੀਗਾ ਪਹਿਲਾਂ ਤਾਂ ਇਹਦੇ ਬਾਰੇ ਦੱਸੋ ਵੀ ਤੁਸੀਂ ਕਿਹੜੀ ਉਮਰ ਚ ਵੀ ਸਿੰਗਿੰਗ ਕਰਨੀ ਹੈ ਮੈਂ ਇਹਦਾ ਤੁਹਾਨੂੰ ਮੈਂ ਸੱਚੀ ਦੱਸਾਂ ਮੈਨੂੰ ਆਪ ਨੂੰ ਨਹੀਂ ਪਤਾ ਵੀ ਮੈਂ ਕਿਹੜੇ ਕਿਹੜੇ ਵੇਲੇ ਕਿਹਾ ਸੀ ਜਾਂ ਛੋਟਾ ਸੀ ਬਹੁਤ ਜ਼ਿਆਦਾ ਤੇ ਮੈਨੂੰ ਮੈਨੂੰ ਖੁਦ ਯਾਦ ਨਹੀਂ ਮੈਂ ਕਿਦਣ ਕਿਹਾ ਸੀ ਵੀ ਮੈਂ ਤਾਂ ਗਾਉਂਗਾ ਮੈਂ ਸਿੰਗਰ ਬਣੂੰਗਾ ਜਾਂ ਮੈਂ ਕੁਝ ਲਿਖੂੰਗਾ ਮੈਨੂੰ ਇੰਨਾ ਜ਼ਿਆਦਾ ਵੀ ਮੈਂ ਆਪ ਦਾ ਮੈਂ ਛੋਟਾ ਜਿਹਾ ਸੀ 5-6 ਸਾਲ ਦਾ ਜਾਂ 7 ਸਾਲ ਦਾ ਤੇ ਮੈਂ ਆਪਦੇ ਕੁੱਤੇ ਆਸਤੇ ਇੱਕ ਕਵਿਤਾ ਲਿਖੀ ਸੀਗੀ ਤੇ ਉਹ ਵੀ ਨਹੀਂ ਯਾਦ ਵੀ ਕੀ ਲਿਖੀ ਸੀ 5-6 ਸਾਲ ਦੇ 6 ਸਾਲ ਦਾ ਸੀ ਹਾਂਜੀ ਤੇ ਉਹ ਵੀ ਮਤਲਬ ਮੇਰੇ ਮਦਰ ਮੈਨੂੰ ਦੱਸਦੇ ਹੁੰਦੇ ਸੀ ਵੀ ਤੂੰ ਛੋਟਾ ਜਿਹਾ ਹੁੰਦਾ ਹੀ ਪੁੱਤ ਲਿਖਣ ਲੱਗ ਗਿਆ ਸੀਗਾ ਤੇ ਗਾਉਣ ਦਾ ਤੁਸੀਂ ਐ ਸਮਝੋ ਵੀ ਮੇਰੇ ਫਾਦਰ ਨਾ ਇੱਕ ਟੇਪ ਲਿਆਏ ਸੀ ਸੋਨੀ ਦੀ ਤੇ ਮੈਨੂੰ ਸ਼ੌਂਕ ਹੁੰਦਾ ਸੀ ਮੈਂ ਰਾਤ ਨੂੰ ਆਪਦੇ ਸਹਰਾਣੇ ਰੱਖ ਕੇ ਉਹ ਟੇਪ ਲਾ ਕੇ ਜੇ ਮੰਨ ਲਓ ਏ ਸਾਈਡ ਜਾਂ ਬੀ ਸਾਈਡ ਯੋਦ ਹੁੰਦੀ ਸੀਗੀ ਤੇ ਉਹ ਮੈਂ ਜਿਹੜੀ ਮਤਲਬ ਸਾਈਡ ਮੁੱਕ ਜਾਣੀ ਉਸ ਤੋਂ ਬਾਅਦ ਮੈਂ ਦੂਜੀ ਸਾਈਡ ਲਾ ਕੇ ਫੇਰ ਮੈਂ ਸੌਂਦਾ ਸੀ ਤੇ ਹੁਣ ਮੈਂ ਰੀਸੈਂਟਲੀ ਉਦੋਂ ਤਾਂ ਛੋਟੇ ਸੀ ਜਵਾਕ ਸੀ ਮੈਂ ਰੀਸੈਂਟਲੀ ਹੁਣ ਪੜਦਾ ਸੀ ਵੀ ਜਦੋਂ ਤੁਸੀਂ ਰਾਤ ਨੂੰ ਸੌ ਜਾਂਦੇ ਹੋ ਤਾਂ ਉਸ ਟਾਈਮ ਤੁਸੀਂ ਕੀ ਸੁਣਦੇ ਹੋ ਉਹਦੇ ਤੇ ਬੜਾ ਡਿਪੈਂਡ ਕਰਦਾ ਸਬਕੌਂਸ਼ੀਅਸ ਮਾਈਂਡ ਸਬਕੌਂਸ਼ੀਅਸ ਮਾਈਂਡ ਜਿਹਨੂੰ ਆਪਾਂ ਕਹਿੰਦੇ ਨੇ ਸੋ ਮੈਂ ਜਾਣੇ-ਅਣਜਾਣੇ ਮੈਂ ਬਚਪਨ ਜਦੋਂ ਛੋਟਾ ਹੁੰਦਾ ਸੀ ਸੌਣ ਤੋਂ ਪਹਿਲਾਂ ਮੈਂ ਦੂਜੀ ਸਾਈਡ ਲਾ ਕੇ ਫੇਰ ਮੈਂ ਸੌਣਾ ਤੇ ਉਹਦੇ ਚ ਦੋ ਚਾਰ ਕੈਸਟਾਂ ਹੁੰਦੀਆਂ ਸੀ ਮੇਰੇ ਕੋਲੇ ਇੱਕ ਮਾਨ ਸਾਹਿਬ ਦੀ ਹੁੰਦੀ ਸੀ ਕਿ ਮਾਮਲਾ ਗੜਬੜ ਹੈ ਮਾਨਕ ਸਾਹਿਬ ਦੀਆਂ ਕਲੀਆਂ ਦੀਆਂ ਕੋਈ ਦੋ ਤਿੰਨ ਕੈਸਟਾਂ ਸੀਗੀਆਂ ਸੋ ਮੈਂ ਬਦਲ-ਬਦਲ ਕੇ ਉਹ ਲਾ ਕੇ ਮੈਂ ਸੌ ਜਾਣ ਤੇ ਉਹ ਸਵੇਰ ਨੂੰ ਮੇਰੇ ਸਹਰਾਣਿਓਂ ਕਰਦਿਆਂ ਨੇ ਟੇਪ ਚੱਕਣੀ ਸੋ ਮੈਨੂੰ ਲੱਗਦਾ ਵੀ ਮਿਊਜ਼ਿਕ ਦਾ ਜਾਂ ਤਰਜ਼ਾਂ ਦਾ ਤਾਂ ਉੱਥੋਂ ਮੈਨੂੰ ਲੱਗਦਾ ਵੀ ਅਸਰ ਮੇਰੇ ਤੇ ਹੋਇਆ ਸੋ ਮਤਲਬ ਜਿਹੜਾ ਤੁਹਾਨੂੰ ਇੱਕ ਕਿਹਾ ਜਾਂਦਾ ਵੀ ਓਵਰਨਾਈਟ ਸਕਸੈਸ ਦਾ ਲੇਬਲ ਹੈ ਉਹਨੂੰ ਤੁਸੀਂ ਕਿਵੇਂ ਲੈ ਕੇ ਚਲੋਗੇ ਵੀ ਕਿਉਂਕਿ ਤੁਸੀਂ ਤਾਂ 10 ਰੁਪਏ ਵੀ ਮੈਂ 4-5 ਸਾਲ ਦਾ ਕਵਿਤਾ ਲਿਖਣ ਲੱਗ ਪਿਆ ਸੀ ਸਾਨੂੰ ਤਾਂ ਮੇਰੇ ਸਾਬ ਨਾਲ ਸਾਬ ਲੋਕ ਕਹਿੰਦੇ ਆ ਕਿ 1 ਕਰੋੜ ਰੁਪਏ ਤੋਂ ਪਹਿਲੇ ਯਾਰਨ ਮੁੱਲੇ ਤੋਂ ਬਾਅਦ ਭਾਈ ਨੂੰ ਮਿਲ ਗਿਆ ਸਾਈਨ ਕਰਤਾ ਵੱਡੀਆਂ-ਵੱਡੀਆਂ ਕੰਪਨੀਆਂ ਨੇ ਨਹੀਂ 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 ਉਹ ਕੁਝ ਨਹੀਂ ਸੀ ਇਹੋ ਜਿਹਾ ਮੈਂ ਮੈਂ ਖੁਦ ਹੈਰਾਨ ਸੀ ਅਸੀਂ ਉੱਥੇ ਬੈਠੇ ਵਾਲ ਕਟਾ ਰਹੇ ਸੀ ਮੈਂ ਪਹਿਲਾਂ ਵੀ ਗੱਲ ਦੱਸੀ ਹੈ ਵੀ ਅਸੀਂ ਇੱਕ 3B2 ਚ ਜਗ੍ਹਾ ਹੁੰਦੀ ਸੀਗੀ ਤੇ ਉੱਥੇ ਬਾਰਬਰ ਦੇ ਬੈਠੇ ਵਾਲ ਕਟਾ ਰਹੇ ਸੀ ਜਦੋਂ ਗਾਣਾ ਚੱਲਿਆ ਟੀਵੀ 'ਚ ਤੇ ਉਹ ਬੰਦਾ ਕਹਿੰਦਾ ਯਾਰ ਇਹਨੂੰ ਤਾਂ ਐ ਸਿੱਟ ਗਏ ਇਹਦੇ ਬੈੱਡ ਤੇ ਪੈਸੇ ਸਿੱਟ ਗਏ ਮੈਂ ਕਹਾਂ ਯਾਰ ਪੈਸੇ ਕਿੱਥੇ ਸਿੱਟ ਗਏ ਅਸੀਂ ਤਾਂ ਮੋਟਰਸਾਈਕਲ ਤੇ ਆਏ ਆ ਕਹਿੰਦਾ ਜੀ ਇੱਕ ਗੱਡੀ ਫੜਾ ਕੇ ਇੱਕ ਪੈਸੇ ਉਹ じゃ ਕੁਝ ਨਹੀਂ ਸੀਗਾ ਉਦੋਂ ਕੀ ਹੁੰਦਾ ਸੀ ਇਸ ਇੰਡਸਟਰੀ ਚ ਐਂਟਰ ਕਰਨਾ ਬੜਾ ਔਖਾ ਸੀ ਕਿਉਂਕਿ ਨਾ ਤਾਂ ਕੋਈ ਸੋਸ਼ਲ ਮੀਡੀਆ ਸੀ ਨਾ ਕੁਝ ਸੀ ਸਟਿਲ ਮੈਂ YouTube ਤੋਂ ਹੀ ਐਂਟਰੀ ਮਾਰੀ ਕਿਉਂਕਿ ਕੰਪਨੀਆਂ ਕੋਲੇ ੱੱੱਕੇ ਬੜੇ ਖਾਦੇ ਟੇਪ ਕੈਸਟ ਤੱਕ ਪਹੁੰਚੀ ਨਹੀਂ ਫੇਰ ਪਤਾ ਲੱਗਿਆ ਵੀ ਯਾਰ ਆ YouTube ਵੀ ਕੋਈ ਚੀਜ਼ ਹੁੰਦੀ ਐ ਉਹ ਵੀ ਇਹ ਨਹੀਂ ਸੀ ਸੋਚਿਆ ਕਿ ਮੈਂ ਇੰਡਸਟਰੀ ਚ ਐਂਟਰੀ ਮਾਰੂੰਗਾ ਉਹ ਇਸ ਕਰਕੇ ਕੀਤਾ ਵੀ ਨਾਲ ਦੇ ਯਾਰ ਬੇਲੀ ਜਦੋਂ ਤੁਹਾਨੂੰ ਕਾਲਜ ਟਾਈਮ ਤੋਂ ਸੁਣਦੇ ਹੋਣ ਨਾ ਤੇ ਜਦੋਂ ਸਾਰੇ ਕਮਾਂਕਾਰਾਂ ਤੇ ਲੱਗ ਗਏ ਉਹ ਕਹਿੰਦਾ ਯਾਰ ਬੜਾ ਵਧੀਆ ਗਾਉਂਦਾ ਸੀ ਯਾਰ ਮੈਂ ਕਿਹਾ ਯਾਰ ਛੱਡ ਹੁਣ ਗੱਲਾਂ ਬੀਤ ਗਈਆਂ ਹਨਾ ਕਾਲਜ ਟਾਈਮ ਠੀਕ ਸੀ ਜੋ ਸੀਗਾ ਹਨਾ ਉਹ ਕਹਿੰਦੇ ਯਾਰ ਸਾਡੇ ਅਸਤੀ ਕੁਛ ਗਾ ਦੇ ਸਾਨੂੰ ਤਾਂ ਪਤਾ ਵੀ ਤੂੰ ਸਿੰਗਰ ਹੈ ਮੈਂ ਕਿਹਾ ਯਾਰ ਗੱਲ ਥੋੜੀ ਠੀਕ ਹੈ ਪਰ ਮੈਂ ਕਿਹਾ ਗਾਵਾ ਕਿੱਥੇ ਟੇਪ ਕੈਸਟ ਵਾਲਾ ਦਾ ਕੰਮ ਹੀ ਨਹੀਂ ਹੈਗਾ ਵੀ ਉਹ ਤਾਂ ਉੱਥੇ ਤੱਕ ਦਾ ਉਹ ਕਹਿੰਦਾ ਤੈਨੂੰ ਨਵੀਂ ਚੀਜ਼ ਦੱਸਦਾ ਵੀ YouTube ਇੱਕ ਨਵੀਂ ਚੀਜ਼ ਆਈ ਹੈ ਵੀ ਸਾਡੇ ਇੱਥੇ ਬਹੁਤ ਚੱਲਦੀ ਹੈ ਆਸਟ੍ਰੇਲੀਆ ਮੇਰਾ ਇੱਕ ਬੇਲੀ ਸੀਗਾ ਢਾਲੀਵਾਲ ਉਹ ਕਹਿੰਦਾ ਆਹ ਨਵੀਂ ਚੀਜ਼ ਹੈ ਇਹਦੇ ਤੇ ਤੂੰ ਇੰਡੀਆ ਤੋਂ ਪਾ ਦੇਗਾ ਸਾਡੇ ਕੋਲੇ ਇੱਥੇ ਪਹੁੰਚ ਜਾ ਮੈਂ ਕਹੇ ਰੇ ਤਾਂ ਮਤਲਬ ਇੱਕ ਨਵੀਂ ਚੀਜ਼ ਸੁਣਨ ਨੂੰ ਮਿਲ ਗਈ ਵੀ ਮੈਂ ਕਿਹਾ ਵੀ ਪੌਣੀ ਕਿੱਥੇ ਹੈ ਕਹਿੰਦਾ ਵੀ ਜਾ ਕੇ ਉੱਥੇ ਪੁੱਛ ਲਈ ਜਿੱਥੇ ਆਪਣਾ ਹੁੰਦਾ ਕੈਫੇ ਹੁੰਦੇ ਸੀ ਉਦੋਂ ਸਾਈਬਰ ਕੈਫੇ ਹੁੰਦੇ ਮੈਨੂੰ ਯਾਦ ਆ ਉੱਥੇ ਮਹਾਲੀ ਚੰਡੀਗੜ੍ਹ ਨਾ ਲਾਲ ਜੇ ਕਲਰ ਦੇ ਸਿਫੀ ਕੈਫੇ ਹੁੰਦੇ ਸੀ ਸਿਫੀ ਕਰਕੇ ਮੈਂ ਉੱਥੇ ਪੁੱਛ ਕੇ ਆਇਆ ਉਹਨੂੰ ਮੁੰਡੇ ਨੂੰ ਓਨਰ ਨੂੰ ਉਹ ਕਹਿੰਦਾ ਹਾਂਜੀ ਬਾਈ ਜੀ ਤੁਸੀਂ ਨਾ ਸੀਡੀ ਚ ਪਾ ਕੇ ਲਿਆਇਓ ਤੇ ਮੈਂ ਇੱਥੇ ਪਾ ਦੂੰਗਾ ਤੁਹਾਨੂੰ ਮੈਂ ਕਹੇਰ ਉੱਥੇ ਪਹੁੰਚ ਜੂਗਾ ਆਸਟ੍ਰੇਲੀਆ ਕਹਿੰਦਾ ਹਾਂਜੀ ਪਹੁੰਚ ਜੂਗਾ ਉੱਥੇ ਕਹਿੰਦਾ ਬਸ ਤੁਸੀਂ ਲਿੰਕ ਦੇ ਦਿਓ ਉਹਨਾਂ ਨੂੰ ਤੇ ਮੈਂ ਕਹੇਰ ਤੂੰ ਆਪ ਹੀ ਕਰ ਕਰ ਦੇਈਂ ਵੀ ਮੈਂ ਤੈਨੂੰ ਗਾਣਾ ਅਸੀਂ ਬਣਾ ਕੇ ਦੇ ਦੇਾਂਗੇ ਹਨਾ ਤੇ ਜੀ ਉਹ ਬਸ ਗਾਣਾ ਅਸੀਂ ਬਣਾਇਆ ਉਹ ਨਿੱਕ ਦੇ ਨਾਲ ਉਹ ਵੀ ਨਿੱਕ ਨੇ ਵੀ ਜੋ ਕੁਝ ਕੰਪਿਊਟਰ ਤੇ ਜਿਵੇਂ ਹੁੰਦਾ ਹਨਾ ਬਣਾ ਕੇ ਅਸੀਂ ਬਸ ਉਹਨੂੰ ਅਪਲੋਡ ਕਰਤਾ ਨਿੱਕ ਤਾਂ ਇੱਥੇ ਬ੍ਰੈਂਪਟਨ 베ਸ ਸੀ ਨਾ ਨਿੱਕ ਇੱਥੇ ਸੀਗਾ ਮੈਂ ਹੁਣ ਦੱਸਦਾ ਵੀ ਜਦੋਂ ਕੋਈ ਚੀਜ਼ ਹੋਣੀ ਹੈ ਉਹ ਕਿਵੇਂ ਹੁੰਦੀ ਹੈ ਉਹ ਕਿਵੇਂ ਪਲੈਨਿੰਗ ਹੁੰਦੀ ਹੈ ਨਿੱਕ ਸੀਗਾ ਬ੍ਰੈਂਪਟਨ ਤੇ ਨਿੱਕ ਨੇ ਮੇਰਾ ਇੱਕ ਉਦੋਂ ਪਹਿਲਾਂ ਗਾਣਾ ਚੱਲਦਾ ਹੁੰਦਾ ਸੀ ਕੁੜੀਆਂ ਤੇ ਬਸਾਂ ਤੇ ਉਹ ਵੀ ਐਂ ਚੱਲਦਾ ਸੀਗਾ ਵੀ ਜਿਵੇਂ ਰੌਪ ਪਈ ਹੁੰਦੀ ਹੈ ਫਾਇਰ ਮਤਲਬ ਜਿਵੇਂ ਬਿਨਾ ਮਿਊਜ਼ਿਕ ਤੋਂ ਉਹ ਕਿਸੇ ਨੇ ਚੱਕ ਚੁੱਕ ਕੇ ਗਾਤਾ ਨਿੱਕ ਨੇ ਉਹਦੇ ਤੇ ਮਿਊਜ਼ਿਕ ਬਣਾ ਕੇ ਤੇ ਕਿਸੇ ਆਪਦੇ ਭਰਾ ਨੂੰ ਭੇਜਿਆ ਚੰਡੀਗੜ੍ਹ ਤੇ ਉਹ ਗਾਹ ਸਾਨੂੰ ਇੰਡੋ ਗਲੋਬਲ ਕਾਲਜ ਮਿਲ ਗਿਆ ਉਹ ਕਹਿੰਦਾ ਜੀ ਆਹ ਸੁਣੋ ਮਿਊਜ਼ਿਕ ਪਾਇਆ ਤੇ ਮੈਂ ਕਹਿਆ ਯਾਰ ਇਹਦਾ ਬੰਦੇ ਦਾ ਮੈਨੂੰ ਨੰਬਰ ਦੇ ਨੰਬਰ ਤਾਂ ਉਦੋਂ ਕਨੇਡਾ ਵਾਲੇ ਦਾ ਕਿੱਥੇ ਅਸੀਂ ਕਾਲ ਕਰਨੀ ਸੀ ਈਮੇਲ ਉਹਨੇ ਮੈਨੂੰ ਦੇਤੀ ਕਹਿੰਦਾ ਵੀ ਆਹ ਈਮੇਲ ਹੈ ਉਦੋਂ ਤਾਂ ਕੀ ਈਮੇਲਾਂ ਦਾ ਵੀ ਨਹੀਂ ਸੀ ਕੋਈ ਪਤਾ ਤੇ ਬਸ ਉਹ ਉਹਨੂੰ ਈਮੇਲ ਅੱਜ ਕੀਤੀ ਤਾਂ ਹਫਤੇ ਬਾਅਦ ਕੋਈ ਉਹਦਾ ਰਿਪਲਾਈ ਆਉਂਦਾ ਸੀ ਤੇ ਹਫਤੇ ਬਾਅਦ ਉਹਨੂੰ ਮੈਂ ਕਿਹਾ ਯਾਰ ਅਸੀਂ ਇੱਕ ਗਾਣਾ ਗਾਉਣਾ ਹੈ ਮਤਲਬ ਉਹਦਾ ਤੂੰ ਮਿਊਜ਼ਿਕ ਬਣਾ ਦੇਗਾ ਕੰਪਿਊਟਰ ਤੇ ਤੇ ਉਹਦਾ ਕੋਈ ਰਿਪਲਾਈ ਨਾ ਆਇਆ ਮੈਂ ਕਹਿਆ ਯਾਰ ਵੀ ਸ਼ਾਇਦ ਬੰਦਾ ਕੋ ਕਹਿੰਦਾ ਹੋਣਾ ਵੀ ਯਾਰ ਕਿੱਥੇ ਸਾਡੇ ਮਗਰ ਪੈ ਗਏ ਹਨ ਉਹਦਾ ਰਿਪਲਾਈ ਆਇਆ ਕਿ ਟੁਕਟ 10 ਦਿਨਾਂ ਬਾਅਦ ਵੀ ਬਾਈ ਮੈਂ ਤਾਂ ਇੰਡੀਆ ਹੀ ਆ ਗਿਆ ਮੈਂ ਕਹਿ ਰਹਾ ਤਾਂ ਗੱਲ ਠੀਕ ਹੋ ਗਈ ਵੀ ਜੇ ਬੰਦਾ ਇੰਡੀਆ ਹੀ ਆ ਗਿਆ ਫਿਰ ਤਾਂ ਜਾ ਕੇ ਕਰਾ ਲਿਓ ਨੇ ਸੋ ਬਸ ਤੁਸੀਂ ਸਮਝੋ ਵੀ ਗਾਣਾ ਕਿਵੇਂ ਬਣਨਾ ਸੀ 뮤직 ਵਾਲਾ ਵੀ ਆਪ ਹੀ ਆ ਗਿਆ ਉਹਨੂੰ ਉਹਨੂੰ ਪਤਾ ਵੀ ਨਹੀਂ ਸੀ ਵੀ ਕੋਈ ਗਾਣਾ ਇਹੋ ਜਿਹਾ ਬਣਨਾ ਸੋ ਸਮਝ ਲਓ ਵੀ ਉਸ ਤੋਂ ਬਾਅਦ ਗਾਣਾ ਬਣਿਆ ਉਹ ਗਾਣਾ ਅਸੀਂ YouTube ਤੇ ਪਾਇਆ ਤੇ ਜਿਨ੍ਹਾਂ ਨੂੰ ਸੁਣਾਉਣ ਲਈ ਪਾਇਆ ਸੀ ਉਹ ਪਤੰਦਰ ਬਿਜੀ ਐਨੇ ਸੀ ਉਹਨਾਂ ਨੇ ਮਹੀਨੇ ਬਾਅਦ ਸੁਣਿਆ ਲੋਕਾਂ ਨੇ ਪਹਿਲਾਂ ਹੀ ਸੁਣ ਲਿਆ ਅੱਛਾ ਉਹ ਪਹਿਲਾਂ ਹੀ ਚੱਲ ਪਿਆ ਉਹਨਾਂ ਨੂੰ ਕਿਸੇ ਨੇ ਮੰਨ ਲਾ ਮੈਂ ਉਹਨਾਂ ਦੀਆਂ ਫੋਟੋਆਂ ਇਕੱਠੀਆਂ ਕਰਕੇ ਉਦੋਂ ਔਰਕਟ ਹੁੰਦਾ ਸੀਗਾ ਔਰਕਟ ਦੀ ਪ੍ਰੋਫਾਈਲ ਹੁੰਦੀ ਸੀਗੀ ਵੀ ਚੱਲ ਯਾਰ ਬਾਈ ਤੂੰ ਆਸਟ੍ਰੇਲੀਆ ਚੱਲੇ ਆ ਲੈ ਚੱਲ ਆਪਾਂ ਇਹਦੇ ਤੇ ਗੱਲ ਗੁੱਲ ਕਰ ਲਿਆ ਕਰਾਂਗੇ ਔਰਕਟ ਤੋਂ ਮੈਂ ਉੱਥੇ ਗਿਆ ਆਪਣੇ ਸੀਫੀ ਵਾਲੇ ਮੁੰਡੇ ਕੋਲੇ ਉਹਨੇ ਮੈਨੂੰ ਉਹਦੇ ਚੋ ਫੋਟੋਆਂ ਸੇਵ ਕਰਕੇ ਦਿੱਤੀਆਂ ਉਹ ਉਹਦੇ ਚ ਪਾਈਆਂ ਡਿਸਕ ਚ ਪਾਈਆਂ ਉਹ ਮੈਂ ਲੈ ਕੇ ਆਇਆ ਹਾਂ ਉਹ ਮੈਂ ਲੈ ਕੇ ਆਇਆ ਆਪਣੇ ਫਲੈਟ ਤੇ ਲੈ ਕੇ ਆਇਆ ਫਲੈਟ ਤੇ ਆ ਕੇ ਦੋ ਕੁ ਮੁੰਡੇ ਸੀਗੇ ਟੈਕਨੀਕਲ ਉਹਨਾਂ ਨੂੰ ਦਿੱਤੀਆਂ ਉਹਨਾਂ ਨੇ ਗਾਣੇ ਤੇ ਪਾਈਆਂ ਉਹ ਸਲਾਈਡ ਸ਼ੋਅ ਬਣਾਇਆ ਸਲਾਈਡ ਸ਼ੋਅ ਬਣਾਇਆ ਹੈਨਾ ਉਹ ਜਿੰਨਾਂ ਲਈ ਗਾਇਆ ਉਹਨਾਂ ਨੂੰ ਜਾਨੀ ਉਹ ਹੋ ਸਕਦਾ ਉਹਨਾਂ ਕੋਲੇ ਟਾਈਮ ਨਾ ਹੋਇਆ ਹੋਵੇ ਵੀ ਚੱਲ ਬਈ ਸੁਣ ਲਾਂਗੇ ਹਨਾ ਉਹਨਾਂ ਨੂੰ ਲੋਕਾਂ ਨੇ ਫੋਨ ਕਰ ਕਰ ਕੇ ਕਿਹਾ ਵੀ ਯਾਰ ਥੋਡੀਆਂ ਫੋਟੋਆਂ ਪਾਈਆਂ ਪਈਆਂ ਵਿੱਚ ਕਿਉਂਕਿ ਫੋਟੋਆਂ ਤਾਂ ਉਹਨਾਂ ਦੀਆਂ ਹੀ ਪਾਉਣੀਆਂ ਸੀ ਉਹ ਕਹਿੰਦੇ ਯਾਰ ਥੋਡੀਆਂ ਫੋਟੋਆਂ ਤੁਹਾਨੂੰ ਤੁਸੀਂ ਜਾਣਦੇ ਨਹੀਂ ਉਹ ਕਹਿੰਦੇ ਬਾਈ ਇਹ ਤਾਂ ਸਾਡਾ ਬੰਦਾ ਹੈ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਸਮਝਾਈ ਵੀ ਯਾਰ ਇਹ ਤਾਂ ਗਾਣਾ ਦਾ ਪਹਿਲਾਂ ਹੀ ਹਿੱਟ ਹੋ ਗਿਆ ਬਣਾਇਆ ਉਹਨਾਂ ਲਈ ਸੀ ਮੈਂ ਕਿਹਾ ਚੱਲ ਯਾਰ ਸੁਣ ਲਿਆ ਕਰਨਗੇ ਫਿਰ ਉਦੋਂ ਬਾਅਦ ਤਾਂ ਫਿਰ ਕਹਾਣੀ ਤੁਹਾਡੇ ਸਾਹਮਣੇ ਹੀ ਆ ਵੀ ਜਿਵੇਂ ਵੀ ਜੋ ਕੁਝ ਵੀ ਆ ਬਾਕੀ ਅੱਜ ਆਪਾਂ ਬੈਠੇ ਗੱਲ ਕਰ ਰਹੇ ਹਾਂ ਪਰ ਐਕਸੀਡੈਂਟਲੀ ਮਤਲਬ ਮੈਂ ਆਪਦੀ ਜੌਬ ਚੋਂ ਟਾਈਮ ਚੋਂ ਟਾਈਮ ਕੱਢ ਕੇ 2 ਘੰਟੇ ਦੀ ਛੁੱਟੀ ਲੈ ਕੇ 4 ਘੰਟੇ ਦੀ ਉਹ ਮੈਂ ਉਹ ਗਾਣਾ ਬਣਾਇਆ ਸੀਗਾ ਤੇ ਇੱਕ ਉਹ ਆਡੀਸ਼ਨ ਵਾਲਾ ਐਕਸਪੀਰੀਅੰਸ ਸੀਗਾ ਥੋੜਾ ਜਿਹਾ ਡਿਸਹਾਰਟਨਿੰਗ ਐਵੇਂ ਦੇ ਹੋਰ ਕਿਹੜੇ-ਕਿਹੜੇ ਹੋਏ ਸੀ ਪਹਿਲਾਂ ਤਾਂ ਆਡੀਸ਼ਨ ਵਾਲਾ ਦੱਸੋ ਜਦੋਂ ਤੁਸੀਂ ਹਾਲੇ ਐਲਬਮ ਆਈ ਨਹੀਂ ਸੀਗੀ ਤੇ ਉਹ ਐ ਨਾ ਹੁਣ ਬੰਦਾ ਟੱਕੇ-ਟੱਕੇ ਦਾ ਖਾਂਦਾ ਹੀ ਆ ਵੀ ਚੱਲ ਯਾਰ ਕਿਤੇ ਨਾ ਕਿਤੇ ਤਾਂ ਜਗਾੜ ਕੋਈ ਬਣੂਗਾ ਸੋ ਮੈਂ ਚਲਾ ਗਿਆ ਜੀ ਆਡਿਸ਼ਨ ਦੇਣ ਤੇ ਉਹ ਮੈਂ ਜਦੋਂ ਕੋਈ ਗਾਣਾ ਗਾਇਆ ਹੋਣਾ ਉੱਥੇ ਉਹ ਕਹਿੰਦੇ ਵੀ ਆਪ ਕੀ ਵੀ ਆਪ ਕੀ ਸਿਲੈਕਸ਼ਨ ਤੋਂ ਨਹੀਂ ਹੋ ਗਈ ਪਰ ਆਪ ਕੀ ਨਾ ਸ਼ਕਲ ਭਗਵੰਤ ਮਾਨ ਜੀ سے ਮਿਲਦੀ ਹੈ ਉਹ ਕਹਿੰਦੇ ਆਪ ਕਮੇਡੀਅਨ ਬਨ ਜਾਓ ਇੱਕ ਮਿੰਟ ਲਈ ਤਾਂ ਮੈਨੂੰ ਵੀ ਲੱਗਿਆ ਯਾਰ ਵੀ ਐਡਾ ਵੱਡਾ ਜੱਜ ਬੈਠਾ ਵੀ ਹੋ ਸਕਦਾ ਸਿਆਣੀ ਗੱਲ ਹੀ ਕਰ ਰਿਹਾ ਹੋਵੇ ਪਰ ਫਿਰ ਮੈਂ ਸੋਚਿਆ ਮੈਂ ਕਿ ਨਹੀਂ ਇਹ ਮਜ਼ਾਕ ਚ ਕਹਿ ਰਿਹਾ ਫਿਰ ਮੈਂ ਕਿਾ ਚੱਲ ਕੋਈ ਨਹੀਂ ਯਾਰ ਮੈਨੂੰ ਐ ਲੱਗਿਆ ਮੈਂ ਕਿ ਮੈਂ ਇਨਾ ਪਲੇਟਫਾਰਮਸ ਦੇ ਉੱਤੇ ਗਾਉਣ ਲਈ ਨਹੀਂ ਬਣਿਆ ਹੈਗਾ ਕਿਉਂਕਿ ਮੇਰਾ 뮤직 ਜਾਂ ਮੇਰੇ ਗੀਤ ਸੀਗੇ ਉਹ ਯਾਰ ਦੋਸਤ ਕਾਲਜਾਂ ਚ ਸੁਣਦੇ ਸੀ ਹਨ ਤੇ ਉਹ ਮੈਂ ਉਹਨਾਂ ਨੂੰ ਸੁਣਾ ਰਿਹਾ ਸੀ ਜਿਹੜੇ ਆਲਰੇਡੀ ਸਿੱਖੇ ਹੋਏ ਬੰਦੇ ਆ ਉਹਨਾਂ ਨੂੰ ਉਹ ਸਪਲੀਆਂ ਦੀ ਜਾਂ ਉਹ ਯਾਰਾਂ ਬੇਲੀਆਂ ਦੀ ਸਮਝ ਕਿੱਥੇ ਆਉਣੀ ਸੀ ਉਹ ਤਾਂ ਆਲਰੇਡੀ ਉਸਤਾਦ ਬੰਦੇ ਸੀ ਹਨ ਮੈਂ ਕਹਿੰਦਾ ਨਹੀਂ ਯਾਰ ਮੈਂ ਐਵੇਂ ਇਨਾ ਮੁਰੇ ਗਾਈ ਜਾਂਦਾ ਵੀ ਇਨਾ ਮੇਰਾ 뮤직 ਹੈ ਜਿਹੜਾ ਉਹ ਮੇਰੇ ਵਰਗੀ ਮਢੀਰ ਹੀ ਸਮਝ ਸਕਦੀ ਹੈ ਸੋ ਮੈਂ ਕਹਾ ਮੈਂ ਗਲਤ ਲੋਕਾਂ ਕੇ ਗਾ ਰਿਹਾ ਹੈ ਹੈਨਾ ਮੈਨੂੰ ਨਵੇਂ ਮੁੰਡੇ ਬੜੇ ਮਿਲਦੇ ਆ 뮤직 ਕਾਲੇ ਜਾਂ ਜਿਹੜੇ ਸਿੰਗਰ ਬਣਨਾ ਚਾਹੁੰਦੇ ਉਹ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਆਪਣੀ ਆਡੀਅנס ਦੇਖੋ ਪਹਿਲਾਂ ਤੁਹਾਡੇ ਗਾਣਿਆਂ ਮੁਤਾਬਕ ਤੁਹਾਨੂੰ ਕੀ ਲੱਗਦਾ ਕਿਹੜੇ ਬੰਦੇ ਤੁਹਾਨੂੰ ਪਸੰਦ ਕਰਨਗੇ ਸੋ ਉੱਥੇ ਕਹਾਣੀ ਹੈ ਸਾਰੀ ਮਤਲਬ ਤੁਸੀਂ ਮੇਰੇ ਗਾਣੇ ਆ ਜਿਵੇਂ ਹੁਣ ਤੁਸੀਂ ਦੇਖਿਆ ਵੀ ਯਾਰ ਅਨਮੁੱਲੇ ਹੋਇਆ ਹੁਣ ਬੂਮ ਰੈਂਗ ਗਾਣਾ ਆਇਆ ਸੀਗਾ ਉਹ ਮੇਰੇ ਗਾਣੇ ਹੈਗੇ ਨੇ ਮਢੀਰ ਚ ਸੁਣਾਉਣ ਵਾਲੇ ਰੌ ਬੰਦਿਆਂ ਨੂੰ ਜਿਨ੍ਹਾਂ ਨੂੰ 뮤직 ਦੀ ਖੁਦ ਬਹੁਤ ਜ਼ਿਆਦਾ ਸਮਝ ਨਹੀਂ ਹੈਗੀ ਲੋਡ ਵੀ ਨਹੀਂ ਮਤਲਬ ਮੈਂ ਸੋਚਦਾ ਕਿ ਜਿੰਨਾ ਕਿ ਮੈਂ ਮੈਨੂੰ ਆਉਂਦਾ ਉਹਨਾਂ ਲਈ ਬਹੁਤ ਹੈ ਇਨਫ ਹੈ ਮੈਂ ਆਪਣੀ ਗੱਲ ਕਨਵੇ ਕਰ ਰਿਹਾ ਚੰਗੇ ਤਰੀਕੇ ਨਾਲ ਰੂਹ ਨਾਲ ਕਨਵੇ ਕਰ ਰੂਹ ਨਾਲ ਦਿਲ ਨਾਲ ਹਨਾ ਤੇ ਉਹਦੇ ਚ ਮੈਂ ਬਿਨਾਂ ਗੱਲੋਂ ਮਤਲਬ ਸੁਰ ਪਾ ਦੇਣਾ ਸੁਰ ਪਾਈ ਜਾਮ ਰਾਗ ਪਾਈ ਜਾਮ ਵੀ ਨਹੀਂ ਆ ਤਾਂ ਮੈਂ ਫਲਾਨੇ ਰਾਗ ਚ ਗਿਆ ਆ ਮੈਂ ਇਹਦੇ ਚ ਗਿਆ ਉਹ ਨਾ ਤਾਂ ਉਹਨਾਂ ਨੂੰ ਰਾਗਾਂ ਦਾ ਪਤਾ ਹੈ ਤੇ ਉਹਨਾਂ ਨੂੰ ਮੈਂ ਨਹੀਂ ਸਮਝਾ ਸਕਦਾ ਹਨਾ ਤੇ ਜਿਹੜੇ ਜਿਨ੍ਹਾਂ ਨੂੰ ਸਮਝ ਆਏ ਉਹ ਫਿਰ ਉਤਲੀ ਗਾਇਕੀ ਸੁਣਦੇ ਆ ਪਰ ਸਾਨੂੰ ਲੋੜ ਵੀ ਨਹੀਂ ਅਸੀਂ ਆਪਦੇ ਬੰਧਿਆ ਲਈ ਸਹੀ ਹੈ ਠੀਕ ਹੈ ਪਰ ਜਿਵੇਂ ਅੱਜ ਕੱਲ ਚੱਲਦਾ ਹੈ ਵੀ ਸਿੱਖੇ ਹੋਏ ਨੌਨ ਸਿੱਖੇ ਹੋਏ ਤੇ ਉਹਦੇ ਤੇ ਤੁਹਾਡਾ ਕੀ ਟੇਕ ਹੈ ਕਿ ਤੁਸੀਂ ਆਪ ਜਿੰਨਾ ਕਿ ਹੈਗੇ ਤੁਸੀਂ ਵੀ ਉਹ ਰੂਹਦਾਰੀ ਵਾਲੀ ਗੱਲ ਹੈ ਤੇ ਚੱਲਦਾ ਵੀ ਪੰਜਾਬੀ ਛੱਡ ਦੋ ਤੁਸੀਂ ਗਲੋਬਲ 뮤직 ਜਿਹੜਾ ਉਹ ਸਾਰਾ ਆਲਮੋਸਟ ਉਹੀ ਹੈ ਜਿਨ੍ਹਾਂ ਨੂੰ ਰਾਗਾਂ ਦਾ ਪਤਾ ਹੀ ਨਹੀਂ ਹੈ ਸੋ ਪੰਜਾਬੀ 뮤직 ਦੇ ਅੰਦਰ ਵੀ ਜਿੰਨੇ ਹੈਗੇ ਨੇ ਸਟੈਬਲਿਸ਼ਡ ਇਹ ਕਿਸੇ ਤੋਂ ਨਹੀਂ ਲੁਕੀ ਗੱਲ ਵੀ ਆਲਮੋਸਟ ਸਾਰੇ ਜਿਹੜੇ ਰੂਹ ਵਾਲੇ ਨੌਨ ਲਰਨਡ ਨੇ ਜਿਨ੍ਹਾਂ ਨੇ ਵਾਜਾ ਵੀ ਨਹੀਂ ਫੜਿਆ ਹੁੰਦਾ ਉਹ ਵੀ ਹੁੰਦੇ ਨੇ ਸੋ ਉਹਦੇ ਤੇ ਤੁਹਾਡਾ ਕੀ ਟੇਕ ਹੈ ਜੇ ਕਿਸੇ ਨੂੰ ਕੋਈ ਬਲੇਮ ਕਰਦਾ ਵੀ ਤੂੰ ਪਹਿਲਾਂ ਸਿੱਖ ਕੇ ਆ ਸੋ ਕੌਨਫੀਡੈਂਸ ਦੇਣ ਦੇ ਲਈ ਆ ਉਹਦਾ ਮੈਂ ਆਲਰੇਡੀ ਜਿਵੇਂ ਕਿਹਾ ਨਾ ਆਡੀਅנס ਆਪਦੀ ਪਤਾ ਹੋਣੀ ਚਾਹੀਦੀ ਹੈ ਵੀ ਲੈਟਸ ਸੇ ਹੁਣ ਇੱਕ ਪਾਸੇ ਆਪਣੇ ਸਰਤਾਜ ਸਰਤਾਜ ਜੀ ਨੇ ਹਨਾ ਸਰਤਾਜ ਦੀ ਜਿਹੜੀ ਆਡੀਅנס ਹੈ ਉਹ ਉਸ ਤਰ੍ਹਾਂ ਦੀ ਆਡੀਅנס ਹੈ ਡਾਕਟਰਸ ਹੋਗੇ ਜਾਂ ਥੋੜੇ ਜੇ ਇੰਟੈਲੈਕਚੁਅਲ ਬੰਦੇ ਹੋਗੇ ਉਹਨਾਂ ਲਈ ਉਹ ਜੋ ਗਾ ਰਹੇ ਆ ਉਹ ਬਿਲਕੁਲ ਸਹੀ ਹੈ ਹੈਨਾ ਪਰ ਹੁਣ ਜੇ ਆਪਾਂ ਬਰਨਾਲੇ ਸਰਤਾਜ ਦਾ ਸ਼ੋਅ ਕਰਾ ਦਈਏ ਜਿੱਥੇ ਚਾਦਰਿਆਂ ਵਾਲੇ ਚਾਦਰੇ ਲਾ ਕੇ ਬੈਠੇ ਹੋਣ ਉਹ ਡਿਫਰੈਂਸ ਆ ਜਾਂਦਾ ਹੈ ਹਨਾ ਹੁਣ ਜਿਨ੍ਹਾਂ ਨੇ ਸ਼ੁਰੂ ਤੋਂ ਮਾਨਕ ਨੂੰ ਜਾਂ ਅਸਦੀਕ ਨੂੰ ਇਦਾਂ ਦੇ ਲੋਕਾਂ ਨੂੰ ਸੁਣਿਆ ਉਹਨਾਂ ਨੂੰ ਨਹੀਂ ਸਮਝ ਆਊਗੀ ਹਾਂ ਜੇ ਆਪਾਂ ਟੈਗੋਰ ਥੀਏਟਰ ਚੰਡੀਗੜ੍ਹ ਚ ਸ਼ੋਅ ਹੋਵੇ ਸਰਤਾਜ ਸਾਹਿਬ ਦਾ ਤੇ ਫਿਰ ਉੱਥੇ ਮਾਹੌਲ ਹੋਰ ਹੋਊਗਾ ਸੋ ਆਡੀਅנס ਡਿਫਰੈਂਟ ਹੈ ਜਿਹੜੇ ਸਿੱਖ ਕੇ ਆ ਰਹੇ ਨੇ ਫਿਰ ਉਹਨਾਂ ਦੀ ਉਹਨਾਂ ਨੂੰ ਦੇਖਣਾ ਪੈਣਾ ਤੁਹਾਡੇ ਤੁਹਾਡਾ ਮੈਟਰ ਕਿਹਜਾ ਗਾਣੇ ਕਿਹਜੇ ਆ ਤੁਸੀਂ ਕਿਹੜੀ ਆਡੀਅנס ਨੂੰ ਕੈਪਚਰ ਕਰਨਾ ਤੇ ਜਿਹੜੇ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਸਿੱਖਣ ਤੋਂ ਪਹਿਲਾਂ ਹੀ ਪਤਾ ਵੀ ਯਾਰ ਅਸੀਂ ਇਹਨਾਂ ਲਈ ਗਾਉਣਾ ਉਹ ਉਹਦੇ ਨਾਲ ਦੀ ਰੀਸ ਹੀ ਕੋਈ ਨਹੀਂ ਤੇ ਸ਼ਹਿਰੀਮਾਨ ਪਰਸਨਲੀ ਕਿੰਨਾ ਕੁ ਸਿੱਖਿਆ ਮੈਂ ਤਿੰਨਕ ਦਿਨ ਗਿਆ ਸੀ ਕਲਾ ਕੇਂਦਰ ਮੈਂ ਉੱਥੇ ਜਾ ਕੇ ਅ ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਯਾਰ ਮੇਰੇ ਕੋਲੇ ਨਾ ਗਾਣੇ ਲਿਖੇ ਪਏ ਆ ਉਹਦੇ ਉੱਥੇ ਮੈਡਮ ਹੁੰਦੀ ਸੀ ਇੱਕ ਮੈਂ ਕਿਹਾ ਜੀ ਮੈਂ ਮੈਨੂੰ ਮੈਨੂੰ ਨਾ ਇਹਦੀਆਂ ਤਰਜਾਂ ਬਣਾਉਣੀਆਂ ਸਿਖਾਓ ਮੈਲਡੀ ਮੈਲਡੀ ਮਤਲਬ ਮੈਂ ਇਹਨੂੰ ਗਾਣਾ ਲਿਖਿਆ ਪਿਆ ਇਹਨੂੰ ਮੈਂ ਵਾਜੇ ਤੇ ਕਿਵੇਂ ਕੱਢਾਂ ਅੱਛਾ ਮਤਲਬ ਉਹ ਮੈਡਮ ਹੱਸ ਪਈ ਕਹਿੰਦੀ ਕੱਢਣ ਨੂੰ ਵੀ ਕੀ ਵਾਜੇ ਦੇ ਵਿੱਚੋਂ ਕੱਢਣਾ ਮੈਂ ਕਿਹਾ ਜੀ ਤਰਜ ਕਿਵੇਂ ਕੱਢਾਂ ਉਹ ਕਹਿੰਦੀ ਐ ਇਹੋ ਜਿਹਾ ਕੁਝ ਨਹੀਂ ਹੁੰਦਾ ਪਹਿਲਾਂ ਤੁਸੀਂ ਸਰਗਮਾ ਸਿੱਖੋ ਫਿਰ ਹੋਰ ਦੋ ਚਾਰ ਭਾਰੇ ਸ਼ਬਦ ਉਹਨਾਂ ਨੇ ਕਹੇ ਉਸ ਤੋਂ ਬਾਅਦ ਤੁਸੀਂ ਗੱਲ ਕਰਿਓ ਕੰਪੋਜੀਸ਼ਨਾਂ ਦੀ ਪਹਿਲਾਂ ਤੁਸੀਂ ਆਹ ਰਾਗ ਸਿੱਖੋ ਆਹ ਆ ਜਿੰਨੇ ਵੀ ਰਾਗ ਨੇ ਪਤਾ ਨਹੀਂ ਕਿੰਨੇ ਸੀ ਮੈਂ ਕਹਾਂ ਜੀ ਮੇਰਾ ਪਰਪਸ ਹੈ ਵੀ ਮੈਂ ਆਪਦੇ ਗਾਣਿਆਂ ਦੀ ਤਰਜ਼ਾਂ ਵਾਜਿਆਂ ਤੇ ਮਤਲਬ ਵਾਜਿਆਂ ਦੇ ਉੱਤੇ ਕੱਢ ਕੇ ਗਾਉਣਾ ਇੱਕ ਤਾਂ ਮੇਰੀ ਬੋਲੀ ਉਹੋ ਜੀ ਸੀ ਵੀ ਤਰਜ਼ਾਂ ਕੱਢਣੀਆਂ ਜੀ ਇਹਦੇ ਚ ਆ ਵੀ ਜਗਾ ਮੈਂ ਸਹੀ ਸੀਗਾ ਕਿ ਮੈਨੂੰ ਸੀਗਾ ਕਿ ਮੈਂ ਯਾਰ ਵੀ ਮੇਰੇ ਗਾਣੇ ਬਿਨਾ ਗਾਏ ਤੁਸੀਂ ਕੰਪੋਜ਼ ਕਰ ਪਾਓ ਉਹਨੂੰ ਵੀ ਐਟਲੀਸਟ ਵੀ ਮੈਂ ਉਹਨੂੰ ਕੰਪੋਜ਼ ਕਰ ਸਕਾਂ ਹਨਾ ਤੇ ਉਹ ਹੱਸਣ ਲੱਗੇ ਕਹਿੰਦੇ ਵੀ ਨਹੀਂ ਮੈਂ ਕਿਹਾ ਜੀ ਮੜਾ ਮੋਟਾ ਮੈਨੂੰ ਫਿਰ ਵਜਾਉਣਾ ਹੀ ਸਿਖਾ ਦਿਓ ਵੀ ਕਿਵੇਂ ਹੁੰਦਾ ਤਿੰਨ ਕੁ ਦਿਨ ਉਹਨਾਂ ਨੇ ਮੇਰੇ ਤੇ ਲਾਏ ਜ਼ੋਰ ਜਿਆ ਲਾਇਆ ਮੈਂ ਮੈਂ ਕਿਹਾ ਵੀ ਇਹ ਤਾਂ ਹੋਰ ਹੀ ਪਾਸੇ ਲਈ ਜਾਂਦੇ ਮਤਲਬ ਇਤੋਂ ਉਹ ਗਾਨੀਸ਼ ਖਾਜੀ ਅੰਦਰ ਜਿਹੜੇ ਜਦੋਂ ਦੂਰਦਰਸ਼ਨ ਤੇ ਆਉਂਦੇ ਸੀ ਅਸੀਂ ਬੰਦੀ ਕਰ ਦਿੰਦੇ ਸੀ ਕਿਉਂਕਿ ਚੈਨਲ ਤਾਂ ਚੇਂਜ ਨਹੀਂ ਸੀ ਕਰ ਸਕਦੇ ਹੈਨਾ ਮੈਂ ਦੱਸਿਆ ਨਾ ਵੀ ਆਡੀਅנס ਦੀ ਡਿਫਰੈਂਸ ਹੁੰਦਾ ਸੋ ਮੈਂ 2-3 ਦਿਨ ਮੈਂ ਕਿਹਾ ਵੀ ਚੱਲ ਆਪਣਾ ਜੇ ਕਰਕੇ ਆ ਤਾਂ ਹੋ ਹੀ ਗਿਆ ਵੀ ਇਧਰੋਂ ਐ ਮਾਰੀਦਾ ਇਧਰੋਂ ਐ ਕਰੀਦਾ ਮੈਂ ਕਿਹਾ ਮੈਂ ਆਪ ਹੀ ਟਰਾਈ ਕਰਦਾ ਫਿਰ ਮੈਂ ਸੱਚੀ ਦੱਸਾਂ ਜਿਹੜਾ ਮੈਂ ਪਹਿਲਾ ਵਾਜਾ ਲਿਆ ਉਹ ਮੈਂ ਵਾਜਾ ਵੀ ਗਲਤ ਲਿਆ ਉਹ ਵਾਜਾ ਸੀਗਾ ਹਾਈ ਸੁਰ ਵਾਲਾ ਮਤਲਬ ਬੇਸਿਕਲੀ ਉਹ ਫੀਮੇਲਸ ਦਾ ਵਾਜਾ ਸੀ ਮੈਨੂੰ ਕਿਸੇ ਨੇ ਚੇਪਤਾ ਸਮਝ ਲਓ ਉਸ ਟਾਈਮ ਤੇ 90s ਦੇ ਵਿੱਚ ਉਹ ਵਾਜਾ ਆਇਆ ਸੀਗਾ 14 1500 ਦਾ ਵਾਜਾ ਬੜੀ ਗੱਲ ਆ ਉਹਨਾਂ ਟਾਈਮਾਂ 'ਚ ਉਦੋਂ ਰੇਂਜਰ ਸਾਈਕਲ ਆਉਂਦਾ ਹੁੰਦਾ ਸੀਗਾ 14 1500 ਦਾ ਸੋ ਉਹ ਵਾਜਾ ਗਲਤ ਦੇਦਾ ਪਰ ਸੁਰ ਤਾਂ ਸੋਰੀ ਹੈ ਮੈਂ ਉਹਦੇ ਤੇ ਪੰਗੇ ਪੁੰਗੇ ਲਈ ਗਿਆ ਫਿਰ ਹੌਲੀ ਹੌਲੀ ਮੈਂ ਆਵਾਜ਼ ਆਵਦੀ ਉਹਦੇ ਨਾਲ ਮਲਾਉਣੀ ਸ਼ੁਰੂ ਕਰਤੀ ਮੈਂ ਕਹੇ ਰਾ ਤਾਂ ਬੜਾ ਇੱਕ ਹਿਸਾਬ ਦਾ ਤੁਸੀਂ ਐ ਕਹ ਲਓ ਵੀ ਮੈਨੂੰ ਸਵਾਦ ਆਉਣ ਲੱਗ ਗਿਆ ਬਾਜੇ ਨਾਲ ਗਾਉਣ ਦਾ ਅੱਛਾ ਵੀ ਚਾਹੇ ਮੈਂ ਹੌਲੀ-ਹੌਲੀ ਸੁਰ ਮਲਾਉਂਦਾ ਸੀ ਪਰ ਮੈਨੂੰ ਇੱਕ ਮੈਨੂੰ ਟਾਈਮ ਦਾ ਪਤਾ ਨਹੀਂ ਸੀ ਲੱਗਦਾ ਜਦੋਂ ਮੈਂ ਉੱਤੇ ਬਹਿ ਜਾਂਦਾ ਸੀ ਅੱਛਾ ਜੇ ਤੁਸੀਂ ਪ੍ਰੈਕਟਿਸ ਹੀ ਕਰਨ ਲੱਗ ਪ੍ਰੈਕਟਿਸ ਕਰਦਾ ਸੀ ਐਂਡ ਇਹ 90s ਦੀ ਗੱਲ ਆ ਇਹ 90s ਦੀ ਗੱਲ ਆ ਫਿਰ ਮੈਂ ਮੈਨੂੰ ਲੱਗਿਆ ਮੈਂ ਕਿ ਯਾਰ ਇੱਦਾਂ ਸਵਾਦ ਬੜਾ ਆ ਰਿਹਾ ਫਿਰ ਮੈਂ ਹੌਲੀ-ਹੌਲੀ ਉਹਦੇ ਤੇ ਆਪ ਦਾ ਤਰਜਾ ਕੱਢਣੀਆਂ ਸ਼ੁਰੂ ਕੀਤੀਆਂ ਜਿਵੇਂ ਜਿਵੇਂ ਵੀ ਜੋ ਮੇਰੇ ਅੰਦਰ ਮਿਊਜ਼ਿਕ ਸੀਗਾ ਮੈਂ ਕਹਾਂ ਵੀ ਜਿੰਨਾ ਕ ਹੈਗਾ ਉਹਨਾਂ ਕ আচ্ছা ਫਿਰ ਦੂਜੀ ਚੀਜ਼ ਇਹ ਮਿਮਿਕਰੀ ਵੀ ਕਰਦਾ ਸੀਗਾ ਤੇ ਮਿਮਿਕਰੀ ਜਿਹੜਾ ਬੰਦਾ ਕਿਸੇ ਦੀ ਕਰੂਗਾ ਸੁਰਚ ਤਾਂ ਗਾਊਗਾ ਹੀ ਉਹ ਤੋਂ ਬਿਨਾ ਮਿਮਿਕਰੀ ਹੋ ਹੀ ਨਹੀਂ ਸਕਦੀ ਨਹੀਂ ਸਕਦੀ ਐਗਜ਼ੈਕਟ ਨਾਲ ਸੀ ਲਾਗੇ ਤਾਂ ਕਿਤੇ ਰਹੂਗਾ ਨੇੜੇ ਰਹੂਗਾ ਸੋ ਕਹਿ ਲੋ ਵੀ ਉੱਥੋਂ ਮੈਂ ਕਰ ਕਰਾ ਕੇ ਇੱਥੇ ਤੱਕ ਪਹੁੰਚ ਗਿਆ ਪਰ ਮੈਨੂੰ ਐ ਲੱਗਦਾ ਜੇ ਮੈਂ ਕਿਤੇ ਸਿੱਖਣ ਦੇ ਚੱਕਰਾਂ 'ਚ ਪਿਆ ਜਾਂਦਾ ਤਾਂ ਸ਼ਾਇਦ ਮੈਂ ਇੱਥੇ ਤੱਕ ਨਾ ਆਉਂਦਾ ਇਹ ਗੱਲ 90s ਤੋਂ ਸ਼ੁਰੂ ਹੋਈ 2010 11 ਚ ਜਾ ਕੇ ਗਾਣਾ ਹਿੱਟ ਹੋਇਆ ਹੈ ਨਾ ਤੇ ਪਰ ਇੰਨੇ ਕੁ ਜੋਗਾ ਤਾਂ ਹੋਣਾ ਪੈਂਦਾ ਹੈ ਨਾ ਸਿੰਗਰ ਨੂੰ ਹੁਣ ਅਸੀਂ ਸੁਣੀਦਾ ਐਜ਼ ਅ ਨੌਨ ਲਰਨਰ ਜਦੋਂ ਸਿੰਗਰ ਕਹਿ ਦਿੰਦਾ ਨਾ ਮਿਊਜ਼ੀਸ਼ੀਅਨ ਨੂੰ ਆ ਕੇ ਜਦੋਂ ਸਿੰਗਰ ਚੇਂਜ ਹੁੰਦਾ ਉਹ ਆ ਕੇ ਕਹਿੰਦਾ ਕਿ ਮੈਨੂੰ ਸਾ ਲਾ ਗਾ ਲਾ ਸਾਡੇ ਭਾਣੇ ਦਾ ਸਾਨੂੰ ਕੀ ਪਤਾ ਇੰਨਾ ਕੁ ਤਾਂ ਸਿੱਖਣਾ ਪੈਂਦਾ ਹੀ ਆਏਗਾ ਉਹ ਪ੍ਰੈਕਟਿਸ ਹੋ ਜਾਂਦੀ ਹੈ ਸਟੇਜਾਂ ਤੇ ਗਾ ਗਾ ਕੇ ਅੱਛਾ ਹੈ ਨਾ ਮਤਲਬ ਮੈਥੋਂ ਵੀ ਕਈ ਇਹੋ ਜਿਹੇ ਸਿੰਗਰ ਹੈ ਮੈਂ ਨਾਂ ਤਾਂ ਨਹੀਂ ਲੈਂਦਾ ਪਰ ਉਹ ਕਈ ਵਾਰੀ ਜਦੋਂ ਮੇਰੇ ਨਾਲ بڑے ਮੁੰਡੇ ਨਵੇਂ ਜਾਂਦੇ ਰਹੇ ਆ ਜਦੋਂ ਅਸੀਂ ਸ਼ੋਜ਼ ਸਾਡੇ ਹੁੰਦੇ ਸੀ ਨਾ ਪੰਜਾਬ ਚ ਕੀ ਹੁੰਦਾ ਪੰਜਾਬ ਚ ਇੱਕ ਅੱਧਾ ਨਾਲ ਤੁਹਾਨੂੰ ਸਿੰਗਰ ਚਾਹੀਦਾ ਹੁੰਦਾ ਜਿਹੜਾ 15 ਮਿੰਟ ਲਾ ਕੇ ਲੋਕਾਂ ਨੂੰ ਇਹ ਹੋ ਜੇ ਵੀ ਪ੍ਰੋਗਰਾਮ ਸ਼ੁਰੂ ਹੋ ਗਿਆ ਹਾਂ ਗਰਮਜਾਂ ਕਰਨ ਵਾਲਾ ਵਾਰਮ ਅਪ ਸਿੰਗਰ ਹਾਂ ਮਤਲਬ ਜੇ ਮੈਂ ਪਹਿਲਾਂ ਜਾਊਂਗਾ ਸਟੇਜ ਤੇ ਮੂਰੇ ਕੁਰਸੀਆਂ ਖਾਲੀ ਪਈ ਸਹੀ ਗੱਲ ਆ ਉਹ ਸਵਾਦ ਨਹੀਂ ਆਉਂਦਾ ਸੀ ਹਨਾ ਉਹ 15 ਮਿੰਟ ਇੱਕ ਸਾਡਾ ਹੁੰਦਾ ਸੀ ਬੇਲੀ ਉਹਨੂੰ ਲਵਾ ਦਈਦੇ ਸੀ ਤੇ ਉਹ ਕਈ ਕਈ ਵਾਰੀ ਉਹ ਗਲਤ ਸੁਰ ਚੱਕ ਲੈਂਦਾ ਸੀ ਫਿਰ ਉਹ ਵਿੱਚੋਂ ਰੁਕਾ ਕੇ ਬਾਈ ਗਲਤ ਹੋ ਗਿਆ ਦੁਬਾਰੇ ਹੈਨਾ ਫਿਰ ਐਦਾਂ ਸੋ ਮੇਰੇ ਨਾਲ ਵੀ ਸ਼ੁਰੂ-ਸ਼ੁਰੂ ਚ ਬੜਾ ਹੋਇਆ ਆਡੀਅנס ਅੱਗੇ ਪੂਰਾ ਜੋਸ਼ ਉਹ ਮੈਂ ਜੋਸ਼ ਚ ਮੈਂ ਵੀ ਬੜਾ ਉਤਲਾ ਸੁਰ ਚੱਕ ਲੈਣਾ ਉਸ ਤੋਂ ਬਾਅਦ ਫਿਰ ਮੈਂ ਕਹਣਾ ਯਾਰ ਤਾਂ ਪੰਗਾ ਪੈ ਗਿਆ ਜਦੋਂ ਅੱਗੇ ਪਹਿਰੇ ਤੇ ਜਾਵਾਂਗੇ ਤਾਂ ਹੋਰ ਉੱਚਾ ਹੋ ਜੂ ਹੈਨਾ ਫਿਰ ਮੈਂ ਉਹਨੂੰ ਬੰਦ ਕਰਾ ਕੇ ਹੈਨਾ ਮੈਂ ਉਹਨੂੰ ਕਹਿਣਾ ਯਾਰ ਮੈਨੂੰ ਦੱਸ ਕਿੱਥੋਂ ਉਹਨੇ ਕਹਿਣਾ ਇੱਥੋਂ ਫਿਰ ਮੈਂ ਕਹਣਾ ਓਕੇ ਹਣਾ ਸੋ ਇਹ ਜਿਹੜਾ ਸਿੱਖਣ ਵਾਲਾ ਪ੍ਰੋਸੈਸ ਹੈ ਇਹ ਤਾਂ ਲਾਈਫਟਾਈਮ ਇਹਦਾ ਚੱਲਦਾ ਹੀ ਰਹਿੰਦਾ ਹਾਂ ਹੁਣ ਥੋੜੀ ਇਹੋ ਜੀ ਗੱਲ ਹੈ ਹੁਣ ਤਾਂ ਮੈਂ ਆਪ ਜਾ ਕੇ ਕਹਿਣਾ ਵੀ ਇੱਥੋਂ ਮੈਂ ਗਾਉਣਾ ਤੇ ਇੱਥੋਂ ਉੱਪਰ ਨਾ ਥੱਲੇ ਉੱਥੇ ਮੈਂ ਫੌਜੀ ਵਾਂਗੂ ਪੱਕਾ ਹਾਂ ਪੂਰਾ ਵੀ ਆਪਣੇ ਜ਼ੋਨ ਦਾ ਪਤਾ ਲੱਗ ਗਿਆ ਵੀ ਮੇਰੀ ਜ਼ੋਨ ਹੈ ਯਾਰ ਹੁਣ ਮੈਂ ਹੁਣ ਹੁਣ ਨਹੀਂ ਪਹਿਲਾਂ ਵਾਂਗੂ ਪਰ ਸ਼ੁਰੂ ਸ਼ੁਰੂ ਚ ਬਹੁਤ ਹੋਇਆ ਬੰਦਾ ਜੋਸ਼ ਚ ਕਈ ਵਾਰੀ ਉੱਚਾ ਚੱਕ ਲੈਂਦਾ ਹਣਾ ਜਾਂ ਆਡੀਅנס ਹਜੇ ਬੈਠੀ ਨਹੀਂ ਥੋੜੇ ਬੰਦੇ ਆ ਬੰਦਾ ਕਹਿੰਦਾ ਆਰਾਮ ਨਾਲ ਚੱਲਦੇ ਆ ਯਾਰ ਬੰਦਾ ਥੱਲੋਂ ਚੈੱਕ ਕਰ ਲੈਂਦਾ ਸੋ ਇਹ ਵੀ ਗੱਲਾਂ ਨੇ ਪਰ ਇਹ ਬੰਦਾ ਨਾਲ ਨਾਲ ਸਿੱਖੀ ਜਾਂਦਾ ਜਿੱਦਾਂ ਹੁਣ ਤਾਂ ਤੁਸੀਂ ਕਿਹਾ ਕਿ ਸਟੇਜ ਤੇ ਐਕਸਪੀਰੀਅੰਸ ਹੋ ਗਿਆ ਅੱਜ ਕੱਲ ਤਾਂ ਆਟੋ ਟਿਊਨ ਲਾ ਕੇ ਬਾਅਦ ਚ ਸਟੇਜ ਤੇ ਚੜਦੇ ਆਗੇ ਤੇ ਫੇਰ ਕੀ ਜਾਂ ਫੇਰ ਉਹ ਪਿੱਛੇ ਸਟੇਜ ਸ਼ੋਅ ਤੇ ਵੀ ਆਪ ਤਾਂ ਗਾਉਂਦੇ ਨਹੀਂ ਰਾਈਟ ਗੱਲ ਦੇ ਖੋਦੇ ਚ ਵੀ ਗੱਲ ਇਹ ਹੈ ਵੀ ਜੇ ਕਿਸੇ ਦਾ ਆਟੋ ਟਿਊਨ ਹੈ ਜਿਹੜਾ ਉਹ ਕਲੱਬਾਂ ਕਲੱਬਾਂ ਆਲਾ ਕੰਮ ਚੱਲੀ ਜਾਂਦਾ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਹਨਾ ਹਾਂ ਪਰ ਜਿੱਥੇ ਇੱਕ ਲਾਈਵ ਦੀ ਜਿਹੜੀ ਗੱਲ ਹੈ ਉਹ ਡੈਫੀਨਿਟਲੀ ਉਹ ਲਾਈਵ 'ਚ ਪਤਾ ਲੱਗਦਾ ਪਰ ਜੇ ਅਗਲੇ ਨੇ ਲਾਈਵ ਗਾਉਣਾ ਹੀ ਨਹੀਂ ਕਲੱਬਾਂ ਵਾਲਾ ਕੰਮ ਫਿਰ ਉਹਦਾ ਸੈਟਾ ਕੰਮ ਫਿਰ ਉਹ ਚੱਲੀ ਜਾਉ ਥੋੜੀ ਗੱਲ ਆਪਣੀ ਆਡੀਅנס ਪਛਾਣੋ ਜੇ ਉਹਦੀ ਆਡੀਅנס ਹੀ ਉਹ ਆ ਨਾਟ ਬੈਡ ਬਿਲਕੁਲ ਸੋ ਸਟਾਰਟਿੰਗ 'ਚ ਜਦੋਂ ਤੁਸੀਂ ਸਿੰਗਰ ਬਣ ਗਏ ਕੁਝ ਐਵੇਂ ਦੇ ਐਕਸਪੀਰੀਐਂਸੇਸ ਨਵੇਂ ਨਵੇਂ ਸ਼ੋਅ ਤੇ ਜਾਣ ਲੱਗੇ ਤੇ ਉਦੋਂ ਕੁਝ ਐਵੇਂ ਦਾ ਇਨਸੀਡੈਂਟ ਹੋਇਆ ਹੋਵੇ ਜਿਹੜਾ ਤੁਸੀਂ ਕਦੇ ਨਹੀਂ ਭੁੱਲ ਸਕਦੇ ਬਹੁਤ ਬੜੇ ਸਾਰੇ ਐਕਸਪੀਰੀਅੰਸ ਮਤਲਬ ਸ਼ੁਰੂ ਚ ਜਦੋਂ ਅਸੀਂ ਸਟਾਰਟ ਕੀਤਾ ਤੇ ਸਾਨੂੰ ਇਹ ਹੀ ਹੁੰਦਾ ਸੀ ਵੀ ਵੀ ਬਸ ਸਟੇਜ ਤੇ ਜਾਣਾ ਗਾਣੇ ਗਾ ਕੇ ਤੇ ਵਾਪਸ ਆ ਜਾਣਾ ਸਾਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ ਸਿਕਿਉਰਟੀ ਵੀ ਕੁਝ ਹੁੰਦੀ ਹੈ ਬਾਉਂਸਰਸ ਹੁੰਦੇ ਆ ਮੈਨੇਜਰਸ ਹੁੰਦੇ ਆ ਜਾਂ ਮਤਲਬ ਮਜਿਸ਼ੀਅਨ ਮਜਿਸ਼ੀਅਨ ਵੀ ਅਸੀਂ 2 2 3 3 ਕਰਕੇ ਉਹਨੂੰ ਕਹਿੰਦਾ ਇਹਨੂੰ ਕਹਿੰਦਾ ਇੱਕ ਮਜਿਸ਼ੀਅਨ ਅਸੀਂ ਲਭਿਆ ਫਿਰ ਉਹ ਕਹਿੰਦਾ ਜੀ ਮੈਨੂੰ ਆ ਵੀ ਜਾਣਦਾ ਆ ਵੀ ਜਾਣਦਾ ਜੀ ਗੱਲ ਲਿਆ ਸਾਰੇ ਹੈਨਾ ਸੋ ਐਂ ਕਰਕੇ ਅਸੀਂ ਸ਼ੁਰੂ ਦੇ ਵਿੱਚ ਤਾਂ ਅਸੀਂ ਦੋ ਜਾਣੀ ਮੈਂ ਤੇ ਕਮਲ ਹੀ ਜਾਂਦੇ ਹੁੰਦੇ ਸੀਗੇ ਹੈਨਾ ਤੇ ਉਦੋਂ ਇੱਕ ਵਾਰ ਦਾ ਵਾਕਿਆ ਇਹ ਹੈ ਕਿ ਲੁਧਿਆਣੇ ਦਾ ਸ਼ੋਅ ਸੀਗਾ ਅਸੀਂ ਸਟੇਜ ਤੋਂ ਉਤਰੇ ਗਾਗੂ ਕੇ ਤੇ ਬੜਾ ਵਧੀਆ ਸ਼ੋਅ ਹੋਇਆ ਅਸੀਂ ਪਾਰਕਿੰਗ ਤੱਕ ਆ ਗਏ ਹੈਨਾ ਬਹੁਤ ਵੱਡਾ ਪੈਲੇਸ ਸੀਗਾ ਉਹ ਪੱਖੋ ਵਾਲ ਰੋਡ ਤੇ ਕੋਈ ਪੈਲੇਸ ਸੀਗਾ ਅਸੀਂ ਪਾਰਕਿੰਗ ਤੱਕ ਆ ਗਏ ਤੇ ਜਿਹੜੇ ਮੁੰਡੇ ਦਾ ਵਿਆਹ ਸੀ ਉਹਦਾ ਤਾਇਆ ਆ ਗਿਆ। ਉਹਦੇ ਇੱਕ ਹੱਥ 'ਚ ਪਿਸਤੌਲ ਦੂਜੇ ਹੱਥ 'ਚ ਬਟੂਆ। ਕਹਿੰਦਾ ਯਾਰ ਮੈਂ ਤਾਂ ਪੈਸੇ ਨਹੀਂ ਵਾਰੇ। ਤੇ ਮੈਂ ਕਿਹਾ ਜੀ ਤੁਹਾਡੇ ਸਾਹਮਣੇ ਖੜਾ ਇੱਥੇ ਵਾਰ ਦਿਓ। ਕਹਿੰਦਾ ਫਿਰ ਜਦ ਤੇ ਗਾਏਗਾ ਫੇਰੀ ਵਾਰੂ। ਮੈਂ ਕਿਹਾ ਜੀ ਮੈਂ ਇੱਥੇ ਗਾ ਦਿੰਦਾ। ਸਾਨੂੰ ਆਏ ਸੀ ਵੀ ਯਾਰ ਹੁਣ ਫੇਰ ਦੁਬਾਰਾ ਇੱਥੇ ਕਿੱਥੇ ਜਾਵਾਂਗੇ ਹਨਾ। ਪਿਸਤੌਲ ਦੇਖਿਆ ਸੀ ਕਿ ਨਹੀਂ ਤੁਸੀਂ? ਹਾਂ ਨਹੀਂ ਅਸਲ 'ਚ ਉਹ ਐਕਚੁਅਲੀ ਕੀ ਸੀ ਵੀ ਹੈ ਤਾਂ ਉਹ ਫੈਨ ਹੀ ਸੀ। ਜਿਹੜੇ ਬਜ਼ੁਰਗ ਸੀ। ਬਟ ਉਦੋਂ ਮਤਲਬ ਪੈਗ ਪੁੱਗ ਲੱਗੇ ਹੋਣੇ ਜਾਂ ਜੋਸ਼ ਇੰਨਾ ਸੀ ਉਹਨਾਂ ਨੇ ਇੱਕ ਹੱਥ ਚ ਪਿਸਤੌਲ ਸੀ ਪਿਸਤੌਲ ਉਹਨਾਂ ਨੇ ਐ ਤਾਂ ਪਾਈ ਨਾ ਉਹਨਾਂ ਨੇ ਉਸੇ ਹੱਥ ਨਾਲ ਪਿਸਤੌਲ ਵਾਲਿਆਂ ਦੇ ਪੈਸੇ ਕੱਢ ਲਏ ਉਹ ਨਾਲੇ ਤਾਂ ਹੁਣ ਮੇਰਾ ਧਿਆਨ ਪਿਸਤੌਲ ਵੱਲ ਜ਼ਿਆਦਾ ਸੀ ਪੈਸੇ ਵੱਲ ਘੱਟ ਸੀ ਮੈਂ ਕਿਹਾ ਵੀ ਪੈਸੇ ਕੀ ਕਰਾਂਗੇ ਜੇ ਪਿਸਤੌਲ ਹੀ ਚੱਲ ਗਿਆ ਸੋ ਪਤਾ ਨਹੀਂ ਕਿਵੇਂ ਔਖੇ ਸੌਖੇ ਉਹਨਾਂ ਨੇ 2-4 ਵਾਰ ਨਹੀਂ ਐ ਕੀਤਾ ਤੇ ਕਮਲ ਨੇ ਐਂ ਕਰ ਲਿਆ ਬਸ ਕਹਿੰਦਾ ਜੀ ਬਸ ਆ ਗਈ ਸੋ ਇਹੋ ਜਿਹੇ ਇਹੋ ਜਿਹੇ ਵਾਕਿਆਤ ਬਹੁਤ ਸਾਰੇ ਹੁੰਦੇ ਰਹਿੰਦੇ ਆ ਸਪੈਸ਼ਲੀ ਅ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਤਾਂ ਬਹੁਤ ਮਤਲਬ ਲੋਕ ਕਈ ਵਾਰੀ ਮੈਨੂੰ ਯਾਦ ਆ ਵੀ 60 60 ਕਿਲੋਮੀਟਰ ਲੋਕ ਪਿੱਛੇ ਵੀ ਆ ਜਾਂਦੇ ਸੀ ਜਦੋਂ ਕਿਸੇ ਸ਼ੋਅ ਤੋਂ ਨਿਕਲਣਾ ਸਾਨੂੰ ਲੱਗਣਾ ਕਿ ਚੱਲ ਯਾਰ ਹਟ ਜਾਣਗੇ ਪਰ ਲੋਕਾਂ ਨੇ ਕਿੰਨਾ ਕਿੰਨਾ ਕਿਲੋਮੀਟਰ ਤੁਹਾਡੇ ਪਿੱਛੇ ਗੱਡੀਆਂ ਹੀ ਲਾ ਲੈਂਦੇ ਨੇ ਇੰਡੀਆ ਦੇ ਵਿੱਚ ਹਨਾ ਹੁੰਦੇ ਸਾਰੇ ਫੈਨ ਹੀ ਆ ਸੋ ਕਿਤੇ ਪਰੌਖਾ ਹੋ ਜਾਂਦਾ ਥੋੜਾ ਜਿਹਾ ਨਹੀਂ ਨਹੀਂ ਔਖਾ ਨਹੀਂ ਕਹਿ ਸਕਦੇ ਪਰ ਹਾਂ ਮੈਨੂੰ ਹਮੇਸ਼ਾ ਸੇਫਟੀ ਦਾ ਬੜਾ ਕੰਸਰਨ ਹੁੰਦਾ ਇੱਕ ਵਾਰੀ ਸੰਗਰੂਰ ਲਹਿਰਾਗਾਗਾ ਇੱਕ ਕਾਲਜ ਦਾ ਸ਼ੋਅ ਸੀਗਾ ਉਸ ਕਾਲਜ ਚੋਂ ਨਿਕਲੇ ਅਸੀਂ ਤੇ ਇੱਕ ਛੋਟਾ ਜਿਹਾ ਜਵਾਕ ਮੇਰਾ ਖਿਆਲ ਹੈ ਵੀ 15 16 ਸਾਲ ਦਾ ਹੋਊਗਾ ਤੇ ਉਹ ਮੇਰੇ ਕੋਲੇ ਨੋਵਾ ਹੁੰਦੀ ਸੀ ਸਾਡੇ ਕੋਲੇ ਅਸੀਂ ਉਹਨੇ ਨੋਵਾ ਨੂੰ ਹੱਥ ਪਾ ਲਿਆ ਉੱਪਰ ਸਾ ਅਸੀਂ ਨੇ ਰੇਚ ਪਤਾ ਨਹੀਂ ਲੱਗਿਆ ਉਹ ਬੰਦਿਆਂ ਦੇ ਵਿੱਚੋਂ ਗੱਡੀ ਜਦੋਂ ਨਿਕਲ ਰਹੀ ਸੀ ਉਹਨੇ ਏਦਾਂ ਹੱਥ ਪਾ ਲਿਆ ਤੇ ਗੱਡੀ ਭਜਾ ਲਈ ਡਰਾਈਵਰ ਨੇ ਤੇ ਜਦੋਂ ਮੈਂ ਪਿੱਛੇ ਨੂੰ ਦੇਖਣ ਨੂੰ ਵੀ ਕੋਈ ਆਉਂਦਾ ਤਾਂ ਨਹੀਂ ਜਦੋਂ ਮੈਂ ਦੇਖਿਆ ਤਾਂ ਉਹ ਸ਼ੀਸ਼ੇ 'ਚ ਬੰਦਾ ਖੜਾ ਐਨੂਵਾ ਦੇ ਨਾਲ ਤੇ ਮੈਂ ਸਪੀਡ ਦੇਖੀ ਮੈਂ ਡਰ ਗਿਆ ਮੈਂ ਕਿਹਾ ਯਾਰ ਇਹ ਡਿੱਗੇ ਨਾ ਮੈਂ ਸ਼ੀਸ਼ਾ ਥੱਲੇ ਕੀਤਾ ਮੈਂ ਉਹਨੂੰ ਆਈਂ ਕਰ ਲਿਆ ਮੈਂ ਕਿਹਾ ਤੂੰ ਤਾਂ ਅੰਦਰ ਹੀ ਆ ਜਾ ਮੈਂ ਕਹਾ ਵੀ ਇਹ ਜਿਹੜਾ ਬੰਦਾ ਐਡਾ ਰਿਸਕ ਲੈ ਸਕਦਾ ਯਾਰ ਮੈਂ ਕਹਾ ਇਹ ਤਾਂ ਡੇਜ਼ਰਵ ਕਰਦਾ ਵੀ ਅੱਜ ਆਪਣੇ ਨਾਲ ਡਿਨਰ ਕਰੂ ਇਹ ਸੋ ਉਹਨੂੰ ਮੈਂ ਵਿਚਾਰੇ ਨੂੰ ਅੰਦਰ ਕਰਕੇ ਮੈਂ ਪਿੱਛੇ ਬਿਠਾਇਆ ਮੈਂ ਕਹਾ ਤੇਰੇ ਤੂੰ ਪਤੰਦਰਾ ਇੰਨਾ ਰਿਸਕ ਕਹਿੰਦਾ ਜੀ ਬਸ ਫੈਨ ਹੀ ਐ ਵੀ ਮੈਂ ਤੁਹਾਨੂੰ ਮਿਲਣਾ ਹੀ ਮਿਲਣਾ ਸੀ ਸੋ ਉਹਨੂੰ ਬਿਠਾ ਕੇ ਉੱਥੇ ਰਸਤੇ 'ਚ ਉਹਦਾ ਪਿੰਡ ਪੁੱਛਿਆ ਪਹਿਲਾਂ ਤਾਂ ਵੀ ਤੇਰਾ ਪਿੰਡ ਕਿਹੜਾ ਫਿਰ ਉੱਥੇ ਸੰਗਰੂਰ ਪਹੁੰਚ ਕੇ ਡਿਨਰ ਕੀਤਾ ਉਹਨੂੰ ਨਾਲ ਕਰਾ ਕੇ ਫਿਰ ਉਹਨੂੰ ਪਿੰਡ ਛੱਡਿਆ ਉਹਦੇ ਮੈਂ ਕੋਈ ਨਹੀਂ ਯਾਰ 2 ਘੰਟੇ ਵੱਧ ਲੱਗ ਜਾਣਗੇ ਪਰ ਕਈ ਇਹੋ ਜਿਹੇ ਕ੍ਰੇਜ਼ੀ ਫੈਨ ਵੀ ਟੱਕਰਦੇ ਆ ਤੇ ਇੱਕ ਉਹ ਪ੍ਰੋਮੋਸ਼ਨ ਵਾਲਾ ਇਨਸੀਡੈਂਟ ਜਿਹੜਾ ਤੁਹਾਡੇ ਨਾਲ ਹੋਇਆ ਸੀਗਾ ਯੂਪੀ ਦੇ ਅੰਦਰ ਹੋਇਆ ਸੀ ਵੀ ਯੂਪੀ ਦੇ ਵਿੱਚ ਪਹਿਲੀ ਵਾਰੀ ਸਾਡਾ ਸ਼ੋ ਨਵੇਂ ਸਾਲ ਦਾ ਸਤਾਰ ਗੰਜ ਕਿਹੜਾ ਈਅਰ ਸੀਗਾ ਅ ਮੇਰਾ ਖਿਆਲ ਹੈ 15 14 15 ਦੀ ਗੱਲ ਹੋਣੀ ਆ ਹਾਂ ਹਾਂ ਤੇ ਯੂਪੀ ਚ ਕੀ ਹੁੰਦਾ ਮੋਸਟਲੀ ਲੋਕ ਕੀ ਕਰਦੇ ਨੇ ਜਿਹੜੇ ਉੱਥੋਂ ਦੇ ਪ੍ਰੋਮੋਟਰਸ ਨੇ ਉਹ ਪੋਸਟਰ ਲਾ ਲੈਂਦੇ ਆ ਤੇ ਲੋਕਾਂ ਤੋਂ ਪੈਸੇ ਵੀ ਟਿਕਟਾਂ ਦੇ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਆਰਟਿਸਟ ਆਉਂਦਾ ਨਹੀਂ ਅੱਛਾ ਉੱਥੇ ਇਹ ਚੀਜ਼ ਬੜੀ ਕਾਮਨ ਹੈ ਕਿਉਂਕਿ ਯੂਪੀ ਹੈਗਾ ਬਹੁਤ ਦੂਰ ਪੰਜਾਬ ਤੋਂ ਤੇ ਫਲਾਈਟ ਕੋਈ ਜਾਂਦੀ ਨਹੀਂ ਤੇ ਮੇਰਾ ਖਿਆਲ ਹੈ ਵੀ 15 17 ਘੰਟੇ ਦੀ ਡਰਾਈਵ ਹੈਗੀ ਆਰਾਮ ਨਾਲ ਤੇ ਉਹ ਜਦੋਂ ਅਸੀਂ ਪਹੁੰਚੇ ਮੈਨੂੰ ਤਾਂ ਐ ਲੱਗਿਆ ਮੈਂ ਕਿਹਾ ਜਾ ਕੇ ਹੋਟਲ 'ਚ 2 ਘੰਟੇ ਰੈਸਟ ਕਰਾਂਗੇ ਉਹ ਕਹਿੰਦੇ ਰੈਸਟ ਕੋਈ ਨਹੀਂ ਸਾਡੀ ਗੱਡੀ ਉਹਨਾਂ ਨੇ ਪਿੱਛੇ ਲਵਾ ਕੇ ਮੂਰੇ ਆਟੋ ਰਿਕਸ਼ਾ ਲਵਾਇਆ ਹਨ ਉਹਦੇ ਤੇ ਪੋਸਟਰ ਪੋਸਟਰ ਲਾ ਕੇ ਵਿੱਚ ਇੱਕ ਬੰਦਾ ਬੈਠਾ ਤੇ ਉਹ ਉਹ ਗੈਂਗਸ ਆ ਵਾਸੀਪੁਰ ਵਾਲਾ ਸੀ ਨਹੀਂ ਹੋਇਆ ਨਾ ਹਜ਼ਰਤ 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 ਉਹੀ ਵਾਲਾ ਉਹੀ ਵਾਲ ਉਹ ਅੱਗੋਂ ਐ ਬੋਲ ਰਿਹਾ ਜੀ ਹਾਂ ਸਤਾਰਗੰਜ ਮੈਂ ਪਹਿਲੀ ਵਾਰ ਸ਼ੇਰੀਮਾਨ ਜੀ ਪਹੁੰਚ ਚੁੱਕੇ ਹਨ ਜੋ ਕਿ ਹਮਾਰੇ ਪਿੱਛੇ-ਪਿੱਛੇ ਚੱਲ ਰਹੇ ਹਨ आज रात को इनका यहां पे एक प्रोग्राम होगा है ना ते मैं क्या आकी चली जांदा यार है ना फिर मेनू प्रमोटर ने ही دسیا ਕਹਿੰਦਾ ਸਰ ਜੀ یہاں پہ ਆਤਾ ਨਹੀਂ ਹੈ ਕੋਈ तो ਲੋਕ ਯਕੀਨ ਨਹੀਂ ਕਰਤੇ ਆ ਕਹਿੰਦਾ ਇਸ ਲਈ ਆਪਕੋ ਘੁਮਾ ਰਹੇ ਹਾਂ ਸਾਲਾ ਨੇ ਸਾਰੇ ਸ਼ਹਿਰ ਚ ਮੇਰੇ ਮੈਨ ਲਗਾ ਵੀ 25 30 ਗੇੜੇ ਲਵਾਤੇ ਕਿੰਨੇ ਘੰਟੇ ਲੱਗ ਰਹੇ ਨੇ ਦੋ ਤਿੰਨ ਘੰਟੇ ਉਦੋਂ ਬਾਅਦ ਟਾਈਮ ਹੋ ਗਿਆ ਉਹੀ ਥੱਕ ਕੇ ਹੋ ਗਏ ਮੈਂ ਪਰ ਇਹ ਸੀ ਵੀ ਉਦੋਂ ਸ਼ੋਜ਼ ਕਰਨ ਦਾ ਸਵਾਦ ਹੀ ਇੰਨਾ ਆਉਂਦਾ ਸੀ ਜਦੋਂ ਇੱਕ ਵਾਰੀ ਮੈਂ ਸਟੇਜ ਤੇ ਪਹੁੰਚ ਜਾਇਆ ਕਰਾਂ ਜਾਂ ਹੁਣ ਵੀ ਇਹੀ ਹੁੰਦਾ ਜੇ ਮੈਂ ਭਾਵੇਂ ਬਹੁਤ ਜ਼ਿਆਦਾ ਥੱਕਿਆ ਸਟੇਜ ਤੇ ਪਹੁੰਚ ਗਿਆ ਫਿਰ ਸਭ ਕੁਝ ਭੁੱਲ ਜਾਂਦਾ ਫਿਰ ਚਾਹੇ ਮੈਂ ਕਿਸ ਕਰਦਾ ਉਹਨੂੰ ਹਾਂ ਫਿਰ ਮੈਂ ਚਾਹੇ 2 ਦਿਨਾਂ ਸੁੱਤਾ ਹੋਵਾਂ ਫਲਾਈਟ 'ਚ ਕਿਉਂਕਿ ਅਸੀਂ ਬਹੁਤ ਲੱਕੀ ਹਾਂ ਜਿੰਨੇ ਵੀ ਆਰਟਿਸਟ ਹੈ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜਾ ਸਾਨੂੰ ਪਸੰਦ ਆ ਮਤਲਬ ਮੈਂ ਬੜੇ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਬਹੁਤ ਵੱਡੀਆਂ-ਵੱਡੀਆਂ ਜੌਬਸ ਕਰਦੇ ਆ ਪਰ ਉਹਨਾਂ ਨੂੰ ਉਹ ਚੀਜ਼ ਪਸੰਦ ਵੀ ਹੈ ਨਹੀਂਗੀ ਮਜਬੂਰੀ ਵਸ ਕਰੀ ਜਾਂਦੇ ਹੈਨਾ ਤਾਂ ਹੀ ਟਾਈਮ ਨਹੀਂ ਟੱਪਦਾ ਉਹਨਾਂ ਦਾ ਹੈਨਾ ਤੇ ਪਰ ਅਸੀਂ ਬਹੁਤ ਲੱਕੀਆਂ ਸੀ ਉਹ ਕੰਮ ਕਰ ਰਹੇ ਆ ਜਿਹੜਾ ਸਾਡੇ ਸਾਡਾ ਪੈਸ਼ਨ ਹੈ ਸੋ ਇਸ ਕਰਕੇ ਉਹ 2 ਘੰਟੇ ਕਿਵੇਂ ਲੰਘ ਗਏ ਪਤਾ ਹੀ ਨਹੀਂ ਲੱਗਿਆ ਮੈਨੂੰ ਫੜ-ਫੜ ਕੇ ਲਾਉਂਦੇ ਹੁੰਦੇ ਬਾਈ ਟਾਈਮ ਹੋ ਗਿਆ ਮੈਨੂੰ ਹੁੰਦਾ ਇੱਕ ਹੋਰ ਲਾ ਲਈਏ ਯਾਰ ਹੈਨਾ ਸੋ ਉੱਥੇ ਵੀ ਇਹੀ ਹੋਇਆ ਵੀ ਉਹ ਪੂਰਾ ਫੁੱਲੀ ਪੈਕਡ ਸੀਗਾ ਤੇ ਕੋਈ ਕੋਈ ਵਿਆਹ ਦਾ ਪੈਲੇਸ ਸੀ ਪਤਾ ਨਹੀਂ ਕੀ ਸੀ ਪਰ ਸਤਾਰਗੰਜ ਦੇ ਹਿਸਾਬ ਨਾਲ ਜਿੰਨਾ ਕਿ ਸ਼ਹਿਰ ਹੈ ਉਸ ਹਿਸਾਬ ਨਾਲ ਪਰ ਆਡੀਅנס ਬੜੀ ਵਧੀਆ ਸੀ ਕਮਾਲ ਦੀ ਆਡੀਅנס ਸੀ ਹੁਣ ਇੱਕ ਆ ਪੁੱਛਦਾ ਵੀ ਪੰਜਾਬ ਤੋਂ ਬਾਹਰ ਤੁਹਾਨੂੰ ਸਭ ਤੋਂ ਇੰਡੀਆ ਦੇ ਅੰਦਰ ਤੁਹਾਨੂੰ ਸਭ ਤੋਂ ਜ਼ਿਆਦਾ ਸਵਾਦ ਕਿਹੜੀ ਸਟੇਟ ਦੇ ਅੰਦਰ ਕਰ ਨੂੰ ਹੈ ਹਰਿਆਣਾ ਪੰਜਾਬ ਤੋਂ ਬਾਹਰ ਕਿ ਹਰਿਆਣਾ ਪੰਜਾਬ ਬੜੀ ਮੱਚ ਸਿਮਿਲਰ ਹੈਗਾ ਬਾਹਰ ਦਾ ਹਾਂਜੀ ਫੇਰ ਆਪਾਂ ਜਾਵਾਂਗੇ ਵੀ ਕੰਟਰੀ ਕਿਹੜੀ ਦਾ ਸਭ ਤੋਂ ਜ਼ਿਆਦਾ ਸਵਾਦ ਆਉਂਦਾ ਤੁਹਾਨੂੰ ਪਹਿਲਾਂ ਸਟੇਟ ਦਾ ਦੱਸ ਦਿਓ ਬਈ ਦੇ ਨੰਡਾ ਯਾਰ ਵੈਸੇ ਤਾਂ हिमाचल ਹੈਗਾ ਤਾਂ ਨਾਲ ਲੱਗਦਾ ਹੀ ਹੈ ਪਰ हिमाचल ਚ ਜਿਸ ਸਾਹ ਉਹਦੇ ਸ਼ੋਜ਼ ਮੈਂ ਪਿੱਛੇ ਜੇ ਕਰਕੇ ਆਇਆ ਬੜੀ ਆਰਗੇਨਾਈਜ਼ਡ ਸ਼ੋ ਹੁੰਦੇ ਆ ਔਰ ਲੋਕ ਬਹੁਤ ਜ਼ਿਆਦਾ ਸੁਣਨ ਵਾਲੇ ਆ ਉਥੇ ਮਤਲਬ ਬੈਠ ਕੇ ਉਥੇ ਸਪੈਸ਼ਲੀ ਦੁਸ਼ਹਿਰੇ ਦੀਵਾਲੀ ਦੇ ਸ਼ੋ ਬੜੇ ਹੁੰਦੇ ਆ ਔਰ ਉਥੇ ਗਵਰਨਮੈਂਟ ਦੇ ਸ਼ੋਜ਼ ਹੁੰਦੇ ਆ ਕਿ ਲੋਕਾਂ ਨੂੰ ਗਵਰਨਮੈਂਟ ਸ਼ੋਜ਼ ਆਰਗੇਨਾਈਜ਼ ਕਰਕੇ ਦਿੰਦੀ ਆ ਕਿਉਂਕਿ ਪਹਾੜਾਂ ਚ ਹੈ ਨਾ ਕਿ ਬਹੁਤ ਜ਼ਿਆਦਾ ਸ਼ੋਜ਼ ਹੁੰਦੇ ਨਹੀਂ ਲੋਕਾਂ ਨੇ ਆਉਣਾ ਵੀ ਬੜੀ ਦੂਰੋਂ ਦੂਰੋਂ ਹੁੰਦਾ ਤੇ ਉਹ ਮੈਨੂੰ ਉੱਥੇ ਵਧੀਆ ਲੱਗਿਆ ਪਰਫਾਰਮ ਕਰਕੇ ਉਸ ਤੋਂ ਬਿਨਾ ਫਿਰ ਅ ਬੰਬੇ ਦੇ ਵਿੱਚ 2-4 ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ ਨਵੀਂ ਮੁੰਬਈ ਦੇ ਵਿੱਚ ਮੇਰਾ ਇੱਕ ਸ਼ੋਅ ਸੀਗਾ ਲਾਈਵ ਉਹ ਆਡੀਅנס ਵੀ ਬੜੀ ਕਮਾਲ ਦੀ ਹੈ ਮਤਲਬ ਜਿਹੜੇ ਸੁਣਨ ਵਾਲੇ ਲੋਕ ਹੈ ਪੰਜਾਬੀਆਂ ਨੂੰ ਤਾਂ ਆਲਮੋਸਟ ਹਰ ਜਗ੍ਹਾ ਪਿਆਰ ਮਿਲਦਾ ਹੈ ਮਿਲਦਾ ਹੈ ਬਾਲੀਵੁੱਡ ਤਾਂ ਬਾਲੀਵੁੱਡ ਤੇ ਖਾਸ ਕਰ ਸੁਣਦਾ ਪੰਜਾਬੀਆਂ ਨੂੰ ਆ ਹਾਂ ਹਾਂ ਬਿਲਕੁਲ ਨਹੀਂ ਨਹੀਂ ਬਾਲੀਵੁੱਡ ਵਾਲੇ ਐਕਚੁਅਲੀ ਅੱਧਾ ਬਾਲੀਵੁੱਡ ਤਾਂ ਪੰਜਾਬੀ ਹੋਈ ਹੈ ਹੈਨਾ ਜਾਦਾ ਇਹ ਪਿੱਛੋਂ ਰੂਟਸ ਆਉਗੀ 3rd 4th ਜਨਰੇਸ਼ਨ ਸਾਰਿਆਂ ਦੇ ਹਾਂ ਰੂਟਸ ਹਾਂ ਸਹੀ ਗੱਲ ਸੋ ਸੁਣਨ ਵਾਲੇ ਜਿਹੜੇ ਆਪਣੇ ਕੀ ਨੇ ਪੰਜਾਬ ਵਾਲੇ ਨੇ ਉਹ ਪਿਆਰ ਇੰਨਾ ਕਰਦੇ ਆ ਉਹ ਬੈਠ ਨਹੀਂ ਸਕਦੇ ਉਹ ਮਤਲਬ ਲਿਟਰਲੀ ਮੈਂ ਕਹਿੰਦੇ ਸੁਣਿਆ ਮੈਂ 2-4 ਵਾਰੀ ਅਨਾਉਂਸ ਵੀ ਕੀਤਾ ਹੋਣਾ ਕਿਸੇ ਸ਼ੋਅ ਤੇ ਯਾਰ ਵੀ ਬੈਠ ਕੇ ਸੁਣ ਲੋ ਉਹ ਕਹਿੰਦੇ ਬੈਠ ਸਕਦੇ ਨਹੀਂ ਅਸੀਂ ਕਹਿੰਦੇ ਸਾਨੂੰ ਯਕੀਨ ਨਹੀਂ ਹੋ ਰਿਹਾ ਵੀ ਭਾਈ ਤੂੰ ਆਇਆ ਵੀ ਅਸੀਂ ਕਿਵੇਂ ਬਹਿ ਜੀਏ ਉਹਨਾਂ ਦੀ ਉਹ ਐਕਸਾਈਟਮੈਂਟ ਪਰ ਕਈ ਥਾਵਾਂ ਤੇ ਲੋਕ ਚਾਹੁੰਦੇ ਅਸੀਂ ਬੈਠ ਕੇ ਸੁਣੀਏ ਹਮ ਫੈਮਿਲੀਜ਼ ਆਲੇ ਮੋਸਟਲੀ ਤੇ ਹੁਣ ਕੰਟਰੀ 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 ਆਰ ਆਬਵੀਅਸਲੀ ਕੈਨੇਡਾ ਅੱਛਾ ਕੈਨੇਡਾ ਦੇ ਵਿੱਚ ਵੀ ਟ੍ਰਾਂਟੋ ਜਾਂ ਵੈਂਕੂਵਰ ਹਮ ਮਤਲਬ ਕਰਾਊਡ ਦਾ ਜਿਹੜਾ ਹੈਗਾ ਵੈਸੇ ਤਾਂ ਕੈਨੇਡਾ ਮੈਂ ਕਹੂੰਗਾ ਪਹਿਲੇ ਨੰਬਰ ਤੇ ਤੇ ਉਸ ਤੋਂ ਬਾਅਦ ਅਮਰੀਕਾ ਵੀ ਹੈ ਅਮਰੀਕਾ ਵਾਲੇ ਵੀ ਆਪਣੇ ਬੰਦੇ ਬਹੁਤ ਜ਼ਿਆਦਾ ਮਤਲਬ ਪਿਆਰ ਕਰਦੇ ਤੇ ਫਿਰ ਹੁਣ ਕੀ ਰਹਿ ਗਿਆ ਆਸਟ੍ਰੇਲੀਆ ਨਿਊਜ਼ੀਲੈਂਡ ਹੀ ਰਹਿ ਗਿਆ ਬਸ ਉਹ ਵੀ ਪਰ ਅਸਲ ਚ ਜਿੱਥੇ ਵੀ ਦੇਖੋ ਪੰਜਾਬੀ ਤਾਂ ਸੇਮ ਹੀ ਹੈ ਨਾ ਪੰਜਾਬੀ ਤਾਂ ਹਰ ਜਗ੍ਹਾ ਸੇਮ ਹੀ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਸਵਾਦ ਇਹ ਆਉਂਦਾ ਹੈ ਕਿ ਉੱਥੇ ਬਹੁਤ ਜ਼ਿਆਦਾ ਰੈਗੂਲਰ ਸ਼ੋਜ਼ ਨਹੀਂ ਹੁੰਦੇ ਉੱਥੇ ਟੂਰਜ਼ ਹੀ ਹੁੰਦੇ ਆ ਸੋ ਜਿਵੇਂ ਹੁਣ ਕੈਨੇਡਾ ਤਾਂ ਆਪਣੇ ਹੁਣ ਬਹੁਤ ਸਾਰੇ ਸ਼ੋਜ਼ ਮੇਲੇ ਵੀ ਹੋਣ ਲੱਗ ਗਏ ਹਨ ਆਸਟ੍ਰੇਲੀਆ ਨਿਊਜ਼ੀਲੈਂਡ ਹਜੇ ਆਪਣੇ ਕਿਉਂਕਿ ਪਹਿਲੀ ਜਾਂ ਦੂਜੀ ਪੀੜੀ ਐਸ ਉੱਥੇ ਟੂਰਜ਼ ਵੱਧ ਹੁੰਦੇ ਆ ਉਹ ਉਹਦਾ ਅਲੱਗ ਸੁਆਦ ਆ ਟੂਰ ਦਾ ਸੋ ਜਦਾਂ ਜਦਾਂ ਤੁਸੀਂ ਇੰਡਸਟਰੀ ਦੇ ਅੰਦਰ ਹੁੰਦੇਗੇ ਤੁਹਾਡਾ ਐਕਸਪੀਰੀਅੰਸ ਆਉਂਦਾ ਗਿਆ ਇੰਡਸਟਰੀ ਦੇ ਪ੍ਰੋਸ ਐਂਡ ਕੌਨਸ ਫਾਇਦੇ ਨੁਕਸਾਨ ਤੁਹਾਡੇ ਕਿਵੇਂ ਦੇ ਤਜਰਬੇ ਰਹੇ ਇੰਡਸਟਰੀ ਦਾ ਇੱਕ ਜਿਹੜਾ ਸਭ ਤੋਂ ਵੱਡਾ ਤਜਰਬਾ ਇਹ ਆ ਇੰਡਸਟਰੀ 'ਚ ਕਲੈਬੋਰੇਸ਼ਨ ਹੋ ਸਕਦੀ ਆ ਪਰ ਫਰੈਂਡਸ਼ਿਪ ਨਹੀਂ ਕਦੇ ਹੋ ਸਕਦੀ ਗਿਵਨ ਟੇਕ ਵਾਲਾ ਕੰਮ ਜ਼ਿਆਦਾ ਗਿਵਨ ਟੇਕ ਹੀ ਆ ਸਾਰਾ ਜਿਆਦਾ ਨਹੀਂ 100% ਹੀ اچھا ਜਮਾਈ ਕੋਰੇ ਹਾਂ ਔਰ ਗਿਵ ਐਂਡ ਟੇਕ ਵੀ ਇਹ ਹੈ ਜਿਵੇਂ ਤੁਸੀਂ ਸਿਰਫ ਤੁਸੀਂ ਗਿਵ ਕਰਨ ਮਤਲਬ ਦੇਣਾ ਹੀ ਆ ਜਦੋਂ ਤੁਸੀਂ ਮੰਗ ਲਿਆ ਬਾ ਉਸ ਤੋਂ ਬਾਅਦ ਫਿਰ ਥੋੜੀ ਵਿਗੜ ਗਈ ਫਿਰ ਸਸਰੀ ਘਰ ਮਤਲਬ ਜਿੰਨਾ ਚਿਰ ਤੁਸੀਂ ਦਈ ਜਾਓਗੇ ਦਈ ਜਾਓਗੇ ਤੁਹਾਨੂੰ ਲੱਗਦਾ ਕਿ ਚੱਲ ਯਾਰ ਮੈਂ ਦਿੱਤਾ ਕੱਲ ਨੂੰ ਚੱਲ ਮੈਂ ਵੀ ਕੋਈ ਇਹਨਾਂ ਤੋਂ ਕੋਈ ਫੇਵਰ ਲੈ ਲੂੰਗਾ ਉਹ ਨਹੀਂ ਹੈਗਾ ਜੇ ਉਹ ਉਹ ਆ ਤੁਸੀਂ ਮੰਗ ਲਿਆ ਕਿਸੇ ਤੋਂ ਫਿਰ ਤੁਹਾਡੀ ਜਮਾਈ ਵਿਗੜ ਗਈ ਮਤਲਬ ਇਹ ਹੈ ਤੇ ਕਲੈਬਰੇਸ਼ਨ ਵਾਲਾ ਕੰਮ ਹੀ ਹੈ ਵੀ ਜੇ ਕੋਈ ਕਲੈਬਰੇਸ਼ਨ ਕਰਨੀ ਹੈ ਤਾਂ ਦੱਸੋ ਜੀ ਉਹਦੇ 'ਚ ਵੀ ਇਦਾਂ ਉਦਾਂ ਆਹਾ 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 ਸੋ ਆਹਾ ਚੀਜ਼ ਹੈ ਤੇ ਯਾਰੀ ਦੋਸਤੀ ਹੈ ਜਿਹੜੀ ਉਹ ਉਹੀ ਹੈ ਤੁਹਾਡੀ ਪੁਰਾਣੀ ਜਿਹੜੇ ਤੁਹਾਨੂੰ ਜਿਹੜੇ ਤੁਹਾਡੇ ਨਾਲ ਬੈਠੇ ਵੀ ਆ ਮਹਿਫਲਾਂ ਵੀ ਲਾਈਆਂ ਜਿਹੜੇ ਤੁਹਾਨੂੰ ਗਲਤ ਤੇ ਗਲਤ ਵੀ ਕਹਿੰਦੇ ਸੀ ਸਹੀ ਤੇ ਸਹੀ ਵੀ ਕਹਿੰਦੇ ਸੀ ਉਹ ਅੱਜ ਵੀ ਸਾਰੇ ਉਹੀ ਹੈ ਤੇ ਪਰ ਇਹ ਮੇਰੀ ਇੱਕ ਕਹਿ ਲਓ ਮੈਨੂੰ ਲੱਗਦਾ ਸੀ ਕਿ ਇੰਡਸਟਰੀ ਚ ਵੀ ਯਾਰ ਦੋਸਤੀ ਯਾਰੀ ਦੋਸਤੀ ਹੋ ਸਕਦੀ ਹੈ ਪਰ ਉਹ ਮੇਰੇ ਪਾਸਿਓ ਮੈਨੂੰ ਲੱਗਦਾ ਸੀ ਪਰ ਨਹੀਂ ਬਿਲਕੁਲ ਨਹੀਂ ਗਲਤ ਹੈ ਔਰ ਇਹ ਸਹੀ ਗੱਲ ਹੈ ਜਿਹੜੀ ਇੱਕ ਪੂਰੀ ਦੀ ਪੂਰੀ ਇੰਡਸਟਰੀ ਹੈ ਇਹ ਕਦੇ ਵੀ ਇੱਕ ਸੁਰਤੇ ਜਮੇ ਨਹੀਂ ਹੋ ਸਕਦੇ ਹਰ ਬੰਦਾ ਆਪ ਦਾ ਦੇਖੂਗਾ ਸੋ ਇਹ ਇਹ ਮੈਨੂੰ ਲੱਗਦਾ ਇੱਕ ਇਹਦਾ ਮੈਂ ਕੀ ਇਹਨੂੰ ਕਹਾਂ ਨੁਕਸਾਨ ਜਾਂ ਫਾਇਦਾ ਨਹੀਂ ਇਹ ਹੈ ਹੀ ਇਸੇ ਤਰ੍ਹਾਂ ਮਤਲਬ ਜਿਹੜਾ ਇਹਦੇ ਚ ਮੇਰੇ ਵਾਂਗੂ ਸੋਚੂਗਾ ਮਤਲਬ ਇਮੋਸ਼ਨਲ ਹੋ ਕੇ ਉਹਦਾ ਨੁਕਸਾਨ ਹੈ ਪਰ ਜਿਹੜਾ ਪ੍ਰੋਫੈਸ਼ਨਲ ਸੋਚੂਗਾ ਉਹਦਾ ਫਾਇਦਾ ਹੀ ਫਾਇਦਾ ਵੀ ਬਿਜ਼ਨਸਮੈਨ ਮੈਂਟੈਲਿਟੀ ਪਰ ਤੁਹਾਨੂੰ ਤਾਂ ਜਾਣੇ ਇਸ ਕਰਕੇ ਜਾਂਦਾ ਵੀ ਯੂ ਹੈਲਪ ਇਨੇ ਲੋਕਾਂ ਨੂੰ ਤੁਸੀਂ ਕਦੇ ਕ੍ਰੈਡਿਟ ਨਹੀਂ ਲਿਆ ਨਾ ਕਦੇ ਮੈਂ ਦੇਖਿਆ ਵੀ ਨਾ ਤੁਸੀਂ ਕਲੇਮ ਕਰੋ ਸੋ ਉਸ ਤੋਂ ਬਾਅਦ ਵਾਲੇ ਸਟਿਲ ਐਕਸਪੀਰੀਅੰਸ ਹੋਵੇਂ ਦਾ ਰਹਿ ਜਾਂਦਾ ਵੀ ਇਵਨ ਥੋ ਤੁਸੀਂ ਦੇਣੇ ਹੀ ਦਿੰਨੇ ਆ ਹੈਲਪ ਤੇ ਸਪੋਰਟ ਰਾਣੇ ਆਪਣੇ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਨੇਕੀ ਕਰ ਕੂਏ ਮੇਂ ਡਾਲ ਉਹ ਇਸ ਕਰਕੇ ਨਹੀਂ ਸੀ ਕਹਿੰਦੇ ਵੀ ਤੁਸੀਂ ਬੜੇ ਚੰਗੇ ਇਨਸਾਨ ਹੋ ਵੀ ਖੂਚ ਪਾ ਦਿਓ ਉਹ ਇਸ ਕਰਕੇ ਕਹਿੰਦੇ ਸੀ ਕਿਉਂਕਿ ਕੱਲ ਨੂੰ ਜਿਸ ਬੰਦੇ ਨਾਲ ਵੀ ਨੇਕੀ ਕਰੋਗੇ ਉਹਨੂੰ ਤੁਹਾਨੂੰ ਵਾਪਸ ਦੁਬਾਰਾ ਆ ਕੇ ਤੁਹਾਨੂੰ ਖਰਾਬ ਕਰਨਾ ਕਿਸੇ ਨਾ ਕਿਸੇ ਕਿਉਂਕਿ ਜਦੋਂ ਤੁਸੀਂ ਕਿਸੇ ਤੇ احਸਾਨ ਕਰਦੇ ਹੋ ਨਾ ਤਾਂ ਉਹ ਉਸ ਟਾਈਮ ਤੇ ਤਾਂ ਫਿਰ ਉਹਨੂੰ ਪਤਾ ਨਾ ਵੀ ਮਤਲਬ ਉਹਦੇ ਅੰਦਰ ਇੱਕ ਗ੍ਰਜਤਤਾ ਰਹਿ ਜਾਂਦੀ ਹੈ ਵੀ ਹਾਂ ਯਾਰ ਇਹਨੇ ਮੇਰੀ ਹੈਲਪ ਕੀਤੀ ਹੈ ਜਦੋਂ ਕਿਸੇ ਦੀ ਹੈਲਪ ਕਰਤੀ ਤਾਂ ਤੁਸੀਂ ਉਹਨੂੰ ਆਪ ਦਾ ਦੁਸ਼ਮਣ ਬਣਾ ਲਿਆ ਅੱਛਾ ਡੈਫੀਨਿਟਲੀ ਹੀ ਸ਼ੁੱਡ ਬੀ ਉਹਨੂੰ ਤਾਂਕਫੁਲ ਹੋਣਾ ਚਾਹੀਦਾ ਵੀ ਨਹੀਂ ਉੱਪਰੋਂ ਥੈਂਕਫੁਲ ਹੋਊਗਾ ਅੰਦਰੋਂ ਇੱਕ ਬੰਦਾ ਰੋਡ ਤੇ ਖੜਾ ਹੈ ਮੰਗ ਰਿਹਾ ਤੁਸੀਂ ਉਹਨੂੰ ਕੁਝ ਦਿੱਤਾ ਤਾਂ ਉਹਦਾ ਉਹ ਜਿਹੜਾ ਮੰਗਣ ਵਾਲਾ ਉਹਨੂੰ ਇਹ ਪਤਾ ਹੈ ਕਿ ਮੈਂ ਥੱਲੇ ਆ ਇਹ ਉੱਪਰ ਹੈ। ਓਏ ਹੈਨਾ? ਡਿਊਰਿੰਗ ਦਾ ਜਦੋਂ ਹੋ ਰਿਹਾ ਹੁੰਦਾ ਅਗਲੇ ਨੂੰ ਉਹ ਅਹਿਸਾਸ ਹੋ ਜਾ। ਹਾਂ, ਕੱਲ ਨੂੰ ਉਹ ਬੰਦਾ ਤੁਹਾਡੇ ਤੋਂ ਉੱਪਰ ਜਾਵੇ। ਤਾਂ ਉਹ ਕਹੂਗਾ ਹਾਂ ਓਏ, ਤੂੰ ਮੈਨੂੰ ਦਿੱਤਾ ਸੀ, ਲੈ ਹੁਣ ਮੈਂ ਤੈਨੂੰ ਦਵਾਂ। ਜਿਤਾਊਗਾ, ਜਿਤਾਊਗਾ। ਕਿਉਂਕਿ ਓਬਵੀਅਸਲੀ ਜਦੋਂ ਕਿਸੇ ਨੂੰ ਆਪਾਂ ਹੈਲਪ ਕਰਤਾ, ਕਿਸ ਕਿਸੇ ਨੂੰ ਕੁਝ ਵੀ ਦੇਤਾ। ਉਹ ਬੰਦਾ ਬਾਹਰੋਂ ਭਾਵੇਂ ਥੈਂਕਸ ਕਰੇ, ਅੰਦਰੋਂ ਇਹੀ ਕਹਿੰਦਾ ਵੀ ਯਾਰ ਮੈਂ ਮਾੜਾ ਹਾਂ ਤਾਂ ਕਰਕੇ ਇਹਨੇ ਮੇਰੀ ਹੈਲਪ ਕੀਤੀ। ਇੱਕ ਦੂਜਾ ਵੇ ਹੈ ਸੋਚਣ ਦਾ ਔਰ ਇਹੀ ਹੁੰਦਾ ਬੜਾ ਕੌੜਾ ਹੋਵੇ ਹੈ ਸੋਚਾਂ ਬੜਾ ਸੱਚਾ ਹੋਵੇ ਹੈ ਪਰ ਹੁੰਦਾ ਇਹੀ ਹੈ ਕਿਉਂਕਿ ਤਾਂ ਹਮੇਸ਼ਾ ਮਾੜੇ ਬੰਦੇ ਦੀ ਹੈਲਪ ਕੀਤੀ ਜਾਂਦੀ ਹੈ ਤੇ ਮਾੜਾ ਬੰਦਾ ਇਹ ਚੀਜ਼ ਭੁੱਲਦਾ ਨਹੀਂ ਕਿ ਇਹਨੇ ਇੱਕ ਦਿਨ ਮੇਰੀ ਹੈਲਪ ਕੀਤੀ ਸੀ ਤੇ ਮੈਂ ਇਹਨੂੰ ਦੱਸੂਗਾ ਹੈਨਾ ਤਾਂ ਹੀ ਤਾਂ ਦੇਖ ਲਓ ਨਾ ਜਿੰ ਮੈਂ ਆਪਦੀ ਗੱਲ ਨਹੀਂ ਕਰਦਾ ਜ਼ਿੰਦਗੀ 'ਚ ਇਹ ਚੀਜ਼ ਦੇਖਿਓ ਕਦੇ ਵੀ ਕਿਸੇ ਬੰਦੇ ਦੀ ਹੈਲਪ ਕਰੋਗੇ ਉਹ ਬੰਦਾ ਇੱਕ ਨਾ ਇੱਕ ਦਿਨ ਜਾ ਕੇ ਤੁਹਾਡਾ ਪੂਰਾ ਪੱਕਾ ਦੋਸ਼ਮਣ ਬਣੂਗਾ ਇੱਕ ਸੋਚਿਓ ਜ਼ਿੰਦਗੀ ਚ ਹੋਇਆ ਹੁਣ ਮੇਰੇ ਨਾਲ ਬਹੁਤ ਵਾਰੀ ਹੋਇਆ ਉਹ ਬਜ਼ੁਰਗ ਆਪਣੇ ਤਾਂ ਨਹੀਂ ਸੀ ਕਹਿੰਦੇ ਨੇਕੀ ਕਰ ਕੂਏ ਮੇਂ ਡਾਲ ਉਹ ਕਹਿੰਦੇ ਸੀ ਕਰਕੇ ਭੁੱਲ ਜਾ ਕਿਉਂਕਿ ਜੇ ਤੂੰ ਯਾਦ ਰੱਖੇਗਾ ਤਾਂ ਕੱਲ ਨੂੰ ਤੇਰੇ ਵੱਲ ਹੀ ਆਉਣਾ ਉਹਦਾ ਜਿਹੜਾ ਕਨਸੀਕੁਐਂਸ ਆਇਆ ਤਾਂ ਤੈਨੂੰ ਦੁੱਖ ਨਾ ਹੋਵੇ ਫਿਰ ਤੈਨੂੰ ਦੁੱਖ ਹੋਊਗਾ ਕਿਉਂਕਿ ਦੁੱਖ ਤਾਂ ਹੁੰਦਾ ਬੰਦਾ ਕਹਿੰਦਾ ਯਾਰ ਮੈਂ ਤਾਂ ਯਾਰ ਕਮਾਲ ਹੈ ਤਾਂ ਯਾਰ ਮੈਂ ਇਨਾ ਕੁਝ ਕੀਤਾ ਉਸ ਟਾਈਮ ਤੇ ਬੰਦਾ ਫਿਰ ਉਹ ਟਾਈਮ ਯਾਦ ਕਰਕੇ ਐਵੇਂ ਦੁਖੀ ਹੋ ਜਾਂਦਾ ਉਹ ਕਹਿੰਦਾ ਭੁੱਲ ਜਾ ਕਹਿੰਦਾ ਆ ਹੱਥ ਨੇ ਦਿੱਤਾ ਤਾਂ ਆ ਹੱਥ ਨੂੰ ਪਤਾ ਨਾ ਲੱਗੇ ਉਹ ਬਿਲਕੁਲ ਸਹੀ ਕਿਹਾ ਬਜ਼ੁਰਗਾਂ ਨੇ ਔਰ ਐਂ ਹੀ ਹੋਣਾ ਚਾਹੀਦਾ ਸੋ ਇਹ ਹੈ ਚੀਜ਼ ਸੋ ਸਿੰਗਿੰਗ ਤੋਂ ਐਕਟਿੰਗ ਦਾ ਤੁਹਾਨੂੰ ਮੌਕਾ ਮਿਲਿਆ ਉਹ ਐਕਸਪੀਰੀਅੰਸ ਕਿਵੇਂ ਲੱਗ ਰਿਹਾ ਏ ਤੁਹਾਡਾ ਉਹ ਠੀਕ ਰਿਹਾ ਮਤਲਬ ਬਹੁਤ ਮੈਂ ਇਹ ਨਹੀਂ ਕਹਿੰਦਾ ਬਹੁਤ ਵਧੀਆ ਰਿਹਾ ਕਿਉਂਕਿ ਦੋਨੇ ਚੀਜ਼ਾਂ ਬਹੁਤ ਡਿਫਰੈਂਟ ਹੈ ਬੈਲੈਂਸ ਕਰਨਾ ਔਖਾ ਬੈਲੈਂਸ ਕਰਨਾ ਔਖਾ ਨਾਲੇ ਪਰ ਪੰਗਾ ਇਹ ਹੈ ਕਿ ਆਪਣੇ ਪ੍ਰੋਡਿਊਸਰਸ ਨੂੰ ਡਾਇਰੈਕਟਰਸ ਨੂੰ ਇਹ ਲੱਗਦਾ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਯਾਰ ਜਿਹੜਾ ਸਿੰਗਰ ਹੈ ਉਹੀ ਐਕਟਰ ਹੋਣਾ ਚਾਹੀਦਾ ਮਤਲਬ ਉਹਨਾਂ ਦੀ ਮਜਬੂਰੀ ਸੀ ਅਗਲਾ ਕੁਐਸਚਨ ਹੀ ਆਉਣਾ ਸੀਗਾ ਮੇਰਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਸੀ ਹਾਲਾਂਕਿ ਉਹ ਵੀ ਇਹ ਚੀਜ਼ ਤੋਂ ਬਹੁਤ ਜ਼ਿਆਦਾ ਦੁਖੀ ਹੁੰਦੇ ਸੀ ਕਿਉਂਕਿ ਸਿੰਗਰ ਜਿਹੜਾ ਸਿੰਗਰ ਹੈ ਉਹ ਐਕਟਰ ਜ਼ਰੂਰੀ ਨਹੀਂ ਹੋ ਸਕਦਾ ਜਾਂ ਹੋਵੇ ਸੋ ਉਹਨਾਂ ਨੂੰ ਉਹ ਬੰਦੇ ਤੋਂ ਐਕਟਿੰਗ ਕਰਾਉਣੀ ਜਾਂ ਕਿਉਂਕਿ ਆਬਵੀਅਸਲੀ ਜਿਹੜਾ ਇੱਕ ਸਿੰਗਰ ਜਿਹੜਾ ਕੱਲਾ ਐਕਟਰ ਹੈ ਉਹ ਤਾਂ ਐਕਟਿੰਗ ਤੇ ਹੀ ਹੈ ਸਿੰਗਰ ਕੋਲੇ ਯਾਰ ਸ਼ੋਜ਼ ਵੀ ਨੇ ਸਿੰਗਰ ਨੇ ਹੋਰ ਵੀ ਸੌ ਥਾਵਾਂ ਤੇ ਜਾਣਾ ਉਹਦੇ ਚੋਂ ਡੇਟਾ ਕੱਢ ਕੇ ਦੇਣੀ ਆ ਉਹਦੇ ਤੋਂ ਕੰਮ ਕਰਾਉਣਾ ਹੈਨਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜਾ ਸਿੰਗਰ ਹੈ ਐਕਟਰ ਹੋਵੇ ਤਾਂ ਫਿਰ ਬਾਅਦ ਚ ਹੁਣ ਜਿਵੇਂ ਮੈਂ ਦੇਖਦਾ ਮੇਰੇ ਬਹੁਤ ਸਾਰੇ ਭਰਾ ਬਹੁਤ ਵਧੀਆ ਕਰ ਰਹੇ ਆ ਪੰਜਾਬੀ ਇੰਡਸਟਰੀ ਦੇ ਵਿੱਚ ਪਰ ਉਹ ਫਿਰ ਜੇ ਐਕਟਿੰਗ 'ਚ ਆਗੇ ਤਾਂ ਫਿਰ ਐਕਟਿੰਗ 'ਚ ਹੀ ਨੇ ਫਿਰ ਉਹ ਸ਼ੋਅਜ਼ ਵਾਲਾ ਕੰਮ ਫਿਰ 뮤직 ਰਹਿ ਜਾਂਦਾ ਹੈ ਨਾ ਸੋ ਇੱਕ ਇੱਕ ਚੀਜ਼ ਕਿਉਂਕਿ ਦੋਨੇ ਡਿਫਰੈਂਟ ਫੀਲਡ ਨੇ ਦੋਨੇ ਹਾਂ ਕੋਈ ਹੋ ਸਕਦਾ ਵੀ ਬੰਦਾ ਇੰਨਾ ਕੁ ਜ਼ਿਆਦਾ ਮਤਲਬ ਆਮਿਰ ਖਾਨ ਹੋਵੇ ਜਿਹੜਾ ਪਰਫੈਕਸ਼ਨਿਸਟ ਹੋਵੇ ਪਰ ਮੁਸ਼ਕਲ ਹੈ ਦੋਨੇ ਬੜੇ ਡਿਫਰੈਂਟ ਫੀਲਡ ਹੈ ਤੇ ਪ੍ਰੋਡਿਊਸਰ ਤਾਂ ਆਏਗੇ ਸੋ ਉਹਨਾਂ ਨੂੰ ਤਾਂ ਯੂਜ਼ ਕਰਦੇ ਨੇ ਐਕਚੁਅਲੀ ਟਰਮ ਯੂਜ਼ ਹੀ ਕਹੂੰਗਾ ਮੈਂ ਕਿਉਂਕਿ ਇੱਕ ਸਿੰਗਰ ਦੀ ਪਹਿਲਾਂ ਤੋਂ ਹੀ ਉਹ ਆਡੀਅנס ਬਣੀ ਹੁੰਦੀ ਹੈ ਉਹਨਾਂ ਨੂੰ ਐ ਹੁੰਦਾ ਵੀ ਮਾਸ ਰੀਚ ਕਰਨਾ ਸੌਖਾ ਤੇ ਇਹਦੀ ਆਡੀਅנס ਹੈ ਤੇ ਇਹਦੀ ਕਲਟ ਆਡੀਅੰਸ ਹੈ ਉਹਨਾਂ ਨੇ ਮੂਵੀ ਦੇਖਣ ਤਾਂ ਆਉਣਾ ਹੀ ਆਉਣਾ ਨਹੀਂ ਉਸ ਤੋਂ ਪਹਿਲਾਂ ਇੱਕ ਹੋਰ ਵੀ ਇੱਕ ਬਹੁਤ ਵੱਡਾ ਕਾਰਨ ਹੈ ਮੂਵੀ ਦੇਖਣ ਆਉਣਾ ਹੀ ਆਉਣਾ ਇਹ ਚਾਹੇ ਹੋਵੇ ਚਾਹੇ ਨਾ ਹੋਵੇ ਇੱਕ ਜੇ ਕੋਈ ਬੰਦਾ ਵਧੀਆ ਸਿੰਗਰ ਹੈ ਤਾਂ ਉਹਨਾਂ ਦਾ ਅੱਧੇ ਤੋਂ ਵੱਧ ਖਰਚਾ ਉਹਦੀ ਐਲਬਮ ਕੰਪਲੀਟ ਕਰ ਦਿੰਦੀ ਹੈ ਹਾਂ ਉਹਦਾ 뮤직 ਕੰਪਲੀਟ ਇੰਨਾ ਬਰੀ ਤੱਕ ਸੋਚਦੇ ਨੇ ਡੈਫੀਨਿਟਲੀ ਹੁਣ ਇੱਕ ਆਮ ਐਕਟਰ ਨੂੰ ਲੈ ਲਿਆ ਇੱਕ ਸਿੰਗਰ ਨੂੰ ਲੈ ਲਿਆ ਸਿੰਗਰ ਨੇ ਪੰਜ ਗਾਣੇ ਵੀ ਦੇਣੇ ਐਲਬਮ ਦੇ ਆਪਣੇ 뮤직 ਫਿਲਮ ਦੇ ਵਿੱਚ ਹੁਣ ਉਹ ਪੰਜ ਸੱਤ ਗਾਣੇ ਉਹ ਵਿਕਣੇ ਵੀ ਫਿਰ 뮤직 ਵੀ ਉਹਦਾ ਕਰੋੜ ਡੇਢ ਕਰੋੜ ਦਾ ਵਿਕਣਾ ਉਹਨੇ ਤਾਂ ਆਪਣੀ ਕੋਸਟ ਪਹਿਲਾਂ ਹੀ ਪੂਰੀ ਕਰਤੀ ਸਿੰਗਰ ਨੇ ਓਏ ਬਿਜ਼ਨਸਮੈਨ ਥਿੰਕਿੰਗ ਐਸ ਸਾਹ ਜੀ ਉਹੀ ਚੱਲਦਾ ਅੱਗੇ ਆ ਫਿਰ ਉਹ ਕਹਿੰਦੇ ਜੀ ਤੁਸੀਂ ਫਿਲਮ ਕਰ ਰਹੇ ਹੋ ਥੋੜੀ ਫਿਲਮ ਹੈ ਉਹਨਾਂ ਨੂੰ ਪਤਾ ਹੈ ਵੀ ਇਹ ਕਿਸੇ ਹੋਰ ਦਾ ਗਾਣਾ ਥੋੜੀ ਯਾਰ ਗਾਊਗਾ ਜਾਂ ਕੋਈ ਹੋਰ ਦਾ ਥੋੜੀ ਇਹ ਪਲੇਬੈਕ ਕੋਈ ਹੋਰ ਬੰਦਾ ਤਾਂ ਕਰ ਹੀ ਨਹੀਂ ਸਕਦਾ ਹੁਣ ਮੇਰੀ ਫਿਲਮ ਹੋਵੇ ਤਾਂ ਮੈਂ ਹੀ ਗਾਊਗਾ ਮੇਰੀ ਅੰਦਰ ਕੌਨਸ਼ੀਅਸ ਨਹੀਂ ਅਲਾਉ ਕਰਦੀ ਕਿ ਮੈਂ ਕਿਸੇ ਹੋਰ ਦੇ ਪਲੇਬੈਕ ਤੇ ਕੁਝ ਕਰਾਂ ਹਨਾ ਉਹਨਾਂ ਨੂੰ ਇਹ ਚੀਜ਼ ਪਹਿਲਾਂ ਹੀ ਪਤਾ ਹੁੰਦੀ ਹੈ ਵੀ ਇਹ ਗਾਣੇ ਤਾਂ ਆਪਦੇ ਨੇ ਗਾਉਣੇ ਹੀ ਗਾਉਣੇ ਆ ਹਨਾ ਪਰ ਉਹ ਜਿਹੜਾ 뮤직 ਆ ਉਹਨਾਂ ਨੇ ਬਾਰੋ-ਬਾਰ ਵੇਚ ਜਣਾ ਹੈਨਾ ਉਹ ਸਿੰਗਰ ਵੀ ਕਹਿੰਦਾ ਯਾਰ ਹਾਂ ਚੱਲ ਮੈਨੂੰ ਹੀ ਗਾਉਣਾ ਚਾਹੀਦਾ ਹੈਨਾ ਉਹ ਫਿਰ ਉਹ ਦੋ ਦੋਨੇ ਪਾਸੇ ਐਸੀ ਤੈਸੀ ਹੋ ਜਾਂਦੀ ਹੈ ਸਹੀ ਗੱਲ ਹੈ ਥੋੜੀ ਜਿਵੇਂ ਇਸ਼ਕ ਗਰਾਰੀ ਮੂਵੀ ਆਈ ਸੀ ਉਹ ਮੂਵੀ ਭਾਵੇਂ ਹੁਣ ਇਸ ਟਾਈਮ ਕੋਈ ਦੇਖੇ ਨਾ ਦੇਖੇ ਉਹਦੇ ਗਾਣੇ ਕੋਈ ਕਰਜ਼ਾ ਬੇਵਫਾਈ ਕੁੜੀਏ ਚੜੀਏ ਉਹ ਅੱਜ ਤੱਕ ਲੋਕੀ ਇਵਨ 90s 20s ਦੇ ਬੌਰਨ ਵੀ ਉਹਨਾਂ ਨੇ ਮੂਵੀ ਨਹੀਂ ਦੇਖੀ ਹੁੰਦੀ ਉਹਨਾਂ ਨੇ ਉਹ ਯਾਦ ਹੁੰਦਾ ਵੀ ਉਹ ਗਾਣਾ ਗਾਣੇ ਹਾਂ ਅੱਜ ਵੀ ਚੱਲਦੇ ਪਰ ਉਹ ਗਾਣੇ ਮੈਨੂੰ ਹੀ ਗਾਉਣੇ ਪੈਣੇ ਸੀ ਹੋਰ ਕੌਣ ਫਿਰ ਹਣਾ ਸੋ ਇਹ ਇੱਕ ਰੀਜ਼ਨ ਹੈ ਬਹੁਤ ਵੱਡਾ 뮤ਜ਼ਿਕ ਦਾ ਸੋ ਇਵਨ ਥੋ ਸ਼ੇਰੀਮਨ ਆਪ ਸੋਸ਼ਲ ਮੀਡੀਆ ਤੋਂ ਆਇਆ YouTube ਨੇ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੁਣ ਮਾਡਰਨ ਵਰਲਡ ਦੇ ਅੰਦਰ ਜਿਵੇਂ ਹੁਣ ਅੱਜਕੱਲ ਚੱਲੀ ਜਾਂਦਾ ਆ ਟਿਕਟੌਕ ਆ ਗਈ ਭਾਰਤਾਂ ਹੱਲੇ ਵੀ ਚੱਲਦੀ ਹੈ ਇੰਡੀਆ ਬੈਨ ਰੀਲਸ ਦਾ ਆ ਗਿਆ ਵੀ 60 ਸੈਕਿੰਡ ਚ ਲੋਕਾਂ ਨੇ ਦੇਖਣਾ 45 ਸੈਕਿੰਡ ਚ ਦੇਖਣਾ ਸਵਾਈਪ ਅਪ ਰਾਈਟ ਤੇ ਉਹਦੇ ਤੋਂ ਇਹ ਦੇਖਣਾ ਹੈ ਵੀ ਏ ਦੇ ਇਨਫਲੂਐਂਸ ਇਨਾ ਆਇਆ ਵੀ ਗਾਣਿਆਂ ਦੀ ਉਮਰ ਘਟ ਗਈ ਵੀ ਜਿਹੜੇ ਗਾਣਾ ਪਹਿਲਾਂ ਜੇ ਕੁਲਦੀਪ ਮਾਨਕ ਸਾਹਿਬ ਨੇ ਕੱਢਿਆ ਮੈਂ ਚਾਦਰ ਕੱਢਦੀ ਨਹੀਂ ਉਹ ਅੱਜ ਤੱਕ ਚੱਲਦਾ ਪਿਆ ਵੀ ਉਹਨਾਂ ਦੀ ਕਿੰਨੀ ਏ ਸੀ ਪਰ ਮੈਂ ਸੋਚਦਾ ਵੀ ਜੇ ਅੱਜ ਦੀ ਡੇਟ ਤੇ ਉਹ ਚਾਦਰ ਆਵੇ ਨਾ ਤੇ ਉਹ ਜ਼ਿਆਦਾ ਟਾਈਮ ਨਾ ਚੱਲੇ ਹਾਂ ਕਹਿ ਸਕਦੇ ਆ ਤੋ ਤੁਹਾਨੂੰ ਐਜ਼ ਅ ਸਿੰਗਰ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਹੈ ਰਾਈਟ ਨਾਓ ਟਿਕਟੌਕ ਇੰਸਟਾਗ੍ਰam ਜਿਹੜੀ ਲੋਕਾਂ ਦੀ ਅਟੈਂਸ਼ਨ ਸਪੈਨ ਘੱਟ ਹੋਇਆ ਵੀ ਉਹਨਾਂ ਨੂੰ ਛੇਤੀ ਛੇਤੀ 뮤직 ਚਾਹੀਦਾ ਮਿਊਜ਼ਿਕ ਜੋ ਮੈਂ ਨੋਟ ਕੀਤਾ ਨਾ ਪਹਿਲਾਂ ਮਿਊਜ਼ਿਕ ਹੁੰਦਾ ਸੀ ਗਾਣਾ ਚੱਲਿਆ ਫਿਰ ਉਹਦੇ ਚ ਇੱਕ ਬੜਾ ਪਿਆਰਾ ਪੀਸ ਵੱਜਦਾ ਸੀ ਮਤਲਬ ਇੱਕ origignal ਮਿਊਜ਼ੀਸ਼ੀਅਨ ਆ ਕੇ ਸਟੂਡੀਓ ਚੋ ਪੀਸ ਪਲੇ ਕਰਦਾ ਸੀ ਫਿਰ ਉਹ ਵੱਜਦਾ ਅੱਜ ਦੀ ਡੇਟ ਚ ਗਾਣੇ ਸੁਣੋਗੇ ਪੀਸ ਤਾਂ ਕਿਤੇ ਹੈ ਨਹੀਂ ਇੱਕ ਟਰੈਕ ਆ ਉਹਦੇ ਤੇ ਪੂਰੇ ਦਾ ਪੂਰਾ ਗਾਣਾ ਇਵਨ ਗਾਣੇ ਚ ਵੀ ਕਿਤੇ ਕੋਈ ਗੈਪ ਨਹੀਂ ਹੈਗਾ ਉਹ ਇਸ ਕਰਕੇ ਨਹੀਂ ਹੈਗਾ ਬੰਦਾ ਕਹਿੰਦਾ ਯਾਰ ਮੈਂ ਗੈਪ ਪਾ ਤਾਂ ਬੰਦਾ ਕਿਤੇ ਸਕਿਪ ਹੀ ਨਾ ਕਰ ਦਵੇ ਸਹੀ ਗੱਲ ਹੈ ਹੈਨਾ ਮਿਊਜ਼ਿਕ ਗਾਣਾ ਸ਼ੁਰੂ ਹੁੰਦਾ ਨਾਲ ਹੀ ਸ਼ੁਰੂ ਹੁੰਦਾ ਮਤਲਬ ਲਿਰਿਕਸ ਦੇ ਸਿੰਗਰ ਗਾਉਂਦਾ ਗਾਉਂਦਾ ਹੀ ਸ਼ੁਰੂ ਕਰਦਾ ਹੈ ਸਹੀ ਗੱਲ ਹੈ ਸ਼ੁਰੂ ਚ ਮਿਊਜ਼ਿਕ ਵੀ ਨਹੀਂ ਵੱਜੂਗਾ ਗਾਣੇ ਦੇ ਬੰਦਾ ਕਹਿੰਦਾ 10 ਸੈਕਿੰਡ ਯਾਰ ਮਿਊਜ਼ਿਕ ਦੇ ਤਾ ਕਿਤੇ ਸਕਿਪੀ ਨਾ ਕਰ ਦੇਣਾ ਅੱਛਾ ਹਾਂ ਬਿਲਕੁਲ ਹੁੰਦਾ ਇਹ ਚੀਜ਼ ਹੁੰਦੀ ਹੈ ਉਹਦਾ ਰੀਜ਼ਨ ਇਹੀ ਹੈ ਸੋਸ਼ਲ ਮੀਡੀਆ 30 ਸੈਕਿੰਡ ਦੀਆਂ ਕਲਿੱਪਾਂ ਆ ਗਈਆਂ ਈਵਨ 10 ਸੈਕਿੰਡ ਦੀਆਂ ਆ ਗਈਆਂ ਲੋਕਾਂ ਨੂੰ ਕੰਟੈਂਟ ਇੰਨਾ ਮਿਲ ਗਿਆ ਐਨੀ ਆਪਸ਼ਨ ਆ ਗਈ ਔਰ ਜਿਹੜਾ ਇੰਸਟਾਗ੍ਰam ਹੈ ਉਹ ਉਹ ਬੈਠਾ ਪਿੱਛੇ ਇਹੀ ਮਤਲਬ ਚੀਜ਼ਾਂ ਐਲਗੋਰਿਥਮ ਇਹੀ ਨੇ ਮੈਂ ਕਿਤੇ ਨਾ ਕਿਤੇ ਪੜਿਆ ਸੀ ਜਾਂ ਸੁਣਿਆ ਸੀ ਕਹਿੰਦੇ ਵੀ ਜਿਹੜਾ ਵੇਗਸ ਦੇ ਵਿੱਚ ਜਿਹਨੇ ਕਸੀਨੋ ਹੈ ਨਾ ਕਸੀਨੋ ਦੀ ਜਿਹੜੀ ਟੀਮ ਹੈ ਉਹ ਇਹਨਾਂ ਨੇ ਹਾਇਰ ਕੀਤੀ ਹੈ ਇੰਸਟਾਗ੍ਰam ਵਾਲਿਆਂ ਨੇ ਹੈਨਾ ਕਸੀਨੋ ਚ ਕੀ ਹੁੰਦਾ ਜਦੋਂ ਆਪਾਂ ਕਸੀਨੋ ਚ ਜਾਂਦੇ ਆ ਇੱਕ ਤਾਂ ਉੱਥੇ ਐਕਸਟਰਾ ਆਕਸੀਜਨ ਛੱਡੀ ਜਾਂਦੀ ਹੈ ਫਿਰ ਉਹ ਪਰਫਿਊਮਸ ਵੀ ਉਹ ਲਾਏ ਹੁੰਦੇ ਨੇ ਟੂ ਮੇਕ ਯੂ ਐਡਿਕਟਡ ਟੂ ਸਟੇ ਯੂ ਮੋਰ ਐਗਜੈਕਟਲੀ ਉੱਥੇ ਬੰਦਾ ਹਾਂ ਫਿਰ ਪੈਗ ਵੀ ਤੁਹਾਨੂੰ ਫ੍ਰੀ ਹੈ ਮਤਲਬ ਉਹ ਤੁਹਾਡਾ ਟਾਈਮ ਚਾਹੁੰਦੇ ਐ ਟਾਈਮ ਚਾਹੁੰਦੇ ਤੁਸੀਂ ਉਹਨਾਂ ਮਤਲਬ ਕਹਿੰਦੇ ਸੀ ਨਾ ਟਾਈਮ ਇਜ਼ ਮਨੀ ਉਹ ਅੱਜ ਦੇ ਜ਼ਮਾਨੇ 'ਚ ਸਾਲਾ ਸੱਚੀ ਟਾਈਮ ਇਜ਼ ਮਨੀ ਹੋ ਗਿਆ ਤੁਸੀਂ ਜਿੰਨਾ ਵੱਧ ਕਿਸੇ ਨੂੰ 'ਚ ਬੈਠੋਗੇ ਉਹਨਾਂ ਤੁਸੀਂ ਖਰਚੋਗੇ ਤੁਸੀਂ ਜਿੰਨਾ ਵੱਧ ਇੰਸਟਾਗ੍ਰam ਤੇ ਰਹੋਗੇ ਉਹਨਾਂ ਉਹਨਾਂ ਨੂੰ ਡੇਟਾ ਮਿਲਦਾ ਡੇਟਾ ਮਿਲ ਰਿਹਾ ਫਾਇਦਾ ਹੋ ਰਿਹਾ ਤੁਸੀਂ ਇੱਕ ਚੀਜ਼ ਲਾਈਕ ਕਰਤੀ ਤੁਹਾਨੂੰ ਸਾਲੇ ਉਹੀ ਚੀਜ਼ਾਂ ਭੇਜਣ ਲੱਗ ਜਾਂਦੇ ਹੈ ਹਨਾ ਤੁਸੀਂ ਮਤਲਬ ਤੁਸੀਂ ਆਪ ਸੋਚੋ ਵੀ ਇਹ ਇੱਕ ਇਹਦੇ ਪਿੱਛੇ ਕਿੱਡਾ ਵੱਡਾ ਐਲਗੋਰਿਥਮ ਹੈ ਹਰਾਨੀ ਹੁੰਦੀ ਆ ਅੱਜਕੱਲ ਕੋਈ ਗੱਲ ਆਪਾਂ ਕਰਦੇ ਆ ਹਨਾ ਵੀ ਲੈਟਸ ਸੇ ਨੇ ਕਿਹਾ ਯਾਰ ਟੇਬਲ ਲੈ ਕੇ ਆਉਣਾ ਹਨਾ ਤੁਹਾਨੂੰ ਟੇਬਲ ਦੀਆਂ ਐਡਾ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਹ ਤੁਹਾਡਾ ਫੋਨ ਸੁਣ ਰਿਹਾ ਸਾਰਾ ਕੁਝ ਸੁਣ ਰਿਹਾ ਸਾਰਾ ਕੁਝ ਸੁਣ ਰਿਹਾ ਆਪਾਂ ਨੂੰ ਪਤਾ ਨਹੀਂ ਹਨਾ ਇਹੀ 뮤ਜ਼ਿਕ ਦੇ ਵਿੱਚ ਹੈ 뮤ਜ਼ਿਕ ਹੁਣ ਹਰ ਆਰਟਿਸਟ ਇਹ ਕਹਿੰਦਾ ਯਾਰ ਵੀ 뮤ਜ਼ਿਕ ਨਾ ਚੱਲੇ ਪਹਿਲਾਂ ਗੱਲ ਸੁਣਾ ਦਈਏ ਕੀ ਹੈ ਮਤਲਬ ਉਹ ਚਾਹੁੰਦਾ 30 ਸੈਕਿੰਡ ਯਾਰ ਸਾਡਾ ਗਾਣਾ ਸੁਣ ਲਿਆ ਜਾਵੇ ਹੈਨਾ ਕਿਉਂਕਿ ਕੰਟੈਂਟ ਇੰਨਾ ਹੋ ਗਿਆ ਤੇ ਦੂਜੀ ਚੀਜ਼ ਪੇਸ਼ੈਂਸ ਬੜੀ ਘਟ ਗਈ ਲੋਕਾਂ ਦੇ ਵਿੱਚ ਹੈਨਾ ਉਹ ਪੇਸ਼ੈਂਸ ਤਾਂ ਘਟ ਗਈ ਉਹਦੇ ਲਈ ਵੀ ਸੋਸ਼ਲ ਮੀਡੀਆ ਜ਼ਿੰਮੇਵਾਰ ਹੈ ਖਬਰ ਪਹਿਲਾਂ ਮੇਰੇ ਯਾਦ ਹੈ ਜਦੋਂ ਮੈਂ ਨਾਨਕੇ ਪੜਦਾ ਹੁੰਦਾ ਸੀ ਅਖਬਾਰ ਜਿਹੜਾ ਨਾ ਸ਼ਾਮ ਨੂੰ 4 ਵਜੇ ਆਉਂਦਾ ਸੀ ਜਦੋਂ ਸਾਰਾ ਦਿਨ ਟੱਪ ਗਿਆ ਉਹ ਸ਼ਾਮ ਨੂੰ 4 ਵਜੇ ਆਇਆ ਹੁੰਦਾ ਸੀ ਵੀ ਪਿੰਡ 'ਚ ਬਹੁਤ ਲੇਟ ਪਹੁੰਚਦਾ ਸੀ ਅਖਬਾਰ ਤੇ ਉਹ ਅਖਬਾਰ ਰੱਖ ਕੇ ਉਹਨੇ ਉੱਤੇ ਦੋ ਟੌਫੀਆਂ ਰੱਖ ਜਾਣੀਆਂ ਅਖਬਾਰ ਵਾਲੇ ਨੇ ਤੇ ਉਹ ਅਸੀਂ ਸ਼ਾਮ ਨੂੰ ਜਾ ਕੇ ਅਖਬਾਰ ਪੜ੍ਹਨਾ ਹੈਨਾ ਮਤਲਬ ਕੋਈ ਟੈਨਸ਼ਨ ਹੀ ਨਹੀਂ ਸੀਗੀ ਹੁਣ ਅੱਜ ਦੀ ਡੇਟ 'ਚ ਘਟਨਾ ਹੁੰਦੀ ਹੈ ਪੰਜਾਬ ਦੇ ਵਿੱਚ ਜਾਂ ਕਿਤੇ ਅਸਾਮ ਦੇ ਵਿੱਚ ਤੇ ਆਪਾਂ ਨੂੰ 2 ਸੈਕਿੰਡ 'ਚ ਆ ਜਾਂਦੀ ਹੈ ਇੱਕ ਘਟਨਾ ਹੋਣੀ ਹੋਵੇ ਬੰਦੇ ਇਕੱਠੇ ਹੋ ਰਹੇ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਹੁਣ ਵਾਲਾ ਕੰਮ ਪਹਿਲਾਂ ਹੀ ਲਾਈਵ ਚੱਲ ਪੈਂਦਾ ਹੈਨਾ ਬੜੀ ਵਾਰੀ ਹੋਇਆ ਇਹਨੇ ਮੈਨੂੰ ਕੋਈ ਚੀਜ਼ ਦਿਖਾਈ ਜਾਂ ਮੈਂ ਦਿਖਾਈ ਵੀ ਆ ਦੇਖੋ ਇਹ ਕਹਿੰਦਾ ਬਾਈ ਦੇਖੀ ਹੋਈ ਐ ਐਕਸਾਈਟਮੈਂਟ ਹੀ ਨਹੀਂ ਰਹੀ ਕਿਸੇ ਚੀਜ਼ ਦੀ ਕੋਈ ਗਾਣਾ ਆਇਆ ਜਾਂ ਕੋਈ ਵੀਡੀਓ ਐਸੀ ਵਾਇਰਲ ਹੋਈ ਆ ਦੇਖ ਬਾਈ ਦੇਖ ਲਈ ਸੀ ਤਾਂ ਕੱਲ ਹੀ ਦੇਖ ਲਈ ਸੀ ਹੈਨਾ ਮੈਂ ਕਹਿੰਦਾ ਯਾਰ ਮੈਂ ਬੜਾ ਲੇਟ ਚੱਲ ਰਿਹਾ ਇਹਨਾਂ ਨੇ ਤਾਂ ਕੱਲ ਹੀ ਦੇਖ ਲਈ ਸੀ ਸੋ ਇਦਾਂ ਕਰਕੇ ਸੋਸ਼ਲ ਮੀਡੀਆ ਦਾ ਚਲੋ ਨੁਕਸਾਨ ਵੀ ਹੈ ਤੇ ਫਾਇਦਾ ਵੀ ਹੈ ਪਰ 뮤직 ਨੂੰ ਮੈਨੂੰ ਲੱਗਦਾ ਕਿ ਨੁਕਸਾਨ ਤਾਂ ਹੋਇਆ ਹੈ ਪਰ ਜਿਹੜਾ ਇੱਕ ਟੈਲੈਂਟ ਹੈ ਟੈਲੈਂਟ ਨੂੰ ਬੜਾ ਫਾਇਦਾ ਹੋ ਗਿਆ ਕਿ ਟੈਲੈਂਟ ਦਾ ਪਰ ਐਸ ਜਨਰਲ 뮤직 ਨੂੰ ਆਈ ਗੈਸ ਸੋ ਨੁਕਸਾਨ ਹੋਇਆ ਮੈਲੋਡੀ ਨੂੰ ਨੁਕਸਾਨ ਹੋ ਗਿਆ ਮੈਲੋਡੀ ਨੂੰ ਹੈਨਾ ਜਿਹੜੀ ਅ ਇੱਕ ਕਹ ਲਈਏ ਵੀ ਇੱਕ ਦਿਲ ਨੂੰ ਸਕੂਨ ਦੇਣ ਵਾਲੀਆਂ ਜੋ ਚੀਜ਼ਾਂ ਸੀ ਉਹ ਐਲੀਮੀਨੇਟ ਹੋ ਗਈਆਂ ਕਿਉਂਕਿ ਉਹਨਾਂ ਟਾਈਮ ਹੀ ਨਹੀਂ ਕਿਸੇ ਕੋਲੇ ਸੁਣਨ ਦਾ ਤੁਸੀਂ ਅੱਜ ਵੀ ਦੇਖੋ Nusrat Saab ਨੇ ਕੋਈ 50 ਸਾਲ ਪੁਰਾਣਾ ਗਾਣਾ ਗਾਇਆ ਸੀ ਉਹ ਅੱਜ ਵੀ ਕਿਤੇ ਨਾ ਕਿਤੇ ਤੁਸੀਂ ਰੀਲਸ ਤੇ ਸੁਣ ਲੋਗੇ ਉਹ ਹਿੱਟ ਹੋਇਆ ਹੁੰਦਾ ਕਿਉਂਕਿ ਇੱਕ ਮੈਲਡੀ ਆ ਜਿਹੜੀ ਉਹ ਕਦੇ ਮਰਦੀ ਨਹੀਂ ਹੈਨਾ ਤੇ ਮੈਂ ਸੋਚਦਾ ਹੁੰਨਾ ਵੀ ਯਾਰ ਨਵੇਂ ਆ ਨਹੀਂ ਵੀ ਤਾਂ ਕਿੰਨਾ ਕੁਝ ਚੰਗਾ ਗਾਤਾ ਪੁਰਾਣੇ ਗਾਣਿਆਂ ਦੀ ਅੱਜ ਵੀ ਕਿਉਂ ਲੋੜ ਹੈ ਸਾਨੂੰ ਹੈਨਾ ਪਿਛਲੇ ਆ ਦੋ ਕੁ ਹਫ਼ਤਿਆਂ ਤੋਂ ਅ ਸਰਿੰਦਰ ਕੌਰ ਜੀ ਦਾ ਮੇਰੇ ਉਹੀ ਗਾਣੇ ਦਿਮਾਗ ਚ ਆ ਰਿਆ ਸੀ ਜਦੋਂ ਕੋਈ ਬਾਗ ਵੇਖੇਗਾ ਮੈਂ ਤੈਨੂੰ ਯਾਦ ਆਵਾਂਗੀ ਉਦੋਂ ਦਾ ਗਾਣਾ ਉਹ ਹੈਨਾ ਮੇਰੇ ਐਗਜ਼ੈਕਟਲੀ ਉਹੀ ਗਾਣਾ ਮੇਰੇ ਦਿਮਾਗ ਚ ਚੱਲ ਰਿਹਾ ਸੀ ਹੈਨਾ ਪਰ ਇਹ ਵੀ ਮੈਲੋਡੀ ਨਹੀਂ ਮਰਦੀ ਹੈਗੀ ਮੈਂ ਜਿੰਨੇ ਵੀ ਸਾਡੇ ਨਵੇਂ ਵੀ ਆਰਟਿਸਟਸ ਸੁਣਨ ਵਾਲੇ ਆ ਹਾਂ ਬਿਲਕੁਲ ਕਮਰਸ਼ੀਅਲ ਤਾਂ ਤੁਹਾਨੂੰ ਹੋਣਾ ਪੈਣਾ ਪਰ ਮੈਲੋਡੀ ਜਿਹੜੀ ਆ ਉਹ ਬੜੀ ਦੂਰ ਤੱਕ ਜਾਂਦੀ ਹੈ ਉਹ ਉਹਦਾ ਇਹ ਨਹੀਂ ਕਿ ਅੱਜ ਨਾ ਚੱਲੇ ਤਾਂ ਨਾ ਚੱਲੇ ਪਰ ਹੋ ਸਕਦਾ 6 ਮਹੀਨਿਆਂ ਨੂੰ ਸਾਲ ਨੂੰ ਉਹ ਕਿਸੇ ਦੇ ਦਿਮਾਗ ਚ ਉਹ ਚੀਜ਼ ਵੱਢ ਜੇ ਬਈ ਉਸ ਕੇਸ ਦੇ ਅੰਦਰ ਜਾ ਕੇ ਤੁਸੀਂ ਪ੍ਰੋਫਿਟ ਲਾਸ ਨਾ ਦੇਖੋ do it for yourself do it for music At least ik ik adda gana do gaane apne layi zarur gao hai na kyunki jo tode dil di awaaz hai oh ajj ni sunni lokan ne ya kal ni par ho sakda 6 mahine nu saal nu enni zyada hit ho jaye apa dekhde hi hai purane gaane jahe onu remix karke koi paarya chahe kivein vi par oh melody karke sunn reha na har banda so eh cheez hai ਔਰ ਹੁਣ ਤੁਸੀਂ 10 12 13 ਸਾਲ ਪਹਿਲਾਂ ਗਾਣੇ ਆਏ ਇੰਡਸਟਰੀ ਜਾਇ ਤੁਹਾਡੀ ਆਡੀਅנס ਇਹਨਾਂ ਚਿਰਾਂ ਦੇ ਵਿੱਚ ਬਦਲੀ ਆ ਕਿ ਤੁਹਾਡੇ ਗਾਣੇ ਪਹਿਲਾਂ ਜਿਹੋ ਜਿਹੇ ਸੀ ਉਹ ਬਹੁਤ ਚੱਲਦੇ ਤੇ ਹੁਣ ਵਾਲੇ ਮਤਲਬ ਫਰਕ ਕੋਈ ਬਦਲੀ ਬਦਲੀ ਨਹੀਂ ਕਹਿ ਸਕਦੇ ਪਰ ਜ਼ਿੰਮੇਵਾਰ ਤਾਂ ਹੋ ਹੀ ਗਏ ਨਾ ਹੁਣ ਜਿਹੜੇ ਬੰਦੇ ਨੇ ਮੈਨੂੰ ਸੁਣਿਆ ਲੈਟਸ ਸੇ ਮੇਰੀ ਹੁਮਰ ਹੁਣ 40 ਸਾਲ ਹੈ ਤਾਂ ਮੈਂ ਜਦੋਂ ਹਿੱਟ ਹੋਇਆ ਮੇਰੀ ਉਮਰ 25 26 ਸਾਲ ਸੀ ਤਾਂ ਮੈਥੋਂ 5 ਸਾਲ ਛੋਟਿਆਂ ਨੇ ਸੁਣਿਆ ਹੁਣ ਐ ਤੇ 5 ਸਾਲ ਵੱਡਿਆਂ ਨੇ ਮਤਲਬ 5 ਦਾ ਡਿਫਰੈਂਸ ਰੱਖ ਲੀਏ ਤਾਂ ਉਹਨਾਂ ਦੀ ਉਮਰ 35 ਤੋਂ 45 ਦੇ ਵਿੱਚ ਹੋਊਗੀ ਹਾਂ ਹਾਂ ਤਾਂ ਉਹ 35 45 ਦੇ ਵਿੱਚ ਜੇ ਉਮਰ ਹੈ ਤਾਂ ਉਹ ਬੰਦੇ ਅੱਜ ਉਹਨਾਂ ਦੇ ਵੀ ਯਾਰ ਗਾਂ ਹੁਣ ਜ਼ਿੰਮੇਵਾਰੀਆਂ ਵੀ ਪੈ ਗਈਆਂ ਬੜਾ ਕੁਝ ਹੋ ਗਿਆ ਨਵੇਂ ਵੀ ਸੁਣਦੇ ਪਏ ਨੇ ਪਰ ਆਡੀਅנס ਇਦਾਂ ਮਤਲਬ ਬਦਲਦੀ ਨਹੀਂ ਪਰ ਇਦਾਂ ਕਰਕੇ ਮੇਰੇ ਨਾਲ ਹੀ ਗਰੋ ਹੋ ਰਿਹਾ ਹੈ ਨਾ ਉਹ ਸਾਰੇ ਬੰਦੇ ਤੇ ਇਹ ਕਾਰਨ ਇੱਕ ਮੈਨੂੰ ਲੱਗਦਾ ਹੋ ਸਕਦਾ ਐਂਡ ਦੂਜੀ ਚੀਜ਼ ਇਹ ਹੈ ਕਿ ਬੜੇ ਸਾਰੇ ਲੋਕ ਮੈਨੂੰ ਇਹ ਕਹਿੰਦੇ ਆ ਵੀ ਯਾਰ ਵੀ ਜਿਹੜੇ ਉਹ ਗਾਣੇ ਸੀ ਨਾ ਉਹ ਗਾਣੇ ਉਹ ਗਾਣਿਆਂ ਦਾ ਮਤਲਬ ਉਹ ਕਹਿੰਦੇ ਆ ਕਿ ਉਹ ਗਾਣਿਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਟਾਈਮ ਤੇ ਇੱਕ ਸਕੂਨ ਦਿੱਤਾ ਤੇ ਉਹ ਉਸ ਟਾਈਮ ਨੂੰ ਯਾਦ ਕਰਕੇ ਨਾ ਉਹ ਬੰਦੇ ਇਹ ਗੱਲ ਬੋਲਦੇ ਆ ਨਾ ਕਿ ਸ਼ਹਿਰੀ ਮਾਨ ਨੂੰ ਯਾਦ ਕਰਕੇ ਸ਼ਹਿਰੀ ਮਾਨ ਨੇ ਤਾਂ ਉਹਨਾਂ ਨੂੰ ਉਹ ਟਾਈਮ ਯਾਦ ਕਰਾਇਆ ਪਰ ਉਹ ਟਾਈਮ ਬੜਾ ਸੋਹਣਾ ਸੀ ਉਹ ਟਾਈਮ ਨੂੰ ਯਾਦ ਕਰਦੇ ਆ ਨੋਸਟਾਲਜੀਆ ਟਰਮ ਆ ਗਈ ਅੱਜ ਕੱਲ ਨੋਸਟਾਲਜੀਆ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਸ਼ਹਿਰੀ ਮਾਨ ਦੁਬਾਰਾ ਉਹੋ ਜਿਹੇ ਗਾਣੇ ਕਿਉਂ ਨਹੀਂ ਕੱਢਦਾਗਾ ਪਰ ਉਹ ਅੱਜ ਜੇ ਮੈਂ ਦੱਸਿਆ ਨਾ ਯਾਰ ਅਨਮੁੱਲੇ ਅੱਜ ਕਰਾਂਗੇ ਤਾਂ ਸ਼ਾਇਦ ਉਹਨਾਂ ਨਾ ਚੱਲੇ ਸ਼ਾਇਦ ਕੀ ਮੈਨੂੰ ਲੱਗਦਾ ਨਹੀਂ ਚੱਲਣਾ ਪਰ ਉਹ ਸਮਾਂ ਉਹ ਜਿਆ ਸੀ ਕੋਨਾਂ ਲਈ ਉਹ ਟਾਈਮ ਐਸਾ ਸੀਗਾ ਨੋਸਟਾਲਜੀਆ ਦਾ ਉਹ ਬੇਸਿਕਲੀ ਉਹ ਟਾਈਮ ਨੂੰ ਯਾਦ ਕਰਕੇ ਉਹ ਖੁਸ਼ ਹੁੰਦੇ ਆ ਉਹ ਚਾਹੇ ਮੈਂ ਯਾਦ ਕਰਾਇਆ ਜਾਂ ਕਿਸੇ ਨੇ ਵੀ ਯਾਦ ਕਰਾਇਆ ਤੇ ਇਹਦੇ ਤੇ ਆਹੀ ਗੱਲ ਤੁਸੀਂ ਆਪੇ ਕਾਰਨਰ ਵੱਲ ਲੈ ਗਏ ਉਸ ਚੀਜ਼ ਨੂੰ ਜਦੋਂ ਤੁਸੀਂ ਕਿਹਾ ਵੀ ਰੂਲ ਹੀ ਗਾਣੇ ਜ਼ਰੂਰ ਗਾਓ ਮੈਲੋਡੀਸ ਜ਼ਰੂਰ ਗਾਓ ਮੈਲਡੀਜ਼ Song ਵੀ ਓਟਲੀਸਟ ਲਾਸਟ ਸਸਟੇਨ ਕਰਦੇ ਨੇ ਹੁਣ ਮੈਂ ਇਹ ਵੀ ਦੇਖਿਆ ਥੋੜੇ ਜਿਹੜੇ ਪਤਾ ਨਹੀਂ ਸਾਡਾ ਟੇਸਟ ਹੋਵੇ ਦਾ ਜਿਵੇਂ ਰੂ ਅਫਜ਼ਾ ਹੋ ਗਿਆ ਬੇਬੇ ਹੋ ਗਿਆ ਅੰਮੀ ਆ Song ਦੇ ਅੰਦਰ ਮੇਰੀ ਬੇਬੇ ਮੋੜ ਦੇ ਵੀ ਆ ਜਿਹੜੀ ਐਲਬਮ ਤੁਹਾਡੀ ਰੀਸੈਂਟ ਆਈ ਆ ਯਾ ਸੋ so, ਕਮਰਸ਼ੀਅਲ Song ਦੂਜੇ ਪਾਸੇ ਆਇਆ ਤਿੰਨ ਪੈਗ ਉਹ ਕਿੰਨਾ ਚੜਿਆ ਬਟ ਲੋਕ ਜਾਂ ਜਿਹੜੇ ਵਿਦਵਾਨ ਨੇ ਉਹ ਕਹਿ ਲਿਆ ਜਦੋਂ ਉਹ ਸ਼ੁਰੂ ਹੁੰਦੇ ਨੇ ਉਹ ਕਹਿੰਦੇ ਨੇ ਵੀ ਆਹ ਸ਼ੈਰੀ ਦਾ ਸ਼ਰਾਬ ਤੇ ਗਾਉਂਦਾ ਆਹ ਸਿੰਗਰ ਥੋੜਾ ਕੱਲੇ ਦਾ ਨਹੀਂ ਸਾਰਿਆਂ ਨੂੰ ਉਹ ਇਕੱਠੀ ਇੱਕ ਤਰਾਜੂ 'ਚ ਤੋਲ ਦਿੰਦੇ ਨੇ ਵੀ ਆਹ ਸਿੰਗਰਾਂ ਨੂੰ ਆਹ ਸਭ ਗਾਉਣ ਦੀ ਲੋੜ ਨਹੀਂ ਆ। ਨਾ ਤੁਸੀਂ ਸ਼ਰਾਬ ਤੇ ਗਾਓ ਨਾ ਵੈਪਨ ਤੇ ਗਾਓ ਨਾ ਤੁਸੀਂ ਬ੍ਰਾਂਡਾਂ ਤੇ ਗਾਓ ਬਟ ਲੋਕ ਸੁਣ ਰਹੇ ਨੇ ਤਿੰਨ ਪੈਗ ਦਾ 700 ਤੋਂ ਉੱਤੇ ਵਿਊਜ਼ ਆ 700 ਮਿਲੀਅਨ ਤੋਂ ਉੱਤੇ ਤੇ ਦੂਜੇ ਪਾਸੇ ਰੂਫ ਅਫਜ਼ਾ ਨੇ ਉਹ ਆਏ ਕਿ ਸਾਡੇ ਵਰਗੀ ਆਡੀਅੰਸ ਨੇ ਸੁਣਿਆ ਹੋਣਾ ਤੇ ਉਹਦੇ ਤੇ ਐਜ਼ ਅ ਸਿੰਗਰ ਥੋੜਾ ਐਕਸਪੀਰੀਅੰਸ ਥੋੜਾ ਦਿਲ ਉਹਦਾ ਕਿਉਂਕਿ ਜਦੋਂ ਤੁਸੀਂ ਮਿਹਨਤ ਲਾਈ ਆਂ ਦਿਲ ਤਾਂ ਟੁੱਟਦਾ ਹੋਣਾ ਹਾਂ ਹੁਣ ਮਾਂ ਗਾਣਾ ਉਹ 90 ਹਜ਼ਾਰੀ ਸਟ੍ਰੀਮਿੰਗ ਕੀਤਾ ਸਟੌਪ ਸਪੋਟੀਫਾਈ ਦੇ ਹਾਂ ਮੈਂ ਅਸੀ ਆ ਬੜੇ ਹੈਰਾਨ ਸੀ ਮੈਂ ਕਹਿਆ ਯਾਰ ਵੀ ਮੈਂ ਉਹੀ ਮੈਂ ਤੁਹਾਨੂੰ ਸ਼ਾਇਦ ਮੈਂ ਹੁਣੇ ਤੁਹਾਨੂੰ ਨਾ ਚੱਲਦੇ ਲਾਈਵ 'ਚ ਹੀ ਦਿਖਾ ਦਿੰਨਾ ਸਪੋਟੀਫਾਈ ਦੇ ਉੱਤੇ ਸਭ ਤੋਂ ਜਿਹੜਾ ਥੱਲੇ ਗਾਣਾ ਚੱਲ ਰਿਹਾ ਆ ਦੇਖੋ ਹੁਣ ਵੀ ਸਭ ਤੋਂ ਉੱਤੇ ਤਿੰਨ ਪੈਗ ਹੈ ਹਾਂ ਹੈਨਾ ਸਭ ਤੋਂ ਉੱਤੇ ਤਿੰਨ ਪੈਗ ਚੱਲ ਰਿਹਾ ਤੇ ਮੇਰਾ ਖਿਆਲ ਹੈ ਕਿ 16 ਗਾਣਿਆਂ 'ਚੋਂ 16ਵੇਂ ਨੰਬਰ ਤੇ ਮਾਂ ਵਾਲਾ ਗਾਣਾ ਤੇ 15ਵੇਂ ਤੇ ਹੈਗਾ ਜਿਗਰੀ ਯਾਰ ਹੈਨਾ ਸਾਰੇ ਹੀ ਜਿਗਰੀ ਯਾਰ ਮੇਰੇ ਮੈਥੋਂ ਖੋਲੇ ਪਰਦੇਸਾਂ ਨੇ ਹੈਨਾ ਸੋ ਹੁਣ ਇੱਥੇ ਤਾਂ ਸਿੱਧੇ ਆંકੜੇ ਆ ਜਾਂਦੇ ਹਨ ਹੁਣ ਸਪੋਟੀਫਾਈ ਕਿਹੜਾ ਇੱਥੇ ਕਿਹੜਾ ਕੋਈ ਆਪਣੇ ਬੰਦੇ ਬੈਠੇ ਨੇ ਉਹ ਗੋਰੇ ਬੈਠਿਆ ਇਹਨਾਂ ਨੇ ਹਾਂ ਇਹ ਗੋਰਿਆਂ ਨੇ ਤਾਂ ਜਿਹੜਾ ਗਾਣਾ ਜਿੱਥੇ ਇਹਨਾਂ ਨੇ ਉੱਥੇ ਮਤਲਬ ਉਹ ਰਿਪੋਰਟ ਇਹਨਾਂ ਨੇ ਆਪਾਂ ਨੂੰ ਦੇ ਦੇਣ ਯੂਟਿਊਬ ਤਿੰਨ ਪੈਗ 700 ਪਲੱਸ ਹਾਂ 700 ਪਲੱਸ ਔਰ ਅੱਜ ਵੀ ਔਰ ਮੈਂ ਜੇ ਸੱਚੀ ਦੱਸਾਂ ਤੇ ਇੰਨੇ ਸਾਰੇ ਸ਼ੋਜ਼ ਕਰੀਦੇ ਆ ਹਨਾ ਤਿੰਨ ਪੈਗ ਗਾਣਾ ਕਈ ਵਾਰੀ ਤਿੰਨ ਤਿੰਨ ਵਾਰੀ ਵੀ ਗਾਉਣਾ ਪੈ ਜਾਂਦਾ ਹੈ ਹੈਨਾ ਕਿਉਂਕਿ ਆਬਵੀਅਸਲੀ ਪਾਰਟੀ ਦਾ ਮਾਹੌਲ ਹੈ ਪਾਰਟੀ ਦੇ ਵਿੱਚ ਜੇ ਤਿੰਨ ਪੈਗ ਨਹੀਂ ਚੱਲੂਗਾ ਤਾਂ ਫਿਰ ਕਿੱਥੇ ਚੱਲੂਗਾ ਹੈਨਾ ਸੋ ਉਹ ਠੀਕ ਹੈ ਕੁਝ ਬੰਦੇ ਹੁੰਦੇ ਆ ਜਿਹੜੇ ਬਿਲਕੁਲ ਇਹ ਚੀਜ਼ਾਂ ਲਿਖਦੇ ਆ ਉਹਨਾਂ ਨੂੰ ਮੈਂ ਬਹੁਤ ਵਾਰੀ ਇਹ ਚੀਜ਼ ਦਾ ਜਵਾਬ ਦਿੱਤਾ ਕਿ ਜਾਂ ਤਾਂ ਪਾਰਟੀਆਂ ਬਿਨਾ दारू ਤੋਂ ਹੋਣੀਆਂ ਸ਼ੁਰੂ ਹੋ ਜਾਣ ਹੈਨਾ ਫਿਰ ਸੋਚ ਸਕਦੇ ਆ ਪਰ ਹੁਣ ਜਦੋਂ ਉਹਨਾਂ ਨੇ ਪਾਰਟੀ ਦੇ ਵਿੱਚ ਗਾਣਾ ਵੀ ਚੱਲਣਾ ਪੈਗ ਵੀ ਲੱਗਣੇ ਆ ਮੈਂ ਤਾਂ ਆਪ ਖੁੱਲ ਕੇ ਕਹਿਣਾ ਹੁੰਦਾ ਜਦੋਂ ਮੈਂ ਵਿਲਾ ਹੋਵਾਂ ਮੇਰੇ ਕੋਲੇ 2-3 ਦਿਨ ਦਾ ਟਾਈਮ ਹੋਵੇ ਮੈਂ ਵੀ ਘਰੇ ਪੈਗ ਪੁੱਗ ਲਾਉਣਾ ਘਰੇ ਜੋ ਵੀ ਆਪਣੀ ਮਹਿਫਿਲ ਲੱਗਦੀ ਹੈ ਮੈਂ ਤਾਂ ਹੁਣ ਤੱਕ ਯਾਰਾਂ ਦੋਸਤਾਂ ਦੇ ਨਾਲ ਆਹੀ ਕੁਛ ਕਰਦਾ ਰਿਹਾ ਇੰਨਾਂ ਚੀਜ਼ਾਂ ਚੋਂ ਜੋ ਸਿੱਖਿਆ ਉਹੀ ਮੈਂ ਤੁਹਾਡੇ ਸਾਹਮਣੇ ਗਾਇਆ ਜਾਂ ਜੋ ਵੀ ਹੈ ਨਾ ਸੋ ਆਪਣੇ ਸਾਹਮਣੇ ਸਪੋਟੀਫਾਈ ਦੀ ਮੈਂ ਸਟ੍ਰੀਮਿੰਗ ਕੱਢ ਕੇ ਤੁਹਾਨੂੰ ਦਿਖਾਈ ਹੈ ਵੀ ਇੱਥੋਂ ਪਤਾ ਲੱਗਦਾ ਹੈ ਕਿ ਸੁਣਿਆ ਕੀ ਜਾ ਰਿਹਾ ਹੈ अच्छा एक चीज और भी है पहला कल्ली पंजाब दी ऑडियंस हुंदी सी थोड़ी बहुत ही दिल्ली दी हरियाणा दी हुंदी सी हुन यार आज दी डेट च पंजाबी म्यूजिक है ना जेड़ा वो पूरे वर्ल्ड च ਸੁਣਾਇਆ ਜਾ ਰਿਹਾ ਔਰ ਮੈਂ ਸੱਚੀ ਕਹਿਣਾ ਇੱਥੇ ਅਮਰੀਕਾ ਕੈਨੇਡਾ ਚ ਸਪੈਸ਼ਲੀ ਅਮਰੀਕਾ ਚ ਬੜੇ سارے ਗੁਜਰਾਤੀਆਂ ਦੇ ਸ਼ੋਜ਼ ਵੀ ਮੈਂ ਕੀਤੇ ਅੱਛਾ ਹਾਂ ਪਟੇਲਸ ਪਟੇਲਸ ਜਿਹੜੇ ਜਿੰਨਾਂ ਨੂੰ ਗੁਜੂ ਕਹੇ ਦਿੰਦੇ ਹਨ ਹੁਣ ਉਹਨਾਂ ਨੂੰ ਤਾਂ ਤਿੰਨ ਚਾਰ ਗਾਣੇ ਆਪਣੇ ਪਤਾ ਨੇ ਹੋਸਟਲ ਹੋ ਗਿਆ ਯਾਰਨ ਮੁੱਲੇ ਹੋ ਗਿਆ ਤਿੰਨ ਪੈਗ ਹੋ ਗਿਆ ਹਨਾ ਸ਼ਾਦੀ.com ਇੱਕ ਗਾਣਾ ਸੀ ਮੇਰਾ 21000 ਫਿਲਮ ਦੇ ਵਿੱਚ ਉਹ ਵੀ ਬੜਾ ਚੱਲਦਾ ਸੋ ਕਹਿੰਦਾ ਮਤਲਬ ਇਹ ਹੈ ਵੀ ਆਡੀਅנס ਬਹੁਤ ਜ਼ਿਆਦਾ ਵਧ ਗਈ ਪੰਜਾਬੀ 뮤직 ਦੀ ਜਿਹੜੇ ਹਿਸਾਬ ਨਾਲ ਆਪਾਂ ਪੰਜਾਬੀ ਹੈਗੇ ਆ ਦੁਨੀਆ ਦੇ ਉੱਤੇ ਆਪਾਂ ਨੂੰ ਬੜਾ ਮਤਲਬ ਇਹ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਸਾਡਾ 뮤직 ਕਿੰਨੀ ਦੁਨੀਆ ਸੁਣਦੀ ਪਈ ਹੈ ਸੋ ਇਹ ਜਿੰਨੇ ਵੀ ਮੈਂ ਹੁਣ ਤੁਹਾਨੂੰ ਤੁਹਾਡੇ ਸਾਹਮਣੇ ਦਿਖਾਈ ਦਿੱਤੇ ਜੋ ਵੀ ਇਹਦੇ ਸਟੈਟਿਸ ਹੈਗੇ ਨੇ ਹਨ ਸੋ ਠੀਕ ਹੈ ਪਰ ਹਾਂ ਆਪਦੀ ਰੂਹ ਲਈ ਗਾਣੇ ਜ਼ਰੂਰ ਇਦਾਂ ਦੇ ਕਰੀਦੇ ਆ ਔਰ ਅੱਗੇ ਵੀ ਕਰਦੇ ਰਵਾਂਗੇ ਕਿਉਂਕਿ ਹੁਣ ਆਇਆ ਕਿ ਗੱਲ ਸਾਡੀ ਘਰ ਦੀ ਆਪਦੀ ਕੰਪਨੀ ਹੈ ਅਸੀਂ ਕਿਹੜਾ ਕਿਸੇ ਨੂੰ ਕੋਈ ਜਵਾਬ ਦੇਣਾ ਹੈ ਹਨ ਅਸੀਂ ਸਿਰਫ ਆਡੀਅנס ਨੂੰ ਜਵਾਬ ਦੇਣਾ ਕਿਸੇ ਕੰਪਨੀ ਵਾਲੇ ਨੂੰ ਕੁਝ ਨਹੀਂ ਅਸੀਂ ਅਸੀਂ ਆਪ ਦਾ ਆਪ ਕਰਦੇ ਆ ਜਿਹੜੀ ਚੀਜ਼ ਚੰਗੀ ਲੱਗੂ ਉਹ ਡੈਫੀਨਿਟਲੀ ਕਰਾਂਗੇ ਤੇ ਉਹੀ ਡੇਟਾ ਤੇ ਉਹਦੇ ਤੋਂ ਨਿਕਲ ਕੇ ਆਉਨੇ ਆ ਵੀ ਹਰ ਸਿੰਗਰ ਅੱਜ ਕੱਲ ਆਪਣਾ ਹੀ ਬ੍ਰਾਂਡ ਲੈ ਕੇ ਆਉਂਦਾ ਮਿਊਜ਼ਿਕ ਦਾ ਜੀ ਸੋ ਨਵੇਂ ਆਿਆਂ ਨੂੰ ਉਹਦਾ ਫਾਇਦਾ ਹੈ ਜਾਂ ਨੁਕਸਾਨ ਹੈ ਕਿਉਂਕਿ ਕਈਆਂ ਨੂੰ ਤਾਂ ਫਾਇਦਾ ਬਟ ਕਈਆਂ ਨੂੰ ਨੁਕਸਾਨ ਵੀ ਹੋ ਜਾਂਦਾ ਵੀ ਉਹਨਾਂ ਨੂੰ ਉਹ ਰੀਚ ਨਹੀਂ ਮਿਲਦੀ ਪਹਿਲਾਂ ਕਈਆਂ ਨੂੰ ਡੀਡੀ ਨੂੰ ਜਾਂ ਪੀਟੀਸੀ ਜਿੱਦਾਂ ਹੋਰ ਚੈਨਲਸ ਨੇ ਉਹਨਾਂ ਨੂੰ ਪੇ ਕਰਕੇ ਐਡ ਚਲਵਾਉਣੀ ਪੈਂਦੀ ਤੇ ਹੁਣ ਤਾਂ ਸਾਰੇ ਆਪ ਮੁਹਾਰੇ ਹੋਏ ਪਏ ਨੇ ਕਈ ਸਿੰਗਰਾਂ ਨੇ ਬਣਾਏ ਵੀ ਨਹੀਂ इवन ਦੋ ਤੁਸੀਂ ਵੀ YouTube ਤੋਂ ਐਵੇਂ ਹੀ ਬਣੇ ਤੇ ਹੁਣ ਇਹਦੇ ਤੇ ਮੈਨੂੰ ਲੱਗਦਾ ਯਾਰ ਨੁਕਸਾਨ ਤਾਂ ਨਹੀਂ ਮੈਨੂੰ ਕੋਈ ਲੱਗਦਾ ਇਹਦੇ ਚ ਫਾਇਦਾ ਹੀ ਹੈ ਕਿਉਂਕਿ ਸਾਰਾ ਕੁਝ ਤੁਹਾਡੇ ਆਪ ਦੇ ਹੱਥ ਚ ਹੈ ਕਿਸੇ ਲੇਬਲ ਦੇ ਥੱਲੇ ਨਹੀਂ ਕਿਸੇ ਲੇਬਲ ਦੇ ਥੱਲੇ ਨਹੀਂ ਹੈਨਾ ਤੇ ਜਿੰਨੀ ਮਿਹਨਤ ਕਰ ਲਓਗੇ ਔਰ ਦੂਜੀ ਚੀਜ਼ ਇਹ ਹੈ ਕਿ ਜੇ ਤੁਹਾਡੇ ਚ ਟੈਲੈਂਟ ਹੈ ਤਾਂ ਤੁਸੀਂ ਇੱਕ ਨਾ ਇੱਕ ਦਿਨ ਵਾਇਰਲ ਹੋ ਹੀ ਜਾਣਾ ਹੈਨਾ ਤੇ ਇਹ ਤਾਂ ਹੁਣ ਜਿਹੜਾ ਫਿਕਰ ਹੈ ਉਹ ਵੱਡੀਆਂ ਕੰਪਨੀਆਂ ਨੂੰ ਕਰਨਾ ਚਾਹੀਦਾ ਆਰਟਿਸਟਾਂ ਨੂੰ ਨਹੀਂ ਸਗੋਂ ਉਹਨਾਂ ਨੂੰ ਚਾਹੀਦਾ ਹੁਣ ਨਵੇਂ ਆਰਟਿਸਟਾਂ ਤੇ ਪੈਸੇ ਲਾਉਣ ਉਹ ਕਿਉਂਕਿ ਆਉਣ ਵਾਲਾ ਟਾਈਮ ਇਹੋ ਜਿਹਾ ਆ ਜਾਊਗਾ ਹੁਣ ਵੀ ਆ ਹੀ ਗਿਆ ਆਪਣੇ ਹੱਥ 'ਚ ਆ ਗਿਆ ਸਾਰਾ ਕੁਝ ਆ ਮੈਂ ਤੁਹਾਡੇ ਸਾਹਮਣੇ ਸਪੋਟੀਫਾਈ ਖੋਲਿਆ YouTube ਮੇਰੇ ਕੋਲੇ ਆ ਮੇਰੇ ਫੋਨ 'ਚ ਮੈਂ ਸਾਰਾ ਕੁਝ ਦੇਖਦਾ ਮੈਂ ਤੁਹਾਨੂੰ ਆਪਦਾ ਹਰ ਲਿਸਨ ਦਾ ਇੱਕ ਪੈਣੀ ਵੀ ਤੁਹਾਨੂੰ ਤੁਹਾਡੇ ਜੇਬ 'ਚ ਆਉਂਦੀ ਹੈ ਜੇਬ 'ਚ ਆਉਂਦੀ ਹੈ ਕਿਸੇ ਰੈਸਟੋਰੈਂਟ 'ਚ ਗਾਣਾ ਚੱਲਦਾ ਕਿਸੇ ਡੀਜੇ ਵਾਲੇ ਨੇ ਗਾਣਾ ਚਲਾਉਣਾ ਐ ਸਪੈਸ਼ਲੀ ਬਾਹਰਲੇ ਮੁਲਕਾਂ 'ਚ ਤਾਂ ਉਹਦੇ ਇੱਕ ਇੱਕ ਪੈਸਾ ਚਾਹੇ ਉਹ 5 ਰੁਪਏ ਨੇ ਚਾਹੇ 10 ਰੁਪਏ ਤੁਹਾਡੇ ਕੋਲੇ ਆਉਣਾ ਹੀ ਆਉਣੇ ਆ ਪਾਇਰੇਸੀ ਘਟ ਗਈ ਪਾਇਰੇਸੀ ਬਹੁਤ ਘਟ ਗਈ ਔਰ ਲੋਕ ਵੀ ਹੁਣ ਕਹਿੰਦੇ ਯਾਰ ਨਹੀਂ origignal ਸੁਣੋ ਟੈਸਲਾ ਗੱਡੀ ਐ ਮੇਰੇ ਕੋਲੇ ਟੈਸਲਾ ਗੱਡੀ 'ਚ ਸਪੋਟੀਫਾਈ ਉਹਨਾਂ ਨੇ ਆਲਰੇਡੀ ਦਿੱਤਾ ਉਹਦੇ ਪੈਸੇ ਆਲਰੇਡੀ ਕੱਟ ਲਏ ਉਹਨਾਂ ਨੇ ਅੱਛਾ ਮਹੀਨੇ ਦੀ ਮਹੀਨੇ ਕਿ ਜੀ ਇਹਦੇ ਤੇ ਹੀ ਸੁਣੋ ਅਸੀਂ ਆਪਦੀ ਗੱਡੀ 'ਚ ਦੂਜਾ ਨਹੀਂ ਤੁਹਾਨੂੰ ਕੁਝ ਸੁਣਨ ਦੇਣਾ ਤੇ ਬੰਦਾ ਵੀ ਕਹਿੰਦਾ ਯਾਰ ਹਾਂ ਠੀਕ ਹੈ ਚੰਗੀ ਗੱਲ ਹੈ ਹੈਨਾ ਸੋ ਮੈਨੂੰ ਲੱਗਦਾ ਕਿ ਨਵੇਂ ਆਰਟਿਸਟਾਂ ਨੂੰ ਆਪ ਹੀ ਅੱਗੇ ਆਉਣਾ ਚਾਹੀਦਾ ਹੁਣ ਤਾਂ ਯਾਰ ਸਾਰਾ ਕੁਝ ਹੱਥ 'ਚ ਤੁਹਾਡੇ ਆ ਫੋਨ 'ਚ ਸਾਰਾ ਕੁਝ ਤੁਸੀਂ ਮਿਹਨਤ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਅੱਗੇ ਆਉਣਾ ਚਾਹੀਦਾ ਹੁਣ ਇਹ ਤਾਂ ਹੁਣ ਕੰਪਨੀਆਂ ਜਿਹੜੀਆਂ ਤਾਂ ਹੀ ਮੈਨੂੰ ਲੱਗਦਾ ਵੀ ਵੱਡੀਆਂ ਕੰਪਨੀਆਂ ਨੇ ਉਹ ਫਿਲਮਾਂ ਵਾਲੇ ਚੱਕਰਾਂ 'ਚ ਪੈ ਗਈਆਂ ਉਹਨਾਂ ਨੂੰ ਪਤਾ ਹੈ ਕਿ ਆਰਟਿਸਟਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਫਿਲਮਾਂ ਚ ਵੀ Netflix ਵਗੈਰਾ ਸਾਰੇ ਨੇ ਦਫਲਾ ਪਰ ਚੰਗੀ ਚੀਜ਼ ਹੈ ਪਹਿਲਾਂ ਤਾਂ ਕੰ ਮਤਲਬ ਕੰਪਨੀਆਂ ਤੱਕ ਅਪਰੋਚ ਕਰਨੀ ਬੜੀ ਔਖੀ ਸੀ ਮਤਲਬ ਬਹੁਤ ਔਖਾ ਸੀ ਹੈਨਾ ਮੇਰੇ ਟਾਈਮ ਤੇ ਤਾਂ ਹੀ ਮੈਂ YouTube ਦਾ ਸਹਾਰਾ ਲਿਆ ਪਰ ਅੱਜ ਦੀ ਡੇਟ ਚ ਕੰਪਨੀਆਂ ਵੀ ਕਦਰ ਕਰਨ ਲੱਗੀਆਂ ਨੇ ਤੇ ਇੱਕ ਸਿੰਗਰਸ ਦੀ ਤੁਸੀਂ ਵੈਲ ਸਟੈਬਲਿਸ਼ ਆ ਤੁਸੀਂ ਆਈ نو ਯੂ ਵਾਂਟ ਟੇਕ ਇਟ ਬਟ ਲਿਵਿੰਗ ਲੈਜੈਂਡ ਦੀ ਜੇ ਕੈਟੇਗਰੀ ਚ ਕਹੀਏ ਤਦ ਤੁਸੀਂ ਹੈਗੇ ਹੋ ਤੇ ਆਈ نو ਆਈ نو ਇਹ ਨਹੀਂ ਲੈਣਾ ਪਤਾ ਗੱਲ ਕੀ ਹੈ ਹਾਂਜੀ ਹਾਂਜੀ ਜਦੋਂ ਕੋਈ ਬੰਦੇ ਨੂੰ ਤੁਸੀਂ ਲੈਜੈਂਡ ਬਣਾ ਦਿੰਦੇ ਹੋ ਚਾਹੇ ਤੁਸੀਂ ਦਿਲੋਂ ਕਹੋ ਚਾਹੇ ਕਈ ਵਾਰੀ ਕੋਈ ਤੱਕੇ ਨਾਲ ਵੀ ਬਣਾ ਦਿੰਦੇ ਆ ਜਾਂ ਦਿਲੋਂ ਵੀ ਉਹ ਉਹ ਨਹੀਂ ਮੈਟਰ ਕਰਦਾ ਪਰ ਜਦੋਂ ਬੰਦਾ ਲੈਜੈਂਡ ਦੀ ਕੈਟਾਗਰੀ ਚ ਆ ਜਾਂਦਾ ਨਾ ਫਿਰ ਉਹ ਆਪਣੀ ਲਾਈਫ ਨਹੀਂ ਜੀ ਸਕਦਾ ਫਿਰ ਉਹ ਮਤਲਬ ਉਹਨੂੰ ਬਹੁਤ ਕੁਝ ਸੋਚ ਕੇ ਚੱਲਣਾ ਪੈਂਦਾ ਆਪਣਾ ਇੱਕ ਔਰਾਜਾ ਮੇਨਟੇਨ ਰੱਖਣਾ ਪੈਂਦਾ ਮੈਂ ਸਟਾਰ ਹਾਂ ਉਹ ਬਹੁਤ ਖਤਰਨਾਕ ਗੱਲ ਹੈ ਜ਼ਿਹਤ ਮੇਰੀ ਖੁਦ ਦੀ ਜ਼ਿੰਦਗੀ ਹੈ ਮੈਂ ਇਹਨੂੰ ਜਿਵੇਂ ਮਰਜ਼ੀ ਜੀਵਾਂ ਹੈਨਾ ਮੈਂ ਮਤਲਬ ਮੇਰੇ ਤੇ ਉਹ ਇੱਕ ਜ਼ਿੰਮੇਵਾਰੀ ਥੋਪਣ ਵਾਲਾ ਕੰਮ ਹੈ ਲੈਜੈਂਡ ਵਾਲਾ ਮੈਂ ਕਹਿੰਦਾ ਹਾਂ ਜਿਹਨੇ ਮੰਨਣਾ ਮੰਨੀ ਜਾਓ ਮੈਂ ਤਾਂ ਹੈ ਨਹੀਂਗਾ ਕਿਉਂਕਿ ਮੈਂ ਫਿਰ ਫਿਰ ਲੈਜੈਂਡ ਦਾ ਤਾਂ ਉਹ ਕੰਮ ਹੋ ਜਾਂਦਾ ਵੀ ਮੂੰਹ ਚੋਂ ਸਾਲਾ ਵੀ ਨਿਕਲ ਗਿਆ ਨਾ ਬਸ ਫਿਰ ਫਿਰ ਉਹ ਲੈਜੈਂਡ ਦੀ ਐ ਸੀ ਤਾਂ ਐਸੀ ਵੀ ਬਹੁਤ ਕਰ ਦਿੰਦੇ ਆ ਉਹ ਮੈਨੂੰ ਲੱਗਦਾ ਕਿਸੇ ਦੀ ਜ਼ਿੰਦਗੀ 'ਚ ਇਦਾਂ ਹੋਣਾ ਨਹੀਂ ਚਾਹੀਦਾ ਥੋੜੀ ਆਪਦੀ ਜ਼ਿੰਦਗੀ ਆ ਮੈਂ ਹੋਰ ਕਿੰਨੇ ਜਿੰਨੇ ਕ ਸਾਲ ਲੋਕ ਕਬੂਲ ਕਰਨਗੇ ਮੈਂ ਗਾਉਂਗਾ ਉਸ ਤੋਂ ਬਾਅਦ ਤਾਂ ਮੇਰੀ ਖੁਦ ਹੀ ਮੈਂ ਸਾਰੀ ਉਮਰ ਥੋੜੀ ਮਤਲਬ ਸਟੇਜਾਂ ਤੇ ਗਾਈ ਜਾਣਾ ਤੇ ਮੇਰੀ ਖੁਦ ਹੀ ਜ਼ਿੰਦਗੀ ਆ ਮੈਂ ਮੈਂ ਆਪਦੀ ਜ਼ਿੰਦਗੀ ਦਾ ਆਪ ਮਾਲਕ ਹੈ ਹੈਨਾ ਤੇ ਜਨਮ ਲਿਆ ਸੀਗਾ ਨਾ ਉਹਦੇ 'ਚ ਮੇਰਾ ਕੋਈ ਹੱਥ ਸੀ ਜਦੋਂ ਜਾਣਾ ਉਹਦੇ 'ਚ ਵੀ ਮੇਰਾ ਕੋਈ ਹੱਥ ਨਹੀਂ ਹੋਣਾ ਹੈਨਾ ਸੋ ਫਿਰ ਮੇਰੀ ਜੇ ਮੈਂ ਲੈਜੈਂਡ ਵਾਲੇ ਚੱਕਰਾਂ 'ਚ ਪੈ ਗਿਆ ਮੈਂ ਤਾਂ ਆਪਦਾ ਹੁਣ ਦੇਖੋ ਮੈਂ ਕੀ ਕਰਦਾ ਚਾਰ ਦਿਨ ਮੈਂ ਡਿਸਾਈਡ ਕੀਤਾ ਮੈਂ ਯਾਰ ਫੋਨ ਫੋਨ ਕੋਈ ਨਹੀਂ ਚੱਕਣਾ ਅੱਛਾ ਮੈਂ ਨਹੀਂ ਚੱਕਦਾ ਵੀਕ ਚ ਪੱਕਾ ਏ ਪੱਕਾ ਮੈਂ ਡੀਐਨਡੀ ਤੇ ਲਾ ਦਿੰਨਾ ਚਾਰ ਦਿਨ ਹਾਂ ਜੀਨੇ ਕਰਨਾ ਹੈ ਉਹ ਮੈਸੇਜ ਕਰ ਦੋਵੇ ਹਾਂ ਕਿ ਬਾਈ ਜੀ ਆਹਾ ਐ ਐ ਫਿਰ ਮੈਂ ਕਰ ਜੇ ਕਰਨਾ ਕਰ ਲੂੰਗਾ ਨਹੀਂ ਤਾਂ ਨਾ ਸੀ ਮੈਨੂੰ ਲੱਗਦਾ ਕਿ ਇੱਕ ਆਰਟਿਸਟ ਨੂੰ ਐਂਡ ਆਫ ਦਾ ਡੇ ਜਾ ਕੇ ਇੰਨਾ ਕੁ ਤਾਂ ਯਾਰ ਹੋਣਾ ਚਾਹੀਦਾ ਕਿ ਉਹ ਆਪਦੀ ਜ਼ਿੰਦਗੀ ਸਾਰੀ ਉਮਰ ਲੋਕਾਂ ਲਈ ਗਾਉਣਾ ਸਾਰੀ ਉਮਰ ਲੋਕਾਂ ਦੀਆਂ ਗੱਲਾਂ ਸੁਣ ਕੇ ਨਹੀਂ ਯਾਰ ਇਹਨਾਂ ਨੇ ਆ ਚੀਜ਼ਾਂ ਐ ਕਹਤੀ ਇਹਨੂੰ ਐ ਕਰ ਲੀਏ ਉਹ ਯਾਰ ਉਹ ਮੈਨੂੰ ਲੱਗਦਾ ਕਿ ਥੋੜੀ ਜੀ ਆਜ਼ਾਦੀ ਤਾਂ ਯਾਰ ਬੰਦਾ ਮੰਨੇ ਹੈਨਾ ਮੇਰਾ ਇੱਥੇ ਕੈਨੇਡਾ ਆਉਣ ਦਾ ਕਾਰਨ ਵੀ ਇਹੇ ਸੀਗਾ ਮੈਂ ਐਸੀ ਜਗ੍ਹਾ ਜਾ ਕੇ ਰਹਾ ਜਿੱਥੇ ਯਾਰ ਮੈਂ ਕਟੋਕਟ ਆਵਦੀ ਗਰੋਸਰੀ ਆਪ ਤਾਂ ਕਰ ਸਕਾਂ ਮੈਂ ਜੋ ਚੀਜ਼ ਖਾਣੀ ਪੀਣੀ ਐ ਮੈਂ ਉਹ ਆਪ ਖਰੀਦ ਤਾਂ ਸਕਾਂ ਫਿਰ ਉਹ ਕਹਾਦਾ ਲੈਜੈਂਡ ਆ ਜਿਹੜਾ ਆਪ ਦਾ ਕੰਮ ਆਪ ਆਪ ਦੇ ਲਈ ਕਿਤੇ ਜਾ ਨਹੀਂ ਸਕਦਾ ਕਿਤੇ ਆ ਨਹੀਂ ਸਕਦਾ ਹੈਨਾ ਮੈਨੂੰ ਇਹ ਮੇਰੀ ਪਰਭਾਸ਼ਾ ਇਹ ਹੈ ਹੈਨਾ ਤੇ ਮੇਰੀ ਮਰਜ਼ੀ ਐ ਮੈਂ ਤਾਂ ਆਪ ਕਹਿੰਨਾ ਵੀ ਬੰਦਾ ਗਲਤੀਆਂ ਦਾ ਪੁਤਲਾ ਐ ساری ਉਮਰ ਗਲਤੀਆਂ ਕਰ ਕਰ ਸਿੱਖਦਾ ਪਰ ਮੈਂ ਆਪਦੇ ਬੂਲਣ ਤੇ ਵੀ ਸੋਚੀ ਜਾਵਾਂ ਵੀ ਮੈਂ ਕੀ ਬੋਲਾਂ ਕੀ ਨਾ ਬੋਲਾਂ ਪਰ ਉਹ ਜੇ ਲੈਜੈਂਡ ਦਾ ਕੀ ਫਾਇਦਾ ਸੋ ਉਹੀ ਗੱਲ ਹੈ ਵੀ ਬਾਈ ਅੱਜ ਮੈਂ ਕਿਸੇ ਹੋਰ ਸਿੰਗਰ ਅੱਗੇ ਵੀ ਆ ਮਾਈਕ ਰੱਖ ਦੂੰਗਾ ਨਾ ਕਹਿਣਾ ਉਹਨਾਂ ਨੇ ਵੀ ਇਹੀ ਹੈ ਡਿਪਲੋਮੈਟਿਕ ਜਿਹਾ ਆਨਸਰ ਵੀ ਆਪਣੀ ਜ਼ਿੰਦਗੀ ਜਿਓ ਮੈਂ ਸਬਜ਼ੀ ਲੈਣਾ ਚਾਹਣਾ ਮੈਂ ਰੇੜੀ ਤੇ ਗੋਲ ਗੱਪੇ ਖਾਣਾ ਚਾਹਣਾ ਬਟ ਬੰਦੇ ਦੀ ਇੰਸਟਾਗ੍ਰam ਸਨੈਪਚੈਟ ਸਾਰਾ ਕੁਝ ਦੱਸ ਦਿੰਦੀ ਹੈ ਤੁਸੀਂ ਕੰਟਰੋਵਰਸੀ ਚ ਵੀ ਰਹੇ ਹੋ ਇਸ ਚੱਕਰ ਕਰਕੇ ਰਾਈਟ ਤੇ ਆਹ ਫਨ ਲਵਿੰਗ ਕਿਉਂਕਿ ਸ਼ੈਰੀ ਨੂੰ ਜੇ ਪਹਿਲੇ ਦਿਨ ਤੋਂ ਦੇਖਿਆ ਸੀਗਾ ਜੇ ਮਿਮਿਕਰੀ ਕਰਦਾ ਤੇ ਉਹ ਅੱਜ ਵੀ ਤੁਸੀਂ ਕਹਿ ਰਹੇ ਹੋ ਵੀ ਮੈਂ 40 ਦਾ ਆ ਬਟ ਸਟੈਲ ਜੇ ਤੁਹਾਡੀ ਇੰਸਟਾਗ੍ਰam ਕੁਛ ਵੀ ਚੱਕ ਲਈਏ ਤੁਸੀਂ ਸਟੈਲ ਉਹੀ ਸਵਾਦ ਨਾਲ ਮੇਰਾ ਮੈਂ ਨਾ ਸੱਚੀ ਦੱਸਾਂ ਮੇਰਾ ਇੱਕ ਇੱਕ ਬੜਾ ਜੀ ਕਰਦਾ ਮੈਨੂੰ ਨਾ ਰੀਸੈਂਟਲੀ ਪਿਛਲੇ ਕਈ ਸਾਲਾਂ ਤੋਂ ਨਾ ਮੈਨੂੰ ਕੁਕਿੰਗ ਕਰਨ ਦਾ ਬੜਾ ਯਾਰ ਸ਼ੌਂਕ ਹੈ ਤੇ ਮੈਂ ਘਰੇ ਵੀ ਜਿਵੇਂ ਜਿਵੇਂ ਬਣਾ ਕੇ ਨਾ ਚੁੱਲਾ ਚੱਲ ਮੈਂ ਉੱਥੇ ਵੀ ਜਿਵੇਂ ਸਾਗ ਧਰਤਾ ਜਾਂ ਮਤਲਬ ਹੋਰ ਚੀਜ਼ਾਂ ਕਰ ਲੀਆਂ ਸਬਜੀ ਸਬਜੀ ਲਾ ਲਈ ਹਨਾ ਕੈਨੇਡਾ ਚ ਤੁਹਾਨੂੰ ਪਤਾ ਵੀ 2-4 ਮਹੀਨੇ ਹੀ ਇਹ ਸਵਾਦ ਹੁੰਦਾ ਬਾਅਦ ਚ ਤਾਂ ਸੁਨੂ ਪੈ ਜਾਂਦੀ ਹੈ ਇੱਕ ਮੇਰੇ ਹੋਰ ਬੜਾ ਜੀ ਕਰਦਾ ਵੀ ਨਾ ਮੈਂ ਐਸਾ ਕੰਮ ਕਰਾਂ ਵੀ ਜਿਸ ਚ ਮੈਂ 3-4 ਘੰਟੇ ਜਾਵਾਂ ਪਰ ਮੈਨੂੰ ਉਹ ਜੇ ਕੁਕਿੰਗ ਕਰਨ ਦਾ ਮੌਕਾ ਮਿਲੇ ਸੋ ਮੈਂ ਸੋਚਦਾ ਸੀ ਮੈਂ ਕਿਹਾ ਯਾਰ ਇੱਕ ਇਹਨੂੰ ਮੈਂ ਪੁੱਛਦਾ ਸੀ ਮੈਂ ਕਿਹਾ ਰੋ ਟਰੱਕ ਜਾ ਕਿੰਨੇ ਦਾ ਹੁੰਦਾ ਫੂਡ ਟਰੱਕ ਮੈਂ ਕਿਹਾ ਵੀ ਉਹ ਕਿਤੇ ਵੀ ਵਧੀਆ ਮਤਲਬ ਇੱਥੇ ਨਹੀਂ ਨਾਟ ਹੇਅਰ ਪਰ ਕਿਤੇ ਵੀ ਜਿੱਥੇ ਭੀੜ ਜੀ ਹੋਵੇ ਵੀ ਆਪਣੇ ਬੰਦੇ ਹੋਣ ਤੇ ਉੱਥੇ ਉਹ ਟਰੱਕ ਖੜਾ ਕੇ ਵੀ ਇੱਕ ਬੰਦਾ ਰੱਖ ਨੂੰ ਵਿੱਚ ਦੀ ਮੈਂ ਵੀ 2 ਘੰਟੇ ਜਾਇਆ ਕਰੂੰ ਵੀ ਲਿਆ ਹੁਣ ਮੈਂ ਕਰਦਾ ਹੈਨਾ ਮੈਨੂੰ ਉਹ ਚੀਜ਼ ਬੜੀ ਫੈਸੀਨੇਟ ਕਰਦੀ ਹੈ ਮੈਨੂੰ ਐ ਉਹਦੇ ਚ ਐ ਲੱਗਦਾ ਵੀ ਕਿਸੇ ਕੋਲੇ ਪੈਸੇ ਹੋਣ ਨਾ ਹੋਣ ਪਰ ਮੈਨੂੰ ਸਿਰਫ ਖਵਾਉਣ ਚ ਸਵਾਦ ਆਉਂਦਾ ਵੀ ਪੈਸੇ ਕੋਈ ਨਹੀਂ ਬਾਈ ਕੱਲ ਨੂੰ ਦੇ ਦੀ ਹੈਨਾ ਪਰ ਉੱਥੇ ਆਪਣੇ ਨਾ ਹੈਗਾ ਡਰਾਈਵ ਟੈਸਟ ਉੱਥੇ ਜਿਮ ਵੀ ਹੈ ਮੇਰਾ ਔਰੇਂਜ ਵਿਲ ਤੇ ਉੱਥੇ ਆਪਣੇ ਮੁੰਡੇ ਵਿਚਾਰੇ ਆਉਂਦੇ ਸਵੇਰੇ ਸਵੇਰੇ 7 ਵਜੇ ਨਾ ਮੈਨੂੰ ਪਤਾ ਵੀ ਕੋਈ ਖਾ ਪੀ ਕੇ ਤਾਂ ਆਉਂਦਾ ਨਹੀਂ ਹੁਣ ਹੈਨਾ ਮੇਰਾ ਜੀ ਕਰਦਾ ਯਾਰ ਵੀ ਮੈਂ ਕੱਲੇ ਚਾਹ ਪਰੌਂਠੇ ਲਾ ਲਾਂ ਇੱਥੇ ਵੀ ਯਾਰ ਉਹਨਾਂ ਨੂੰ ਘੱਟੋ ਘੱਟ ਵੀ ਟੈਸਟ ਦੇਣ ਤੋਂ ਪਹਿਲਾਂ ਇੱਕ ਚਾਹ ਤੇ ਦੋ ਪਰੌਂਠੇ ਉਹਨਾਂ ਨੂੰ ਖਵਾ ਕੇ ਹੈਨਾ ਵੀ ਨਾਲ ਰੱਖ ਦਿਆਂ ਗੁੜ ਵੀ ਚੱਕੋ ਗੁੜ ਕਿਉਂਕਿ ਉਹ ਮੈਨੂੰ ਲੱਗਦਾ ਹੁੰਦਾ ਯਾਰ ਇੰਨੀ ਲੰਬੀ ਲਾਈਨ ਲੱਗੀ ਹੋਈ ਹੈ ਵੀ ਇਹ ਵਿਚਾਰੇ ਸਵੇਰੇ ਸਵੇਰੇ 6 ਵਜੇ ਉੱਠ ਕੇ ਆਏ ਹੋਣੇ ਹੈਨਾ ਵੀ 40 ਮਿੰਟ ਤਾਂ ਆਉਣ ਨੂੰ ਲੱਗਦਾ ਵੀ 6 ਵਜੇ ਇਹਨਾਂ ਨੇ ਕਿਹੜੇ ਪਰੌਂਠੇ ਖਾ ਲੇ ਮੈਨੂੰ ਐ ਬੜਾ ਹੁੰਦਾ ਹੁੰਦਾ ਵੀ ਯਾਰ ਇਹਨਾਂ ਲਈ ਮਤਲਬ ਪਤਾ ਨਹੀਂ ਗਾਂ ਦੇਖਾਂਗੇ ਕੁਛ ਨਾ ਕੁਛ ਕਰਾਂਗੇ ਬਲੈ ਐ ਥੋੜੀ ਵੀ ਕੋਈ ਸਾਡੇ ਕੋਲੇ ਕੋਈ ਕੰਮ ਦੀ ਕਮੀ ਐ ਪਰ ਕਈ ਚੀਜ਼ਾਂ ਕਰਨ ਨੂੰ ਆਪਦਾ ਜੀ ਕਰਦਾ ਹੁੰਦਾ ਵੀ ਯਾਰ ਉੱਥੇ ਭਾਵੇਂ ਸਾਡੇ ਦੋ ਬੰਦੇ ਹੀ ਹੋਣ ਪਰ ਵਿੱਚ ਦੀ ਮੈਂ ਜਾਵਾਂ ਜ਼ਰੂਰ 2 ਘੰਟੇ ਵੀ ਹੁਣ ਪਾਸੇ ਹੋ ਜੋ ਵੀ ਮੈਂ ਲਾਉਣਿਆ ਤੜਕੇ ਮੈਂ ਇਦਾਂ ਦੀਆਂ ਚੀਜ਼ਾਂ ਮੈਨੂੰ ਮੈਨੂੰ ਹੁੰਦਾ ਵੀ ਅੱਗੇ ਇਹ ਮੇਰੀ ਟੂ ਡੂ ਲਿਸਟ ਦੇ ਵਿੱਚ ਆ ਇਹ ਚੀਜ਼ ਤੇ ਹੋਰ ਤੁਸੀਂ ਜਿਵੇਂ ਕੋਈ ਨਵਾਂ ਸਿੰਗਰ ਆਉਂਦਾ ਓਵਰਨਾਈਟ ਵਾਲਾ ਕੰਮ ਵੀ ਜਿਹਦਾ ਇੱਕ ਗਾਣਾ ਚੱਲ ਗਿਆ ਓਵਰਨਾਈਟ ਤਾਂ ਖੈਰ ਕੋਈ ਨਹੀਂ ਹੁੰਦਾ ਆਪਾਂ ਪਹਿਲੇ ਗੱਲ ਕਰ ਹਟੇ ਆ ਵੀ ਕਿੰਨਾ ਕ੍ਰੇਜ਼ ਹੁੰਦਾ ਕਿੰਨੀ ਭੁੱਖ ਹੁੰਦੀ ਏ ਉਹਦੇ ਪਿੱਛੇ ਵੀ ਉਹਦਾ ਇੱਕ ਗਾਣਾ ਚੱਲਦਾ ਬਟ ਜਿਹੜੇ ਸਿੰਗਰ ਉਹ ਹੋ ਜਾਂਦੇ ਨੇ ਵੀ ਕਿਸੇ ਦਾ ਇੱਕ ਗਾਣਾ ਚੱਲਿਆ ਉਸ ਤੋਂ ਬਾਅਦ ਚੱਲਦਾ ਨਹੀਂ ਬਟ ਉਹਨਾਂ ਨੂੰ ਇੱਕ ਸਿੰਗਰ ਵਾਲਾ ਸਟੇਟਸ ਮੇਨਟੇਨ ਕਰਨ ਦੇ ਲਈ ਉਹ ਵੀ ਬ੍ਰਾਂਡ ਪਾਉਣੀ ਇਹ ਵੋ ਉਹਦੇ ਚ ਥੋੜਾ ਕੀ ਟੇਕ ਆ ਬਈ ਜ਼ਰੂਰੀ ਹੈ ਨਹੀਂ ਮੈਂ ਤਾਂ ਥੋੜੇ ਕਦੇ ਦੇਖਿਆ ਨਹੀਂ ਯਾਰ ਪਤਾ ਕੀ ਹੈ ਮੈਂ ਦੱਸਾਂ ਜੇ ਜਿਹੜੀ ਜਗ੍ਹਾ ਤੇ ਤੁਹਾਨੂੰ ਐਕਟਿੰਗ ਕਰਨੀ ਪਵੇ ਉਹ ਚੀਜ਼ ਟਰਾਈ ਕਰੋ ਛੱਡ ਦਿਓ ਅੱਜ ਕੱਲ ਲੋਕ ਵੀ ਬੜੇ ਸਿਆਣੇ ਹੋ ਗਏ ਆ ਲੋਕਾਂ ਨੂੰ ਵੀ ਹਰ ਚੀਜ਼ ਦਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਥੋਂ ਕਿਵੇਂ ਆ ਹਨ ਆਪਣੇ ਤੋਂ ਵੱਧ ਸਿਆਣੇ ਆ ਲੋਕ ਤੇ ਮੈਂ ਇਹ ਕਹਿਣਾ ਚਾਹੂੰਗਾ ਵੀ ਤੁਸੀਂ ਓਬਵੀਅਸਲੀ ਇੱਕ ਗਾਣਾ ਤੁਹਾਡਾ ਹਿੱਟ ਹੋ ਗਿਆ ਉਸ ਤੋਂ ਬਾਅਦ ਵੀ ਆਪਣੀ ਓਰੀਜినੈਲਿਟੀ ਨਾ ਛੱਡੋ ਉਹਦੇ ਚ ਇੱਕ ਤਾਂ ਤੁਹਾਨੂੰ ਆਪ ਪੰਗਿਆਂ ਚ ਨਹੀਂ ਪੈਣਾ ਪੈਣਾ ਵੀ ਮੈਂ ਮੈਂ ਜੀ ਬ੍ਰਾਂਡ ਪਾਵਾਂ ਮੈਂ ਆ ਕਰਾਂ ਮਹਿੰਗੀ ਗੱਡੀ ਮਹਿੰਗੀ ਗੱਡੀ ਰੱਖਾਂ ਹੈਨਾ ਉਹ ਉਹਦੇ ਚ ਨਾ ਉਹ ਐਕਟਿੰਗ ਦੇ ਵਿੱਚ ਹੀ ਬਹੁਤ ਟਾਈਮ ਵੇਸਟ ਹੋ ਜਾਂਦਾ ਬੰਦੇ ਦਾ ਹੈਨਾ ਜਮਾ オリジナル ਰੋਲ ਲੋਕੋਂ ਵੀ ਪਸੰਦ ਕਰਦੇ ਹੈ ਹੈਨਾ ਕਿਉਂਕਿ ਫਿਰ ਬ੍ਰਾਂਡ ਵਾਲਾ ਕੰਮ ਤਾਂ ਉੱਪਰ ਦੀ ਉੱਪਰ ਪਿਆ ਉਹ ਤਾਂ ਫਿਰ ਘਰ ਫੂਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ ਜਮਾ ਇਹ ਚੀਜ਼ਾਂ ਤੋਂ ਮਤਲਬ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਆਡੀਅנס ਉਹੋ ਜੀ ਹੈ ਹੈਨਾ ਤਾਂ ਆਪਦਾ ਟਰਾਈ ਕਰੀ ਚੱਲੋ ਪਰ ਨਾਲ ਦੀ ਨਾਲ ਆਪਦਾ ਕੋਈ ਹੋਰ ਵੀ ਕੰਮ ਕਰੀ ਚੱਲੋ ਜੇ ਤੁਹਾਨੂੰ ਤੁਸੀਂ ਕੰਫਰਟੇਬਲ ਹੋ ਪਰ ਜੇ ਜੇ ਆਪਾਂ ਐਕਟਿੰਗ ਕਰਨੀ ਸ਼ੁਰੂ ਕਰਦੀਏ ਵੀ ਨਹੀਂ ਜੀ ਮੈਂ ਤਾਂ ਸੁਪਰ ਹਿੱਟ ਹੋ ਗਿਆ ਜੇ ਉਹ ਫਿਰ ਉਹ ਬਾੜਾ ਚਿਰ ਨਹੀਂ ਚੱਲਦਾ ਕੰਮ ਉਹ ਫਿਰ 6 ਮਹੀਨੇ ਤੋਂ ਬਾਅਦ ਜਦੋਂ ਪੈਸੇ ਮੁੱਕ ਗਏ ਫਿਰ ਹੈਨਾ ਸੋ ਲੋਕ ਸੱਚੀ ਗੱਲ ਹੈ ਲੋਕ オリジナル ਚੀਜ਼ ਨੂੰ ਬਹੁਤ ਪਿਆਰ ਕਰਨ ਲੱਗੇ ਔਰ ਲੋਕਾਂ ਨੂੰ ਪਤਾ ਵੀ ਸਾਰਾ ਹੈ ਵੀ ਕਿਹੜਾ ਬੰਦਾ ਕਿਵੇਂ ਹੈ ਹੈਨਾ ਤੇ ਉਹ ਬੈਟਰ ਹੈ ਕਿ ਉਹਨਾਂ ਨੂੰ ਉਹੀ ਚੀਜ਼ ਤੁਸੀਂ origi originality ਤੁਸੀਂ ਦਿਓਗੇ ਉਹ ਸਗੋਂ ਤੁਹਾਡੀ ਹੋਰ ਕਦਰ ਕਰਦੇ ਆ ਕਿੰਨੇ ਦਾ ਵੀਡੀਓ ਦੇ ਅੰਦਰ ਇਹ ਸੁਣਿਆ ਜਾਂਦਾ ਵੀ ਕਿੰਨੇ ਸਿੰਗਰਸ ਜਿਹੜੇ ਨਵੇਂ ਆਏ ਹੁੰਦੇ ਨੇ ਕਈ ਤਾਂ ਪੁਰਾਣੇ ਵੀ ਉਹ ਬ੍ਰਾਂਡ ਤੋਂ ਕੱਪੜੇ ਲੈ ਲੈਂਦੇ ਨੇ ਤੇ ਵੀਡੀਓ ਬੜੀ ਸ਼ੂਟ ਕਰਕੇ ਹਾਂ ਵਾਪਸ ਇੱਥੇ ਪਹਿਲਾਂ ਹੀ ਸਕੀਮ ਚੱਲਦੀ ਨਾ 15 ਦਿਨਾਂ ਦਾ ਜੋ ਮਰਜ਼ੀ ਵਾਪਸ ਕਰਾਓ ਤੇ ਐਦਾਂ ਹੁੰਦਾ ਇਹਨਾਂ ਚੀਜ਼ਾਂ ਚ ਹਾਂ ਨਹੀਂ ਮੇਰੇ ਮੇਰਾ ਨਹੀਂ ਖਿਆਲ ਹੈਗਾ ਕਿ ਅ ਕਿਉਂਕਿ ਉਹਦੇ ਚ ਕੰਮ ਵਧਾ ਲੈਣ ਨੂੰ ਤੁਸੀਂ ਆਪ ਦਾ ਮਤਲਬ ਉਹੀ ਕੰਮ ਤੁਸੀਂ ਟਾਈਮ ਜਿਹੜਾ ਨਾ ਆਪ ਦੀ ਕ੍ਰੀਏਟੀਵਿਟੀ ਨੂੰ ਦੇ ਦੋ ਉਹ ਐਵੇਂ ਆਉਣਾ ਜਾਣਾ ਆ ਲੈਣਾ ਉਹ ਲੈਣਾ ਉਹ ਉਹਦੇ ਨਾਲ ਉਹ ਗਾਣੇ ਤੇ ਕ੍ਰੀਏਟੀਵਿਟੀ ਤੇ ਵੱਧ ਟਾਈਮ ਲਾ ਲਓ ਬਈ ਮੋਟੀ ਮੋਟੀ ਗੱਲ ਹੈ ਇਵਨ ਦੋ ਜੇ ਤੁਸੀਂ ਸਟੈਬਲਿਸ਼ ਸਿੰਗਰ ਆ ਮੈਂ ਤਾਂ ਸਦਾ ਬੋਲੂਗਾ ਜੇ ਮੈਂ ਤੁਹਾਡੀ ਜਗ੍ਹਾ ਹੋਵਾਂ ਮੈਂ ਹੋਰ ਕੋਈ ਕੰਮ ਨਾ ਕਰਾਂ ਬਟ ਸਟਿਲ ਤੁਸੀਂ ਹੁਣ ਕੈਨੇਡਾ ਚ ਆ ਗਏ ਹੋ ਤੁਸੀਂ ਸਿੰਗਰ ਵੀ ਹੋ ਤੁਹਾਡੇ ਸੋਹਣੇ ਸ਼ੋਜ਼ ਵਗੈਰਾ ਲੱਗਦੇ ਹੋਣਗੇ ਬਟ ਸਟਿਲ ਤੁਸੀਂ ਕੰਮ ਹੋਰ ਕਰਦੇ ਆ ਜਾਂ ਕਿਦਾਂ ਹੋਰ ਸਾਰਾ ਕੁਝ ਕਰੀਦਾ ਜੀ ਕੁਝ ਵੀ ਨਹੀਂ ਛੱਡਿਆ ਜਿੱਥੇ ਲੱਗਦਾ ਸਾਨੂੰ ਜਿੱਥੇ ਵੀ ਲੱਗਦਾ ਵੀ ਯਾਰ ਇੱਥੇ ਇੱਥੋਂ ਪੈਸੇ ਬਣਨੇ ਆ ਇੱਥੇ ਕੈਨੇਡਾ ਗੋਰਿਆਂ ਦਾ ਮੰਨਿਆ ਕਿ ਗੋਰਿਆਂ ਦਾ ਮੁਲਕ ਹੈ ਇਹ ਗੋਰੇ ਤਾਂ ਆਪ ਦਾ ਰਿਲੈਕਸ ਕਰਦੇ ਆ ਉਹ ਵਧੀਆ ਗੱਲ ਹੈ ਕਰਨੇ ਵੀ ਚਾਹੀਦੇ ਹੈਨਾ ਅਸੀਂ ਇੰਡੀਆ ਤੋਂ ਇੱਥੇ ਆਏ ਆ ਅਸੀਂ ਤਾਂ ਜਿੱਥੇ ਸਾਡਾ ਦਾ ਲੱਗਦਾ ਵੀ ਯਾਰ ਇੱਥੋਂ ਚਾਰ ਪੈਸੇ ਬਣਨੇ ਆ ਕੈਨੇਡਾ 'ਚ ਇਹ ਤਾਂ ਹੈ ਨਹੀਂ ਵੀ ਤੁਸੀਂ ਕੋਈ ਠੱਗੀ ਠੋਰੀ ਮਾਰ ਲੋਗੇ ਹਨਾ ਇੱਥੇ ਤਾਂ ਸਾਨੂੰ ਇਹ ਹੈ ਕਿ ਜਿੱਥੇ ਸਾਡਾ ਸਾਨੂੰ ਲੱਗਦਾ ਕਿ ਇੱਥੋਂ ਯਾਰ ਪੈਸੇ ਬਣਨੇ ਆ ਔਰ ਪੰਜਾਬੀ ਤੁਹਾਨੂੰ ਪਤਾ ਹੈ ਰਿਸਕ ਲੈਣ ਤੋਂ ਪਿੱਛੇ ਹਟਦੇ ਨਹੀਂ ਹਨਾ ਤੇ ਅਸੀਂ ਤਾਂ ਰਿਸਕ ਲੈ ਲੂ ਕੇ ਕਿਉਂਕਿ ਜਿੱਥੇ ਰਿਸਕ ਲਵੋਗੇ ਪੈਸੇ ਉੱਥੇ ਬਣਨੇ ਆ ਹਨਾ ਤੇ ਅਸੀਂ ਹੁਣ ਵਧੀਆ ਇੱਥੇ ਹੋਰ ਵੀ ਬਥੇਰੇ ਕੰਮ ਤੋੜ ਲਿਆ ਉੱਪ ਬੈਠਾ ਸਤਪਾਲ ਸਿੰਘ ਇਹ ਇਹ ਮੇਰੇ ਨਾਲੋਂ ਵੀ ਜ਼ਿਆਦਾ ਦਿਮਾਗੀ ਹੈ ਐਂਟਰਪ੍ਰੈਨਰ ਹਾਂ ਇਹ ਇਹ ਨੂੰ ਮੈਂ ਮੰਨਦਾ ਇਹ ਐਂਟਰਪ੍ਰੈਨਰ ਟਰਮ ਤਾਂ ਹੁਣ ਆਈ ਹੈ ਉਹ ਜਗਾੜੀ ਪੰਜਾਬੀ ਤਾਂ ਜਗਾ ਨਹੀਂ ਇਹਨੂੰ ਇਹ ਇਹਨੇ ਮੈਨੂੰ ਬਣਾ ਲਿਆ ਨਾਲ ਬਾਈ ਦੀ ਪਿੱਛਰ ਵੀ ਲਾ ਲਾਂਗੇ ਆਪਾਂ ਐ ਕੌਣ ਸ਼ਹਿਰੀਮਾਨ ਬਿਜ਼ਨਸ ਮਾਈਂਡਡ ਨਹੀਂ ਸੀ ਪਰ ਬਣ ਗਿਆ ਹਾਂ ਤੇ ਇਹਨੇ ਮੈਨੂੰ ਜਾਨੀ ਹੁਣ ਆ ਦੇਖੋ ਜਿੱਥੇ ਆਪਾਂ ਬੈਠੇ ਆ ਸਾਰਾ ਆਪਾਂ ਸਿਸਟਮ ਥੋੜੇ ਸਾਲਾਂ ਚ ਹੀ ਬਣਾਇਆ amez group of companies uh, real estate ਵੀ ਕਰੀਦਾ ਫਿਰ ਸਕੂਲਸ ਵੀ ਹੈਗੇ ਆ ਫੋਰਕਲਿਫਟ ਦੇ amez forklift ਤੇ ਬਾਕੀ ਹੋਰ ਬੜਾ ਬੜਾ ਕੁਝ ਹੈ ਕਿਉਂਕਿ ਕੈਨੇਡਾ ਚ ਕੀ ਹੈ ਨਾ ਇੱਕ ਕੰਮ ਨਾਲ ਤੁਹਾਡਾ ਗੱਲ ਨਹੀਂ ਬਣਦੀ ਤੁਹਾਨੂੰ ਹੈਵ ਟੂ ਪੰਜ ਛੇ ਕੰਮ ਤੁਹਾਨੂੰ ਨਾਲ ਦੀ ਨਾਲ ਚਾਹੀਦੇ ਨੇ ਤੇ ਅਸੀਂ ਅੱਗੇ ਦੀ ਅੱਗੇ ਹੋਰ ਪੰਗੇ ਕਿਤੇ ਨਾ ਕਿਤੇ ਲਈ ਜਾਂਦੇ ਕਿਤੇ ਘਾਟਾ ਵੀ ਪੈ ਜਾਂਦਾ ਕਿਤੇ ਵਾਧਾ ਵੀ ਹੋ ਜਾਂਦਾ ਪਰ ਸਵਾਦ ਲੈ ਰਹੇ ਹਨ ਜਾਨਕੀ ਜ਼ਿੰਦਗੀ ਦਾ ਰਿਸਕ ਹਾਂ ਜਨਰਲ ਰੱਖਿਆ ਹੋਇਆ ਹਾਂ ਰਿਸਕ ਨਹੀਂ ਲਾਉਂਗੇ ਤਾਂ ਫਿਰ ਫਿਰ ਘਰੇ ਬੈਠੇ ਪੈਸੇ ਵੀ ਨਹੀਂ ਬਣਨੇ ਹੈਗੇ ਰਿਸਕ ਤਾਂ ਫਿਰ ਬਹੁਤ ਜ਼ਰੂਰੀ ਹੈ ਔਰ ਜੇ ਯਾਰ ਗੋਰਿਆਂ ਦੀ ਗੱਲ ਕਰਦਾ ਹੁਣ ਸਾਡੇ ਵਰਗਾ ਬੰਦਾ ਚਲੋ ਲੈਟਸ ਸੇ 1% ਲਾ ਲੂ ਫੇਲ ਹੋ ਗਿਆ ਸਾਡੇ ਕੋਲੇ ਪੰਜਾਬ ਸਾਰਾ ਕੁਝ ਹੈਗਾ ਇਹ ਵਿਚਾਰੇ ਕਿੱਥੇ ਜਾਣਗੇ ਗੋਰੇ ਫੇਲ ਕੀ ਇਥੇ ਤਾਂ ਟਰਮ ਹੀ ਬੜੀ ਸੋਹਣੀ ਹੈ ਬੈਂਕਰਪਸੀ ਬੈਂਕਰਪਸੀ ਹੈਨਾ ਸੋ ਅਸੀਂ ਤਾਂ ਸਾਡੇ ਕੋਲੇ ਉੱਥੇ ਵੀ ਸਾਰਾ ਕੁਝ ਹੈ ਇੱਥੇ ਵੀ ਬਣਾ ਲੈ ਹੈਨਾ ਮੈਂ ਤਾਂ ਇਹਨਾਂ ਦੇ ਗੋਰਿਆਂ ਦੇ ਬਾਰੇ ਕਈ ਵਾਰੀ ਵਿਨਦਵਲ ਦੇਖ ਕੇ ਬੜਾ ਵਿਚਾਰਿਆਂ ਵੱਲ ਤਰਸ ਆਉਂਦਾ ਬੜੀ ਮਾੜੀ ਜੀ ਗੱਡੀ ਰੱਖੀ ਬੈਠੇ ਹੁੰਦੇ ਆ ਤੇ ਹੈਨਾ ਇਹਨਾਂ ਨੂੰ ਤਾਂ ਮਤਲਬ 2-4 ਮੇਰੇ ਹੈਗੇ ਨੇ ਯਾਰ ਬੇਲੀ ਉਹ ਮੈਸੇਜ ਦੀ ਵੇਟ ਹੀ ਕਰਦੇ ਰਹਿੰਦੇ ਆ ਜਾਂ ਸਟੋਰੀ ਦੀ ਵੇਟ ਕਰਦੇ ਆ ਵੀ ਅੱਛਾ ਅੱਜ ਇਹਨੇ ਆਹ ਸਟੋਰੀ ਪਾਈ ਆ ਕੁਛ ਕੁੱਕ ਕਰ ਰਿਆ ਅੱਛਾ ਤੁਹਾਡੇ ਨੇਬਰ ਹੀ ਆ ਕਿ ਕਿਦਾਂ ਨੇਬਰ ਵੀ ਨੇ ਇੱਕ ਦੋ ਇੱਕ ਮੇਰਾ ਟ੍ਰੇਨਰ ਹੈ ਇੱਕ ਮੇਰਾ ਗਿਟਾਰ ਟੀਚਰ ਹੈ ਉਹ ਵੇਟ ਹੀ ਕਰਦੇ ਰਹਿੰਦੇ ਵੀ ਕਿਤੇ ਸਾਨੂੰ ਬੁਲਾ ਲਵੇ ਹੈਨਾ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਕੋਲੇ ਗਏ ਵੀ 4 ਦਿਨ ਦਾ ਤਾਂ ਖਾਣਾ ਸਾਨੂੰ ਪੈਕ ਕਰਕੇ ਭੇਜਣਗੇ ਉਹ ਆਪਣੇ ਸੁਭਾਅ ਚ ਹੀ ਆ ਹੁਣ ਵੀ ਯਾਰ ਖਾਲੀ ਹੱਥ ਕਿਉਂ ਜਾਣਾ ਹੈਨਾ ਸੋ ਉਹ ਸਾਨੂੰ ਕਹਿੰਦੇ ਨੇ ਕਹਿੰਦੇ ਯਾਰ ਕੈਸੇ ਬੰਦੇ ਹੋ ਤੁਸੀਂ ਤੁਸੀਂ ਤਾਂ ਜਮੇ ਮਤਲਬ ਪਰਵਾਹ ਨਹੀਂ ਕਰਦੇ ਹੈਨਾ ਉਹ ਕਹਿੰਦੇ ਅਸੀਂ ਤਾਂ ਯਾਰ 2 ਡਾਲਰ ਨਹੀਂ ਦਿੰਦੇ ਕਿਸੇ ਨੂੰ ਹੈਨਾ ਕਰੋਨਾ ਦੇ ਵਿੱਚ ਆਪਣੇ ਗੁਰਦੁਆਰੇ ਸਾਬ ਇਹ ਸਾਰੇ ਗੋਰੇ ਹੀ ਸੀ ਆਪਣੇ ਥੋੜੀ ਸੀ ਜਾਂਦੇ ਗੋਰੇ ਹੁਣ ਵੀ ਜਦੋਂ ਰੈਸੈਸ਼ਨ ਰੈਸੈਸ਼ਨ ਦੇ ਵਿੱਚ ਵੀ ਹੁਣ ਜਦੋਂ ਮਰਜ਼ੀ ਜਾਓ 2-3 ਦਿਨ ਪਹਿਲਾਂ ਮੈਂ ਨਵਾਂ ਗੁਰਦੁਆਰਾ ਉੱਥੇ ਬਣਿਆ ਐਮਰੈਂਥ ਗ੍ਰੈਂਡ ਵੈਲੀ ਮੈਂ ਗਿਆ ਉੱਥੇ ਤੇ ਉਹਨਾਂ ਨੇ ਨਾਲ ਦੀ ਨਾਲ ਗਰਮ-ਗਰਮ ਸਾਨੂੰ ਮਤਲਬ ਲੰਗਰ ਅ ਪ੍ਰਸ਼ਾਦੇ ਤੇ ਬੰਦ ਗੋਭੀ ਤੇ ਮਟਰਾਂ ਦੀ ਸਬਜੀ ਨਾਲ ਦੀ ਨਾਲ ਪ੍ਰਸ਼ਾਦਾ ਸਾਨੂੰ ਸ਼ਿਕਾਇਆ ਉਹਨਾਂ ਨੇ ਹੈ ਅਸੀਂ ਮਤਲਬ ਆਪਣੇ ਵਰਗਾ ਯਾਰ ਕਲਚਰ ਕਿੱਥੇ ਹੈ ਕਿਤੇ ਵੀ ਨਹੀਂ ਹੁਣ ਇੰਨਾ ਟਾਈਮ ਚੱਲ ਰਿਹਾ ਸੈਸ਼ਨ ਦਾ ਤੇ ਗਰੋਸਰੀਆਂ ਫ੍ਰੀ ਵੰਡ ਰਹੇ ਆ ਨਾਲੇ ਕਿੰਨੀ ਪ੍ਰਾਊਡ ਦੀ ਗੱਲ ਹੈ ਜਿੱਥੇ ਗਏ ਆਪਣਾ ਕਲਚਰ ਨਾਲ ਗਿਆ ਹਾਂ ਅੱਛਾ ਹੋਰ ਦੱਸਦਾ ਹਰਾਨੀ ਦੀ ਗੱਲ ਗੁਰਦੁਆਰੇ ਤੁਸੀਂ ਇੱਥੇ ਤਾਂ ਮੈਂ ਨਹੀਂ ਗਿਆ ਪਰ ਉੱਥੇ ਮੈਂ ਜਾਣਾ ਹੁੰਨਾ ਜਿੱਥੇ ਰਹਿਨੇ ਆ ਉੱਥੇ ਉਹਨਾਂ ਨੇ ਲਿਸਟ ਬਣਾ ਕੇ ਲਾਤੀ ਗ੍ਰੋਸਰੀ ਦੀ ਵੀ ਭਾਈ ਆ ਚੀਜ਼ਾਂ ਨਾ ਲੈ ਕੇ ਆਓ ਅੱਛਾ ਇਹ ਬਹੁਤ ਹੋ ਗਈਆਂ ਸਾਡੇ ਕੋਲੇ ਰੱਖਣ ਨੂੰ ਤਾਂ ਨਹੀਂ ਬੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਲਿਖ ਕੇ ਲਾਤੀਆਂ ਵੀ ਭਾਈ ਆ ਚੀਜ਼ਾਂ ਪਲੀਜ਼ ਨਾ ਲੈ ਕੇ ਆਓ ਗੁਰਦੁਆਰੇ 'ਚ ਹੁਣ ਤੁਸੀਂ ਦੱਸੋ ਕਿੱਥੇ ਰਿਸੈਸ ਐਵੇਂ ਤਾਂ ਹੀ ਇੱਕ ਯਾਦ ਆ ਗਿਆ 네ਗੈਟਿਵਿਟੀ ਵਾਲੇ ਵੀ ਲੋਕ ਹੈਗੇ ਨੇ ਬਟ ਜਿਵੇਂ ਆਪਣਾ ਕਿਸਾਨੀ ਅੰਦੋਲਨ ਚੱਲਿਆ ਸੀਗਾ ਰਵੀ ਸਿੰਘ ਉਹਨਾਂ ਨੂੰ ਪੋਸਟ ਪਾਉਣੀ ਪਈ ਸੀ ਵੀ ਹੋਲਡਨੇਸ਼ਨ ਨਾ ਦੋ ਪਿਛਲੇ ਪੈਸੇ ਬਹੁਤ ਪਏ ਨੇ ਨਹੀਂ ਤਾਂ ਕੌਣ ਕਿਹੜੀ ਕਮਿਊਨਿਟੀ ਚ ਐਵੇਂ ਦਾ ਹੁੰਦਾ ਬਿਲਕੁਲ ਸੋ ਮੇਰੇ ਹਸਾਮ ਨਾਲ ਜਿੱਥੇ ਪੰਜਾਬੀ ਐ ਜਿੱਥੇ ਸਾਡਾ ਕਲਚਰ ਉੱਥੇ ਰੈਸੈਸ਼ਨ ਮੈਨੂੰ ਨਹੀਂ ਲੱਗਦਾ ਯਾਰ ਰੈਸੈਸ਼ਨ ਹਾਂ ਕੁਝ ਟਾਈਮ ਲਈ ਹਾਰਡ ਟਾਈਮ ਹੋ ਸਕਦਾ ਪਰ ਇਹ ਨਹੀਂ ਕਹਿ ਸਕਦੇ ਆਪਾਂ ਵੀ ਰੈਸੈਸ਼ਨ ਵਾਲੀ ਕੋਈ ਚੀਜ਼ ਆਪਣੇ ਪੰਜਾਬੀਆਂ ਲਈ ਨਹੀਂ ਹੈਗੀ ਉਹ ਗੋਰਿਆਂ ਲਈ ਹੈ ਹਣਾ ਜਿਨ੍ਹਾਂ ਨੇ ਆਪ ਦਾ ਆਪ ਦਾ ਕਰਕੇ ਖਾਣਾ ਤੇ ਜਿਹੜੇ ਹੁਣ ਡਿਸਆਰਟਨ ਹੋ ਰਹੇ ਆ ਕੈਨੇਡਾ ਦੇ ਅੰਦਰ ਸਪੈਸੀਫਿਕਲੀ ਕੈਨੇਡਾ ਆਸਟ੍ਰੇਲੀਆ ਉਹਨਾਂ ਨੂੰ ਤੁਸੀਂ ਇੱਕ ਲੌਂਗ ਸ਼ਾਰਟ ਸਟੋਰੀ ਦੱਸਣੀ ਹੋਵੇ ਵੀ ਨਾ ਡਿਸਆਰਟਨ ਆਲ ਰਾਈਟ ਦੇਖੋ ਮੈਂ ਇਹ ਕਹੂੰਗਾ ਕਿ ਮੈਨੂੰ ਪਤਾ ਸਾਰਿਆਂ ਨੇ ਇਹ ਕਹਿਣਾ ਵੀ ਬਾਈ ਤੂੰ ਤਾਂ ਸਿੰਗਰ ਐ ਤੇਰੇ ਦਾ ਸ਼ੋਅ ਤੇਰੇ ਸ਼ੋਅਾਂ ਤੇ ਕੋਈ ਫਰਕ ਨਹੀਂ ਹੈ ਨਾ ਰੈਸੈਸ਼ਨ ਦਾ ਪਰ ਸੱਚੀ ਦੱਸਾਂ ਕੈਨੇਡਾ ਦੇ ਵਿੱਚ ਰਹਿ ਕੇ ਮੈਂ ਇੱਕ ਚੀਜ਼ ਨੋਟ ਕੀਤੀ ਐ ਵੀ ਆਪਾਂ ਇੱਥੇ ਜੇ ਮਿਹਨਤ ਕਰਦੇ ਆ ਔਰ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੂੰਗਾ ਵੀ ਟ੍ਰਾਂਟੋ ਤੇ ਵੈਨਕੂਵਰ ਕੈਨੇਡਾ ਨਹੀਂ ਹੈਗਾ ਮਤਲਬ ਆਪਾਂ ਨੂੰ ਲੱਗਦਾ ਆਪਣੇ ਆਪਣੇ ਸਟੂਡੈਂਟਸ ਨੂੰ ਇਹ ਲੱਗਦਾ ਵੀ ਯਾਰ ਰਹਿਣਾ ਤਾਂ ਟ੍ਰਾਂਟੋ ਚ ਹੀ ਰਹਿਣਾ ਹੈ ਰਹਿਣਾ ਤਾਂ ਵੈਨਕੂਵਰ ਚ ਹੀ ਰਹਿਣਾ ਮੇਰੇ ਆਪਦੇ ਬੜੇ ਸਾਰੇ ਦੋਸਤ ਮਿੱਤਰ ਕੋਈ ਕੈਲਗਰੀ ਮੂਵ ਹੋ ਗਿਆ ਕੋਈ ਐਡਮਿੰਟਨ ਮੂਵ ਹੋ ਗਿਆ ਉਹ ਕਹਿੰਦੇ ਬਾਈ ਇੱਥੇ ਬਹੁਤ ਵਧੀਆ ਹੈ ਨਾ ਤਾਂ ਕੋਈ ਟ੍ਰੈਫਿਕ ਹੈ ਸਾਡੇ ਟੈਕਸ ਵੀ ਘਟਨੇ ਤੇਲ ਵੀ ਇੱਥੇ ਰੇਟ ਘਟ ਹੈ ਹੈਨਾ ਉਹ ਬੜੇ ਖੁਸ਼ ਨੇ ਉੱਥੇ ਮੂਵ ਹੋ ਕੇ ਮੈਨੂੰ ਲੱਗਦਾ ਸਰਕਾਰ ਵੀ ਸ਼ਾਇਦ ਇਹੀ ਚਾਹੁੰਦੀ ਹੈ ਵੀ ਯਾਰ ਹੋਰ ਅੱਗੇ ਅੱਗੇ ਥੋੜਾ ਜਿਹਾ ਮੂਵ ਕਰੋ ਹਨਾ ਹਾਂ ਇੱਥੇ ਕਿਉਂਕਿ অন্ਟਾਰੀਓ ਜਾਂ ਟ੍ਰਾਂਟੋ ਜਿਹੜਾ ਜੀਟੀਏ ਆਪਣਾ ਇੱਥੇ ਹੁਣ ਕਰਾਊਡ ਹੀ ਇੰਨਾ ਹੋ ਗਿਆ ਬਹੁਤ ਜ਼ਿਆਦਾ ਪਪੂਲੇਸ਼ਨ ਹੋਈ ਪਈ ਹੈ ਹਨਾ ਥੋੜਾ ਜਿਹਾ ਬਾਹਰ ਨਿਕਲੋ ਬਹੁਤ ਕੰਮ ਹੈ ਮੈਂ ਪਿੱਛੇ ਜੇ ਆਵਨ ਸਾਊਂਡ ਰਹਿ ਕੇ ਆਇਆ ਦੋ ਤਿੰਨ ਦਿਨ ਉੱਥੇ ਹਜੇ ਵੀ ਕਿੰਨੇ ਆ ਸਟੋਰਾਂ ਤੇ ਵੈਕੈਂਸੀਜ਼ ਨੀਡਿਡ ਔਰ ਉੱਥੇ ਜਿੰਨੇ ਆਪਣੇ ਵੱਡੇ ਸਟੋਰ ਹੈ ਵਾਲਮਾਰਟ ਹੋਇਆ ਹੋਰ ਆਪਣੇ ਮੁੰਡੇ ਸਾਰੇ ਕੰਮ ਕਰਦੇ ਸਾਰੇ ਆਪਣੇ ਆ ਗੋਰਾ ਤਾਂ ਮੈਂ ਇੱਕ ਵੀ ਨਹੀਂ ਦੇਖਿਆ ਮੈਂ ਜਦੋਂ ਆਇਆ ਆਇਆ ਸੀਗਾ ਕੈਨੇਡਾ ਮੂਵ ਹੋਇਆ ਮੈਂ ਜਦੋਂ ਤੁਹਾਡੇ ਵਾਲੇ ਔਰੇਂਜਵੈਲ ਏਰੀਆ ਜਾਂਦਾ ਸੀ ਨਾ ਉਦੋਂ ਦੇਖਦਾ ਹੁੰਦਾ ਸੀਗਾ ਗੈਂਸਟੇਸ਼ਨ ਤੇ ਸਾਰੇ ਔਰਾਂ ਪਰ ਗੋਰੇ ਹੁਣ ਜਿਵੇਂ ਜਾਈਦਾ ਹੈ ਨਾ ਤੇ ਆਹੀ ਤੁਹਾਡਾ ਐਕਸਪੀਰੀਅੰਸ ਮੈਂ ਲੈ ਕੇ ਆਇਆ ਔਰੇਂਜਵੈਲ ਹੀ ਹਲੇ ਤਾਂ ਮੈਂ ਕਿੰਨਾ ਕ ਬਾਹਰ ਗਿਆ ਇਹ ਤਾਂ ਸਟਿਲ ਇੱਕ ਜੀਟੀਏ ਦੇ ਅੰਦਰ ਹੀ ਆ ਉੱਥੇ ਜਾ ਕੇ ਦੇਖ ਕੇ ਆ ਆਪਣਾ ਹਰਿਆਣੇ ਦਾ ਮੁੰਡਾ ਮੈਂ ਉਹਨੂੰ ਪੁੱਛਿਆ ਮੈਂ ਕਿ ਕੰਮ ਈਜ਼ੀ ਮਿਲ ਗਿਆ ਹਾਂ ਦਾ ਕੋਈ ਦਿੱਕਤ ਹੀ ਨਹੀਂ ਤੇ ਲੋਕ ਜਿਹੜੇ ਦੱਸਦੇ ਨੇ ਨੋਵ ਸਕੋਸ਼ੀਆ ਜਿਹੜੇ ਪੀਆਰ ਹੁਣ ਬਾਹਰ ਗਏ ਨੇ ਜਿਹੜੇ ਉੱਥੇ ਹੀ ਰਹਿ ਗਏ ਕਹਿਣ ਵਾਲੇ ਕਹਿਣਗੇ ਵੀ ਉੱਥੇ ਕਿਹੜਾ ਪੈਸੇ ਬਣਦੇ ਨੇ ਪਰ ਲੱਗਦੇ ਵੀ ਤਾਂ ਨਹੀਂ ਲੱਗਦੇ ਵੀ ਨਹੀਂ ਸਹੀ ਗੱਲ ਆ ਖਰਚਾ ਵੀ ਫਿਰ ਉੱਥੇ ਘਾਟਾ ਬਹੁਤ ਘਾਟਾ ਬਹੁਤ ਜਿਆਦਾ ਘਟਾ ਮੇਰੇ ਆਪ ਦੇ ਬਹੁਤ ਸਾਰੇ ਦੋਸਤ ਮਿੱਤਰ ਗਏ ਆ ਔਰ ਦੱਸਦੇ ਔਰ ਵਧੀਆ ਬੜੀ-ਵਧੀਆ ਜੌਬ ਸੀ ਮੇਰਾ ਆੜੀਆ ਬੀਐਮਓ ਚ ਮੈਨੇਜਰ ਸੀ ਮੁਕਲ ਇੰਡੀਆ ਤੋਂ ਆਇਆ ਸੀਗਾ ਪਿੱਛੇ ਜੇ ਉਹਦੀ ਤਾਂ ਚੰਗੀ ਭਲੀ ਜੌਬ ਸੀ ਉਹਨੂੰ ਉੱਥੇ ਉਹਨੇ ਬੀਐਮਓ ਚ ਅਪਲਾਈ ਕਰਤਾ ਉੱਥੇ ਵੀ ਜੌਬ ਮਿਲ ਗਈ ਉਹ ਤੂੰ ਕਹਿੰਦਾ ਉੱਥੇ ਬਾਈ ਸਸਤਾ ਬਹੁਤ ਹੈ ਘਰ ਲੈ ਲਿਆ ਉੱਥੇ ਜਾਂਦੇ ਸਾਰ ਉੱਥੇ ਉਹਨਾਂ ਨੂੰ ਉਹਨਾਂ ਨੇ ਬੁੱਕ ਕਰਾਇਆ ਮੇਰੇ ਖਿਆਲ ਦੋ ਚਾਰ ਮਹੀਨੇ ਚ ਉਹਨਾਂ ਦਾ ਘਰ ਉਹਨਾਂ ਦਾ ਆਬਦਾ ਹੋ ਗਿਆ ਇਹ ਵੀ ਇਹ ਵੀ ਬਹੁਤ ਡਿਫਰੈਂਸ ਹੈ ਹਨਾ ਪਰ ਜੇ ਆਪਾਂ ਕਹੀਏ ਵੀ ਇੱਕੋ ਜਗ੍ਹਾ ਰਹਿ ਕੇ ਆਪਾਂ ਨੂੰ ਜੌਬ ਮਿਲੂਗੀ ਤਾਂ ਹੁਣ ਇੱਥੇ ਬਹੁਤ ਜ਼ਿਆਦਾ ਪੋਪੂਲੇਸ਼ਨ ਹੋ ਗਈ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਦੋ ਜੌਬਾਂ ਵੀ ਕਰ ਲੋ ਤਾਂ ਵੀ ਨਹੀਂ ਪੂਰਾ ਪੈਂਦਾ ਤੇ ਉੱਥੇ ਤੁਸੀਂ ਇੱਕ ਜੌਬ ਕਰਕੇ ਇੰਜੋਏ ਕਰ ਸਕਦੇ ਹੋ ਆਪਣਾ ਹਰ ਇੱਕ ਜਿਹੜੇ ਫੋਨ ਕਰ ਸਕਦੇ ਬਟ ਇਹ ਵੀ ਮੈਂ ਸੋਚਦਾ ਇਹ ਹਾਰਡ ਟਾਈਮ ਵੀ ਨਾ ਦੋ ਜੌਬਾਂ ਵਾਲਾ ਵੀ ਇਹ ਫੋਰ ਨਾਉ ਆ ਜਿੰਨਾ ਟਾਈਮ ਇੰਟਰਸਟ ਰੇਟ ਹਾਈ ਕਿਆ ਜਦੋਂ ਇੱਥੇ ਵੀ ਥੋੜਾ ਜਿਹਾ ਸੌਟ ਆਫ ਫੋਨ ਲੱਗ ਪਿਆ ਨਾ ਕੰਮ ਰਿਲੈਕਸ ਹੀ ਹੋਊਗਾ 17 16 ਤੋਂ ਪਹਿਲਾਂ ਜਦੋਂ ਮੈਂ ਦੇਖਿਆ ਸੀਗਾ ਇੱਥੇ ਆ ਕੇ ਇਹਨਾਂ ਨਹੀਂ ਹੁੰਦਾ ਸੀਗਾ ਵੀ ਹਰ ਕਿਸੇ ਨੂੰ ਦੋ ਦੋ ਜੌਬ ਗਰੀਡ ਨੂੰ ਤਾਂ ਫਿਰ ਲੱਗੇ ਰੋ ਬੀ ਲਾਲਚ ਨੂੰ ਬਟ ਉਸ ਤੋਂ ਇਲਾਵਾ ਆਈ ਗੈਸ ਬੈਟਰ ਹੋਗਾ ਥੋੜੇ ਆਉਣ ਵਾਲੇ ਟਾਈਮ 'ਚ ਗਲੋਬਲੀ ਹਾਰਡਸ਼ਿਪ ਚੱਲ ਰਹੀ ਹੈ ਪੁਰਾਣੇ ਬੰਦੇ ਦੱਸਦੇ ਆ ਜਿਹੜੇ ਜਿਨ੍ਹਾਂ ਨੂੰ 25 30 30 ਸਾਲ ਹੋ ਗਏ ਉਹ ਕਹਿੰਦੇ ਉਦੋਂ ਘਰਾਂ ਦੇ ਇੰਟਰਸਟ ਰੇਟ ਸੀਗੇ 17% 12 15 ਵੀ ਰਿਹਾ 15% ਤੁਸੀਂ ਆਪ ਸੋਚੋ ਇੰਡੀਆ 'ਚ ਵੀ ਇੰਨਾ ਨਹੀਂ ਹੋਣਾ ਆੜਤੀਆਂ ਨਹੀਂ ਇੰਨਾ ਗੰਦਾ ਵਿਆਜ ਲਾਉਂਦਾ ਜਿਹਨੂੰ ਕਹਿੰਦੇ ਚੱਕਰਵਰਤੀ ਵਿਆਜ ਕਹਿੰਦੇ ਹਾਂ ਹਾਂ ਉਸ ਵੇਲੇ 'ਚ ਲੋਕ ਕੀ ਸਰਵਾਈਵ ਕਰ ਗਏ ਯਾਰ ਹੈਨਾ ਅਸੀ ਹੈ ਕਿ ਆਪਾਂ ਆਪਣੇ ਜਿਹੜਾ ਨਵਾਂ ਯੂਥ ਹੈ ਨਾ ਥੋੜਾ ਜਿਹਾ ਕਿਉਂਕਿ ਇਹਨਾਂ ਦਾ ਵੀ ਨਹੀਂ ਕਿ ਕਿਉਂਕਿ ਉੱਥੋਂ ਯਾਰ ਅ ਪਲੱਸ 2 ਤੋਂ ਬਾਅਦ ਬਹੁਤ ਸਾਰੇ ਬੱਚੇ ਆਉਂਦੇ ਆ ਸਾਨੂੰ ਪਤਾ ਨਾ ਇੱਥੇ ਸਾਡੇ ਬਹੁਤ ਆਉਂਦੇ ਸਕੂਲ ਦੇ ਵਿੱਚ ਤੇ ਉਹਨਾਂ ਨੂੰ ਥੋੜਾ ਜਿਹਾ ਇੱਥੇ ਇੱਕੋ ਦਮ ਇਸ ਸਿਸਟਮ 'ਚ ਵੜਨਾ ਜਾਂ ਤਾਂ ਇੰਡੀਆ ਵੀ ਬੰਦਾ ਕੰਮ-ਕੁਮ ਕਰਦਾ ਆਇਆ ਹੋਵੇ ਹਾਂ ਸਕਿੱਲ ਹਾਂ ਸਕਿੱਲ ਹੈ ਨਾ ਕੱਲ ਮੁੰਡੇ ਇੱਥੇ ਟਿਮ ਹਾਟਨ ਤੇ ਮਿਲੇ ਉਹ ਕਹਿੰਦੇ ਬਾਈ ਅਸੀਂ कंस्ट्रक्शन ਦਾ ਕੰਮ ਕਰਨ ਲੱਗ ਗਏ ਆ ਤੇ ਮੈਂ ਕਿਹਾ ਯਾਰ orangewell ਤੁਹਾਨੂੰ ਫੋਨ ਕੀਤਾ ਸੀ ਤੁਹਾਡੀ ਕੰਪਨੀ ਨੂੰ ਤੁਸੀਂ ਪਹੁੰਚਦੇ ਨਹੀਂ ਉੱਥੇ ਕਹਿੰਦਾ ਭਾਈ ਇੱਥੇ ਨਹੀਂ ਮੁੱਕਦਾ ਕੰਮ ਉਹ ਸਾਡੇ ਇੱਥੇ ਜਿਹੜਾ ਬੰਦਾ ਉੱਥੇ ਪਹੁੰਚ ਜਾਂਦਾ ਨਾ ਕੰਸਟਰਕਸ਼ਨ ਵਾਲਾ ਅਸੀਂ ਉਹਨੂੰ ਮਤਲਬ ਦੋ ਟਾਈਮ ਚਾਹ ਤੇ ਨਾਲ ਲੱਡੂ ਖੋਣੇ ਆ ਵੀ ਭਾਈ ਸ਼ੁਕਰ ਹੈ ਤੂੰ ਆਇਆ ਤੂੰ ਇੱਥੇ ਤੱਕ ਆ ਗਿਆ orangewell ਦੇਖ ਲਓ ਕਿੰਨੀ ਕਿ ਦੂਰ ਹੈ ਤੇ ਇੱਥੇ ਕੰਸਟਰਕਸ਼ਨ ਵਾਲਿਆਂ ਦੀ ਹੁਣ ਉਹ ਇਨੀ ਵਾਰ ਚੱਲ ਪਈ ਹੈ ਕਿ ਉਹ ਪ੍ਰਾਈਸ ਥੱਲੇ ਕਰ ਕਰਕੇ ਕੰਮ ਕਰੀ ਜਾਂਦੇ ਨੇ ਹਾਂ ਪਰ ਥੋੜਾ ਬਾਹਰ ਜਾਉਂਗੇ ਤਾਂ ਲੋਕੀ ਲੱਭੀ ਜਾਂਦੇ ਆ ਕੋਈ ਲੱਭਦਾ ਨਹੀਂ ਓਵਰ ਆਲ ਤੁਸੀਂ ਕੈਨੇਡਾ ਇੰਡੀਆ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਦੇਖੋ ਆਪਦਾ ਮੁਲਕ ਤਾਂ ਆਪਦਾ ਹੀ ਹੁੰਦਾ ਇੰਡੀਆ ਤਾਂ ਡੈਫੀਨਿਟਲੀ ਇੰਡੀਆ ਤੇ ਸਪੈਸ਼ਲੀ ਚੰਡੀਗੜ੍ਹ ਨੂੰ ਬਹੁਤ ਮਿਸ ਕਰੀਦਾ ਆਪਦੇ ਪੰਜਾਬ ਨੂੰ ਬੜਾ ਮਿਸ ਕਰੀਦਾ ਆਪਦਾ ਮੁਲਕ ਤਾਂ ਆਪਦਾ ਹੁੰਦਾ ਪਰ ਇੱਥੇ ਨਵੀਆਂ ਓਪਰਚ्युनिटीਜ਼ ਦੇ ਲਈ ਮੈਂ ਕਹੂੰਗਾ ਹਰ ਬੰਦੇ ਨੂੰ ਆਉਣਾ ਚਾਹੀਦਾ ਔਰ ਇੱਥੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤੁਸੀਂ ਕੋਈ ਨਵਾਂ ਕੰਮ ਚਲਾਉਨੇ ਹੋ ਤਾਂ ਬਹੁਤ ਸਪੋਰਟ ਕਰਦੀ ਹੈ ਗਵਰਨਮੈਂਟ ਵੀ ਸਪੋਰਟ ਕਰਦੀ ਹੈ ਪਲੱਸ ਅ ਤੁਸੀਂ ਬੜਾ ਕੁਝ ਸਿੱਖਦੇ ਹੋ ਇੰਡੀਆ ਤਾਂ ਮੈਨੂੰ ਲੱਗਦਾ ਜੇ ਮੈਂ ਆਪਣੀ ਗੱਲ ਕਰਦਾ ਕਿਸੇ ਨੂੰ ਨਹੀਂ ਕਹਿੰਦਾ लेट्स ਸੇ ਜੇ ਮੈਂ 26 ਸਾਲ ਦੀ ਉਮਰ ਤੱਕ ਵੀ ਹਟ ਨਾ ਹੁੰਦਾ ਤਾਂ ਮੈਂ ਅੱਜ ਵੀ ਜੇ ਕਰਦਿਆਂ ਨੂੰ ਕਹਿੰਦਾ ਵੀ ਯਾਰ ਮੈਂ ਕੋਈ ਕੰਮ ਨਹੀਂ ਕਰਨਾ ਮੇਰਾ ਫਿਰ ਵੀ ਚੱਲੀ ਜਾਣਾ ਸੀ ਔਰ ਵਧੀਆ ਚੱਲੀ ਜਾਣਾ ਸੀ ਹੈਨਾ ਕਿਉਂਕਿ ਉੱਥੇ ਪਤਾ ਹੈ ਵੀ ਯਾਰ ਹੋਰ ਨਹੀਂ ਕੁਝ ਤਾਂ ਮਤਲਬ 6 ਮਹੀਨੇ ਬਾਅਦ ਕਣਕ ਝੋਨਾ ਤੇ ਮੂੰਗੀ ਇਹ ਤਾਂ ਆ ਹੀ ਜਾਣੀ ਹੈ ਹੈਨਾ ਮਤਲਬ ਰੋਟੀ ਪਾਣੀ ਦਾ ਤਾਂ ਉੱਥੇ ਹਰ ਬੰਦਾ ਕਹਿੰਦਾ ਯਾਰ ਰੋਟੀ ਪਾਣੀ ਤਾਂ ਚੱਲੀ ਜਾਣਾ ਪਰ ਥੋੜਾ ਜਿਆ ਯਾਰ ਉਹ ਤੋਂ ਉੱਤੇ ਵੀ ਉੱਠ ਕੇ ਦੇਖੀਏ ਵੀ ਬਾਹਰ ਆ ਕੇ ਦੇਖੀਏ ਵੀ ਕੀ ਹੈ ਔਰ ਆਪਾਂ ਆਪਦਾ ਮੁਲਕ ਤਾਂ ਭੁੱਲ ਹੀ ਨਹੀਂ ਸਕਦੇ ਨਾ ਹੀ ਉਹਦੀ ਕਦੇ ਮਤਲਬ ਆਪਾਂ ਸਪੋਰਟ ਵੀ ਹਮੇਸ਼ਾ ਕਰਨੀ ਹੈ ਹੈਨਾ ਪਰ ਇੱਥੇ ਆ ਕੇ ਵੀ ਜਿਹੜਾ ਬੰਦਾ ਇੱਥੇ ਆ ਜਾਂਦਾ ਇੱਕ ਬਲੇਸਿੰਗ ਸਮਝੋ ਫਿਰ ਤੁਸੀਂ ਕੁਝ ਕਰ ਸਕਦੇ ਹੋ ਜੇ ਤੁਸੀਂ ਕਹੀ ਜਾਓਗੇ ਨਹੀਂ ਯਾਰ ਗਲਤੀ ਕਰ ਲਿਆ ਕਿ ਫਿਰ ਉਹ ਗਲਤੀ ਹੀ ਹੋ ਜਾਣੀ ਹੈ ਗਲਤੀ ਹੀ ਰਹਿ ਜਾਣੀ ਹੈ ਇਹਨੂੰ ਜੇ ਬਲੇਸਿੰਗ ਕਹੋਗੇ ਹੁਣ ਉੱਥੇ ਲੱਖ ਬੰਦਾ ਕਹਿ ਦੂਗਾ ਵੀ ਬਾਈ ਜੀ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਕਹਿ ਦੂਗਾ ਹੈਨਾ ਸੋ ਇਹਨੂੰ ਬਲੇਸਿੰਗ ਸਮਝੋ ਤੁਸੀਂ ਕਿੰਨੇ 2.5 ਕਰੋੜ ਆਪਣੇ ਪੰਜਾਬ ਦੀ ਪੋਪੂਲੇਸ਼ਨ ਹੋਣੀ ਹੈ ਤੁਸੀਂ 2.5 ਕਰੋੜ ਤੋਂ ਤਾਂ ਬਹੁਤ ਉੱਪਰ ਆ ਗਏ ਨਾ ਤੁਸੀਂ ਇੱਥੇ ਆ ਗਏ ਸੋ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਇਥੇ ਇੱਕ ਦੂਜਾ ਉਹ ਨਾ ਵੀ ਜਦੋਂ ਮੀਡੀਆ ਤੋਂ ਇਥੋਂ ਖਬਰਾਂ ਜਾਂਦੀਆਂ ਨੇ ਪਿੱਛੇ ਡੈਥਸ ਦੀ ਸੁਸਾਈਡ ਦੀ ਪ੍ਰੋਟੈਸਟਾਂ ਦੀ ਪਿਛਲੇ ਦਿਨੀ ਤੁਸੀਂ ਵੀ ਐਨਐਸਐਨ ਦੇ ਪ੍ਰੋਟੈਸਟ ਤੇ ਪਹੁੰਚੇ ਸੀ ਯੂਰ ਸਟੂਡੈਂਟ ਡੈਪੂਟੇਸ਼ਨ ਵਾਲਾ ਜਿਹੜਾ ਸੀਗਾ ਤੇ ਉਹ ਚੀਜ਼ਾਂ ਨੂੰ ਦੇਖ ਕੇ ਇੱਕ ਨਾ ਥਾਟ ਪ੍ਰੋਸੈਸ ਬੜੀ ਮਿੰਟ ਚ ਬਣਦਾ ਅਗੇਨ ਬਿਕੋਜ਼ ਆਫ ਸੋਸ਼ਲ ਮੀਡੀਆ ਤੇ ਹੀ ਆਪਣੇ ਸਾਰੇ ਤੋਂ ਬਟ ਉਹਦੀ ਦੂਜੀ ਸਾਈਡ ਵੀ ਹੈ ਜਿਹੜੀ ਤੁਸੀਂ ਦੱਸ ਰਹੇ ਆ ਸੋ ਇਹਦੇ ਤੇ ਕੋਈ ਟੇਕ ਤੁਹਾਡਾ ਵੀ ਦੇਖੋ ਗਵਰਨਮੈਂਟ ਆਪਦਾ ਕੰਮ ਕਰਦੀ ਐ ਹਨਾ ਹੁਣ ਉਹਦੇ ਚੱਪਾਂ ਹੁਣ ਕਹਿ ਨਹੀਂ ਸਕਦੇ ਵੀ ਨਹੀਂ ਜੀ ਇਹਨਾਂ ਨੇ ਇੱਥੇ ਤਾਂ ੱਤਕਾ ਵੈਸੇ ਵੀ ਹੋ ਨਹੀਂ ਸਕਦਾ ਕਿਸੇ ਦੇ ਨਾਲ ਔਰ ਆਪਾਂ ਦੇਖਿਆ ਕਿ ਆ ਭਾਵੇਂ ਗਵਰਨਮੈਂਟ ਦੇ ਜੇ ਆਪਾਂ ਇੱਕ ਵਾਰੀ ਉਹਨਾਂ ਦੇ ਵਿਊ ਤੋਂ ਦੇਖੀਏ ਉਹ ਕਹਿੰਦੇ ਵੀ ਨਹੀਂ ਜੀ ਇਹ ਇਦਾਂ ਸੀ ਗਲਤ ਸੀ ਸਟਿਲ ਉਹਨਾਂ ਨੇ ਰੋਕਤੀ ਹਨਾ ਸਟਿਲ ਉਹਨਾਂ ਨੇ ਇੱਕ ਰੂਮ ਦਿੱਤਾ ਵੀ ਹਾਂ ਅਸੀਂ ਤੁਹਾਨੂੰ ਮੰਨਦੇ ਹਾਂ ਹਾਂ ਮੰਨ ਗਏ ਹੂੰ ਤੇ ਇਹੀ ਚੀਜ਼ ਜੇ ਇਮੇਜਿਨ ਕਰੋ ਇੰਡੀਆ ਚ ਹੁੰਦੀ ਦੋ ਸਾਲ ਬੈਠੇ ਦੋ ਸਾਲ ਬੈਠੇ ਰਹਿੰਦੇ ਸੋ ਦੇਖਿਆ ਜਾਵੇ ਤਾਂ ਆਪਾਂ ਨੂੰ ਆਪਾਂ ਦੋ ਦੂਜੀ ਸਾਈਡ ਨਹੀਂ ਦੇਖਦੇ ਹੁੰਦੇ ਆਪਾਂ ਇੱਕ ਸਾਈਡ ਹੀ ਦੇਖਦੇ ਹਾਂ ਪਰ ਅਦਰਵਾਈਜ਼ ਜਿਨ੍ਹਾਂ ਨੇ ਇੱਥੇ ਤਰੱਕੀ ਕਰਨੀ ਹੈ ਜਾਂ ਕੀਤੀ ਹੈ ਬਹੁਤ ਤਰੱਕੀ ਕੀਤੀ ਹੈ ਮੈਂ ਮੇਰੇ ਦੇਖਦੇ ਦੇਖਦੇ ਦੋ ਚਾਰ ਸਾਲਾਂ ਚ ਨਵੇਂ ਮੁੰਡਿਆਂ ਨੇ ਜਿਨ੍ਹਾਂ ਨੇ ਕੰਮ ਕਰਨਾ ਨਾਲੇ ਜੇ ਗੱਲ ਪ੍ਰੋਟੈਸਟ ਵਗੈਰੇ ਦੀ ਹੋ ਰਹੀ ਹੈ ਨਾ ਮੈਂ ਬਾਈ ਹੁਣਾਂ ਦੇ ਸਾਹਮਣੇ ਇਹ ਗੱਲ ਤਾਂ ਕਰਨਾ ਚਾਹੁੰਦਾ ਕਿਉਂਕਿ ਇਹ ਮਾਸਸਸ ਤੱਕ ਗੱਲ ਜਾਊਗੀ ਇੱਥੇ ਆ ਗੱਲ ਕਲੀਅਰ ਕਰਨੀ ਜ਼ਰੂਰੀ ਹੈ ਜੇ ਆਪਾਂ ਕਹਿ ਦਿੰਨੇ ਆ ਨਾ ਬਹੁਤ ਦਿਸ ਹਾਰਟਨਿੰਗ ਲੱਗਦਾ ਵੀ ਜਦੋਂ ਆਪਣੇ ਬੰਦੇ ਪ੍ਰੋਟੈਸਟ ਤੇ ਬੈਹ ਜਾਂਦੇ ਨੇ ਬੜੀ ਤਾਂ ਅਵੇਕਨਿੰਗ ਗੱਲ ਹੈ ਕ੍ਰਾਂਤੀ ਲਿਆਉਣੀ ਕਿਸੇ ਚੀਜ਼ ਦੇ ਲਈ ਸਾਡੇ ਖੂਨ ਚ ਹੈ ਉਹ ਚੀਜ਼ ਲਿਖੀ ਵੀ ਧੱਕਾ ਨਹੀਂ ਸਹਿਣਾ ਇਕੱਠੇ ਹੋ ਜੋ ਪਰ ਉਹਨੂੰ ਕਈ ਲੋਕ ਇੰਨਾ 네ਗੇਟਿਵ ਲੈ ਕੇ ਜਾਂਦੇ ਨੇ ਵੀ ਇੱਥੇ ਵੀ ਉਹੀ ਕੰਮ ਚੱਲ ਪੇ ਇੱਥੇ ਵੀ ਕਿਉਂਕਿ ਕਿਸਾਨੀ ਮੋਰਚੇ ਤੋਂ ਬਾਅਦ ਵੀ ਇੱਥੇ ਵੀ ਤੁਸੀਂ ਮੋਰਚੇ ਲਾਉਣ ਲੱਗ ਪਿਓ ਤੁਸੀਂ ਆਉਂਦੀ ਦੂਜੀ ਸਾਈਡ ਦੇਖੋ ਪੋਲ ਜੋ ਪੰਜਾਬੀ ਕੱਢ ਦੋ ਵੀ ਹੈਗੇ ਪੰਜਾਬੀ ਇੱਥੇ ਮੈਂ ਕੈਨੇਡਾ ਪੋਸਟ ਵੀ ਕੰਮ ਕਰਦ ਰਿਹਾ ਕੈਨੇਡਾ ਪੋਸਟ ਹਰ ਦੂਜੇ ਤੀਜੇ ਸਾਲ ਉਹਨਾਂ ਦਾ ਪ੍ਰੋਟੈਸਟ ਹੁੰਦਾ ਹੀ ਹੁੰਦਾ ਚੱਕੇ ਜਾਮ ਕਰ ਦਿੰਦੇ ਨੇ ਥੋੜੀ ਕੋਈ ਮੇਲ ਕੱਖ ਨਹੀਂ ਆਉਂਦਾ 에ਅਰਲਾਈਨਸ ਵਾਲੇ ਇੱਥੇ ਪ੍ਰੋਟੈਸਟ ਕਰਦੇ ਨੇ ਸੀਐਨਸੀਪੀ ਵਾਲੇ ਕਰਦੇ ਨੇ ਸੀਐਨਸੀਪੀ ਜਿਹੜਾ ਇੱਥੇ ਛੋਟੇ ਛੋਟੇ ਨੇ ਟਰੱਕਰ ਪ੍ਰੋਟੈਸਟ ਹੋਇਆ ਬਰਦਾਸ਼ਤ ਕਰਨ ਦੀ ਇੱਥੋਂ ਦੀ ਲਿਮਿਟ ਡਿਫਰੈਂਟ ਹੋ ਸਕਦੀ ਆ ਬਟ ਪ੍ਰੋਟੈਸਟ ਆਪਣੇ ਬੰਦੇ ਆਪਾਂ ਨੂੰ ਨਾ ਭੰਡਣ ਮੈਂ ਅੱਜ ਹੀ ਦੇਖ ਕੇ ਆਇਆ ਆਪਣੇ ਇੰਟਰਵਿਊ ਤੋਂ ਪਹਿਲਾਂ ਜਦੋਂ ਮੈਂ ਆ ਰਿਹਾ ਸੀ ਤਾਂ ਉੱਥੇ ਪ੍ਰੋਟੈਸਟ オレンジਵਲ ਗੋਰਿਆਂ ਦਾ ਚੱਲ ਰਿਹਾ ਉਹ ਚੱਲ ਰਿਹਾ ਕੋਵਿਡ ਇਸ ਲਾਈ ਹਾਂ ਉਹ ਇੱਕ ਪ੍ਰੋਟੈਸਟ ਚੱਲ ਰਿਹਾ ਉਹ ਲਾਈਟਾਂ ਤੇ ਖੜੇ ਨੇ ਔਰ ਲੈ ਕੇ ਉਹ ਬੈਨਰ ਖੜੇ ਉਹਨਾਂ ਦੀ ਸੁਣਵਾਈ ਨਹੀਂ ਹੋਣੀ ਦੇਖ ਲਿਓ ਤੁਸੀਂ ਨਹੀਂ ਹੋਣੀ ਪਰ ਇੱਕ ਚੀਜ਼ ਹੋਰ ਆ ਜਿਹੜੇ ਆਪਣੇ ਪ੍ਰੋਟੈਸਟ ਹਨਾ ਉਹ ਹੱਕਾਂ ਲਈ ਆ ਔਰ ਜਿਹੜੇ ਇਧਰਲੇ ਮੋਸਟਲੀ ਪ੍ਰੋਟੈਸਟ ਹਨਾ ਉਹ ਵੇਜ ਜੀ ਵਧਾਉਣ ਲਈ ਆ ਇਹ ਇੱਕ ਇਹ ਚੀਜ਼ ਬਹੁਤ ਆ ਸਾਡੇ ਵਾਲੇ ਧੱਕੇ ਦੇ ਖਿਲਾਫ ਹੈ ਉਹਨਾਂ ਵਾਲੇ ਵੀ ਸਾਨੂੰ ਥੋੜਾ ਜਿਹਾ ਹੋਰ ਅਪਲਿਫਟ ਕਰੋ ਇਵਨ ਦੋ ਯਾ ਹਾਂ ਨਹੀਂ ਪਰ ਇਹ ਹੈ ਕਿ ਓਵਰঅল ਮੈਂ ਇਹ ਕਹੂੰਗਾ ਤੁਸੀਂ ਵੀ ਹੁਣ ਸਾਰੇ ਆਪਾਂ ਸਾਰੇ ਕੈਨੇਡਾ ਚ ਬੈਠੇ ਆਂ ਤੇ ਮੈਂ ਇੱਕ ਨਾ ਛੋਟੀ ਜੀ ਗੱਲ ਸ਼ੇਅਰ ਕਰਦਾ ਥੋੜੇ ਕਿ ਦਿਨ ਪਹਿਲਾਂ ਮੈਂ ਅ ਰਾਤ ਨੂੰ ਮੈਂ ਟਰਾਈ ਕਰਦਾ ਹੁੰਨਾ ਜਿੰਮ ਜਾਣ ਦੀ ਵੀ ਯਾਰ ਰਾਤ ਨੂੰ ਇੱਕ ਤਾਂ ਸ਼ਾਂਤੀ ਬੜੀ ਹੁੰਦੀ ਹੈ ਤੇ ਇੱਕ ਨਾ ਬੰਦਾ ਆਰਾਮ ਨਾਲ ਆਪਣਾ ਸੋਨਾ ਸੂਨਾ ਸਟੀਮ ਖਾਲੀ ਹੁੰਦੀ ਹੈ ਬੰਦਾ ਮੈਂ ਜਾ ਕੇ ਆਪ ਹੀ ਔਨ ਕਰਦਾ ਤੇ ਬਹਿ ਜਾਂਦਾ ਹੈ ਨਾ ਰਾਤ ਨੂੰ 2:30 ਵਜੇ ਪੂਰੇ ਜਿਮ ਦੇ ਵਿੱਚ ਮੈਂ ਸੀ ਤੇ ਇੱਕ ਜਿਹੜਾ ਮੁੰਡਾ ਗੋਰਾ ਜਿਹੜਾ ਮੂਰੇ ਬੈਠਾ ਸੀ ਤੇ 6-7 ਕੁੜੀਆਂ ਸੀ ਗੋਰੀਆਂ ਤੇ ਮੈਂ ਜਦੋਂ ਟਾਈਮ ਦੇਖਿਆ 2:30 ਵਜੇ ਸੀ ਰਾਤ ਦੇ ਤੇ ਉਹ ਰਾਤ ਦੇ 2:30-3 ਵਜੇ ਉਹ ਜਿਮ ਕਰ ਰਹੀਆਂ ਸੀ ਹੂੰ ਤੇ ਮੈਂ ਇਹ ਗੱਲ ਸੋਚੀ ਮੈਂ ਕਿਹਾ ਯਾਰ ਜੇ ਕਿਤੇ ਮੈਂ ਇੰਡੀਆ 'ਚ ਹੋਵਾਂ ਤੇ ਮੈਂ ਪਹਿਲੀ ਗੱਲ ਤਾਂ ਜਿਮ ਰਾਤ ਨੂੰ 2:30-3 ਵਜੇ ਕੋਈ ਖੁੱਲਦਾ ਹੀ ਨਹੀਂ ਹੂੰ ਜੇ ਜੇ ਮੈਂ ਸੋਚਾਂ ਵੀ ਚੱਲ ਮੈਂ 10 11 ਵਜੇ ਵੀ ਜਿਮ ਜਾਵਾਂ ਤਾਂ ਮੇਰੇ ਲਈ ਵੀ ਜਾਣਾ ਔਖਾ ਕੁੜੀਆਂ ਦਾ ਤਾਂ ਤੁਸੀਂ ਗੱਲਾਂ ਹੀ ਛੱਡ ਦਿਓ ਵੀ ਕੁੜੀ ਰਾਤ ਨੂੰ 10 ਵਜੇ ਤੋਂ ਬਾਅਦ ਕੋਈ ਬਾਅਰ ਮਤਲਬ ਇਹ ਬੜੀ ਕੋੜੀ ਗੱਲ ਹੈ ਪਰ ਹੁੰਦਾ ਇਹ ਚੀਜ਼ ਹੁੰਦੀ ਹੈ ਸਪੈਸ਼ਲੀ ਇੰਡੀਆ ਦੇ ਵਿੱਚ ਹਨਾ ਸੋ ਭਾਈ ਜਦੋਂ ਤੁਸੀਂ 2010 ਤੋਂ ਆ ਫਾਲੋਅਰ ਸੀ ਤੁਹਾਨੂੰ ਉਦੋਂ ਦੇ ਕਰਦੇ ਆ ਵੀ ਤੁਸੀਂ ਕਿਵੇਂ ਕਿਵੇਂ ਨਹੀਂ ਪਰ ਤੁਹਾਡੀ ਮॉम ਦੇ ਜਾਣ ਤੋਂ ਬਾਅਦ ਤੁਹਾਡੀ ਵਿਥਿਨ ਯੋਰ ਪੋਸਟ ਵੀ ਥੋੜੀ ਲਾਈਫੇ ਅੰਦਰ ਥੋੜਾ ਚੇਂਜ ਆਇਆ ਲੱਗਦਾ ਤੇ ਉਹ ਐਕਸਪੀਰੀਅੰਸ ਕਿਵੇਂ ਦਾ ਚੇਂਜ ਹੁਣ ਜੇ ਜਾ ਕੇ ਆਇਆ ਪਰ ਵਿਚਦੀ ਦਾ ਮੈਂ ਬਹੁਤ ਡਿਸਟਰਬ ਹੋ ਗਿਆ ਸੀਗਾ ਉਹਦਾ ਕਾਰਨ ਇਹ ਸੀ ਵੀ ਅ ਉਹਦੇ ਲਾਸਟ ਟਾਈਮ ਦੇ ਵਿੱਚ ਮੈਂ ਉਹਦੇ ਨਾਲ ਨਹੀਂ ਸੀ ਮੰਮੀ ਦੇ ਹਾਂ ਜਦੋਂ ਮਤਲਬ ਮੈਂ ਫਲਾਈਟ ਦੇ ਵਿੱਚ ਸੀ ਮੈਨੂੰ ਇਹਨਾਂ ਨੇ ਦੱਸਿਆ ਵੀ ਨਹੀਂ ਕਿ ਕਿਉਂਕਿ ਮੈਂ ਉਸ ਟਾਈਮ ਤੇ ਅਸੀਂ ਪੀਆਰ ਦੇ ਲਈ ਜਦੋਂ ਪੀਆਰ ਆ ਗਈ ਤੇ ਅਸੀਂ ਇੱਧਰ ਆ ਗਏ ਕੈਨੇਡਾ ਤੇ ਮੈਨੂੰ ਇਹ ਸੀ ਕਿ ਮੈਂ ਇੱਥੇ ਲਿਆਉਂਗਾ ਉਹਨਾਂ ਨੂੰ ਕੈਨੇਡਾ 'ਈ ਤੇ ਇੱਥੇ ਸੈਟਅਪ ਕੀਤਾ ਸਾਰਾ ਘਰ ਘੁਰ ਲਿਆ ਉਸ ਤੋਂ ਬਾਅਦ ਮੇਰਾ ਯਾਦ ਆ ਮੈਨੂੰ ਇੱਕ ਸ਼ੋਅ ਸੀ ਸਰੀ ਦੇ ਵਿੱਚ ਸਰੀ ਦੀ ਸਿਟੀ ਦਾ ਸਿਟੀ ਆਫ ਸਰੀ ਨੇ ਸਾਡਾ ਉਹ ਸ਼ੋਅ ਕੀਤਾ ਸੀ 18 ਜੁਲਾਈ ਦਾ ਤੇ ਮਾਤਾ ਦੀ ਡੈਥ ਹੋਈ 17 ਜੁਲਾਈ ਨੂੰ ਤੇ ਉਹ ਮੈਂ ਵੈਨਕੂਵਰ ਜਾਣ ਲਈ ਫਲਾਈਟ ਲੈਣ ਲੱਗਾ ਤੇ ਮੈਨੂੰ ਫੋਨ ਆਇਆ ਕਿ ਜਾਦਾ ਹੋ ਗਏ ਬਿਮਾਰ ਵੀ ਤੁਸੀਂ ਆ ਜਾਓ ਮੈਂ ਨਾਲ ਦੀ ਨਾਲ ਕੈਨਸਲ ਕਰਕੇ ਸ਼ੋ ਤੇ ਮੈਂ ਦਿੱਲੀ ਦੀ ਫਲਾਈਟ ਲੈ ਲਈ ਤੇ ਮੈਂ ਜਦੋਂ ਪਹੁੰਚਿਆ ਤਾਂ ਆਬਵੀਅਸਲੀ ਉਹ ਜਾ ਕੇ ਪਤਾ ਲੱਗਿਆ ਪਰ ਮੈਂ ਜਾਨੀ ਮੈਨੂੰ ਇਹ ਚੀਜ਼ ਦਾ ਬੜਾ ਦੁੱਖ ਹੋਇਆ ਕਿ ਮੈਨੂੰ ਮੈਨੂੰ ਲੱਗਿਆ ਕਿ ਸੱਚੀ ਮੈਂ ਘਰ ਪਹੁੰਚਣ ਤੱਕ ਮੈਨੂੰ ਇਹ ਸੀ ਵੀ ਥੋੜੇ ਜਿ ਚਲੋ ਹਾਲਤ ਜਾਦਾ ਵਿਗੜ ਗਈ ਹੋਣੀ ਆ ਪਰ ਮੈਨੂੰ ਇਹ ਨਹੀਂ ਸੀ ਵੀ ਪਰ ਓਬਵੀਅਸਲੀ ਉਹਨਾਂ ਨੇ ਦੱਸਿਆ ਵੀ ਨਹੀਂ ਹਨਾ ਕਿਸੇ ਨੇ ਪਰ ਜਦੋਂ ਮੈਂ ਘਰੇ ਪਹੁੰਚਿਆ ਤੇ ਮੈਂ ਜਦੋਂ ਦੇਖਿਆ ਫਿਰ ਮੈਨੂੰ ਇਸ ਚੀਜ਼ ਦਾ ਇਨਾ ਰਿਗਰਟ ਮਤਲਬ ਮੇਰੇ ਅੰਦਰ ਇੱਕ ਇੱਕ ਚੀਜ਼ ਬਣ ਗਈ ਕਿ ਯਾਰ ਮੈਂ ਨਾਲ ਹੋਣਾ ਚਾਹੀਦਾ ਸੀ ਅਖੀਰਲੇ ਟਾਈਮ ਦੇ ਵਿੱਚ ਔਰ ਮੈਨੂੰ ਮੇਰੇ ਫਾਦਰ ਨੇ ਦੱਸਿਆ ਕਹਿੰਦੇ ਯਾਰ ਬਈ ਨਾ ਇਹ ਤੇਰਾ ਦਰਵਾਜ਼ਾ ਖੜਕਾਉਂਦੀ ਹੁੰਦੀ ਸੀ ਮਤਲਬ ਮੇਰਾ ਰੂਮ ਡੈਡ ਲੌਕ ਜਦੋਂ ਸਫਾਈ ਸੂਈ ਕਰਾ ਕੇ ਲੌਕ ਕਰਵਾ ਦਿੰਦੇ ਸੀ ਤੇ ਕਹਿੰਦੇ ਨਾ ਕਿਉਂਕਿ ਉਹ ਉਹਨਾਂ ਨੂੰ ਪ੍ਰੋਬਲਮ ਇਹ ਸੀ ਕਿ ਉਹ ਭੁੱਲਣ ਲੱਗੇ ਸੀ ਬਹੁਤ ਜ਼ਿਆਦਾ ਜਿਹੜਾ ਕਿ ਇੱਥੇ ਹਾਂ ਐਲਜ਼ਾਈਮਰ ਸੀ ਦਿਮਾਗ ਦਾ ਜਿਹੜਾ ਇੱਕ ਫਲੂਇਡ ਹੁੰਦਾ ਜਿਹੜਾ ਦਿਮਾਗ ਨੂੰ ਚਲਾਉਂਦਾ ਉਹ ਫਲੂਇਡ ਬਣਨਾ ਬੰਦ ਹੋ ਗਿਆ ਸੀਗਾ ਤੇ ਉਹਦੇ ਚੋਂ ਸਭ ਨੂੰ ਭੁੱਲ ਗਏ ਮੈਨੂੰ ਨਹੀਂ ਭੁੱਲੇ ਮਤਲਬ ਮੈਨੂੰ ਮੇਰਾ ਦਰਵਾਜ਼ਾ ਖੜਕਾ ਕੇ ਮੇਰਾ ਨਾਂ ਲੈਂਦੇ ਸੀ ਸਾਰੀ ਮਤਲਬ ਨਾ ਮੇਰੇ ਫਾਦਰ ਨੂੰ ਜਾਣਦੇ ਸੀ ਵੀ ਹੂ ਇਸ ਹੀ ਹੋਰ ਤਾਂ ਬਾਕੀ ਗੱਲਾਂ ਛੱਡੋ ਮੈਨੂੰ ਉਹ ਚੀਜ਼ ਬਹੁਤ ਹਰਟ ਕੀਤੀ ਕਿ ਮੈਂ ਉਹ ਉਹ ਚੀਜ਼ ਨੇ ਮੈਨੂੰ 2-4 ਸਾਲ ਬਹੁਤ ਖਰਾਬ ਕੀਤਾ ਤੇ ਕੁਝ ਐਵੇਂ ਦਾ ਹੀ ਹੋਇਆ ਤੇ ਉਹੀ ਚੀਜ਼ ਤੋੜਦੀ ਹੈ ਵੀ ਜਿਨ੍ਹਾਂ ਨੇ ਸਾਨੂੰ ਨਿੱਕੇ ਹੁੰਦਿਆਂ ਤੋਂ ਜਦੋਂ ਯਾਦ ਆਉਂਦੀ ਹੈ ਨਾ ਵੀ ਜਿਨ੍ਹਾਂ ਨੇ ਸਾਨੂੰ ਸੁੱਤਿਆਂ ਨੂੰ ਮੰਜਿਆਂ ਤੋਂ ਉਠਾਇਆ ਤੇ ਉਹਨਾਂ ਨੂੰ ਜਦੋਂ ਅਸੀਂ ਆ ਲਾਸਟ ਉਹਨਾਂ ਦੇ ਡੈਥ ਬੈੱਡ ਤੇ ਛੱਡ ਕੇ ਆਉਣੇ ਆ ਥੈਟਸ ਯਾ ਪਰ ਉਦੋਂ ਵੱਡੀ ਗੱਲ ਹੈ ਨਾ ਵੀ ਉਹ ਬਿਮਾਰੀ ਇਦਾਂ ਦੀ ਹੈ ਉਹਦੇ ਚ ਬੰਦਾ ਸਾਰਾ ਕੁਝ ਪਿਛਲਾ ਪਾਸਟ ਤੋਂ ਲੈ ਕੇ ਪ੍ਰੈਜ਼ੈਂਟ ਸਾਰਾ ਭੁੱਲ ਜਾਂਦਾ ਪਰ ਮੇਰਾ ਨਾਂ ਮੇਰਾ ਮੇਰਾ ਉਹਨਾਂ ਨੂੰ ਪਤਾ ਸੀ ਤੇ ਮੈਨੂੰ ਉਹ ਚੀਜ਼ ਨੇ ਬੜਾ ਮਤਲਬ ਹਰਟ ਕੀਤਾ ਕਿ ਯਾਰ ਮੈਨੂੰ ਉੱਥੇ ਹੋਣਾ ਚਾਹੀਦਾ ਸੀ ਪਰ ਮੈਂ ਨਹੀਂ ਸੀਗਾ ਤੇ ਮੈਨੂੰ ਲੱਗਿਆ ਕਿ ਮੈਨੂੰ ਵੇਟ ਕਰਕੇ ਗਈ ਆ ਸੋ ਉਹਨੇ ਮੈਨੂੰ ਉਹ ਚੀਜ਼ ਨੇ ਬਹੁਤ ਮਤਲਬ ਮੈਂ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਉਸ ਤੋਂ ਬਾਅਦ ਚਲੋ ਕਰੋਨਾ ਆ ਗਿਆ ਬਹੁਤ ਐਵਿਡੈਂਟ ਪਤਾ ਲੱਗਦਾ ਤੁਹਾਡੇ ਚ ਆ ਹਾਂ ਤੇ ਉਹ 2-4 ਸਾਲ ਮੈਂ ਬੜਾ ਔਖਾ ਰਿਹਾ ਮਤਲਬ ਮੈਂ ਬਹੁਤ ਜ਼ਿਆਦਾ ਮੈਂਟਲੀ ਅਪਸੈਟ ਹੋ ਗਿਆ ਸੀਗਾ ਕਿਉਂਕਿ ਉਹਦੇ ਨਾਲ ਹੀ ਮੇਰਾ ਜਿਆਦਾ ਸੀ ਹੋਰ ਕਿਸੇ ਨਾਲ ਹੈ ਨਹੀਂ ਸੀ ਸੋ ਬਸ ਇਸ ਕਰਕੇ ਪਰ ਚਲੋ ਇਹ ਹੌਲੀ ਹੌਲੀ ਇਹ ਚੀਜ਼ਾਂ ਚੋਂ ਬੰਦਾ ਨੰਗ ਕੇ ਕੁਛ ਨਾ ਕੁਛ ਸਿੱਖਦਾ ਹੀ ਹੈ ਹੈਨਾ ਇਹ ਹੀ ਸਭ ਤੋਂ ਕੋੜੀ ਜਿਹੜੀ ਸੱਚਾਈ ਹੈ ਲੋਕ ਕਹਿ ਦਿੰਦੇ ਨੇ ਮੇਰਾ ਦਿਲ ਟੁੱਟ ਗਿਆ ਆਸ਼ਿਕ ਛੱਡ ਗਿਆ ਇਹ ਉਹ ਇਹ ਉਸ ਇਨਸਾਨ ਨੂੰ ਪਤਾ ਹੀ ਨਹੀਂ ਹੈ ਵੀ ਅਸਲ ਦਰਦ ਹੁੰਦਾ ਕੀ ਹੈ ਵੀ ਜਿਨ੍ਹਾਂ ਨੇ ਸਾਨੂੰ ਜੰਮਿਆ ਪਾਲਿਆ ਤੇ ਜਦੋਂ ਉਹ ਜਾਂਦੇ ਨੇ ਉਸ ਦਰਦ ਨੂੰ ਜਿਹੜਾ ਟੈਕਲ ਕਰ ਗਿਆ ਤਾਂ ਹੀ ਕਹਿੰਦੇ ਆ ਕਿ ਮਾਪਿਆਂ ਨੂੰ ਜਿਉਂਦੇ ਜੀ ਕਦਰ ਕਰੋ ਹਨਾ ਕਿ ਹਰ ਜਿੰਨੀਆਂ ਖੁਸ਼ੀਆਂ ਦੇ ਸਕਦੇ ਦੋ ਬਾਅਦ ਚ ਫਿਰ ਯਾਦਾਂ ਰਹਿ ਜਾਂਦੀਆਂ ਪਰ ਇਹ ਵੀ ਮੋਰਲੀ ਜਿਹਦੇ ਨਾਲ ਹੋਇਆ ਹੀ ਨਹੀਂ ਰਾਈਟ ਇਹ ਵੀ ਬਹੁਤ ਹਾਰਟ ਪਰ ਉਹ ਉਸ ਤੋਂ ਬਾਅਦ ਮੈਂ ਫਿਰ ਉਹਦਾ ਜਿਹੜਾ ਕਨਕਲੂਜਨ ਵੀ ਇਹੀ ਕੱਢਿਆ ਵੀ ਯਾਰ ਅਸਲ ਦੇ ਵਿੱਚ ਫਿਰ ਮੈਂ ਬਹੁਤ ਚੰਗੀ ਤਰ੍ਹਾਂ ਉਹ ਸਾਰਾ ਕੁਝ ਦੇਖਿਆ ਉਹਨਾਂ ਦੇ ਐਂਡ ਤੱਕ ਈਵਨ ਜਦੋਂ ਉਹਨਾਂ ਦੇ ਲਾਸਟ ਰਿਚੁਅਲ ਸੀਗੇ ਮੈਂ ਸਭ ਚਲੇ ਗਏ ਮੈਂ ਉੱਥੇ ਬੈਠ ਕੇ ਦੇਖਿਆ ਮੈਂ ਕਿਹਾ ਚੱਲ ਮੈਂ ਉਹ ਚੀਜ਼ ਤਾਂ ਨਹੀਂ ਪਰ ਮੈਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜੀ ਲਾਂ ਸਸਕਾਰ ਦੀ ਗੱਲ ਕਰਦੇ ਹਨਾ ਹਾਂ ਵੀ ਮੈਂ ਚੰਗੀ ਤਰ੍ਹਾਂ ਜੀ ਲਾਂ ਕਿਉਂਕਿ ਕੁਝ ਇੱਥੋਂ ਵੀ ਕਿਉਂਕਿ ਸਾਰੀ ਉਮਰ ਮੈਨੂੰ ਉਹਨੇ ਸਿਖਾਇਆ ਮੈਂ ਕਿਹਾ ਉਹ ਚਾਹੁੰਦੀ ਹੈ ਵੀ ਇੱਥੋਂ ਵੀ ਕੁਝ ਸਿੱਖ ਕੇ ਜਾ ਸੋ ਮੈਂ ਉਹ ਪਰ ਉਹ ਇੱਕ ਉਹ ਚੀਜ਼ ਤੋਂ ਬਾਅਦ ਇਹ ਵੀ ਹੋਇਆ ਕਿ ਯਾਰ ਮਤਲਬ ਇਹ ਵੀ ਇੱਕ ਸੱਚਾਈ ਆ ਜ਼ਿੰਦਗੀ ਦੀ ਹੈ ਨਾ ਵੀ ਆਪਾਂ ਆਪਾਂ ਸਾਰੀ ਉਮਰ ਇਹ ਕਹਿੰਨੇ ਰਹਿੰਦੇ ਆ ਵੀ ਯਾਰ ਬਿਨਾ ਮੈਂ ਆਹ ਕਰ ਲਾਂ ਆਹ ਕਰ ਲਾਂ ਫਿਰ ਮੈਂ ਆਰਾਮ ਨਾਲ ਜੀਊਂਗਾ ਹੈ ਨਾ ਉਨੇ ਟਾਈਮ 'ਚ ਜ਼ਿੰਦਗੀ ਟੱਪ ਜਾਂਦੀ ਹੈ ਜਦੋਂ ਨੂੰ ਜਿਉਣ ਦਾ ਟਾਈਮ ਆਉਂਦਾ ਉਨੇ ਚਿਰ 'ਚ ਜ਼ਿੰਦਗੀ ਟੱਪ ਜਾਂਦੀ ਹੈ ਨਾ ਤਾਂ ਪਾਸਟ 'ਚ ਜ਼ਿੰਦਗੀ ਆ ਕਿਉਂਕਿ ਪਾਸਟ ਤਾਂ ਹੁਣ ਹੈ ਹੀ ਨਹੀਂ ਕਿੱਥੇ ਆ ਦਿਖਾਓ ਫਿਊਚਰ ਹਜੇ ਆਇਆ ਨਹੀਂ ਜਿਹੜਾ ਕੁਝ ਹੈ ਹੋਣੀ ਹੈ ਹਣਾ ਤੇ ਉਹ ਹੁਣ ਚਾਪਾ ਰਹਿੰਦੇ ਨਹੀਂ ਆਪਾਂ ਕਹਿੰਨੇ ਆ ਉਹ ਯਾਰ ਪਿੱਛੇ ਜੇ ਉਹ ਕੰਮ ਬੜਾ ਮਾੜਾ ਹੋ ਗਿਆ ਜਾਂ ਆਪਾਂ ਕਹਿ ਦਿੰਨੇ ਆ ਯਾਰ ਅਗਲੇ ਮਹੀਨੇ ਨਾ ਉੱਥੇ ਚੱਲਾਂਗੇ ਉੱਥੇ ਇੰਜੋਏ ਕਰਾਂਗੇ ਮਹੀਨੇ ਦੀ ਵੀ ਗੱਲ ਛੱਡੋ ਅਗਲੇ ਸਾਲ ਤੱਕ ਲੰਮੀਆਂ ਪਲੈਨਿੰਗਾਂ ਪਾ ਦਿੰਨੇ ਆ ਪਰ ਅਸਲ ਤਾਂ ਹੈ ਸਾਰਾ ਕੁਝ ਇੱਥੇ ਹੁਣ ਇਸ ਵਕਤ ਹੀ ਹੈ ਪ੍ਰੈਜ਼ੈਂਟ ਹੀ ਆ ਉਹਨੂੰ ਇੰਜੋਏ ਕਰੋ ਆਪਾਂ ਅੱਗੇ ਪਾਸਟ ਫਿਊਚਰ ਦੇ ਚੱਕਰੇ ਪ੍ਰੈਜ਼ੈਂਟ ਇੰਜੋਏ ਕਰਨਾ ਭੁੱਲ ਗਏ ਜਿਹੜਾ ਇਨਸਾਨ ਆ ਚੀਜ਼ ਸਮਝ ਗਿਆ ਉਹ ਹਿੰਮਤ ਹਾਰ ਨਹੀਂ ਛੱਡ ਜੂਗਾ ਇਸ ਤੋਂ ਬੜਾ ਕੁਛ ਨਹੀਂ ਪਰ ਆਪਣੀ ਬਾਣੀ ਚ ਵੀ ਇਹੀ ਲਿਖਿਆ ਵੀ ਮਰਨਾ ਸੱਚ ਜਿਉਣਾ ਝੂਠ ਹਾਂ ਪਰ ਪਰ ਬੜੀ ਇਹ ਬੜੀ ਬਿਊਟੀਫੁਲ ਗੱਲ ਹੈ ਮੈਂ ਮੈਂ ਵੀ ਇਹ ਚੀਜ਼ ਪੜੀ ਹੈ ਕਿ ਇਹਦੇ ਨਾਲ ਇਹ ਹੈਗੇ ਜੇ ਇਹਨੂੰ ਬੰਦਾ ਪੂਰੇ ਧਿਆਨ ਨਾਲ ਆਪਦੀ ਜ਼ਿੰਦਗੀ ਚ ਲਾ ਲਵੇ ਤਾਂ ਇੱਕ ਤਾਂ ਜਿਉਣ ਦਾ ਬੜਾ ਸੁਆਦ ਆਉਂਦਾ ਕਿਉਂਕਿ ਪਤਾ ਵੀ ਯਾਰ ਇੰਨਾ ਕੁਝ ਕਿਉਂ ਕਰੀ ਜਾਂਦਾ ਮੈਂ ਐਵੇਂ ਹੀ ਕਰੀ ਜੰਨਾ ਕੱਲ ਨੂੰ ਪਤਾ ਕੁਝ ਨਹੀਂ ਉਹੀ ਬ੍ਰਾਂਡ ਬ੍ਰੂਨ ਦੇ ਚਸ਼ਕੇ ਨਿਕਲ ਜਾਂਦੇ ਨੇ ਕਿਸੇ ਦੇ ਅੱਗੇ ਫੇਕ ਇਮੇਜ ਮੇਨਟੇਨ ਕਰਨੀ ਮੈਂ ਹੁਣ ਇੰਨਾ ਟਰੈਵਲ ਜਹਾਜ਼ ਚ ਕਰਦਾ ਤੇ ਮੈਂ ਸੋਚਦਾ ਹੁੰਨਾ ਕਈ ਵਾਰੀ ਕੀ ਪਤਾ ਹੁੰਦਾ ਸਾਲਾ ਕੋਈ ਜਹਾਜ਼ ਹੀ ਡਿੱਗ ਪਵੇ ਹਨਾ ਟਰਬਲੈਂਸ ਲਾਸਟ ਟਰਬਲੈਂਸ ਨਹੀਂ ਹੋ ਜਾਣਾ ਸੋ ਉਹ ਚੀਜ਼ ਨੂੰ ਜੇ ਤਾਂ ਆਪਾਂ ਡਰ ਕੇ ਜਿਉਂ ਹੀ ਗਏ ਫਿਰ ਕੋਈ ਫਾਇਦਾ ਨਹੀਂ ਪਰ ਜੇ ਇਹਦੋਂ ਤੋ ਇਹ ਸਿੱਖ ਲਈਏ ਵੀ ਯਾਰ ਸਾਲਾ ਜੇ 1 ਮਿੰਟ ਲਈ ਆ ਚੀਜ਼ ਹੋ ਗਈ ਤਾਂ ਪਿੱਛੇ ਆ ਜਿੰਨਾ ਕੁਝ ਜਿਹੜਾ ਕੀਤਾ ਇਹਦਾ ਕੀ ਫਾਇਦਾ ਜੋ ਸੋਚਿਆ ਅੱਗੇ ਕਰਨਾ ਹਾਂ ਸਭ ਪਿਆ ਰਹਿ ਜਾਣਾ ਹਾਂ ਉਹ ਕਰੀ ਜਾਂਦੇ ਪਰ ਇਹ ਆਵਦੀ ਜ਼ਿੰਦਗੀ ਨੂੰ ਦਾਤੇ ਲਾਕੇ ਨਹੀਂ ਕਿ ਮੈਂ ਜਿਉਣਾ ਹੀ ਨਹੀਂ ਹੈਗਾ ਹਾਂ ਉਹ ਵੀ ਨਹੀਂ ਉਹ ਨਹੀਂ ਕਰਨਾ ਚਾਹੀਦਾ ਹਾਂ ਠੀਕ ਹੈ ਕਰੀ ਚੱਲੋ ਪਰ ਇਹ ਨਾ ਹੋਵੇ ਵੀ ਮੈਂ ਤਾਂ ਯਾਰ ਆਹ ਚੀਜ਼ ਕਰੂੰ ਕਰਕੇ ਫੇਰ ਹੀ ਮੈਂ ਅਰੈਸਟ ਕਰੂੰ ਜਾਂ ਦਮ ਲਊਗਾ ਜਿੱਦਣ ਥੋੜਾ ਜੀ ਕਰੇ ਨਾ ਵੀ ਯਾਰ ਅੱਜ ਦੋ ਚਾਰ ਪੈਗ ਲਾ ਕੇ ਨਾ ਅੱਜ ਗਜ਼ਲਾਂ ਸੁਣਨੀਆਂ ਨੇ ਲਾ ਲਓ ਲਾ ਕੇ ਆਪਦਾ ਟੌਰਨ ਸਾਡਾ ਤਾਂ ਹੁਣ ਪ੍ਰੋਟੋਕਾਲ ਹੀ ਹੋ ਰੋ ਗਿਆ ਘਰ ਦਾ ਮੈਂ ਤਾਂ ਜਿੱਦਣ ਲਿਆ ਕੇ ਆਏ ਰੱਖਦਾ ਵੀ ਲਿਆਓ ਵੀ ਸਾਰਾ ਕੁਝ ਤੇ ਆ ਆਏ ਰੱਖੀ ਫੋਨ ਆਏ ਰੱਖਿਆ ਲੈ ਜਾਓ ਇਹਨੂੰ ਪਾਸੇ ਹੈਨਾ ਸੋ ਇਹ ਗੱਲ ਵੀ ਇੱਕ ਮੈਂ ਹੋਰ ਬੜੀ ਬਿਊਟੀਫੁਲ ਗੱਲ ਪੜੀ ਸੀ ਕਿਸੇ ਪਾਸੇ ਹੈਨਾ ਵੀ ਕਿਸੇ ਨੇ ਪੁੱਛਿਆ ਕਿਸੇ ਵਿਦਵਾਨ ਨੂੰ ਕੁਝ ਪਹੁੰਚੇ ਬੰਦੇ ਨੂੰ ਵੀ ਯਾਰ ਜ਼ਿੰਦਗੀ ਚ ਸਭ ਤੋਂ ਖਤਰਨਾਕ ਸ਼ਬਦ ਦੱਸੋ ਕਿਹੜਾ ਹੈ ਐਨੇ ਸ਼ਬਦ ਨੇ ਆਪਣੀ ਡਿਕਸ਼ਨਰੀ ਕਿੱਡੀ ਵੱਡੀ ਹੈ ਪਰ ਇੱਕ ਸ਼ਬਦ ਐਸਾ ਜਿਹੜਾ ਜ਼ਿੰਦਗੀ ਲਈ ਬੜਾ ਖਤਰਨਾਕ ਹੈ ਉਹ ਕਹਿੰਦਾ ਸਭ ਤੋਂ ਖਤਰਨਾਕ ਸ਼ਬਦ ਹੈ ਕੱਲ ਆਇਆ ਹੀ ਨਹੀਂ ਆਇਆ ਹੀ ਨਹੀਂ ਆਇਆ ਹੀ ਨਹੀਂ ਕੱਦ ਕੱਲ ਨੂੰ ਕਰਦੇ ਆ ਯਾਰ ਐ ਕਰਦੇ ਆ ਯਾਰ ਕੱਲ ਤੋਂ ਕਰੀਏ ਨਹੀਂ ਯਾਰ ਐਂ ਕਰੋ ਕੱਲ ਨੂੰ ਦੇਖਦੇ ਆ ਸਭ ਤੋਂ ਖਤਰਨਾਕ ਸ਼ਬਦ ਆ ਕੱਲ ਠੀਕ ਹੈ ਔਰ ਦੂਜੀ ਚੀਜ਼ ਹੋਰ ਜਿਹੜੀ ਸਭ ਤੋਂ ਖਤਰਨਾਕ ਹੈ ਇਹ ਮੈਨੂੰ ਕਿਸੇ ਗੋਰੇ ਨੇ ਦੱਸੀ ਸੀ ਕਹਿੰਦਾ ਯਾਰ ਤੁਹਾਡੇ ਇੰਡੀਅਨ ਚ ਇੰਡੀਅਨਸ ਬੰਦਿਆਂ ਚ ਇੱਕ ਬੜੀ ਗਲਤ ਚੀਜ਼ ਹੈ ਕਹਿੰਦਾ ਤੁਸੀਂ ਨਾ ਬੰਦੇ ਨੂੰ ਵਿਚ ਵਿਚਾਲੇ ਰੱਖ ਦਿੰਦੇ ਹੋ ਜਾਂ ਤਾਂ ਯੈਸ ਕਹੋ ਜਾਂ ਨੋ ਕਹੋ ਹਾਂ ਸਾਡੇ ਐਂ ਚੱਲਦਾ ਆਪਾਂ ਕੀ ਕਹਿੰਦੇ ਆ ਦੇਖਾਂਗੇ ਦੇਖਦੇ ਆ ਯਾਰ ਹਾਂ ਕਰਦੇ ਆ ਕੁਝ ਕਰਦੇ ਆ ਕਹਿੰਦਾ ਇਹ ਨਾ ਕਰਿਆ ਕਰੋ ਕਹਿੰਦਾ ਉਹ ਫਿਰ ਵਿਚ ਵਿਚਾਲੇ ਰਹਿ ਜਣੋ ਤੁਸੀਂ ਕਹਿੰਦਾ ਜਿੰਨਾ ਤੱਕ ਉਹ ਵੀ ਯੈਸ ਹੋ ਜਾਊਗਾ ਫਿਰ ਕਰੋ ਜਾਂ ਸਿੱਧਾ ਕਹਿ ਦਿਓ ਵੀ ਨੋ ਹੋ ਰਹੀ ਐਫਰਟ ਹੀ ਨਾ ਕਰੋ ਠੀਕ ਹੈ ਗੋਰੇ ਐਂ ਕਰਦੇ ਨਾ ਗੋਰਿਆਂ ਨੇ ਜੇ ਨੋ ਕਹਿਣਾ ਸਾਲੇ ਜਿੰਨੇ ਮਰਜੀ ਤੁਹਾਡੇ ਯਾਰ ਬਿੱਲੀ ਹੋਣ ਜੇ ਉਹਨਾਂ ਨੇ ਨੋ ਕਹਿਤਾ ਤਾਂ ਫਿਰ ਨੋ ਹੀ ਆ ਉਹ ਐ ਤਾਂ ਨਹੀਂ ਆਪਣੇ ਨੂੰ ਕਹਿੰਦੇ ਹਾਂ ਬਾਈ ਜੀ ਦੇਖਦੇ ਆ ਕੋਈ ਨਹੀਂ ਫਿਰ ਤੁਸੀਂ ਐਂ ਕਰੋ ਪਰਸੋਂ ਨੂੰ ਕਰਿਓ ਫੋਨ ਉਹ ਕਹਿੰਦਾ ਇਹ ਸਭ ਤੋਂ ਖਤਰਨਾਕ ਹੈ ਇਹਦੇ ਨਾਲ ਕਹਿੰਦਾ ਤੁਹਾਡੀ ਆਦਤ ਬਣਦੀ ਐ ਵਿਚ ਵਿਚਾਲੇ ਰਹਿਣ ਦੀ ਉਹ ਆਦਤ ਪੱਕੀ ਹੋ ਜਾਂਦੀ ਐ ਕਹਿੰਦਾ ਫਿਰ ਜਿਹੜੀ ਚੀਜ਼ ਤੇ ਯੈਸ ਕਰਕੇ ਉਹ ਚੀਜ਼ ਕਰਨੀ ਹੈ ਕਹਿੰਦਾ ਤੁਸੀਂ ਉੱਥੇ ਵੀ ਕਹਿ ਦਿਨੋ ਠੀਕ ਹੈ ਕਰਦੇ ਆ ਇਹ ਵੀ ਬੜਾ ਖਤਰਨਾਕ ਹੈ ਸੋ ਆ ਚੀਜ਼ਾਂ ਬੜੀਆਂ ਮਤਲਬ ਹੈ ਛੋਟੀ ਜੀ ਗੱਲ ਹੀ ਹੈ ਕਿ ਹਾਂ ਜੀ ਭਾਈ ਕੋਈ ਨਾ ਦੇਖ ਲਾਂਗੇ ਜੇ ਤਾਂ ਕਰਨਾ ਤਾਂ ਕਰ ਹੀ ਦਿਓ ਯਾਰ ਨਹੀਂ ਤਾਂ ਨਾ ਹੀ ਕਰ ਦਿਓ ਘਟੋ ਘਟਾ ਸਿੱਧੀ ਨਾ ਗੱਲ ਇਹਨੂੰ ਕਿਉਂ ਟਰਕਾਈ ਜਾਨੇ ਉਹ ਨਾਲੇ ਆਪਾਂ ਨੂੰ ਪਤਾ ਹੁੰਦਾ ਉਸ ਟਾਈਮ ਕਿ ਆਪਾਂ ਕਰਨਾ ਹੈ ਕਿ ਨਹੀਂ ਕਰਨਾ ਅੱਛਾ ਦੂਜੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਤੇ ਇਹਨੇ ਐਂ ਕਹਿ ਤਾ ਨਾ ਵੀ ਚਲੋ ਭਾਈ ਜੀ ਦੇਖ ਲਓ ਹਾਂਜੀ ਭਾਈ ਦੇਖਦੇ ਆ ਕੋਈ ਨਹੀਂ ਕਰ ਲਾਂਗੇ ਦੇਖਦੇ ਆ ਉਹਨੂੰ ਵੀ ਪਤਾ ਹੁੰਦਾ ਵੀ ਹੁਣ ਇਹਨਾਂ ਕਰਨਾ ਤਾਂ ਹੈ ਨੀਗਾ ਹਾਂ ਹੈਨਾ ਪਰ ਆਪਣੇ ਵਾਲੇ ਜੇ ਨੋ ਕਹਿ ਦਈਏ ਗੁੱਸਾ ਵੀ ਬਹੁਤ ਛੇਤੀ ਕਰ ਜਾਂਦੇ ਆ ਯਾਰ ਮੈਨੂੰ ਸਿੱਧਾ ਹੀ ਨੋ ਕਹਤਾ ਮੜਾ ਮੋਟਾ ਅੱਗੇ ਪਿੱਛੇ ਕਰ ਦਿੰਦਾ ਹੈਨਾ ਪਰ ਅਸਲ ਦੇ ਵਿੱਚ ਗੋਰਾ ਮੈਨੂੰ ਇਹੀ ਦੱਸਦਾ ਸੀ ਕਹਿੰਦਾ ਵੀ ਆਹ ਨਾ ਕਰਿਆ ਕਰੋ ਵਿਚ ਵਿਚਾਲੇ ਨਾ ਰਿਹਾ ਕਰੋ ਕਹਿੰਦਾ ਫਿਰ ਫਿਰ ਕਹਿੰਦਾ ਤੁਹਾਡਾ ਜਿਹੜਾ ਕੀ ਆਪਾਂ ਉਹਨੂੰ ਕਹਿ ਦਿੰਨੇ ਆ ਸੰਕਲਪ ਪੰਜਾਬੀ ਵਿੱਚ ਉਹ ਮਜਬੂਤ ਨਹੀਂ ਕਹਿੰਦਾ ਖਰਾਬ ਹੁੰਦਾ ਉਹ ਕਹਿੰਦਾ ਇੱਕ ਚੀਜ਼ ਦਿਨ ਦੀ ਸੋਚ ਵੀ ਇਹ ਅੱਜ ਕਰਨੀ ਕਰਨੀ ਔਰ ਉਹਨੂੰ ਕਰ ਜਾ ਉਹ ਠੀਕ ਹੈ ਕਹਿੰਦਾ ਪਰ ਐ ਨਾ ਸੋਚ ਵੀ ਚੱਲ ਦੇਖਦੇ ਆ ਕਰਦੇ ਆ ਚੱਲ 2 ਘੰਟੇ ਨੂੰ ਤਿੰਨ ਉਹ ਨਾ ਕਰ ਜਾਂ ਕਹਿੰਦਾ ਜੇ ਨਹੀਂ ਕਰਨੀ ਉਹਨੂੰ ਕਹੇ ਨਹੀਂ ਕਰਨੀ ਪਰ ਕਹਿੰਦਾ ਇਹ ਇਹਨੂੰ ਇਸ ਚੀਜ਼ ਨੂੰ ਹੈ ਛੋਟੀ ਚੀਜ਼ ਹੀ ਹੈ ਧਿਆਨ ਚ ਰੱਖ ਪਰੇ ਦੇ ਆਫਟਰ ਇਫੈਕਟ ਬਹੁਤ ਵੱਡੇ ਨੇ ਬਹੁਤ ਵੱਡੇ ਆ ਬੰਦਾ ਹਮੇਸ਼ਾ ਫਿਰ ساری ਉਮਰ ਐਂ ਕਰੀਦਾ ਹਾਂ ਹਾਂ ਬਾਈ ਜੀ ਕਰਦੇ ਆ ਦੇਖਦੇ ਆ ਉਹ ਨਾ ਕਰੂ ਕਹਿੰਦਾ ਤੇ ਜਦੋਂ ਤੁਸੀਂ ਕਹਿ ਰਹੇ ਆਂ ਵੀ ਮਦਰ ਤੋਂ ਬਾਅਦ ਤੁਸੀਂ 2 ਸਾਲ ਥੋੜਾ ਜਿਹਾ ਡਾਊਨ ਰਹੇ ਸੀਗੇ ਡਾਊਨ ਫੇਸ ਸੀਗਾ ਐਵੇਂ ਦਾ ਕਿਹੜੀ ਇੱਕ ਇਵੈਂਟ ਹੋਇਆ ਜਾਂ ਕੋਈ ਐਵੇਂ ਸੀਰੀਜ਼ ਆਫ ਇਵੈਂਟਸ ਹੋਏ ਵੀ ਜਿਨ੍ਹਾਂ ਨੇ ਤੁਹਾਨੂੰ ਵਾਪਸ ਜਦਾਂ ਤੁਸੀਂ ਹੋਣਿਆ ਵੀ ਹੁਣ ਵੀ ਸ਼ੋ ਮਸਟ ਗੋ ਆਨ ਕਿੱਥੇ ਜਾ ਕੇ ਰੀਅਲਾਈਜ਼ ਹੋਇਆ ਯਾਰ ਅਸਲ 'ਚ ਇਹ ਅ ਰਿਗਰੈਟਸ ਤੋਂ ਹੀ ਜਿਹੜੀ ਰਿਗਰੈਟ ਆ ਚੰਗੀ ਚੀਜ਼ ਐ ਤੁਸੀਂ ਕੋਈ ਗਲਤੀ ਕੀਤੀ ਹਾਂ ਗਲਤੀ ਬਾਰ-ਬਾਰ ਕਰਨੀ ਜਿਹੜੀ ਕਿ ਮੈਂ ਹਮੇਸ਼ਾ ਕੀਤੀ ਹੈ ਗਲਤੀ ਇੱਕ ਵਾਰੀ ਕਰਕੇ ਸਿੱਖ ਲੈਣਾ ਅਲੱਗ ਚੀਜ਼ ਹੈ ਪਰ ਮੇਰੇ ਵਰਗਾ ਬੰਦਾ ਮੈਂ ਬਾਰ-ਬਾਰ ਕਰਕੇ ਵੀ ਸਿੱਖਦਾ ਕਈ ਵਾਰੀ ਫੇਰ ਵੀ ਰਿਪੀਟ ਕਰ ਦਿੰਦਾ ਪਰ ਹੁਣ ਮੈਂ ਇਹ ਦੇਖਦਾ ਕਿ ਉਹ ਵੀ ਇੱਕ ਪ੍ਰੋਸੈਸ ਹੀ ਹੁੰਦੀ ਹੈ ਵੀ ਗਲਤੀ ਬਾਰ-ਬਾਰ ਕਰਕੇ ਵੀ ਮਤਲਬ ਮੈਂ ਉੱਥੇ ਪਹੁੰਚ ਜਾਣਾ ਕਿ ਹੁਣ ਮੈਂ ਬਿਲਕੁਲ ਉਸ ਵਰਜ ਤੇ ਆ ਉਹ ਗਲਤੀ ਦੁਬਾਰਾ ਕਰਨ ਦੇ ਫਿਰ ਮੈਂ ਸੋਚਦਾ ਯਾਰ ਸਾਲੀ ਉਦੋਂ ਵੀ ਕੀਤੀ ਸੀ ਉਦੋਂ ਵੀ ਉਦੋਂ ਵੀ ਉਦੋਂ ਹੁਣ ਫੇਰ ਕਰਨ ਲੱਗਿਆ। ਪਰ ਉੱਥੇ ਤੱਕ ਪਹੁੰਚ ਗਿਆ ਕੰਮ। ਹੁਣ ਮੈਂ ਰੋਕ ਲੈਣਾ ਆਪਦੇ ਆਪ ਨੂੰ ਵੀ ਨਹੀਂ ਯਾਰ ਸਵੇਰੇ ਫੇਰ ਉਹੀ ਕੰਮ ਹੋ ਜਾਣਾ। ਸਵੇਰੇ ਸਾਲਾ ਫੇਰ ਉਹੀ। ਹਨਾ ਘਰ ਦਾ ਮਾਹੌਲ ਖਰਾਬ ਹੋਊਗਾ ਫਿਰ। ਮਤਲਬ ਉਹ ਬਿਲਕੁਲ ਉੱਥੇ ਪਹੁੰਚਦੇ ਤੱਕ ਹਨਾ ਸੋ ਇੱਕ ਪ੍ਰੋਸੈਸ ਹੈ ਕਰ ਕਰਕੇ ਸਿੱਖਣ ਦਾ। ਸਿਆਣੇ ਮੈਂ ਉਹਨਾਂ ਨੂੰ ਕਹੂੰਗਾ ਜਿਹੜੇ ਇੱਕ ਵਾਰੀ ਕਰਕੇ ਸਿੱਖ ਜਾਂਦੇ ਆ ਤੇ ਉਦੋਂ ਸਿਆਣੇ ਉਹ ਨੇ ਜਿਹੜੇ ਦੇਖ ਕੇ ਹੀ ਸਿੱਖ ਜਾਂਦੇ ਕੋਈ ਨਹੀਂ ਸਿੱਖਦਾ ਹਰ ਕੋਈ ਕਰਕੇ ਸਿੱਖਦਾ ਪਰ ਕਈ ਕਈ ਹੁੰਦੇ ਆ ਬੰਦੇ ਜਿਹੜੇ ਦੇਖ ਕੇ ਵੀ ਉਹ ਕਹਿੰਦਾ ਯਾਰ ਉਹ ਮੈਂ ਦੇਖ ਲਿਆ ਵੀ ਨਹੀਂ ਹੈ ਨਹੀਂ ਇਹਦੇ ਚ ਕੁਝ ਨੁਕਸਾਨ ਪਰ ਆਪਾਂ ਥੋੜੇ ਜੇ ਮੈਂ ਕਹੂੰਗਾ ਵੀ ਕਲਾਕਾਰ ਥੋੜੇ ਜੇ ਲਾਈ ਲੱਗ ਵੀ ਹੁੰਦੇ ਜਿਨੇ ਜਿਵੇਂ ਕਹਤਾ ਹਾਂ ਉਹਵੇਂ ਚੱਲ ਪਏ ਹੈਨਾ ਕਿਉਂਕਿ ਦਿਲੋਂ ਅਸੀਂ ਹਰ ਬੰਦੇ ਨੂੰ ਆਪਦੇ ਅਰਗਾਈ ਮੰਨ ਲੈਂਦੇ ਆਰਟਿਸਟ ਹਮੇਸ਼ਾ ਹੀ ਬਿਲਕੁਲ ਸਹੀ ਗੱਲ ਆਰਟਿਸਟ ਹੈ ਹੀ ਉਹ ਜਿਹੜਾ ਦਿਲੋਂ ਕੁਛ ਕਰ ਰਿਹਾ ਮਤਲਬ ਦਿਲ ਦਾ ਮਨ ਚਲਾ ਜਿਹਨੂੰ ਕਹ ਲਈਏ ਤੇ ਪਰ ਇਹ ਵੀ ਇੱਕ ਦੇਖ ਕੇ ਕਰ ਕਰਕੇ ਸਿੱਖ ਰਿਹਾ ਮੈਂ ਨਹੀਂ ਕਹਿੰਦਾ ਮੈਂ ਸਿੱਖ ਗਿਆ ਸਿੱਖੀ ਜਾਂਦੇ ਆ ਹੇ ਤਾਂ ਪਰ ਹਾਂ ਮਤਲਬ ਵਧੀਆ ਪ੍ਰੋਸੈਸ ਹੈ ਚੰਗੀ ਪ੍ਰੋਸੈਸ ਹੈ ਸੋ ਬੇਸਿਕਲੀ ਤੁਸੀਂ ਮਦਰ ਤੋਂ ਬਾਅਦ ఎవਰੀ ਡੇ ਯੂ ਆਰ ਡਿਨਾਈਂਗ ਲਰਨਿੰਗ 2-3 ਸਾਲ ਤਾਂ ਮੈਂ ਸੱਚੀ ਕਹਾਂ ਮੈਂ ਨਾ ਤਾਂ ਕੋਈ ਕੰਮ ਕੀਤਾ ਸਟੂਡੀਓ ਤਾਂ ਮੈਂ ਵੜਿਆ ਹੀ ਨਹੀਂ ਮਤਲਬ ਰੋਜ ਨਹੀਂ ਤਾਂ 2 ਦਿਨ ਬਾਅਦ ਪੀਲੀ ਗਾਣੇ ਸੁਣ ਲੇ ਮਾਂ ਦੇ ਗਾਣੇ ਸੁਣ ਸੁਣ ਰੋਈ ਜਾਣਾ ਹੈਨਾ ਰਿਗਰਟ ਮੈਨੂੰ ਇਹ ਸੀ ਕਿ ਮੇਰੇ ਅੰਦਰ ਜਿਹੜੀ ਉਹ ਇੱਕ ਚੀਜ਼ ਹੈ ਨਾ ਉਹ ਬਾਹਰ ਆ ਜਾਵੇ ਕਿਸੇ ਨਾ ਕਿਸੇ ਤਰੀਕੇ ਉਹ ਉਹ ਰੋਕੀ ਹੋਣੀ ਸੀ ਤੇ ਉਹ ਹਜੇ ਵੀ ਮਤਲਬ ਸ਼ੁਰੂ ਚ ਤਾਂ ਮੈਂ ਗਾਣਾ ਨਹੀਂ ਸੀ ਗਾ ਸਕਦਾ ਆਟੇ ਦੀ ਚਿੜੀ ਸਟੇਜ ਦੇ ਉੱਤੇ ਮੈਂ ਗਾ ਹੀ ਨਹੀਂ ਸੀ ਸਕਦਾ ਹੁਣ ਮੈਂ ਹੁਣ ਮੈਂ ਗਾ ਲੈਣਾ ਕਿਉਂਕਿ ਹੁਣ ਮੈਂ ਇੰਨਾ ਰਿਗਰਟ ਕੀਤੀ ਇੰਨਾ ਰੋਇਆ ਰਾਤ ਨੂੰ ਮੈਂ ਲਾ ਕੇ ਦੋ ਪੈਗ ਮੈਂ ਗਾਣੇ ਸਾਰੇ ਮਾਂ ਦੇ ਗਾਣੇ ਸਰਚ ਕਰ ਲੈਣੇ ਫਿਰ ਮੈਂ ਉਹ ਸੁਣ ਸੁਣ ਰੋਈ ਜਾਣਾ ਘਰਦਿਆਂ ਨੇ ਕਹਿਣਾ ਵੀ ਇਹਨੂੰ ਕਰ ਲੈਣ ਦਿਓ ਜਿਹੜਾ ਕੁਝ ਕਰਦਾ ਹੁਣ ਮੈਂ ਫਿਰ ਵੀ ਕਾਫੀ ਹੱਦ ਤੱਕ ਅੰਦਰੋਂ ਕੱਢਿਆ ਜਿੰਨਾ ਕੁਝ ਸੀਗਾ ਜਾਂ ਕਹਿ ਲਈਏ ਵੀ ਤੁਸੀਂ ਕਹਿ ਰਹੇ ਹੋ ਅੱਖਾਂ ਹੁਣ ਗਿੱਲੀਆਂ ਨਹੀਂ ਹੁੰਦੀਆਂ ਜਾਂ ਕਹਿ ਲਈਏ ਹੁਣ ਸੁੱਕ ਗਈਆਂ ਨਹੀਂ ਹੁੰਦੀਆਂ ਪਰ ਮੈਂ ਉਹ ਜਿਹੜਾ ਮੇਰੇ ਅੰਦਰ ਰਿਗਰਟ ਸੀ ਮੈਂ ਇੰਨਾ ਕ ਬਾਹਰ ਕੱਢ ਤਾ ਹੈਨਾ ਪਰ ਕਿਸੇ ਦਾ ਜਿਹਨ ਮੈਂ ਹੁਣ ਮੈਂ ਅੱਜ ਇੱਕ ਗੱਲ ਕੀਤੀ ਕਿ ਉਹ ਮੈਨੂੰ ਮੇਰਾ ਦਰਵਾਜ਼ਾ ਖੜਕਾਉਂਦੀ ਸੀ ਉਹ ਚੀਜ਼ ਜਦੋਂ ਮੈਂ ਅੱਜ ਯਾਦ ਕੀਤੀ ਅੱਜ ਮੈਂ ਬਿਲਕੁਲ ਦੁਬਾਰਾ ਹੈਨਾ ਹਾਂ ਮੈਂ ਹੁਣ ਗਾਣਾ ਗਾ ਲੈਣਾ ਆਟੀ ਦੀ ਜੜੀ ਕਿਉਂਕਿ ਉਹ ਸੁਣਨ ਵਾਲੇ ਕਹਿੰਦੇ ਇਹ ਬਾਈ ਗਾਉਣਾ ਹੀ ਪੈਣਾ ਹੈਨਾ ਪਰ ਉਹ ਮੈਂ ਗਾਣਾ ਪਹਿਲਾਂ ਆਪ ਸੁਣ ਸੁਣ ਕੇ ਬੜਾ ਰੋਇਆ ਕਿਉਂਕਿ ਮੈਂ ਜੇ ਨਾ ਰੋਂਦਾ ਤਾਂ ਸ਼ਾਇਦ ਮੈਂ ਸਟੇਜਾਂ ਤੇ ਰੁਈ ਜਾਣਾ ਸੀ ਤੇ ਉਹ ਫਿਰ ਲੋਕੀ ਕਹਿਣ ਲੱਗ ਜਾਂਦੇ ਨੇ ਯਾਰ ਪਾਗਲ ਹੋ ਗਿਆ ਇਹ ਤਾਂ ਹੈਨਾ ਪਰ ਹਾਂ ਇਹ ਹੈਗੇ ਇਹ ਚੀਜ਼ਾਂ ਜ਼ਿੰਦਗੀ ਚ ਚੱਲੀ ਜਾਂਦੀਆਂ ਨੇ ਪਰ ਹਾਂ ਇਹ ਡੈਫੀਨਿਟਲੀ ਇਹ ਪ੍ਰੋਸੈਸ 2-3 ਸਾਲ ਚੱਲੀ ਮਤਲਬ ਮੈਂ ਫਿਰ ਆਪਦੇ ਆਪ ਨੂੰ ਦੇਖਣਾ ਸ਼ੁਰੂ ਕੀਤਾ ਯਾਰ ਵੀ ਮੈਂ ਤਾਂ ਮਤਲਬ ਉਹਨੇ ਮੇਰੇ ਲਈ ਇੰਨਾ ਕੁਝ ਕੀਤਾ ਮੈਨੂੰ ਇੱਥੇ ਤੱਕ ਪਹੁੰਚਾਇਆ ਤੇ ਮੈਂ ਉਹਦੇ ਮਤਲਬ ਉਹ ਕੀ ਸੋਚੂ ਜੇ ਕਿਤੇ ਹੋਊ ਤਾਂ ਫਿਰ ਮੈਂ ਕਹਾ ਨਹੀਂ ਇਹ ਤਾਂ ਕਰਨਾ ਚਾਹੀਦਾ ਕੁਝ ਅੱਗੇ ਦੀ ਅੱਗੇ ਆਪਣੀ ਜਦੋਂ ਹੁਣ ਕੋਈ ਅਚੀਵਮੈਂਟ ਹੁੰਦੀ ਆ ਉਸ ਟਾਈਮ ਉਨੀ ਖੁਸ਼ੀ ਹੋ ਪਉਂਦੀ ਹੈ ਵੀ ਜਦੋਂ ਮਾਂ ਦੇ ਹੁੰਦਿਆ ਹੁੰਦੀ ਸੀ इवन दो ਤੁਸੀਂ ਹੁਣ ਓਪਨ ਨਿਕਲ ਵੀ ਉਹ ਵੀ ਟੱਪ ਜਾਂਦੇ ਆ ਜੋ ਪਿਛਲੀ ਵਾਰੀ ਅਚੀਵ ਕੀਤਾ ਸੀਗਾ ਨਹੀਂ ਅਚੀਵਮੈਂਟ ਦਾ ਹੁਣ ਜੋ ਦੇਖੋ ਓਬਵੀਅਸਲੀ ਜਦੋਂ ਪਹਿਲੀ ਅਚੀਵਮੈਂਟ ਤੇ ਹੁਣ ਦੀ ਅਚੀਵਮੈਂਟ ਦਾ ਤজমੀਨ ਅਸਮਾਨ ਦਾ ਫਰਕ ਹੈ ਹੈਨਾ ਹੁਣ ਉਹੀ ਨਾ ਜਦੋਂ ਕੋਈ ਚੀਜ਼ ਆ ਜੇ ਤੁਹਾਡੇ ਕੋਲੇ ਫਿਰ ਉਹਦੀ ਕਦਰ ਘਟ ਜਾਂਦੀ ਹੈ ਜਾਂ ਨਹੀਂ ਹੁੰਦੀ ਸਾਡਾ ਮਾਈਂਡ ਹੀ ਇਦਾਂ ਕੰਮ ਕਰਦਾ ਵੀ ਯਾਰ ਜਿਹੜੀ ਚੀਜ਼ ਨਹੀਂ ਹੈਗੀ ਸਾਲੇ ਨੇ ਉਹਦੇ ਪਿੱਛੇ ਜਾਣਾ ਹੈਨਾ ਸੋ ਹੁਣ ਨਹੀਂ ਹੁਣ ਤਾਂ ਇਹ ਹੈ ਕਿ ਆਪ ਦਾ ਕੰਮ ਕਰਦੇ ਕਰਦੇ ਖੁਸ਼ੀ ਲਾਓ ਮਿਊਜ਼ਿਕ ਬਣਾਉਂਦੇ ਹੋਏ ਖੁਸ਼ੀ ਲਾਓ ਬਾਅਦ ਦੀ ਕਿਹਨੇ ਦੇਖੀ ਹੈ ਗਾਣਾ ਬਣਾਉਂਦੇ ਹੋਏ ਸਵਾਦ ਆ ਰਿਹਾ ਬਸ ਉਹ ਉਹ ਸਾਡੇ ਮੇਰੇ ਪੈਸੇ ਪੂਰੇ ਹੋ ਗਏ ਵੀ ਮੈਂ ਗਾਣਾ ਬਣਾਤਾ ਔਰ ਮੈਨੂੰ ਗਾਉਂਦੇ ਹੋਏ ਯਾਰ ਬੜਾ ਸਵਾਦ ਆਇਆ ਉਹਦਾ ਮਿਊਜ਼ਿਕ ਪਹਿਲੀ ਵਾਰੀ ਸੁਣਿਆ ਬੜਾ ਸਵਾਦ ਆਇਆ ਉਹ ਮੇਰੇ ਪੈਸੇ ਪੂਰੇ ਹੋ ਗਏ ਹੁਣ ਉਹ ਅੱਗੇ ਤੁਹਾਨੂੰ ਦੇਤਾ ਜੇ ਤੁਹਾਨੂੰ ਤੁਹਾਡੇ ਪੈਸੇ ਪੂਰੇ ਹੋ ਰਿਹਾ ਤਾਂ ਮੇਰੇ ਲਈ ਵਧੀਆ ਪਰ ਮੈਨੂੰ ਕੋਈ ਐ ਨਹੀਂ ਕਿ ਹਿੱਟ ਹੋਵੇ ਫਲॉप ਹੋਵੇ ਕੋਈ ਐ ਜੀ ਗੱਲ ਨਹੀਂ ਹੁਣ ਕਮਰਸ਼ਲ ਤੋਂ ਸਾਈਡ ਹਾਂ ਕਿਉਂਕਿ ਆਪਣੇ ਲਈ ਹੁਣ ਸੋਚਦੇ ਆਂ ਵੀ ਆਪਣੇ ਲਈ ਯਾਰ ਕੁਝ ਕੀਤਾ ਜਾਵੇ ਹੁਣ ਤੁਸੀਂ ਆਪਣੀ ਮਦਰ ਦੀ ਗੱਲ ਕੀਤੀ ਹੈ ਹੁਣ ਮੈਂ ਦੂਜੇ ਪਾਸੇ ਜਾਣਾ ਉਸ ਮਾਪਾਪ ਦੀ ਗੱਲ ਜਿਨ੍ਹਾਂ ਦੇ ਕੋਲੇ ਉਹਨਾਂ ਦਾ ਪੁੱਤ ਨਹੀਂ ਰਿਹਾ ਸਿੰਘ ਇੰਡਸਟਰੀ ਦੇ ਅੰਦਰ ਹੀ ਸਿੱਧੂ ਮੂਸੇ ਵਾਲਾ ਉਹਨਾਂ ਦੇ ਇੰਟਰੈਕਸ਼ਨ ਕਦੇ ਹੋਇਆ ਸੀ ਤੁਹਾਡਾ ਫੋਨ ਤੇ ਜਾਂ ਕਿਤੇ ਵੀ ਮੇਰੇ ਯਾਦ ਆ ਬੀ ਲਾਕਡਾਊਨ ਚ ਨਾ ਲਾਕਡਾਊਨ ਚ ਉਹਦੇ ਨਾਲ ਮੈਂ ਫੋਨ ਤੇ ਮੇਰੀ ਇੰਟਰੈਕਸ਼ਨ ਹੋਈ ਸੀਗੀ ਤੇ ਮੇਰੇ ਖਿਆਲ ਅਸੀਂ ਲਾਈਵ ਵੀ ਹੋਏ ਸੀ ਹਾਂ ਲਾਈਵ ਵੀ ਹੋਏ ਸੀਗੇ ਤੇ ਉਸ ਤੋਂ ਬਿਨਾ ਇੱਕ ਵਾਰੀ ਟੋਰਾਂਟੋ ਸ਼ੋਅ ਸੀ ਸਾਡਾ ਰੈਬਲ ਦੇ ਵਿੱਚ ਰੈਬਲ ਕਲੱਬ ਚ ਸ਼ੋਅ ਸੀ ਮੇਰਾ ਗੈਰੀ ਦਾ ਤੇ ਸਿੱਧੂ ਦਾ ਸੋ ਉਦੋਂ ਮੈਂ ਬੈਕਸਟੇਜ ਉਹਨੂੰ 2 ਮਿੰਟ ਲਈ ਮਿਲਿਆ ਸੀ ਬਸ ਹੱਥ ਮਿਲਾਇਆ ਮੈਂ ਕਿਹਾ ਵਧਾਈਆਂ ਉਦੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਹੋਈ ਸੀਗੀ ਮਤਲਬ ਉਹ ਸ਼ੁਰੂ ਚ ਹੋਈ ਸੀਗੀ ਤੇ ਬਾਪੂ ਜੀ ਨੂੰ ਮੈਂ ਮਿਲਿਆ ਮੈਂ ਬਾਪੂ ਜੀ ਨੂੰ ਵੀ ਵਧਾਈਆਂ ਦਿੱਤੀਆਂ ਉਦੋਂ ਬਿਨਾ ਅ ਤਿੰਨ ਵਾਰੀ ਮੇਰੀ ਇੰਟਰੈਕਸ਼ਨ ਹੋਈ ਉਦੋਂ ਬਿਨਾ ਨਹੀਂ ਮੈਨੂੰ ਕਦੇ ਮਤਲਬ ਕਿਉਂਕਿ ਆਬਵੀਅਸਲੀ ਸ਼ੋਜ਼ ਤੇ ਮਿਲਦੇ ਸੀ ਤੇ ਇੱਕ ਦੋ ਵਾਰੀ ਜਦੋਂ ਵੀ ਮਿਲੇ ਆ ਤੇ ਹਰ ਬੰਦਾ ਹੀ ਬਿਜ਼ੀ ਹੁੰਦਾ ਪਰ ਫੋਨ ਤੇ ਮੇਰੀ ਇੱਕ ਦੋ ਵਾਰੀ ਜ਼ਰੂਰ ਹੁੰਦੀ ਹੁੰਦੀ ਸੀ ਗੱਲ ਮਤਲਬ ਇੱਕ ਵਾਰੀ ਮੈਨ ਲੱਗਾ ਉਹ ਇੰਟਰੈਕਸ਼ਨ ਵਾਲੀ ਉਦੋਂ ਪਹਿਲਾਂ ਇਹ ਗੱਲ ਹੋਈ ਫੋਨ ਤੇ ਵੀ ਆਪਾਂ ਲਾਈਵ ਹੋਣਾ ਤੇ ਉਹਨੇ ਦੇਖ ਲਿਆ ਵੀ ਭਾਈ ਦੇ ਦੋ ਕੁ ਪੈਗ ਲੱਗਿਆ ਕਹਿੰਦਾ ਭਾਈ ਕੋਈ ਨਾ ਮੈਂ ਕਹਿੰਦਾ ਮੈਂ ਤੇਰੀ ਵੀਡੀਓ ਦੇਖੀ ਜਾਂਦਾ ਸੀ ਉਹ ਵੀ ਜਦ ਤੂੰ ਪਿੱਛੇ ਖੜਾ ਸੀ ਸਟੇਜ ਤੇ ਤੇ ਮੈਂ ਕਹਿੰਦਾ ਮੈਨੂੰ ਨਾ ਦੇਖ ਕੇ ਆਇਆ ਲੱਗਿਆ ਵੀ ਜਿਵੇਂ ਮੈਂ ਹੋਵਾਂ ਹਨਾ ਵੀ ਮੇਰੇ ਮੇਰੀ ਆਪ ਦੀ ਗੱਲ ਹੋਵੇ ਬਸ ਉਹ ਗੱਲ ਹੋਈ ਸੀਗੀ ਉਸ ਤੋਂ ਬਾਅਦ ਨਹੀਂ ਕੋਈ ਤੇ ਉਹੀ ਮੈਂ ਗੱਲ ਕਰਨੀ ਸੀ ਵੀ ਬਿਫੋਰ ਸਿੱਧੂ ਆਫਟਰ ਸਿੱਧੂ ਇੰਡਸਟਰੀ ਦੇ ਅੰਦਰ ਕੋਈ ਚੇਂਜ ਆਬੀਸੀਆ ਹੈ ਕਿਉਂਕਿ ਹੁਣ ਹਰ ਇੰਟਰਵਿਊ ਦੇ ਅੰਦਰ ਜੇ ਸਿੱਧੂ ਅੱਜ ਜਿਉਂਦਾ ਹੁੰਦਾ ਸ਼ਾਇਦ ਆਪ ਜੇ ਆਪਾਂ ਉਹਨਾਂ ਦੀ ਗੱਲ ਨਾ ਕਰਦੇ ਬਟ ਉਹਨਾਂ ਦੇ ਨਾ ਹੋਣ ਕਰਕੇ ਜੋ ਇਨਸੀਡੈਂਟ ਉਹਨਾਂ ਨਾਲ ਹੋਇਆ ਉਸ ਤੋਂ ਬਾਅਦ ਕੁਝ ਚੇਂਜ ਲੱਗਦਾ ਤੁਹਾਨੂੰ ਇੰਡਸਟਰੀ ਦੇ ਅੰਦਰ ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜਾ ਇਹ ਇਨਸੀਡੈਂਟ ਹੋਇਆ ਨਾ ਇਹ ਮੈਨੂੰ ਲੱਗਦਾ ਵੀ ਇਹ ਸਦੀ ਦਾ ਸਭ ਤੋਂ ਮਾੜਾ ਇਨਸੀਡੈਂਟ ਹੋਇਆ ਸਪੈਸ਼ਲੀ ਸਾਡੀ ਇੰਡਸਟਰੀ ਵਾਸਤੇ ਹੈ ਨਾ ਤੇ ਦੂਜਾ ਮੈਂ ਇਹ ਦੇਖਦਾ ਕਿ ਉਹਨੇ ਇੱਕ ਦਰਵਾਜ਼ੇ ਖੋਲਤੇ ਨਵੇਂ ਆਉਣ ਵਾਲੇ ਆਰਟਿਸਟਾਂ ਵਾਸਤੇ ਜੇ ਕਿਸ ਕੋਈ ਬੰਦੇ ਨੂੰ ਕ੍ਰੈਡਿਟ ਦੇਣਾ ਚਾਹੀਦਾ ਉਹਨੂੰ ਦੇਣਾ ਚਾਹੀਦਾ ਹੈ ਉਹਨੇ ਵਰਲਡ ਚਾਰਟ ਦੇ ਉੱਤੇ ਪੰਜਾਬੀ 뮤직 ਦੇ ਦਰਵਾਜ਼ੇ ਖੋਲਤੇ ਇਹ ਮੈਂ ਉਹਨੂੰ ਡੈਫੀਨੇਟਲੀ ਕ੍ਰੈਡਿਟ ਦਊਂਗਾ ਐਂਡ ਜਿਹੜੇ ਹੁਣ ਆਉਣ ਵਾਲੇ ਆਰਟਿਸਟ ਹੋਣਗੇ ਕਿਉਂਕਿ ਗੋਰੇ ਵੀ ਜਿਹੜੇ ਸਾਡੇ ਜਿਮ 'ਚ ਵੀ ਗੋਰੇ ਜਿਨ੍ਹਾਂ ਨੂੰ ਕਦੇ ਪਤਾ ਹੀ ਨਹੀਂ ਸੀ ਪੰਜਾਬੀ ਕੌਣ ਹੈ ਉਹਨਾਂ ਨੂੰ ਵੀ ਪਤਾ ਲੱਗ ਗਿਆ ਔਰ ਜੇ ਉਹਨਾਂ ਨੂੰ ਕਹਿੰਨੇ ਨਾ ਜੇ ਕੋਈ ਨਹੀਂ ਜਾਣਦਾ ਉਹ ਪੁੱਛਦਾ ਹਾਂ ਜੀ ਵੇਅਰ ਆਰ ਯੂ ਫਰੋਂ ਪੰਜਾਬ ਕਹਿੰਦਾ ਨਾ ਫਿਰ ਉਹ ਸਿੱਧੂ ਦਾ ਨਾਮ ਲੈਂਦੇ ਆ ਇਹ ਬਹੁਤ ਵੱਡੀ ਗੱਲ ਹੈ ਔਰ ਇਹ ਉਹਦਾ ਪੂਰਾ ਕ੍ਰੈਡਿਟ ਉਹਨੂੰ ਜਾਣਾ ਚਾਹੀਦਾ ਗਿਆ ਵੀ ਹੈ ਪਰ ਮੈਂ ਕਹਿਣਾ ਕਿ ਉਹਨੇ ਵਰਲਡ ਲਈ ਪੰਜਾਬੀ ਇੰਡਸਟਰੀ ਨੂੰ ਜੋ ਉਹਨੇ ਦੇਣ ਦਿੱਤੀ ਹੈ ਨਵੇਂ ਜਿਹੜੇ ਵੀ ਆ ਰਹੇ ਆ ਉਹਨਾਂ ਲਈ ਹੋਰ ਵੀ ਸੌਖਾ ਹੋ ਗਿਆ ਹੈ ਨਾ ਤੇ ਦੂਜੀ ਚੀਜ਼ ਇਹ ਹੈ ਇੰਡਸਟਰੀ 'ਚ ਮੈਂ ਦੇਖਦਾ ਵੀ ਪਹਿਲਾਂ ਕਦੇ ਗੱਲ ਨਹੀਂ ਕੀਤੀ ਪਰ ਜਦੋਂ ਮੈਨੂੰ ਲੱਗਦਾ ਕਿ ਅਗਲੇ ਨੂੰ ਲੱਗਦਾ ਕਿ ਯਾਰ ਮੇਰੀ ਇੰਟਰਵਿਊ ਵੱਧ ਤੋਂ ਵੱਧ ਸ਼ੇਅਰ ਹੋਵੇ ਹਾਂਜੀ ਤੇ ਫਿਰ ਉਹ ਉਹਦੀਆਂ ਗੱਲਾਂ ਕਰਨੀਆਂ ਉਹ ਉਹ ਮੈਨੂੰ ਨਹੀਂ ਉਹ ਚੀਜ਼ ਚੰਗੀ ਲੱਗਦੀ ਪੰਜਾਬੀ ਚ ਕਹਿੰਦੇ ਚਾਉਂਦੇ ਬਹੁਤ ਨੇ ਫਿਰ ਹਾਂ ਮਤਲਬ ਅਗਲਾ ਕਹਿੰਦਾ ਚੱਲ ਸਾਡਾ ਵੀ ਸਾਡੀ ਹੋਰ ਰੀਚ ਬਣੂਗੀ ਉਹ ਬਹੁਤ ਮਾੜੀ ਗੱਲ ਹੈ ਹੂੰ ਕਿ ਕਿਸੇ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਯੂਜ਼ ਕਰਨਾ ਹਾਂ ਯੂਜ਼ ਕਰਨਾ ਸਹੀ ਸ਼ਬਦ ਹੈ ਉਹ ਪਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਸ਼ੁਰੂਆਤ ਚ ਇੰਟਰਵਿਊ ਦੀ ਵੀ ਜਿਹੜੀ ਇਹ ਸਾਡੀ ਇੰਡਸਟਰੀ ਹੈ ਇਹ ਇਹੋ ਜਿਹੀ ਹੋਈ ਹੈ ਇਹਦੇ ਚ ਗਿਵਨ ਟੇਕ ਹੀ ਹੈ ਮੇਨਾਂ ਗਵਾ ਕੇ ਵੀ ਹੱਲੇ ਵੀ ਨਹੀਂ ਹਾਂ ਇਹ ਇਹਦੇ ਚ ਗਿਵਨ ਟੇਕ ਗਿਵਨ ਟੇਕ ਵੀ ਨਹੀਂ ਮੈਂ ਮੈਂ ਕਹਾਂ ਤੁਸੀਂ ਦੇਣਾ ਤੇ ਉਹਨਾਂ ਨੇ ਲੈਣਾ ਮੁੜ ਕੇ ਤੁਸੀਂ ਮੰਗਣਾ ਨਹੀਂ ਇਹ ਉਹ ਚੀਜ਼ ਹੈ ਸੋ ਇਹ ਮੈਨੂੰ ਇੱਕ ਮਾੜੀ ਚੀਜ਼ ਲੱਗਦੀ ਹੈ ਮੈਂ ਹੁਣ ਸਭ ਸਾਰਿਆਂ ਨੂੰ ਪਤਾ ਹੀ ਹੈ ਵੀ ਹਰ ਬੰਦਾ ਹੀ ਮਤਲਬ ਮੈਂ ਇੱਕ ਦਾ ਕੀ ਕੀ ਨਾਂ ਲਵਾਂ ਹਰ ਬੰਦਾ ਇਹੀ ਚਾਹੁੰਦਾ ਵੀ ਸਾਡੇ ਤੋਂ ਜੀ ਉਹਦੀ ਗੱਲ ਪੁੱਛੋ ਤੇ ਫਿਰ ਅਸੀਂ ਦਸੀਏ ਹੈਨਾ ਹੁਣ ਉਹ ਹੈ ਨਹੀਂ ਤੇ ਭਾਵੇਂ ਜੋ ਮਰਜ਼ੀ ਦੱਸੀ ਜਾਓ ਉਹਨੂੰ ਲੈਜੈਂਡ ਬਣਨ ਦੇ ਲਈ ਮਰਨਾ ਪਿਆ ਤੇ ਉਹੀ ਇਹ ਦੇਚ ਮੈਂ ਲੋਕਾਂ ਦਾ ਵੀ ਫਾਲਟ ਕਹੂੰਗਾ ਹੁਣ ਵੀ ਜਦੋਂ ਉਹ ਨਹੀਂ ਰਿਹਾ ਇਸ ਦੁਨੀਆ ਦੇ ਅੰਦਰ ਇਹ ਨਹੀਂ ਹੈ ਵੀ ਉਹੋ ਜੀ ਉਹਦੀ ਕਿਸੇ ਸਿੰਗਰ ਦੀ ਭੰਡੀ ਹੋਣੀ ਬੰਦ ਹੋ ਗਈ ਆ ਉਹ ਭੰਡੀ ਵਾਲੀ ਤਲਵਾਰ ਹੁਣ ਕਿਸੇ ਹੋਰ ਦੇ ਧੌਣ ਤੇ ਆ ਗਈ ਆ ਵੀ ਇਹ ਐ ਇਦਾਂ ਲੱਗ ਰਿਹਾ ਵੀ ਆਹ ਸੀਰੀਜ਼ ਚੱਲਦੀ ਰਹੂਗੀ ਲੋਕਾਂ ਨੇ ਉਹ ਸਿੰਗਰ ਗਵਾ ਕੇ ਆਈ ਗੈਸ ਲੈਸਨ ਨਹੀਂ ਲਿਆ ਬਿਲਕੁਲ ਇਹ ਗੱਲ ਸਹੀ ਹੈ ਔਰ ਮੈਨੂੰ ਇਹ ਲੱਗਦਾ ਇਸੇ ਕਰਕੇ ਮੈਂ ਸੋਚਦਾ ਕਿ ਜਿਹੜੀ ਜ਼ਿੰਦਗੀ ਉਹ ਥੋੜੀ ਆਪਣੀ ਹੈ ਹੈਨਾ ਲੋਕਾਂ ਨੇ ਕਦੇ ਨਹੀਂ ਖੁਸ਼ ਹੋਣਾ ਬਾਬੇ ਨਾਨਕ ਤੋਂ ਨਹੀਂ ਹੋਏ ਮੈਂ ਹੁਣ ਨਾਂ ਨਹੀਂ ਲਊਂਗਾ ਕਈ ਸਾਰੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਸਾਡੇ ਲਈ ਉਹ ਸਾਰੇ ਲੈਜੈਂਡਸ ਹੀ ਆ ਉਹਨਾਂ ਨੇ ਕੋਈ ਇੱਕ ਗੱਲ ਕੋਈ ਐਦਾਂ ਦੀ ਕਰਤੀ ਐਗਜੈਕਟਲੀ ਤਾਂ ਉਹ ਹੈਨਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਯਾਰ ਆਪ ਦਾ ਵੀ ਪਹਿਲਾਂ ਦੇਖੋ ਕਿ ਤੁਹਾਡੀ ਖੁਦ ਦੀ ਜ਼ਿੰਦਗੀ ਹੈ ਇਹ ਜ਼ਿੰਦਗੀ ਤੁਸੀ ਤੁਹਾਨੂੰ ਮਿਲੀ ਹੈ ਹੈਨਾ ਸੋ ਉਹਦੇ ਬਾਰੇ ਪਹਿਲਾਂ ਸੋਚਣਾ ਜ਼ਰੂਰੀ ਹੈ ਇਹਦੇ ਲਈ ਆਡੀਅנס ਨੂੰ ਵੀ ਮਚਿਓਰ ਹੋਣਾ ਪਊਗਾ ਆਡੀਅנס ਨੂੰ ਇੱਕ ਸਿੰਗਰ ਨੂੰ ਇੱਕ ਗੀਤ ਨੂੰ ਇੱਕ ਗੀਤ ਦੀ ਤਰ੍ਹਾਂ ਲੈਣਾ ਚਾਹੀਦਾ ਇੱਕ ਸਿੰਗਰ ਦਾ ਗਾਇਆ ਹੋਇਆ ਗਾਣਾ ਉਹਦੇ ਕੈਰੈਕਟਰ ਚ ਵਾਰਡ ਦੇਣਾ ਉਹ ਕਿਤੇ ਨਾ ਕਿਤੇ ਸਮਾਰਟ ਹੋ ਰਹੀ ਆ ਆਡੀਅנס ਬਟ ਸਮ ਹਾਉ ਇਵਨ ਦੇ ਹੈਵ ਟੂ ਥੋੜਾ ਜਿਹਾ ਹੋਰ ਪਰ ਗੱਲ ਇਹ ਆ ਕਿ ਮਾਸਸਿਸ ਦੀ ਜੇ ਆਪਾਂ ਗੱਲ ਕਰੀਏ ਨਾ ਮੈਚਿਓਰਿਟੀ ਤਾਂ ਕੁਝ ਪਰਸੈਂਟ ਲੋਕਾਂ ਚ ਆ ਸਕਦੀ ਆ ਜਿਹੜੇ ਮਾਸਸਿਸ ਹੁੰਦੇ ਆ ਉਹ ਜਨਰਲ ਹੁੰਦੇ ਆ ਹਨ ਤੇ ਹੁਣ ਜਿੱਥੇ ਮੈਂ ਏਡੇ ਏਡੇ ਵੱਡੇ ਨਾਮ ਲੈਤੇ ਉੱਥੇ ਉਹਦੇ ਚ ਆਪਾਂ ਸਾਰੇ ਆਉਨੇ ਆ ਮਤਲਬ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੇ ਲੋਕਾਂ ਨੇ ਉਹ ਕੀ ਕੀ ਕਹਾਵਤ ਸੀ ਨਾ ਆਰੀ ਦੇ ਇੱਕ ਪਾਸੇ ਦੰਦੇ ਜਹਾਨ ਦੇ ਦੋਨੇ ਪਾਸੇ ਹੈਨਾ ਮਤਲਬ ਜੇ ਕਿਸੇ ਨੂੰ ਭੰਡਣ ਤੇ ਆ ਜਾਣ ਤੇ ਫਿਰ ਕੋਈ ਚਾਹੇ ਫਰੀडम फाइਟਰ ਹੋਵੇ ਕੋਈ ਚਾਹੇ ਸਾਡਾ ਕੋਈ ਕੋਈ ਬਾਬਾ ਹੋਵੇ ਜਦੋਂ ਜਿੱਧਰ ਨੂੰ ਚੱਲ ਪੇ ਉਹ ਤਾਂ ਹੀ ਕਹਿੰਦੇ ਵੀ ਉਹ ਆਵਾਮ ਦੀ ਆਵਾਜ਼ ਕਹਿ ਦਿੰਨੇ ਆਪਾਂ ਹੈਨਾ ਸੋ ਨਹੀਂ ਉਹ ਮੇਨ ਲਾਂਦਾ ਮੈਚਿਓਰਿਟੀ ਤਾਂ ਫਿਰ ਕੁਝ ਕ ਬੰਦਿਆਂ ਚ ਆਪਾਂ ਸੋਚ ਸਕਦੇ ਹਾਂ ਸਾਰਿਆਂ ਚ ਹਜੇ ਕਿਉਂਕਿ ਉਹਦੇ ਚ ਫਿਰ 10 ਸਾਲ ਤੋਂ ਲੈ ਕੇ ਇੱਕ ਬੱਚਾ ਵੀ ਐ ਤੇ 40 50 ਸਾਲ ਦਾ ਇੱਕ ਬੰਦਾ ਵੀ ਐ ਸੋ ਉਹਦੇ ਚ ਹੁਣ ਇਹ ਨਹੀਂ ਪਤਾ ਵੀ ਕਿੰਨੇ ਕਿਹੜੇ ਕਿੰਨੇ ਬੰਦੇ ਮੈਚਿਓਰ ਐ ਪਰ ਮੈਚਿਓਰਿਟੀ ਫਿਰ ਵੀ ਘਟ ਮਤਲਬ ਜਿਵੇਂ ਜਿਵੇਂ ਉਮਰ ਵੱਧਦੀ ਓਵੇਂ ਵੀ ਆਉਂਦੀ ਐ ਨਾ ਸੋ ਇਹ ਤਾਂ ਇਦਾਂ ਹੀ ਚੱਲੂਗਾ ਮੇਰੇ ਹਿਸਾਬ ਨਾਲ ਇਤੋਂ ਇਹ ਹੈ ਕਿ ਬੰਦਾ ਆਪ ਦੀ ਜ਼ਿੰਦਗੀ ਨੂੰ ਆਪ ਧਿਆਨ ਦੇਵੇ ਕਿ ਹਾਂ ਹਾਂ ਮਤਲਬ ਉਹ ਇਹ ਨਾ ਭੁੱਲੇ ਕਿ ਯਾਰ ਮੇਰੀ ਇੱਕ ਪਰਸਨਲ ਜ਼ਿੰਦਗੀ ਵੀ ਹੈ ਮੈਂ ਉਹ ਵੀ ਜਿਉਣੀ ਹੈ ਵੀ ਹੋਰਾਂ ਮੇਨਟੇਨ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਣਾ ਰਾਈਟ ਮੈਨੂੰ ਨਹੀਂ ਲੱਗਦਾ ਮਤਲਬ ਅ ਐਸ ਦੇਖੋ ਸਿੰਪਲ ਜੀ ਗੱਲ ਹੈ ਐਸ ਲੋង ਐਸ ਤੁਹਾਡਾ ਕੰਮ ਚੱਲ ਰਿਹਾ ਹੈ ਮਤਲਬ ਜੇ ਤੁਹਾਨੂੰ ਲੋਕ ਸੁਣ ਰਹੇ ਹੈ ਤਾਂ ਗਾਓ ਜੇ ਤੁਹਾਨੂੰ ਲੱਗਣ ਲੱਗਾ ਵੀ ਯਾਰ ਪੈਸੇ ਵੱਧ ਲਾਈ ਜਾਨੇ ਮੁਰਦਾ ਕੁਛ ਨਹੀਂ ਇਹਦਾ ਮਤਲਬ ਇਹ ਹੈ ਕਿ ਹੁਣ ਇੱਜਤ ਨਾਲ ਰਿਟਾਇਰ ਹੋ ਜਾਓ ਹੈਨਾ ਫਿਰ ਐਵੇਂ ਬਿਨਾ ਗੱਲੋਂ ਧੱਕੇ ਨਾਲ ਉਹ ਕਰਨ ਦਾ ਫਾਇਦਾ ਨਹੀਂ ਕਿ ਜੀ ਆ ਮੈਂ ਹੁਣ ਮੈਂ ਐ ਕਰਨਾ ਹੁਣ ਮੈਂ ਲਾਸਟ ਗੁੱਡ ਐਲਬਮ ਨਾ ਇਸ ਕਰਕੇ ਰੱਖਿਆ ਸੀ ਵੀ ਜੇ ਤਾਂ ਇਹ ਚੋਂ ਐਲਬਮ ਚੋਂ ਪੈਸੇ ਮੁੜਿਆ ਏ ਤਾਂ ਅੱਗੇ ਕਰ ਦਾਂਗੇ ਕੋਈ ਸਾਡੇ ਕੋਲੇ ਹੋਰ ਬੜੇ ਕੰਮ ਐ ਪੈਸੇ ਕਮਾਉਣ ਵਾਲੇ ਔਰ ਬਹੁਤ ਵਧੀਆ ਪੈਸੇ ਕਮਾਈ ਜਾਨੇ ਮਤਲਬ ਵਾਧੂ ਪੈਸੇ ਆ ਜੇ ਤਾਂ ਮੁੜਿਆ ਏ ਠੀਕ ਆ ਹੁਣ ਜ ਉਹ ਤੋਂ ਮੁੜਿਆ ਏ ਬਹੁਤ ਵਧੀਆ ਮੁੜਿਆ ਏ ਚੌਗਣੇ ਮੁੜਿਆ ਏ ਹਾਂਜੀ ਹੁਣ ਉਹ ਅੱਗੇ ਲਾ ਦੇਾਂਗੇ ਇਸੇ ਕੰਮ ਤੇ ਇਹਨੂੰ ਵੀ ਐਜ਼ ਅ ਬਿਜ਼ਨਸ ਹੀ ਹੁਣ ਲੈ ਕੇ ਚੱਲਣਾ ਪੈਣਾ ਕਿਉਂਕਿ ਅਸੀਂ ਜਿੰਨੇ ਗਾਣੇ ਇਹਦੇ ਚ ਮਾਲਾ ਗਾਣਾ ਕੀਤਾ ਸੀ ਜਿਗਰੀ ਯਾਰ ਮੇਰੇ ਉਹ ਗਾਣੇ ਮੇਰੇ ਦਿਲ ਦੇ ਬੜੇ ਨੇੜੇ ਸੀ ਗਾਣੇ ਉਹ ਗਾਣਿਆਂ ਤੋਂ ਕੁਝ ਵੀ ਨਹੀਂ ਆਇਆ ਹੈਨਾ ਚੱਲੇ ਕਮਰਸ਼ੀਅਲ ਬੂਮ ਹੈ ਚੱਲੇ ਕਮਰਸ਼ੀਅਲ ਬੂਮ ਰੈਂਗ ਜਾਂ ਸਵੈਗ ਜਾਂ ਗ੍ਰੀਨ ਟੀ ਹੈਨਾ ਦੁਆਲਾ ਗਾਣਾ ਡੈਫੀਨਿਟਲੀ ਚੱਲਿਆ ਉਹ ਗਾਣਾ ਵੀ ਮੇਰੇ ਦਿਲ ਦੇ ਨੇੜੇ ਸੀ ਪਰ ਉਹ ਵੀ ਸ਼ੁਰੂ ਦੇ ਦਿਨਾਂ 'ਚ ਬਹੁਤ ਜ਼ਿਆਦਾ ਵਾਇਰਲ ਹੋਇਆ ਉਸ ਤੋਂ ਬਾਅਦ ਹੁਣ ਟੌਪ ਦੇ ਜਿਹੜੇ ਗਾਣੇ ਆ ਮੈਂ ਤੁਹਾਨੂੰ ਦਿਖਾਏ ਆ ਤਿੰਨ ਪੈਗ ਬੂਮਰੈਂਗ ਤੇ ਹੋਸਟਲ ਇਹੀ ਗਾਣੇ ਚੱਲ ਰਹੇ ਨੇ ਸੋ ਇਹਨੂੰ ਵੀ ਮੈਂ ਤਾਂ ਇਹੀ ਦੇਖਦਾ ਹੁੰਦਾ ਹੁਣੇ ਵੀ ਇਹਦੇ ਤੋਂ ਹੁਣ ਜਿੰਨੇ ਪੈਸੇ ਪੈਸੇ ਚੰਗੇ ਆ ਗਏ ਐਲਬਮ ਤੋਂ ਇਹਨੂੰ ਅੱਗੇ ਲਾ ਦੇਾਂਗੇ ਜਿੰਨਾ ਚਿਰ ਬਿਜ਼ਨਸ ਚੱਲੀ ਜਾਊਗਾ ਠੀਕ ਹੈ ਨਹੀਂ ਤਾਂ ਹੋਰ ਬੜੇ ਸਾਰੇ ਕੰਮ ਹੈ ਕਰਨ ਵਾਲੇ ਸੋ ਯਾ ਹੁਣ ਆਪਾਂ ਆਉਣੇ ਆ ਥੋੜਾ ਜਆ ਤੁਹਾਡਾ ਪਾਸ ਦੇ ਅੰਦਰੋਂ ਤੁਹਾਡੀ ਜਿਹੜੀ ਸ਼ਰਾਰਤੀਪਨ ਜਿਹੜਾ ਫਿਲਹਾਲ ਵੀ ਤੁਹਾਡੀ ਮੀਮਸ ਦੇ ਅੰਦਰੋਂ ਨਿਕਲ ਕੇ ਆਉਂਦਾ ਤੇ ਇੱਕ ਤੁਹਾਡੀ ਸਭ ਤੋਂ ਪਹਿਲਾਂ ਕਾਲ ਵਾਇਰਲ ਹੋਈ ਸੀ ਮੇਰੇ ਸਹਾਂਰ ਕਈ ਲੋਕਾਂ ਨੇ ਤੇ ਨਾ ਯਾਰਨ ਮੁੱਲੇ ਗਾਣਾ ਆਉਣ ਤੋਂ ਪਹਿਲਾਂ ਉਹ ਜਿੰਦੂ ਵਾਲੀ ਕਾਲ ਸੁਣੀ ਸੀ ਕਈਆਂ ਨੇ ਹਾਂ ਹਾਂ ਮੈਂ ਉਹਨਾਂ 'ਚ ਇੱਕਾਂ ਉਹ ਜਿੰਦੂ ਵਾਲੀ ਕਾਲ ਸੁਣੀ ਵਧੀਆ ਤੇ ਉਸ ਤੋਂ ਦੱਸਿਆ ਕਿ ਸ਼ੈਰੀਮਾਨ ਦੀ ਅਸੀਂ ਅੱਛਾ ਤੇ ਅਸੀਂ ਮੰਨਿਆ ਨਾ ਕਰੀਏ ਪਰ ਹਾਂ ਹਾਂ ਅੱਜ ਹੀ ਕੀਨ ਹੋ ਗਿਆ ਨਹੀਂ ਉਹ ਨਾ ਐ ਸੀ ਉਦੋਂ ਉਹ ਇੱਕ ਕਾਲ ਨਹੀਂ ਗਈ ਹਾਂ ਉਹ ਤਿੰਨ ਚਾਰ ਕਾਲਾਂ ਅਸੀਂ ਅੱਡ ਅੱਡ ਕੀਤੀਆਂ ਸੀ ਵਾਇਰਲ ਹੋ ਗਈ ਉਹ ਵਾਇਰਲ ਐ ਹੋਗੀ ਵੀ ਉਹ ਇੱਕ ਕੀਤੀ ਸੀ ਕਿਸੇ ਯਾਰ ਬੇਲੀ ਦੇ ਫੋਨ 'ਚ ਇੱਕ ਕਿਸੇ ਹੋਰ ਦੇ 'ਚ ਕਰਤੀ ਕਿਸੇ ਹੋਰ ਦੇ 'ਚ ਉਹਦਾ ਫੋਨ ਵੀ ਉਦਾਂ ਦੇ ਹੁੰਦੇ ਸੀ ਹਨ ਤੇ ਹਾਂ ਉਹ ਜਿੰਦੂ ਵਾਲੀ ਕਾਲ ਐਕਚੁਅਲੀ ਉਹ ਰੱਖੀ ਤਾਂ ਸੀ ਆਪਦੇ ਸੁਣਨ ਨੂੰ ਸੀ ਕਿ ਆਹ ਦੇਖੋ ਕੀ ਕੀਤਾ ਕਿਉਂਕਿ ਹੁੰਦਾ ਕੀ ਸੀ ਕਸਟਮਰ ਕੇਅਰ ਦਾ ਨੰਬਰ ਹੁੰਦਾ ਸੀ ਫ੍ਰੀ ਤੇ ਬਾਕੀ ਪੈਸੇ ਉਦੋਂ ਉਸ ਟਾਈਮ ਕਾਲ ਦੇ ਪੈਸੇ ਬਹੁਤ 8 9 ਦੀ ਗੱਲ ਹੈ। ਉਦੋਂ ਮੇਰੇ ਖਾਲ 2.5 3 ਰੁਪਏ ਦੀ ਕਾਲ ਸੀਗੀ ਮਿੰਟ ਦੀ। ਹਾਂਜੀ ਹੈਨਾ ਤੇ 50 ਰੁਪਏ ਦਾ ਉਹ ਬੈਲੈਂਸ ਪਾਉਂਦੇ ਹੁੰਦੇ ਸੀ ਔਖੇ ਸੌਖੇ। ਤੇ ਕਸਟਮਰ ਕੇਅਰ ਫ੍ਰੀ ਤੇ ਕਾਲਾਂ ਕਰੀ ਜਾਣੀਆਂ ਜਦੋਂ ਕਿਸੇ ਕੁੜੀ ਨੇ ਚੱਕ ਲੈਣਾ ਫਿਰ ਗੱਲ ਸ਼ੁਰੂ ਕਰ ਦੇਣੀ ਹੈ ਤੇ ਇੱਕ ਹੋਰ ਵੀ ਮੇਰੇ ਯਾਦ ਆਉਂਦੀ ਐ ਅਸੀਂ ਇੱਕ ਹੋਰ ਗੱਲ ਸੀਗੀ ਅ ਕੀ ਜੀ ਬੰਦਾ ਕਹਿੰਦਾ ਜੀ ਮੈਂ ਪੂਰਾ ਦੇ ਪਿੰਡ ਆਇਆ ਸੀ ਵਿਆਹ ਤੇ ਤੇ ਕਹਿੰਦਾ ਮੈਂ ਬੈਠਾ ਸੀ ਪੱਠੀ ਕੋਲੇ ਹਲਵਾਈ ਦੇ ਨਾਲ ਮੇਰੀ ਡਿਊਟੀ ਲੱਗੀ ਸੀ ਜਲੇਬੀਆਂ ਕੱਢਦਾ ਸੀ ਤੇ ਕਹਿੰਦਾ ਜੀ ਸੇਕ ਲੱਗ ਗਿਆ ਫੋਨ ਨੂੰ ਤੇ ਕਹਿੰਦਾ ਜੀ ਹੁਣ ਮੈਸੇਜ ਅੱਦਾ ਹੀ ਆਉਂਦਾ ਉਹ ਵੀ ਆਈ ਸੀ ਜਿੰਦੂ ਪੱਪ ਮੈਂ ਜੀ ਜਿੰਦੂ ਬੋਲਦਾ ਪਤਾ ਨਹੀਂ ਜਿੰਦੂ ਸੀ ਉਹੀ ਕੋਈ ਕੈਰੈਕਟਰ ਚੱਕ ਕੇ ਤੇ ਕਹਿੰਦਾ ਜੀ ਵੀ ਮੇਰੀ ਜੇਬ ਵਿੱਚ ਫੋਨ ਪਿਆ ਸੀ ਤੇ ਸੇਕ ਲੱਗ ਗਿਆ ਤੇ ਹੁਣ ਅੱਧਾ ਮੈਸੇਜ ਹੀ ਆਉਂਦਾ ਹੁਣ ਉਹਨੂੰ ਸਮਝ ਨਾ ਆਵੇ ਵੀ ਹਾਲਾ ਜਾਂ ਤਾਂ ਪੂਰਾ ਹੀ ਨਹੀਂ ਆਊਗਾ ਅੱਧਾ ਕਿਉਂ ਨਹੀਂ ਆਉਂਦਾ ਉਹ ਕਹਿੰਦੀ ਸਕਰੀਨ ਮੱਚ ਗਈ ਕਹਿੰਦਾ ਨਹੀਂ ਸਕਰੀਨ ਵੀ ਠੀਕ ਹੈ ਕਹਿੰਦੀ ਫਿਰ ਕੀ ਆ ਰਿਹਾ ਥੋਡੇ ਐ ਜੋ ਮਤਲਬ ਉਹੀ ਤੇ ਉਹ ਜਿੰਦੂ ਵਾਲੀ ਤਾਂ ਉਹਨੇ ਸਿਰੇ ਲਾਤਾ ਮੈਡਮ ਨੇ ਕਹਿੰਦੀ ਸਰਪੰਚ ਕੋਲੇ ਜਾਓ ਵੀ ਟਾਵਰ ਇਹ ਟੱਲਦਾ ਨਹੀਂ ਆਉਂਦਾ ਸਰਪੰਚ ਕੀ ਕਰੂ ਇਹ ਚ ਦੱਸ ਹਨਾ ਸਰਪੰਚ ਤੋਂ ਅਰਜੀ ਲਿਖਾਉਗੇ ਕਿ ਅਸੀਂ ਸਰਪੰਚ ਕੋਲੇ ਜਾਉ ਤੇ ਸੋ ਇਹ ਉਦੋਂ ਸਹੀ ਗੱਲ ਐ ਉਦੋਂ ਦੀਆਂ ਸ਼ਰਾਰਤਾਂ ਨੇ ਉਦੋਂ ਐ ਹੁੰਦਾ ਹੁਣ ਨਹੀਂ ਹੁਣ ਨਿਬਰਦਾਸ਼ ਹੋਊਗੀ ਕਿਸੇ ਦੀਆਂ ਨਹੀਂ ਪਰ ਦੇਖੋ ਨਾ ਉਸ ਵੇਲੇ 'ਚ ਵੀ ਇੰਨਾ ਕਿ ਮੇਰੇ 'ਚ ਦਿਮਾਗ ਸੀਗਾ ਵੀ ਪਤਾ ਨਹੀਂ ਮੈਨੂੰ ਐ ਲੱਗਦਾ ਸੀ ਵੀ ਯਾਰ ਬੇਲੀ ਨੇ ਜੇ ਗਾਂ ਕਿਸੇ ਨੂੰ ਭੇਜਤੀ ਵੀ ਯਾਰੇ ਚ ਗਾਲ ਗੂਲ ਨਾ ਕੱਢੀ ਜਾਵੇ ਤੇ ਮੈਂ ਬੜਾ ਕਿਊਟ ਜਿਹਾ ਕੈਰੈਕਟਰ ਪਲੇ ਕਰਦਾ ਸੀ ਉਹਦੇ ਚ ਹਣਾ ਮੇਰੇ ਪਾਪੇ ਨੂੰ ਪਤਾ ਜੀ ਉਹ ਤਾਂ ਉਹ ਨੰਬਰ ਵੀ ਮੇਰਾ ਚਲਾ ਗਿਆ ਸੀ ਉਹ ਚ ਉਹ ਬੋਲਦੀ ਆ ਨਾ ਨੰਬਰ 98725 32684 ਕਨਫਰਮ ਕਰਦੀ ਹਾਂ ਹਾਂ ਤੇ ਉਸ ਤੋਂ ਬਾਅਦ ਫਿਰ ਉਹ ਨੰਬਰ ਤੇ ਕੁੜੀਆਂ ਕੜੀਆਂ ਦੇ ਬੜੇ ਫੋਨ ਆਇਆ ਕਰਨ ਉਹ ਕਹਿਆ ਕਰਨ ਜੀ ਜਿੰਦੂ ਨਾਲ ਗੱਲ ਹੋ ਸਕਦੀ ਹੈ ਤੇ ਮੈਂ ਕਹਣਾ ਜੀ ਉਹ ਤਾਂ ਖੇਤ ਗਿਆ ਵੈ ਮੈਂ ਉਹਦਾ ਵੱਡਾ ਭਰਾ ਬੋਲਦਾ ਉਹ ਤਾਂ ਹੈ ਨਹੀਂ ਤੀਜੀ ਸੋ ਐਂ ਕਰਕੇ ਨਾ ਅਸੀਂ ਉਦੋਂ ਇਹੀ ਮਨੋਰੰਜਨ ਹੁੰਦਾ ਸੀ ਉਦੋਂ ਕਿਹੜਾ ਇੰਨੇ ਚੈਨਲ ਜਾਂ ਕੋਈ ਫੇਸਬੁੱਕ YouTube ਤਾਂ ਹੁੰਦੀ ਨਹੀਂ ਸੀ ਉਦੋਂ ਇਹੀ ਮਨੋਰੰਜਨ ਹੁੰਦਾ ਇੱਕ ਛੋਟੀ ਜਵਾਨੀ ਦੀ ਕੋਈ ਮਿਮਿਕਰੀ ਮਾਨ ਸਾਹਿਬ ਦੀ ਇਫ ਪੋਸੀਬਲ ਓ ਮੈਂ ਕਿਹੜਾ ਗਾਣਾ ਦੱਸਿਆ ਸੀ ਤੁਸੀਂ ਮਾ ਮੱਜੀਆਂ ਹਾਂ ਉਹ ਉਹਨਾ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਕੈਸਟ ਉਹਨਾਂ ਦੀ ਸੁਣਦਾ ਹੁੰਦਾ ਸੀ ਉਹਦੇ 'ਚ ਇਹ ਗਾਣਾ ਸੀਗਾ ਉਦੋਂ ਮਾਨ ਸਾਹਿਬ ਸਟਾਰਟਿੰਗ ਦੇ ਵਿੱਚ ਨਾ ਇਸ ਤਰ੍ਹਾਂ ਮਤਲਬ ਕਰੋੜ ਕੇ ਜੇ ਗਾਉਂਦੇ ਹੁੰਦੇ ਸੀ ਹੈਨਾ ਤੇ ਉਹ ਮੈਂ ਕੋਸ਼ਿਸ਼ ਕਰੂੰਗਾ ਹੁਣ ਤਾਂ ਮੈਂ ਬਹੁਤ ਟਾਈਮ ਹੋ ਗਿਆ ਭੁੱਲਿਆ ਪਿਆ ਉਹ ਸੀਗਾ ਕਿ ਮੱਜੀਆਂ ਚਰੌਣ ਵੇਲੇ ਰਾਂਝਾ ਮੱਝੀਆਂ ਚਰਾਉਣ ਵੇਲੇ ਰਾਂਝਾ ਢੋਲੀ ਵੇਲੇ ਹੋਰਦੀ ਬਣੀ ਹੋਰਦੀ ਬਣੀ ਹੀਰੇ ਹੋਰਦੀ ਬਣੀ ਜੁਗਾ ਪਰਵਾਣ ਨੂੰ ਐ ਰਾਂਝਾ ਢੋਲੀ ਵੇਲੇ ਹੋਰਦੀ ਬਣੀ ਅੱਖਾਂ ਬੰਦ ਕਰਕੇ ਸੁਣੀ ਸੀ 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 ਲੱਗਦਾ ਮਾਨ ਸਾਹਿਬ ਨੇ ਨਹੀਂ ਉਦੋਂ ਮੈਂ ਜਿਵੇਂ ਹੀ ਐਗਜ਼ੈਕਟਲੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਹੂੰ ਹੂੰ ਪਰ ਉਦੋਂ ਕਿਉਂਕਿ ਕੀ ਹੁੰਦਾ ਸੀ ਕਾਲਜ ਟਾਈਮ ਦੇ ਵਿੱਚ ਰੈਗਿੰਗ ਤੋਂ ਬਚਣ ਲਈ ਇਹ ਸਭ ਤੋਂ ਵਧੀਆ ਤਰੀਕਾ ਸੀ ਟੈਲੈਂਟ ਰਾਈਟ ਹੈ ਨਾ ਵੀ ਟੈਲੈਂਟ ਦਿਖਾ ਦੋ ਆਪ ਦਾ ਹਾਂ ਸੋ ਇਹ ਤੇ ਉਦੋਂ ਬਾਅਦ ਮੈਂ ਕਿਉਂਕਿ ਮੈਂ ਸਾਰੇ ਮਾਨਾਂ ਦੀਆਂ ਮੈਂ ਲਾਉਂਦਾ ਹੁੰਦਾ ਸੀ ਹਰ ਭਜਨ ਮਾਨ ਬਾਈ ਹੋ ਗਿਆ ਬੱਬੂ ਮਾਨ ਬਾਈ ਇਹਨਾਂ ਦੀਆਂ ਤੇ ਹੋਰ ਕਿਸੇ ਦੀ ਮੈਨੂੰ ਯਾਦ ਨਹੀਂ ਵੀ ਮੈਂ ਹੋਰ ਕੀ ਦੀ ਕਰਦਾ ਸੀ ਪਰ ਹਾਂ ਇਹਨਾਂ ਦੀਆਂ ਡੈਫੀਨੇਟਲੀ ਕਰਦਾ ਹੁੰਦਾ ਸੀ ਤੇ ਹੁਣ ਆਪਦੀ ਆਵਾਜ਼ ਚ ਅਗਲੀ ਐਲਬਮ ਤੁਹਾਡੀ ਕਦੋਂ ਆਉਣੀ ਆ ਅਗਲੀ ਐਲਬਮ ਤਾਂ ਨਹੀਂ ਪਰ ਅੱਜ ਕੱਲ ਸਮਾਂ ਆ ਗਿਆ ਈਪੀਆਂ ਦਾ ਹਨਾ ਸਮਾਂ ਆਪਾਂ ਅੱਗੇ ਗੱਲ ਕਰਕੇ ਹਟਿਆ ਵੀ ਇੰਨਾ ਸਮਾਂ ਨਹੀਂ ਕਿਸੇ ਕੋਲੇ ਵੀ ਪੂਰੀ ਐਲਬਮ ਸੁਣੇ ਹਨਾ ਈਪੀ ਦਾ ਇਹ ਹੈ ਕਿ ਚਾਰ ਗਾਣੇ ਪੰਜ ਗਾਣੇ ਕਰਕੇ ਉਹਦੇ ਚ 15 20 ਮਿੰਟ ਦੀ ਈਪੀ ਬਣਦੀ ਹੈ ਸੋ ਉਹ ਈਪੀ ਕਰਾਂਗੇ ਹੁਣ ਅਗਲੀ ਪਰ ਅਗਲੀ ਜਿਹੜੀ ਈਪੀ ਆ ਉਹਦੇ ਚ ਨਾ 뮤직 ਬਦਲਾਂਗੇ ਹੁਣ ਅਸੀਂ 뮤ਜ਼ਿਕ ਮੈਂ ਕਹਿਆ ਹੁਣ 뮤ਜ਼ਿਕ ਤੇ ਵੀ ਥੋੜਾ ਅੱਜਕੱਲ ਹਿਪ ਹੌਪ ਦਾ ਰਾਈਟ ਅੱਜਕੱਲ ਦਾ ਕਰਕੇ ਦੇਖੀਏ ਕੰਪਨੀ ਆਪਣੀ ਘਰ ਦੀ ਹੈ ਪਿੱਛੇ ਲੋਗੋ ਤੁਸੀਂ ਲੱਗਿਆ ਦੇਖ ਰਹੇ ਹੋ ਮੈਪਲ 뮤ਜ਼ਿਕ ਸਾਨੂੰ ਕੋਈ ਟੈਨਸ਼ਨ ਨਹੀਂ ਹੈਨਾ ਵੀ ਖਰਚਾ ਤਾਂ ਕੱਢ ਹੀ ਦਊ ਹਾਂਜੀ ਇੰਨਾ ਕੁ ਤਾਂ ਨਹੀਂ ਨਹੀਂ ਥੋੜੀ ਤਾਂ ਵਧੀਆ ਚਾਹੀਦੀ ਹੈ ਪਰ ਇਹ ਹੈ ਕਿ ਹੁਣ 뮤ਜ਼ਿਕ ਬਦਲ ਕੇ ਗਾਣੇ ਹੋਰ ਸਾਉਂਬ ਦੇ ਕਰਕੇ ਬੜਾ ਲ ਐਕਸਪੈਰੀਮੈਂਟ ਹੈ ਇੱਕ ਐਕਸਪੈਰੀਮੈਂਟ ਹੈ ਪਰ ਇੱਕ ਚੰਗਾ ਐਕਸਪੈਰੀਮੈਂਟ ਹੈ ਉਹ ਕਮਰਸ਼ਲ ਹੋਊਗੀ ਉਹਦੇ ਅੰਦਰ ਵੀ ਇੱਕ ਅਦਾ ਰੂਹਦਾਰੀ ਵਾਲਾ ਟੋਟਲੀ ਕਮਰਸ਼ਲ ਹੋਊਗੀ ਹੂੰ ਟੋਟਲੀ ਟੋਟਲੀ ਰੂਹਦਾਰੀ ਵਾਲਾ ਤਾਂ ਤੁਸੀਂ ਹਾਲ ਦੇਖ ਹੀ ਲਿਆ ਰੂਹਦਾਰੀ ਹੁਣ ਅਸੀਂ ਬਸ ਕੱਲੀ ਕਮਰਿਆਂ ਜੀ ਰੱਖਣੀ ਘਰਾਂ ਜੀ ਵੀ ਬਸ ਉਹ ਹਾਂ ਮੈਂ ਉਹੀ ਦੱਸ ਰਿਹਾ ਨਾ ਆਪਾਂ ਕਿਸੇ ਜਿਵੇਂ ਮਹੀਨੇ ਚ ਇੱਕ ਅੱਧੀ ਵਾਰੀ ਇਕੱਠੇ ਹੋ ਕੇ ਉਹ ਰੂਹਦਾਰੀ ਕਰ ਲਈ ਪਰ ਉਹ ਇੱਥੇ-ਇੱਥੇ ਰਹਿ ਜਾ ਕਰੂ ਮਤਲਬ ਬੜੇ ਸਾਰੇ ਗਾਣੇ ਆ ਰੂਹਦਾਰੀ ਵਾਲੇ ਜਿਹੜੇ ਆਪਾਂ ਮਹਿਫਿਲ ਚ ਗਾ ਸਕਦੇ ਆ ਪਰ ਮੈਨੂੰ ਲੱਗਦਾ ਵੀ ਐਲਬਮ ਚ ਹਾਂ ਆ ਐਲਬਮ ਤੋਂ ਬਾਅਦ ਅਗਲੀ ਚ ਮਤਲਬ ਆ ਈਪੀ ਤੋਂ ਅਗਲੀ ਈਪੀ ਚ ਦੇਖਾਂਗੇ ਕਿ ਕੋਈ ਜੇ ਟੋਟਲੀ ਈਪੀ ਰੂਹਦਾਰੀ ਵਾਲੀ ਬਣਾਉਣੀ ਹੋਵੇ ਉਹ ਵੀ ਬਣਾ ਲਾਂਗੇ ਜ਼ਰੂਰ ਬਹੁਤ ਆਡੀਅנס ਸੁਣਨ ਵਾਲੀ ਮੇਰੇ ਤਾਂ অলਮੋਸ ਸਾਰੇ ਉਹੀ ਨੇ ਹਾਂ ਮੈਂ ਉਹੀ ਮੈਂ ਸੋਚਦਾ ਕਿ ਉਹ ਉਹਦਾ ਦਾ ਕੁਝ ਵੀ ਕਿਉਂਕਿ ਉਹਦੀ ਜਿੰਨੀ ਕੁ ਵੀ ਆਡੀਅנס ਹੈ ਉਹਦੇ ਲਈ ਕਰ ਲਾਂਗੇ ਕੁਝ ਪਰ ਹੁਣ ਖਰਚਾ ਤੇ ਕੱਢ ਦੂ ਖਰਚਾ ਕੱਢ ਦੂ ਨਾਂ ਵੀ ਕੱਢੇ ਕੋਈ ਨਹੀਂ ਯਾਰ ਨਹੀਂ ਤੁਹਾਡੀ ਤਾਂ ਸਪੋਰਟ ਬਹੁਤ ਵਧੀਆ ਆ ਤੁਹਾਡੀ ਟੀਮ ਚੋਂ ਜਿਨ੍ਹਾਂ ਦਾ ਤੁਸੀਂ ਨਾਂ ਲੈਣਾ ਚਾਹੋਗੇ ਵੀ ਤੁਹਾਨੂੰ ਇਥੇ ਕਾਫੀ ਸਾਥ ਹੈ ਸੋਣਿਆ ਗੈਸ ਰਾਈਟ ਦੇਖੋ ਸਪੈਸ਼ਲੀ ਜਿੱਥੇ ਗੱਲ ਆਉਂਦੀ ਹੈ 뮤ਜ਼ਿਕ ਦੀ ਕੰਪਨੀ ਦੀ ਜਾਂ ਪ੍ਰੋਮੋਸ਼ਨਸ ਦੀ ਉਹ ਤੋਂ ਬਿਨਾ ਵੀ ਸਾਡਾ ਛੋਟਾ ਵੀਰ ਬਹੁਤ ਪਿਆਰਾ ਦੋਸਤ ਦੀਪ ਗਰੇਵਾਲ ਉਹ ਫੁੱਲ ਸਪੋਰਟ ਦੇ ਨਾਲ ਸਾਡੇ ਨਾਲ ਹਮੇਸ਼ਾ ਖੜਦਾ ਤੇ ਬਹੁਤ ਜ਼ਿਆਦਾ ਵੱਡਾ ਸਾਡਾ ਸਰਕਲ ਨਹੀਂ ਤੇ ਸਤਪਾਲ ਦੇ ਬਾਰੇ ਮੈਂ ਪਹਿਲਾਂ ਦੱਸਿਆ ਤੇ ਬਾਕੀ ਹੋਰ ਸਾਡੇ ਜਿੰਨੇ ਨਾਲ ਦੋਸਤ ਮਿੱਤਰ ਜਿਹੜੇ ਨਵੇਂ ਵੀ ਬੜੇ ਸਾਰੇ ਸਾਡੇ ਨਾਲ ਮੁੰਡੇ ਜੁੜਦੇ ਆ ਕੇ ਜਿਹੜੇ ਹੋਰ ਕਮਾਂਕਾਰਾਂ ਦੇ ਸਾਡਾ ਹੱਥ ਬਟਾਉਂਦੇ ਆ ਪਰ ਅਸੀਂ ਜ਼ਿਆਦਾਤਰ ਅਸੀਂ ਹੁੰਨੇ ਜੀ ਤੇ ਦੀਪ ਬਹੁਤ ਵਧੀਆ ਮਤਲਬ ਉਹਦਾ ਉਹਦਾ ਸੈਂਸ ਹੈ ਜਿਹੜਾ ਉਹ ਡਿਜੀਟਲ ਦੇ ਵਿੱਚ ਬਹੁਤ ਵਧੀਆ ਹੈ ਹਾਂ ਤੇ ਬਾਕੀ ਇਹਦਾ ਮੈਂ ਤੁਹਾਨੂੰ ਦੱਸਿਆ ਇਹਦਾ ਬਿਜ਼ਨਸ ਦੇ ਵਿੱਚ ਬਹੁਤ ਆਪਾਂ ਬਾਈ ਦੀ ਬਾਅਦ ਚ ਇਹ ਮੇ ਚਲਾ ਦਾਂਗੇ ਵੀ ਕਿਹਦੀ ਗੱਲ ਹੋ ਰਹੀ ਆ ਬਾਈ ਕੈਮਰਾ ਕੌਨਸ਼ੀਅਸ ਹੈ ਸਾਹਮਣੇ ਆਉਣ ਨੂੰ ਝੱਕਦਾ ਪਰ ਇਹ ਹੈ ਕਿ ਬਸ ਵਧੀਆ ਵਧੀਆ ਚੱਲੀ ਜਾਂਦਾ ਪਿੱਛੇ ਜੇ ਅਸੀਂ ਦੁਬਈ ਜਾ ਕੇ ਆਏ ਸੀਗੇ ਵਧੀਆ ਉੱਥੇ ਸ਼ੋ ਵੀ ਸੀ ਨਾਲੇ 5-6 ਦਿਨ ਅਸੀਂ ਘੁੰਮ ਕੇ ਆਇਆ ਪੂਰਾ ਵਧੀਆ ਮੈਂ ਕਹਾ ਯਾਰ ਜਿੰਨੇ ਪੈਸੇ ਮਿਲੇ ਸ਼ੋਹ ਦੇ ਸਾਰੇ ਲਾ ਦੇਣੇ ਆ ਇੱਥੇ ਦੁਬਈ 'ਚ ਕਿਉਂਕਿ ਦੁਬਈ ਪੈਸਿਆਂ ਵਾਲਾ ਤਾਂ ਹੀ ਐ ਹਾਂਜੀ ਤੇ ਮੈਂ ਕਹਾ ਕੋਈ ਚੱਕਰ ਨਹੀਂ ਮੈਂ ਕਹਾ ਆਪਾਂ ਐ ਸਮਝੀਏ ਵੀ ਸ਼ੋਹ ਦਾ ਸ਼ੋਹ ਹੋ ਗਿਆ ਵਕੇਸ਼ਨ ਦੀ ਵਕੇਸ਼ਨ ਹੋ ਗਈ ਹੈਨਾ ਸੋ ਬਸ ਇਦਾਂ ਅਸੀਂ ਵਧੀਆ ਚੱਲੀ ਜਾਂਦਾ ਜੀ ਕੰਮ ਚੰਗੇ ਤਰੀਕੇ ਯਾ ਸੋ ਲਾਸਟ ਆਪਾਂ ਕੰਕਲੂਡ ਕਰਦੇ ਆ ਇਹਨੂੰ ਤੇ ਲਾਸਟ ਇੱਕ ਤੁਹਾਡੇ ਤੋਂ ਮੈਸੇਜ ਲੈਣਾ ਚਾਹਵਾਂਗੇ ਬੀ ਜੇ ਤੁਹਾਨੂੰ ਇਸ ਟਾਈਮ ਯੰਗ ਸ਼ੈਰੀਮਾਨ ਦੇਖਦਾ ਹੋਵੇ ਤੇ ਤੁਸੀਂ ਉਹਨੂੰ ਇੱਕ ਮੈਸੇਜ ਦੇਣਾ ਹੋਵੇ ਕਿੰਨੇ ਹੀ ਨੇ ਵੈਸੇ ਤਾਂ ਜਿਹੜੇ ਤੁਹਾਡੇ ਮੁਕਾਮ ਤੇ ਆਉਣਾ ਚਾਹੁੰਦੇ ਨੇ ਤੁਸੀਂ ਆਪਣੀ ਲਾਈਫ ਦੇ ਅੰਦਰ ਤਿੰਨ ਜਾਂ ਜਿੰਨੀਆਂ ਵੀ ਤੁਸੀਂ ਦੱਸ ਸਕੋ ਤਿੰਨ ਵਧੀਆ ਚੀਜ਼ਾਂ ਜਿਹੜੀਆਂ ਤੁਸੀਂ ਕੀਤੀਆਂ ਸੀ ਤੇ ਤੁਸੀਂ ਛੇਤੀ ਕਰਨਾ ਚਾਹੋਗੇ ਦੁਬਾਰਾ ਜੇ ਵਾਪਸ ਜਾਓਗੇ ਉਹ ਤਾਂ ਤੁਸੀਂ ਕਰੋਗੇ ਕਰੋਗੇ ਤੇ ਤਿੰਨ ਉਹ ਜਾਂ ਘਟ ਵੀ ਜੋ ਤੁਸੀਂ ਅਵੋਇਡ ਕਰੋਗੇ ਵੀ ਮੈਂ ਕਾਸ਼ ਇਹ ਨਾ ਕਰਦਾ ਓਕੇ ਪਹਿਲੀ ਚੀਜ਼ ਨਵੇਂ ਆਸਤੇ ਮੈਂ ਇਹ ਕਹਿਣਾ ਚਾਹੂੰਗਾ ਮੈਂ ਨਾ ਬੜੀ ਬਹੁਤ ਚੀਜ਼ਾਂ ਮੈਂ ਬਜ਼ੁਰਗਾਂ ਤੋਂ ਸੁਣੀਆਂ ਪਰ ਜਦੋਂ ਅੱਜ ਮੈਂ ਉਹ ਚੀਜ਼ਾਂ ਨੂੰ ਦੇਖਦਾ ਆਪਣੀ ਲਾਈਫ ਚ ਇੰਪਲੀਮੈਂਟ ਕਰਦਾ ਤਾਂ ਮੈਂ ਕਹਿੰਦਾ ਬਿਲਕੁਲ ਸਹੀ ਸੀ ਪਰ ਉਸ ਟਾਈਮ ਤੇ ਨਹੀਂ ਆਪਾਂ ਸੁਣਦੇ ਨਾ ਉਸ ਟਾਈਮ ਤੇ ਆਪਾਂ ਨੂੰ ਲੱਗਦਾ ਯਾਰ ਆਪਾਂ ਯੰਗ ਹੁੰਨੇ ਆ ਆਪਾਂ ਕੁਝ ਦੇਖਿਆ ਵੀ ਨਹੀਂ ਹੁੰਦਾ ਜ਼ਿੰਦਗੀ ਚ ਪਰ ਮੈਨਾਂ ਇੱਕ ہے بڑی چھوٹی جی چیز ہے۔ ਆਪਾਂ ਬਜ਼ੁਰਗਾਂ ਤੋਂ ਇੱਕ ਗੱਲ ਸੁਣਦੇ ਹੁੰਦੇ ਸੀ। ਵੀ ਪੁੱਤ ਉਹਦੀ ਮਰਜ਼ੀ। ਜਿਹਨੂੰ ਆਪਾਂ ਹੁਕਮ ਵੀ ਕਹਿ ਦਿੰਨੇ ਆ। ਬਾਬਾ ਜੀ ਨੇ ਹੁਕਮ ਦੀ ਗੱਲ ਕੀਤੀ ਨਾ ਹੁਕਮ ਦਾ ਮਤਲਬ ਕੀ ਆ ਉਹਦੀ ਮਰਜ਼ੀ। ਹੁਣ ਮੈਂ ਉਹ میری ਲਾਈਫ 'ਚ ਕਿਵੇਂ ਇੰਪਲੀਮੈਂਟ ਹੋਇਆ ਜਾਂ ਇੰਪਲੀਮੈਂਟ ਨਹੀਂ ਮਤਲਬ ਉਹ ਕਿਵੇਂ ਉਹ ਚੀਜ਼ ਆਈ ਨਾ ਤੁਹਾਨੂੰ ਰਿਅਲਾਈਜ਼ ਹੋਇਆ? ਮੈਨੂੰ ਕਿਵੇਂ ਰਿਅਲਾਈਜ਼ ਹੋਈ? ਵੀ ਜਿਹੜੀ ਚੀਜ਼ ਜਦੋਂ ਹੋਣੀ ਆ ਉਹਦੀ ਮਰਜ਼ੀ ਨਾਲ ਹੀ ਹੋਣੀ ਆ। ਹਾਂ ਮੈਂ ਗਾਇਕੀ ਛੱਡ ਕੇ ਜੌਬ ਕਰਨ ਲੱਗ ਗਿਆ 2001 ਤੋਂ ਲੈ ਕੇ 2004-5 ਤੱਕ ਮੇਰਾ ਬੈਚ ਸੀ ਉਸ ਤੋਂ ਬਾਅਦ ਮੈਂ 8 ਤੱਕ ਜੌਬ ਕੀਤੀ ਹੈ ਨਾ ਮੇਰੇ ਨਾਲ ਦੇ ਫੋਨ ਕਰਦੇ ਬਾਹਰੋਂ ਇੱਧਰੋਂ ਉੱਧਰੋਂ ਬਾਈ ਐਡਾ ਵਧੀਆ ਸਿੰਗਰ ਸੀ ਯਾਰ ਤੇ ਮੈਂ ਉਹਨਾਂ ਨੂੰ ਕਹਿੰਦਾ ਚੱਲ ਯਾਰ ਕੋਈ ਨਹੀਂ ਕਾਲਜ ਚ ਵਧੀਆ ਟਾਈਮ ਪਾਸ ਹੋ ਗਿਆ ਤੁਸੀਂ ਮੇਰੇ ਗਾਣੇ ਸੁਣ ਲੇ ਉਦੋਂ ਤੁਸੀਂ ਗਾਣਾ ਨਹੀਂ ਕੱਢਿਆ ਉਦੋਂ ਮੈਂ ਗਾਣਾ ਨਹੀਂ ਸੀ ਕੱਢਿਆ ਮੈਨੂੰ ਵੀ ਲੱਗਣਾ ਯਾਰ ਵੀ ਬਣਨਾ ਤਾਂ ਚਾਹੀਦਾ ਸੀ ਮੈਨੂੰ ਸਿੰਗਰ ਹਨਾ ਕੁਛ ਨਾ ਕੁਛ ਤਾਂ ਮੈਂ ਮਤਲਬ 8 9 ਤੱਕ ਮੈਂ ਮੈਨੀਫੈਸਟ ਕਰਦਾ ਰਿਹਾ ਕਿ ਮੈਂ ਬਣੂਗਾ 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 ਪਰ ਜਦੋਂ ਮੈਂ ਕਰਨਾ ਛੱਡਤਾ ਐਫਰਟ ਲਾਉਣੇ ਛੱਡਤੇ ਆਪਾਂ ਕਈ ਵਾਰੀ ਆਪ ਇੰਨਾ ਜ਼ੋਰ ਲਾ ਦਿੰਨੇ ਕਿ ਉਹ ਪਰਮਾਤਮਾ ਕਹਿੰਦਾ ਪਹਿਲਾਂ ਤੂੰ ਲਾ ਲਾ ਹਾਂ ਤੂੰ ਬਾਲਾ ਸਿਆਣਾ ਬਾਲਾ ਸਿਆਣਾ ਪਹਿਲਾਂ ਤੂੰ ਲਾ ਲਾ ਫਿਰ ਬਾਅਦ ਚ ਮੈਨੂੰ ਮੌਕਾ ਦੇਈ ਹੈਨਾ ਉਹ ਮੈਂ ਜ਼ੋਰ-ਜ਼ੋਰ ਲਾ ਕੇ ਹਟ ਗਿਆ ਮੈਂ ਅੱਠ ਉੱਠ ਚ ਹਟ ਗਿਆ ਹਨਾ ਫੇਰ ਜਿਵੇਂ ਕਹਿੰਦੇ ਯਾਰਾਂ ਚ ਰੱਬ ਵੱਸਦਾ ਦੋਸਤ ਮਿੱਤਰ ਨੇ ਹੀ ਸਲਾਹ ਦਿੱਤੀ ਕਹਿੰਦਾ ਯਾਰ ਐਂ ਕਰ ਆ YouTube ਐ ਇਹਦੇ ਤੇ ਗਾਣਾ ਪਾ ਅਸੀਂ ਸੁਣ ਲਾਂਗੇ ਸਾਡੇ ਲਈ ਤਾਂ ਗਾ ਦੇ ਹੁਣ ਮੈਂ ਗੱਲ ਕਰਦਾ ਵੀ ਜਦੋਂ ਉਹਦੀ ਮਰਜ਼ੀ ਹੋਈ ਉਦੋਂ ਹੀ ਕੰਮ ਹੋਣਾ ਉਹ ਮੈਂ ਸੋਚਿਆ ਵੀ ਨਹੀਂ ਕਿ ਹੁਣ ਮੈਂ ਕੁਝ ਬਣ ਜਾਊਂਗਾ ਮੈਂ ਤਾਂ ਉਹਨਾਂ ਲਈ ਗਾਣਾ ਗਾਇਆ ਮੈਂ ਕਿਹਾ ਯਾਰ ਆ ਪਾ ਤਾ ਸੁਣ ਲਿਓ ਕਹਿੰਦੇ ਹਾਂ ਬਈ ਸੁਣ ਲਾਂਗੇ ਉਹਨਾਂ ਨੇ ਸੁਣਿਆ ਵੀ ਨਹੀਂ ਰਾਈਟ ਉਹ ਇਹ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਯਾਰਾ ਤੇਰੀ ਫੋਟੋ ਆਈ ਪਈ ਹੈ ਗਾਣੇ ਚ ਸੋ ਮੈਂ ਕਹਿਣਾ ਚਾਹੁੰਦਾ ਨਮਿਆਂ ਨੂੰ ਕਿ ਕਈ ਵਾਰੀ ਠੀਕ ਹੈ ਤੁਹਾਡਾ ਐਫਰਟ ਬੜਾ ਜ਼ਰੂਰੀ ਹੈ ਪਰ ਜਿੰਨਾ ਜੇ ਉਹਦੀ ਮਰਜ਼ੀ ਨਹੀਂ ਉਹੀ ਹੁਕਮ ਵਾਲੀ ਗੱਲ ਆ ਗਈ ਨਾ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਹ ਤੋਂ ਬਾਹਰ ਤਾਂ ਹੈ ਹੀ ਨਹੀਂ ਉਹਦੀ ਮਰਜ਼ੀ ਜਦੋਂ ਹੋਗੀ ਨਾ ਫੇਰ ਉਹਦੇ ਪਲਾਨ ਉਹਦੇ ਹੀ ਐ ਇਸ ਕਰਕੇ ਡਿਸਹਾਰਟਨ ਹੋਣ ਦੀ ਲੋੜ ਨਹੀਂ ਜਦੋਂ ਉਹਨੇ ਚਾਇਆ ਉਹ ਤੋਂ ਬਿਨਾ ਨਹੀਂ ਹੋਣਾ ਉਹ ਤੋਂ ਬਿਨਾ ਮੈਂ 5 ਸਾਲ ੱੱਕੇ ਖਾਦੇ ਕੁਝ ਵੀ ਨਹੀਂ ਬਣਾ ਐਂਡ ਤੇ ਮੈਂ ਸਾਲ ਛੱਡ ਗਿਆ ਸਾਰਾ ਕੁਝ ਮੈਂ ਕਾ ਛੱਡੋ ਯਾਰ ਹੈਨਾ ਜਦੋਂ ਮੈਂ ਆਪਦੀ ਮਰਜ਼ੀ ਛੱਡਤੀ ਉਹਦੀ ਚੱਲ ਗਈ ਵੀ ਨੈਵਰ ਗਿਵ ਅਪ ਐਂਡ ਟਰਸਟ ਦਾ ਪ੍ਰੋਸੈਸ ਟਰਸਟ ਦਾ ਪ੍ਰੋਸੈਸ ਉਹਨੇ ਪਤਾ ਨਹੀਂ ਕੀ ਸੋਚਿਆ ਤੁਹਾਡੇ ਵਾਸਤੇ ਹੈਨਾ ਸੋ ਉਹ ਆਪਾਂ ਸੁਣਦੇ ਸੀ ਬਜ਼ੁਰਗਾਂ ਤੋਂ ਵੀ ਪੁੱਤ ਆਪੇ ਉਹਦੀ ਉਹਦਾ ਉਹਦਾ ਪਾਣਾ ਆਪਾਂ ਸੁਣਦੇ ਸੀ ਹਾਂਜੀ ਹਾਂਜੀ ਆਪਾਂ ਨੂੰ ਲੱਗਦਾ ਸੀ ਵੀ ਨਹੀਂ ਪਰ ਉਹਦੇ ਮਾਈ ਨੇ ਸਮਝ ਹੁਣ ਜਾ ਕੇ ਆਉਂਦੇ ਹੌਲੀ ਹੌਲੀ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਨਾਲ ਆਉਂਦੇ ਆ ਹਾਂ ਹੁਣ ਜਾ ਕੇ ਆਉਂਦੇ ਨੇ ਇਹ ਮੈਂ ਕਹੂੰਗਾ ਵੀ ਇਹ ਇੱਕ ਮੇਰਾ ਮੈਸੇਜ ਜੇ ਔਰ ਜੋ ਜੋ ਜਿਵੇਂ ਜਿਵੇਂ ਮੇਰੀ ਲਾਈਫ ਚ ਹੋਇਆ ਮੈਨੂੰ ਐ ਲੱਗਦਾ ਵੀ ਯਾਰ ਉਹ ਕਿਸੇ ਨਾ ਕਿਸੇ ਰੀਜ਼ਨ ਕਰਕੇ ਹੋਇਆ ਜੇ ਦੁੱਖ ਵੀ ਆਉਂਦਾ ਨਾ ਲਾਈਫ ਚ ਤਾਂ ਉਹ ਬੜਾ ਕੁਝ ਤੁਹਾਨੂੰ ਦੇ ਕੇ ਜਾਂਦਾ ਸੋ ਉਹ ਉਹਦੀ ਪ੍ਰੋਸੈਸ ਹੈ ਜਿਹੜੀ ਉਹ ਨੂੰ ਉਹਨੂੰ ਹੀ ਪਤਾ ਹੈ ਹੈਨਾ ਐਂਡ ਬਾਕੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਕੋਈ ਅਵੋਇਡ ਕਰਨ ਵਾਲੀ ਗਲਤੀ ਗਲਤੀਆਂ ਗਲਤੀਆਂ ਜਿੰਨੀਆਂ ਕਰੋਗੇ ਚੰਗੀ ਗੱਲ ਹੈ ਪਰ ਮੇਰੇ ਵਾਂਗੂ ਬਾਰ-ਬਾਰ ਰਿਪੀਟ ਨਾ ਕਰਿਓ ਮੇਰੀ ਇਹ ਗਲਤੀ ਸੀ ਮੈਂ ਗਲਤੀ ਨੂੰ ਰਿਪੀਟ ਕੀਤਾ ਦੇਖ ਕੇ ਸਿੱਖਦੇ ਹਾਂ ਤਾਂ ਬਹੁਤ ਵਧੀਆ ਗੱਲ ਹੈ ਪਰ ਮੈਂ ਵੀ ਨਹੀਂ ਕਹਿੰਦਾ ਵੀ ਬਾਈ ਮੇਰੇ ਤੋਂ ਦੇਖ ਕੇ ਸਿੱਖੋ ਫਿਰ ਤੁਸੀਂ ਕਹੋਗੇ ਬਾਈ ਲੈ ਅਸੀਂ ਆਪ ਕੁਛ ਨਾ ਕਰੀਏ ਜਿੰਨਾ ਚਿਰ ਤੁਸੀਂ ਦੇਖ ਕੇ ਸਿੱਖਦੇ ਨਹੀਂ ਜਾਂ ਕਰਕੇ ਨਹੀਂ ਸਿੱਖਦੇ ਉਨਾਂ ਚਿਰ ਕੁਝ ਨਹੀਂ ਹੋਣਾ ਹਾਂ ਮੈਂ ਤਾਂ ਨਹੀਂ ਅਜ ਤੱਕ ਇਹ ਚੀਜ਼ ਕੀਤੀ ਵੀ ਮੈਂ ਗਲਤੀ ਕਰਕੇ ਰਿਪੀਟ ਨਾ ਕੀਤੀ ਮਾਤਾ ਪਤਾ ਹੀ ਨਹੀਂ ਕਿੰਨੀ ਵਾਰੀ ਕੀਤੀਆਂ ਨੇ ਰਿਪੀਟ ਪਰ ਹੋ ਸਕੇ ਤੁਸੀਂ ਨਾ ਕਰਿਓ ਤੇ ਉਹਦੇ ਤੋਂ ਕੁਝ ਸਿੱਖ ਲਿਓ ਬਸ ਇਹੀ ਇਹੀ ਮੈਸੇਜ ਹੈ ਥੈਂਕ ਯੂ ਵੈਰੀ ਮਚ ਭਾਈ ਥੈਂਕ ਯੂ ਭਾਈ ਤੁਹਾਡਾ ਟਾਈਮ ਦੇਣ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ